ਮੈਂ ਪਰਿਵਾਰ ਦੇ ਭੱਜ ਰਹੇ ਪਛਾਉਣੀ ਵਾਲੇ ਦੇ ਸੱਤ ਹੋਰ ਦੋਵੇਂ ਖੇਡਾਂ ਦੇ ਵਿੱਚ ਪੰਜ ਛੇ ਮੋਲ ਕਿਹੜੀ ਹੈ ਜੀ ਭਾਜੇ ਰਣਜੀਤ ਸਿੰਘ ਕੁੱਲਾ ਬਾਣੀਆ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਜੁਝਾਰ ਬਾਣੀਆ ਰਣਜੀਤ ਸਿੰਘ ਕੁੱਲਾ ਬਾਣੀਆ ਧੰਨਵਾਦੀਆਂ ਜੀ ਉਹਨਾਂ ਵੀਰਾਂ ਦੇ ਵੀ ਬੜੀ ਮਿਹਰਬਾਨੀ ਉਹਨਾਂ ਭਰਾਵਾਂ ਦੀ ਇਸੇ ਤਰ੍ਹਾਂ ਨਾ ਬਣੇ ਰਹਿਣ ਭਾਈ ਬਾਹਰ ਬੈਠੇ ਨੇ ਦਲਵੀਰ ਸਿੰਘ ਮਾਰਕਾ ਸੰਦੀਪ ਸਿੰਘ ਮਹਿਲਪੁਰ ਆਪਣੀ ਮੁੰਡਿਆ ਆਸ਼ ਮੁੰਡਿਆ ਸੁੱਖਾ ਮੁੰਡਿਆ ਸੁੱਖਾ ਹੈ ਭਾਈ ਹੁਣ ਸੁੱਖਾ ਨਗਰਾ ਕੋਈ ਯੋਧਾ ਉਹ ਵੀ ਸੁੱਖਾ ਭਾਈ ਪਰਸੋਂ ਪੰਜ ਤਰੀਕ ਨੂੰ ਉਹਨਾਂ ਨੇ ਵੀ ਖੇਡ ਮੇਲਾ ਰੱਖਿਆ ਨਗਰੇ ਦੇ ਵਿੱਚ ਪਹਿਲਾ ਰਾਮ ਡਾਇਰੈਕਟਰ ਹੋ ਗਈ ਉਸ ਖੇਡ ਦੇ ਵਿੱਚ ਮੋਟਰਸਾਈਕਲ ਦਾ ਬਾਈਕ ਲੇ ਹੋਣਗੇ ਪਹਿਲਾ ਡਾਇਰੈਕਟਰ ਹੋਊਗਾ ਜੀ ਪੰਜ ਤਰੀਕ ਨੂੰ ਪਿੰਡ ਤੋਂ ਵੋਟ ਖੇਡ ਕੇ ਬੱਚੇ ਭੱਜਣਗੇ ਛੇ ਨੰਬਰ ਭੱਜਣਗੇ ਬਾਬਾ ਰਾਘੋ ਰਾਮ ਜੀ ਯਾਦਗਾਰੀ ਖੇਡ ਮੇਲਾ ਅੱਠ ਤਰੀਕ ਨੂੰ ਪਿੰਡ ਕੇਂਦਰਾ ਚੋ ਹੰਡ ਗਿਆ ਲਾਵਾ ਹੁਣ ਗਿਆ ਉਹ ਭੱਜਣਗੇ ਭਾਈ ਅੱਠ ਤਰੀਕ ਨੂੰ ਗਿਆਰਾਂ ਤਰੀਕ ਨੂੰ ਜਸਪਾਲ ਮੰਗ ਖੇਡ ਕੇ ਬੱਚੇ ਭੱਜਣਗੇ ਤੇਈ ਤਰੀਕ ਨੂੰ ਪਿੰਡ ਕਪੂਰ ਪਿੰਡ ਜੱਬੇ ਮਾਜਰੇ ਦਾ ਮਾਣ ਹੈ ਜੀ ਤੇ ਸੋਨੇ ਦੀ ਮੁਗਰੀ ਨਾਲ ਬਾਕੀ ਝੰਡੀਆਂ ਦਾ ਵੀ ਇੱਥੇ ਮਾਣ ਸਤਿਕਾਰ ਹੈ ਜੀ ਸੋਨੇ ਦੀ ਮੁਗਰੀ ਨਾਲੇ ਮੈਂ ਉਸ ਲੱਗੇ ਦਾ ਵਰਿੰਦਰ ਉਹਨਾਂ ਦਾ ਰਮੀ ਉਹਨਾਂ ਦਾ ਧੰਨਵਾਦ ਕਰਦਾ ਕਪੂੜੀਆਂ ਦਾ ਪੱਚੀ ਤਰੀਕ ਨੂੰ ਚੀਨੋਰ ਵਾਲੇ ਪਿੰਡ ਮੰਗਾ ਜਿਹੜੇ ਬਹੁਤ ਵਧੀਆ ਸਮੇਂ ਦੀ ਭੂਮਿਕਾ ਨਿਭਾਉਂਦੇ ਨੇ ਜਲਾਬ ਦੀ ਵਾਲ ਪੱਚੀ ਤਰੀਕ ਨੂੰ ਭੱਜਣਗੇ ਭਾਈ ਪੁਰਾਣੇ ਮਿੱਤਰ ਨੇ ਸਰਦਾਰ ਜੀਤੋ ਦੇ ਕਿਰਾਨ ਮਾਜਰਾ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਬੜੀ ਲੱਗ ਜਾਣਗੇ ਜੀ ਧੰਨਵਾਦੀਆਂ ਵੀ ਸਰਦਾਰ ਸਰਬ ਅਮਨ ਮੋਹਾਲੀ ਜਾਦਵ ਧੰਨਵਾਦ ਕਰਦੇ ਆਪਣੇ ਵੀਰ ਦਾ ਕਾਕਾ ਪੁਰਾਲ ਗੁੱਡੂ ਪੁਰਾਲ ਸਾਗਰ ਪੁਰਾਲ ਸੁੱਖਾ ਪੁਰਾਲ ਬੁੱਕਾ ਚਾਲੀਆ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਬੜੀ ਮਿਹਰਬਾਨੀ ਹੈ ਜੀ ਵੀ ਮਿੱਤਰੋ ਸਮਾਂ ਚਾਹੀਦਾ ਹੈ ਖੇਡ ਸਮਾਂ ਘੱਟ ਹੁੰਦਾ ਜੇ ਤੁਹਾਡੇ ਇੱਕ ਪੱਧਰ ਤੇ ਲਾ ਲਈਏ ਤੁਸੀਂ ਜਿੰਨੇ ਵੀ ਦਰਸ਼ਕ ਵੀਰ ਜਾਂ ਗੜਵਾਲ ਵੀਰ ਜਾਂ ਮਹਿਲਾ ਵੀਰ ਆਪਦੇ ਮਹਿਲ ਲੈ ਕੇ ਪਹੁੰਚੇ ਥੋੜਾ ਸਾਰਿਆਂ ਦਾ ਧੰਨਵਾਦ ਕਰਦੇ ਸਾਰਿਆਂ ਦਾ ਧੰਨਵਾਦ ਕਰਦੇ ਤੇ ਸਾਡੇ ਧਨਵਾਲ ਧਨੇਰ ਵਾਲੇ ਭਾਈ ਦੇਵ ਹੋਣੀ ਗੁਰਮੀਤ ਹੋਣੀ ਸੁੱਖ ਹੋਣੀ ਨਰਿੰਦਰ ਸਿੰਘ ਜੀ ਧਨੋ ਜੋਤੀ ਧਨੋ ਉਹ ਵੀ ਪਹੁੰਚੇ ਹੋਏ ਨੇ ਭਾਈ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਬੜੀ ਮਿਹਰਬਾਨੀ ਕਿਰਪਾ ਕਰਕੇ ਕਿਰਪਾ ਕਰੋ ਜੀ ਧੰਨਵਾਦ ਜੀ ਘਰੋਆ ਸਾਹਿਬ ਇਹ ਮੇਰੇ ਚੌਰ ਤੇ ਬੜੀ
ਕੁਰਬਾਨੀ ਪਹਿਲਾਂ ਦੱਸਿਆ ਆਪਾਂ 4-5 ਘਰ ਪਹਿਲੇ ਰੱਖ ਲੈਂਦੇ ਆਹ ਲੈ ਜਾਣੀ ਹੈਗੀ ਆਪਾਂ ਸਲੇਟ ਹੀ ਇਹ ਤੁਸੀਂ ਟਿਕਾ ਲੈਣੇ ਆ ਇਹ ਬਾਂਟੀ ਡੀਜੇ ਸਾਊਂਡ ਕੁੜਵਾ ਧੰਨਵਾਦ ਕਰਦਾ ਮੈਂ ਉਮੀਦ ਕਰਦਾ ਬਾਂਟੀ ਡੀਜੇ ਸਾਊਂਡ ਕੁੜਵਾ ਉਹਦੇ ਧੰਨਵਾਦ ਕਰਦੇ ਆ ਲਓ ਜੀ ਲਓ ਭਾਈ ਨਜ਼ਾਰ ਲਓ ਜੀਵਨ ਕਟਾਈਏ ਭਾਈ ਨਜ਼ਾਰ ਨਜ਼ਾਰ ਸਿੰਘ ਲਓ ਜੀਵਨ ਕਟਾ ਦੀ ਰਾਜੇ ਉਦਘਾਟਨ ਕਰਨ ਵਾਸਤੇ ਜੋ ਪਹੁੰਚ ਰਹੇ ਸਾਡੇ ਸਤਿਕਾਰਯੋਗ ਸਰਦਾਰ ਬਹਾਦਰ ਸਰਦਾਰ ਹਰਨੇਕ ਸਿੰਘ ਜੀ ਘੜੂਆ ਸਾਬਕਾ ਕੈਬਨਿਟ ਮੰਤਰੀ ਪੰਜਾਬ ਸਰਕਾਰ ਕਾਂਗਰਸ ਆਈ ਸਰਦਾਰ ਪਰਮਿੰਦਰ ਸਿੰਘ ਜੀ ਬਲਾਕ ਸਮਿਤੀ ਮੈਂਬਰ ਸਰਦਾਰ ਰੋਜਾ ਸਿੰਘ ਜੀ ਭੰਡਾਰੀ ਸਰਦਾਰ ਅਮਰਜੀਤ ਸਿੰਘ ਜੀ ਮੈਂਬਰ ਪੰਚਾਇਤ ਸਰਦਾਰ ਗੁਰਸੇਵ ਸਿੰਘ ਜੀ ਮੈਂਬਰ ਪੰਚਾਇਤ ਸਰਦਾਰ ਜੱਗਾ ਸਿੰਘ ਜੀ ਮੈਂਬਰ ਪੰਚਾਇਤ ਸਰਦਾਰ ਗੁਰਚਰਨ ਸਿੰਘ ਜੀ ਸਰਦਾਰ ਕੁੱਕੂ ਭਾਈ ਇਹਨਾਂ ਵੀਰਾਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਕਿਹੜੇ ਮੇਰੇ ਪਹੁੰਚੇ ਨੇ ਸਤਿਕਾਰਯੋਗ ਨੇ ਬੜੀ ਮਿਹਰਬਾਨੀ ਬੜੀ ਪੁਰਾਣੀ ਸਾਂਝ ਵਿੱਚ ਉਹਦੇ ਸੜਕਣ ਦੇ ਨਾਲ ਇਸ ਖੇਡ ਦੇ ਨਾਲ ਮੈਂ ਸਾਰੇ ਲੱਗਣ ਦਾ ਹੀ ਧੰਨਵਾਦ ਕਰਦਾ ਭਾਈ ਹਰੇਕ ਸਿੰਘ ਜੀ ਘੜੂਆ ਮਿੱਤਰੋ ਵਾਲੇ ਹੋਏ ਇਹੋ ਜਿਹੇ ਕੰਮ ਕਰਾਏ ਸਾਨੂੰ ਵੀ ਕੰਮ ਪੈ ਗਿਆ ਤਾ ਜਦੋਂ ਇਹ ਕੈਬਨਿਟ ਮੰਤਰੀ ਉਹ ਕਹਿੰਦੇ ਜੇ ਥੋੜਾ ਹੀ ਨਾ ਕੰਮ ਹੋਇਆ ਫਿਰ ਹੋਰ ਕਿਹਦਾ ਕਰਾਉਣਾ ਆਪਾਂ ਨੇ ਉਸੇ ਟਾਈਮ ਜਾ ਕੇ ਚੰਦ ਘੜੀਆਂ ਦੇ ਵਿੱਚ ਆਰਡਰ ਦਵਾ ਤੇ ਚੰਦ ਘੜੀਆਂ ਦੇ ਵਿੱਚ ਆਰਡਰ ਸਾਨੂੰ ਹੱਥ ਬਣਾ ਤੇ ਦੇ ਆਹ ਲਓ ਜੀ ਤੁਹਾਡੇ ਆਰਡਰ ਜਾਓ ਜਾ ਕੇ ਦੇ ਦਿਓ ਕੋਈ ਪੁੱਛੂਗਾ ਨਾ ਤੁਹਾਨੂੰ ਬਾਕੀ ਪੁੱਛਿਆ ਵੀ ਨੀ ਕਿਸੇ ਨੇ ਸੋਤਰ ਵਾਸੀ ਆ ਸਰਦਾਰ ਹਰਨੇਕ ਸਿੰਘ ਜੀ ਘੜੂਆ ਸਾਬਕਾ ਕੈਬਨਿਟ ਮੰਤਰੀ ਪੰਜਾਬ ਸਰਕਾਰ ਭਾਈ ਜੀ ਉਹ ਮੋਟਰਸਾਈਕਲ ਚੱਕੋ ਭਾਈ ਜਾ ਕਰ ਲਓ ਆਹ ਮੋਟਰਸਾਈਕਲ ਕਿਹਦਾ ਭਾਈ ਆਹ ਮੋਟਰਸਾਈਕਲ ਵਾਲਾ ਵੀ ਨਹੀਂ ਚੱਕਿਆ ਆਪਣਾ ਮੋਟਰਸਾਈਕਲ ਭਾਈ ਆਹ ਮੋਟਰਸਾਈਕਲ ਕਿਹੜਾ ਭਾਈ ਕਿਹਦਾ ਚੱਕੋ ਉਹ ਚੰਡੀ ਵਾਲੇ ਜੱਗੀ ਗੱਡੀ ਤੂੰ ਮਾਰੀ ਜਾ ਕੇ ਤੂੰ ਆਪੇ ਕਰ ਲੈਣਾ ਕੋਈ ਨੀ ਤੂੰ ਲੱਗ ਗਿਆ ਕੁੜੀ ਤੂੰ ਕਿੱਦਾਂ ਕਹਿੰਦਾ ਘੜੀ ਘੜੀ ਉਹ ਤੂੰ ਇੱਥੇ ਘੁੰਮਦਾ ਫਿਰੀ ਜਾਂਦਾ ਤੂੰ ਹਾਂ ਜੀ ਧੰਨਵਾਦੀਆਂ ਜੀ ਸਰਦਾਰ ਹਰਨੇਕ ਸਿੰਘ ਜੀ ਘੜੂਆ ਜੀਆਂ ਆਖਦੇ ਹਾਂ ਜੀ ਆਪਣੇ ਵੀਰ ਨੂੰ ਸਾਬਕਾ ਕੈਬਨਿਟ ਮੰਤਰੀ ਪੰਜਾਬ ਸਰਕਾਰ ਸਰਦਾਰ ਪਰਮਿੰਦਰ ਸਿੰਘ ਜੀ ਬਲਾਕ ਸਮਿਤੀ ਮੈਂਬਰ ਸਰਦਾਰ ਰੋਜਾ ਸਿੰਘ ਜੀ ਭੰਡਾਰੀ ਸਰਦਾਰ ਅਮਰਜੀਤ ਸਿੰਘ ਜੀ ਮੈਂਬਰ ਪੰਚਾਇਤ ਸਰਦਾਰ ਗੁਰਸੇਵਕ ਸਿੰਘ ਜੀ ਮੈਂਬਰ ਪੰਚਾਇਤ ਸਰਦਾਰ ਜੱਗਾ ਸਿੰਘ ਜੀ ਪੰਚ ਸਰਦਾਰ ਗੁਰਚਰਨ ਸਿੰਘ ਜੀ ਕੁੱਕੂ ਬਾਈ ਜੀ ਰਿਸ਼ੀ ਟੇਲਰ ਚੰਡੀਗੜ੍ਹ ਗੁਰਪ੍ਰੀਤ ਸਿੰਘ ਜੀ ਭੰਡਾਰੀ ਬਿੰਦਰ ਘੜੂਆ ਜੀਤੂ ਮਨੀ ਜੱਸੀ ਜਜਾਰ ਸਿੰਘ ਘੜੂਆ ਬਈ ਪੰਡਿਤ ਜੱਬੋ ਮਾਜਰਾ ਉੱਧਰ ਪਹੁੰਚਣ ਰਾਜੇ ਲਓ ਜੀ ਖੇਡ ਦਾ ਉਦਘਾਟਨ ਹੋਣ ਲੱਗਿਆ ਜੀ ਕਿ ਮਾਰੇ ਇੱਧਰ ਧਿਆਨ ਦਿਓ ਰੇਵਨ ਦੀ ਰਸਮ ਪੂਰੀ ਹੋਣ ਲੱਗੀ ਹੈ ਰੇਵਨ ਦੀ ਰਸਮ ਪੂਰੀ ਹੋਣ ਲੱਗੀ ਹੈ ਲੈਕ ਦਾ ਬਸਤਾ ਭਾਰੀ ਸਾਲਿਆਂ ਦਾ ਚਲ ਕੋਈ ਨੀ ਹੌਲੀ ਮੂਰਖ ਗੱਲਾਂ ਤਾਂ ਬੜੀਆਂ ਹੋਈਆਂ ਆ
ਹਾਂ ਜੀ ਅਸੀਂ ਫਿਰ ਜੀਆਂ ਆਖਦੇ ਹਾਂ ਜੀ ਸਰਦਾਰ ਰਣੇਕ ਸਿੰਘ ਜੀ ਘੜੂਆ ਸਾਬਕਾ ਕੈਬਨਿਟ ਮੰਤਰੀ ਪੰਜਾਬ ਸਰਕਾਰ ਸਰਦਾਰ ਪਰਮਿੰਦਰ ਸਿੰਘ ਜੀ ਬਲਾਕ ਸਮਿਤੀ ਮੈਂਬਰ ਸਰਦਾਰ ਰੋਲਦਾ ਸਿੰਘ ਜੀ ਭੰਡਾਰੀ ਸਰਦਾਰ ਅਮਰਜੀਤ ਸਿੰਘ ਜੀ ਮੈਂਬਰ ਪੰਚਾਇਤ ਸਰਦਾਰ ਗੁਰਸੇਵ ਸਿੰਘ ਜੀ ਮੈਂਬਰ ਪੰਚਾਇਤ ਸਰਦਾਰ ਚੌਰਾ ਜੱਗਾ ਸਿੰਘ ਮੈਂਬਰ ਪੰਚਾਇਤ ਸਰਦਾਰ ਗੁਰਚਰਨ ਸਿੰਘ ਜੀ ਸਰਦਾਰ ਕੁੱਕੂ ਬਾਈ ਜੀ ਰਿਸ਼ੀ ਟੇਲਰ ਜੀ ਚੰਡੀਗੜ੍ਹ ਸਰਦਾਰ ਗੁਰਪ੍ਰੀਤ ਸਿੰਘ ਜੀ ਭੰਡਾਰੀ ਸਰਦਾਰ ਬਿੰਦਰ ਘੜੂਆ ਸਰਦਾਰ ਜੀਤੂ ਸਰਦਾਰ ਮਨੀ ਸਰਦਾਰ ਜੱਸੀ ਸਰਦਾਰ ਜੱਸਾ ਸਰਦਾਰ ਜੁਝਾਰ ਸਿੰਘ ਘੜੂਆ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਹਰਨੇਕ ਸਿੰਘ ਜੀ ਬਾਈ ਸਤਿ ਸ਼੍ਰੀ ਅਕਾਲ ਬਾਈ ਕੁਰਸੀਆਂ ਦਓ ਜੀ ਕੁਰਸੀਆਂ ਕੁਰਸੀਆਂ ਦੇ ਦਿਓ ਭਾਈ ਜਿਹੜੇ ਸਾਡੇ ਸਤਿਕਾਰਯੋਗ ਵੀਰ ਸੱਦੇ ਹੋਏ ਹੈ ਕੁਰਸੀਆਂ ਦੇ ਦਿਓ ਜਵਾਨੋ ਇਹਨਾਂ ਨੂੰ ਕੁਰਸੀਆਂ ਦਿਓ ਬਾਈ ਜੀ ਮਗਰ ਨੂੰ ਹੋ ਛੋਟੇ ਭਾਈ ਉਹ ਵੀਰੋ ਭਾਈ ਵਾਲੇ ਹੋ ਮਗਰ ਇੱਧਰ ਨੂੰ ਹੋ ਜਾਓ ਛੋਟੇ ਭਾਈ ਇੱਧਰ ਆ ਜਾਓ ਮੇਰਾ ਵੀਰ ਬਣ ਕੇ ਆ ਜਾਓ ਇੱਧਰ ਹੋ ਜਾਓ ਜੀ ਇੱਧਰ ਹੋ ਜਾਓ ਇੱਧਰ ਹੋ ਜਾਓ ਬਾਈ ਜਿਹੜੇ ਗਾਂ ਬੈਠੇ ਆ ਵੱਟ ਪਰ ਬਾਈ ਜੀ ਤੁਸੀਂ ਉੱਠ ਕੇ ਮਗਰ ਹੋ ਭਾਈ ਉੱਠੋ ਉੱਠੋ ਮੇਰਾ ਵੀਰ ਸਾਰੇ ਹੀ ਛੋਟੇ ਵੀਰੋ ਇੱਧਰ ਹੋ ਜਾਓ ਉੱਠ ਕੇ ਛੋਟੇ ਭਾਈ ਗਲਤ ਬੈਠ ਗਏ ਤੁਸੀਂ ਦੂਰ ਹੋ ਮੇਰਾ ਵੀਰ ਹੋ ਜਾਓ ਚਾ ਜਿਉਂਦੇ ਰਹੋ ਜਿਉਂਦੇ ਰੱਬ ਵਰਗਾ ਆਸਰਾ ਮੈਨੂੰ ਤੁਹਾਡਾ ਰੱਬ ਵਰਗਾ ਧੰਨਵਾਦ ਹਾਂ ਜੀ ਮਗਰ ਰਹੋ ਜੀ ਮਗਰ ਭਾਈ ਬੇਨਤੀ ਹੈ ਦੂਰ ਖੜਕੇ ਖੇਡ ਦਾ ਆਨੰਦ ਮਾਣੋ ਰਾਹ ਖਾਲੀ ਕਰ ਦਿਓ ਜੀ ਲਾਈਵ ਖੇਡ ਚੱਲਦੀ ਹੈ ਜੀ ਮਾਲਵਾ ਜੀ ਡੀ ਕੌਮ 'ਤੇ ਤੁਸੀਂ ਜਿੱਥੇ ਮਰਜ਼ੀ ਬੈਠ ਕੇ ਖੇਡ ਦਾ ਆਨੰਦ ਮਾਣੋ ਮਾਲਵਾ ਜੀ ਡੀ ਕੌਮ ਬਾਈ ਕਿ ਮੇਰੀ ਬੇਨਤੀ ਹੈ ਬੈਦਲਾ ਵੀ ਨੋਟ ਕਰ ਲੈਣ ਖੇਡ ਸ਼ੁਰੂ ਕਰਨ ਤੋਂ ਪਹਿਲਾਂ ਕੁਝ ਸਾਰੀਆਂ ਸ਼ਰਤਾਂ ਹੈ ਪਹਿਲੀ ਸ਼ਰਤ ਹੈ ਵੀ ਚੰਡੀ ਦੇ ਦੋ ਚਾਂਸ ਹੋਣਗੇ ਜਜਾਰ ਲਓ ਜੀ ਦੁਸਰ ਖੁੱਲੀ ਹੈ ਸ਼ਿਫਟਾਂ ਹੋਣਗੀਆਂ ਪੰਜ ਲਓ ਜੀ ਪੰਜ ਦੀ ਜ਼ਿੰਮੇਵਾਰੀ ਮੇਰੀ ਭਜਾਉਣ ਦੀ ਪੰਜ ਦੇ ਬਾਅਦ ਬਾਲ ਖੜੇ ਰਹਿ ਜਾਂਦੇ ਨਹੀਂ ਭੱਜਣਗੇ ਮੇਲੇ ਦੇ ਵਿੱਚ ਪਹਿਲੀ ਬੇਨਤੀ ਨੋਟ ਕਰੋ ਦੂਜੀ ਬੇਨਤੀ ਹੈ ਵੀ ਚੰਡੀ ਦੇ ਦੋ ਚਾਂਸ ਹੋਣਗੇ ਜਿਹਨਾਂ ਦੀ ਦੋ ਵਾਰ ਚੰਡੀ ਗਿਰ ਗਈ ਦੋਵੇਂ ਬਾਲ ਭੱਜੇ ਗਿਣਾਂਗੇ ਜਿਹਨਾਂ ਦੀ ਇੱਕ ਵਾਰ ਚੰਡੀ ਗਿਰ ਗਈ ਬਹੁਤ ਖਰਾਬ ਹੋ ਗਏ ਬਦਲ ਨਹੀਂ ਦਿੱਤੇ ਜਾਣਗੇ ਜੇ ਬਦਲਨੇ ਨਵੀਂ ਐਂਟਰੀ ਇੱਕ ਬਾਲ ਨਵਾਂ ਚਾਹੀਦਾ ਦੋਵੇਂ ਭੱਜੇ ਹੋਏ ਬਾਲ ਭਜਾ ਦਿੰਦੇ ਖਰਾਬ ਹੋਏ ਅਸੀਂ ਭੱਜੇ ਗਿਣਾਂਗੇ ਸਕਰੈਚ ਕਰ ਦਾਂਗੇ ਕੋਈ ਗੜਵਾਨ ਕੋਈ ਸੂਈ ਕੋਈ ਸੂਆ ਕੋਈ ਤਿੱਖੀ ਚੀਜ਼ ਜਾਂ ਆਪਦੇ ਬਾਲ ਦੇ ਰੱਸਾ ਵੀ ਮਾਰਦਾ ਸਾਨੂੰ ਪਤਾ ਲੱਗ ਜਾਂਦਾ ਬਾਲਦਾਂ ਨੂੰ ਸਕਰੈਚ ਕਰਾਂਗੇ ਗੜਵਾਨ 'ਤੇ ਕਾਰਵਾਈ ਕਰਾਂਗੇ ਹਰ ਇੱਕ ਸ਼ਿਫਟ ਨੂੰ ਘੜੀ ਨਾਲ 10 ਮਿੰਟ ਦਾ ਸਮਾਂ ਜੀ ਲੰਘਣ ਨੂੰ 10 ਮਿੰਟ ਦੇ ਬਾਅਦ ਕੋਈ ਗੱਡੀ ਲੰਘਣ ਦੇਵਾਂਗੇ ਸੁਣ ਲਓ ਬੇਨਤੀ ਛੋਟੇ ਵੀਰੋ ਤੁਸੀਂ ਮਗਰ ਨੂੰ ਹੋ ਜਾਇਓ ਇੱਧਰ ਬੈਠੇ ਸਾਡੇ ਬਤਵੰਤੇ ਸੱਜਣ ਉਹਨਾਂ ਨੂੰ ਵੀ ਮੇਲਾ ਦਿਖਾਉਣਾ ਆਪਾਂ ਨੇ ਕਾਕੇ ਇੱਧਰ ਹੋ ਕੇ ਬੋਲ ਇੱਧਰ ਹੋ ਜਾਓ ਪੁੱਤ ਇੱਧਰ ਆ ਜਾਓ ਮੇਰਾ ਸ਼ੇਰ ਛੋਟੇ ਇੱਧਰ ਆ ਜਾਓ ਇੱਧਰ ਆ ਜਾਓ ਇੱਧਰ ਹੋ ਜਾਓ ਜੀ ਤੁਸੀਂ ਵੀ ਕੈਮਰਾ ਥੋੜ੍ਹਾ ਮਗਰ ਕਰ ਲਓ ਜੀ ਕੈਮਰਾ ਮਗਰ ਕਰਾ ਦਿਓ ਜੀ ਮੋਟਰਸਾਈਕਲ 'ਤੇ ਕੈਮਰਾ ਮਗਰ ਕਰ ਲਾ ਛੋਟੇ ਭਾਈ ਲਓ ਜੀ ਪੰਜੇ ਸ਼ਬਦਾਂ ਦੇ ਵਿੱਚ ਪੰਜ ਸੌ ਰੁਪਇਆ ਲੱਗ ਗਿਆ ਜੀ ਸਰਦਾਰ ਦਲਜੀਤ ਸਿੰਘ ਜੀ ਘੜੂਆ ਸਰਦਾਰ ਪੰਮਾ ਭੂਰੜੇ ਸਰਦਾਰ ਕੁਲਵਿੰਦਰ ਸਿੰਘ ਜੀ ਢਿੱਲੋਂ ਸਰਦਾਰ ਮਨਪ੍ਰੀਤ ਸਿੰਘ ਘੜੂਆ ਸਰਦਾਰ ਗੁਰੀ ਬਮਨਾੜਾ ਸਰਦਾਰ ਸਨੀ USA ਸਰਦਾਰ ਬੱਲਾ ਬੀਬੀਪੁਰ ਸਰਦਾਰ ਸੱਤਾ ਘੜੂਆ ਲਓ ਜੀ ਪੰਜੇ ਸ਼ਬਦਾਂ ਨੂੰ ਪੰਜ ਸੌ ਰੁਪਇਆ ਬਾਈ ਜਿਹਨਾਂ ਨੇ ਸਾਈਕਲ ਦਾ 100 ਰੁਪਏ ਐਂਟਰੀ ਕਰਾਓ ਕੱਲ ਨੂੰ ਸਹੀ ਕੱਲ ਨੂੰ ਇਹਨੇ ਕੱਲ ਨੂੰ 5 ਵਜੇ ਡਰਾ ਕੱਢਣਾ ਜਿਹਦਾ ਆਪਦਾ ਟੈਲੀਫੋਨ ਨੰਬਰ ਦਿਓ ਜਿਹੜਾ ਨਹੀਂ ਆਇਆ ਹੋਊਗਾ ਟੈਲੀਫੋਨ ਕਰਕੇ ਸੱਦਾਂਗੇ ਕਾਕੇ ਹੋਏ ਇੱਧਰ ਆਓ ਮੇਰਾ ਸ਼ੇਰ ਕਰਾ ਲਓ ਆ ਕੇ ਸਾਡੇ ਵੀਰ ਐਂਟਰੀ ਕਰ ਰਹੇ 100 ਰੁਪਇਆ ਦੇ ਕੇ ਬਾਈ ਜੀ ਮਗਰ ਹੋ ਜਾਓ ਦੋਵੇਂ ਤੁਸੀਂ ਵੀ ਉਹ ਵੀਰੋ
ਆ ਬੱਚਿਆਂ ਨੂੰ ਬਿਠਾ ਲਓ ਜਿਹੜੇ ਡਾਊਨ ਪਰ ਬੈਠੇ ਉੱਠੋ ਬਈ ਤੁਸੀਂ ਸਾਰੇ ਉੱਠ ਜਾਓ ਚਾਰੇ ਪੰਜੇ ਉੱਠੋ ਉੱਠੋ ਬਹਿਣਾ ਉੱਠੋ ਤੁਸੀਂ ਵੀ ਉਹ ਮਗਰ ਯਾਰ ਮਗਰ ਅੜਕਿਆ ਲੱਗੂਗਾ ਅੜਕਿਆ ਲੱਗੂਗਾ ਕਾਕੇ ਮਗਰ ਉਹ ਮੋਟਰਸਾਈਕਲ 'ਤੇ ਮਗਰ ਜਾਓ ਮੇਰਾ ਵੀਰ ਆਓ ਬਈ ਸ਼ੇਰੋ ਤੁਸੀਂ ਵੀ ਇੱਧਰ ਆਓ ਉਹ ਜਵਾਨੋ ਜਵਾਨੋ ਇੱਧਰ ਆਓ ਮੇਰਾ ਵੀਰ ਇੱਧਰ ਆ ਛੋੜੇ ਭਾਈ ਭਾਈ ਉਹ ਛੋਟੂ ਹੈ ਸਾਈਕਲ ਕੱਢ ਇੱਧਰ ਬਾਹਰ ਭੱਜ ਗਿਆ ਲੱਗਿਆ ਸੱਟ ਖਾਏਗਾ ਰਾਹ ਖਾਲੀ ਕਰੋ ਜੀ ਚੰਡੀ ਦਾ ਇਸ਼ਾਰਾ ਹੋ ਗਿਆ ਰਾਹ ਖਾਲੀ ਰਾਜੇ ਦਾ ਲੜਾਇਓ ਨੰਬਰ ਕਿਹਾ ਦੂਜੇ ਪਾਸੇ ਨੀ ਹਾਂ ਕਿਹੋ ਮਹਾਰਾਜ 99 147 880 ਕਹਿੰਦੇ ਦੂਜੇ ਪਾਸੇ ਖੜ ਕੇ ਦੇਖ ਆਹ ਵੀ ਸ਼ੇਰਾ ਕਿਆ ਲਾ ਸੁੱਕਿਆ ਲਓ ਜੀ ਸੁੱਕੀ ਜੰਡਾਲੀ ਸਾਡਾ ਬਸ਼ੇਰ ਭਾਈ ਭਾਈ ਪਿੰਤਰ ਪਿੰਦਰ ਗੋਲਡੀ ਸਧੌੜ ਮਕੰਤ ਸਿੰਘ ਸਧੌੜ ਰਾਜੂ ਸਧੌੜ ਅਮਰ ਸਿੰਘ ਸਧੌੜ ਵਾਹ ਵੀ ਵਾਹ ਸਧੌੜ ਵਾਲਿਓ ਸਰਦਾਰ ਹਾਕਮ ਸਿੰਘ ਨਸਲਪੁਰ ਪੁਰਾਣੇ ਘਲਾਟੀਏ ਉਹ ਵੀ ਪਹੁੰਚੇ ਹੋਏ ਧੰਨਵਾਦ ਉਹਨਾਂ ਦਾ ਵੀ ਲਓ ਜੀ ਗਗਨ ਧਨੋਆ ਜੀ ਜਿਹਨਾਂ ਨੇ ਪਿਛਲੇ ਸਾਲ ਮੈਨੂੰ ਸੋਨੇ ਦੀ ਮੁੰਦਰੀ ਨਾਲ ਮਾਨ ਸਨਮਾਨ ਦਿੱਤਾ ਤਾ ਉਹਨਾਂ ਵੱਲੋਂ ਮੈਨੂੰ 500 ਰੁਪਇਆ ਸਪੈਸ਼ਲ ਨਾਮ ਹੈ ਜੀ ਗਗਨ ਘੜੂਆ ਗਗਨ ਧਨੋਆ ਮਿੱਤਰੋ ਪਹਿਲਾਂ ਤਾਂ ਮੈਂ ਸਲੂਟ ਕਰਦਾ ਸਾਰੇ ਨਗਰ ਨੂੰ ਫੇਰ ਸਲੂਟ ਕਰਦਾ ਉਸ ਮਹਾਨ ਯੋਧੇ ਨੂੰ BS ਧਨੋਆ ਕਿਸੇ ਨਗਰ ਦੇ ਨੇ ਧਨੋਆ ਸਾਹਮਣੇ ਧੂਰ ਪੱਟੀ ਪਈ ਹੈ ਇਹ ਪਿੰਡ ਘੜੂਆ ਹੈ ਬਾਈ ਜੀ ਗੱਡੀ ਹੁਣ ਨਹੀਂ ਲਿਜਾਣੀ ਗੱਡੀ ਬਾਹਰ ਕਰੋ ਬਾਹਰ ਜੁੜ ਗਏ ਉਹ ਬਾਈ ਮੋਟਰਸਾਈਕਲ ਬਾਹਰ ਕਰ ਲੈ ਸਰਦਾਰ ਹਰਨੇਕ ਸਿੰਘ ਜੀ ਘੜੂਆ ਇਹ ਸਾਡੇ ਯਾਰ ਵੀ ਹੈ ਇਕੱਠੇ ਭੰਗੜਾ ਵੀ ਪਾਇਆ ਸੀ ਜਵਾਨੀ ਵਿੱਚ ਇਕੱਠੇ ਭੰਗੜਾ ਵੀ ਪਾਉਂਦੇ ਰਹੇ ਇੱਕ ਵਾਰੀ ਅਸੀਂ ਘੜੂਏ 'ਚ ਵੀ ਪਾ ਦਿੱਤਾ ਤਾ ਤਿਆਰੀ ਰਾਹ ਖਾਲੀ ਕਰ ਦਿਓ ਯਾਰ ਤੁਸੀਂ ਚਲੋ ਠੀਕ ਹੈ ਫੜ ਲਓ ਕਹਿੰਦੇ ਲੇਖ ਛੱਡਦਾ ਦੇ ਦੇ ਕਰਾਂਗੇ 500 ਕਰੋ ਰਾਹ ਖਾਲੀ ਕਰ ਦਿਓ ਰਾਹ ਖਾਲੀ ਕਰ ਦਿਓ ਛੋਟੇ ਭਾਈ ਰਾਹ ਖਾਲੀ ਕਰੋ ਲਓ ਜੀ ਆਪਣੇ ਸਤਿਗੁਰਾਂ ਨੂੰ ਯਾਦ ਕਰੀਏ ਆਪਦਾ ਧਿਆਨ ਮਾਰਗ ਦੇ ਚਰਨਾਂ ਨਾਲ ਜੋੜੀਏ ਤਾਂ ਕਿ ਕਿਸੇ ਤਰ੍ਹਾਂ ਦੀ ਕਿਸੇ ਬੈਲ ਦੇ ਕਿਸੇ ਗੁਰਬਾਨ ਦੇ ਕਿਸੇ ਦਰਸ਼ਕ ਵੀਰ ਦੇ ਜਾਂ ਸਾਡੇ ਕਿਸੇ ਵਲੰਟੀਅਰ ਵੀਰ ਦੇ ਕੋਈ ਸੱਟ ਪੇਟ ਨਾ ਲੱਗੇ ਆਓ ਆਪਣੇ ਸਤਿਗੁਰਾਂ ਨੂੰ ਯਾਦ ਕਰਦੇ ਹੋਏ ਅੱਜ ਘੜੂਏ ਦਾ ਮੇਲਾ ਸ਼ੁਰੂ ਕਰਦੇ ਹਾਂ ਇਹ ਹੈ ਪਿੰਡ ਘੜੂਆ ਆ ਗਈ ਭਾਈ ਇੱਧਰ ਹੋ ਜਾਵੇ ਇੱਧਰ ਪਿਛਲੇ ਪਾਸੇ ਨੂੰ ਐਂਟਰੀ ਮਗਰ ਨੂੰ ਦੇਣੀ ਹੁਣ ਬਾਈ ਇੱਧਰ ਨਹੀਂ ਖੜ ਦੇਣਾ ਮੰਨ ਕੇ ਇੱਧਰ ਕਰ ਲੈਣਾ ਬਾਈ ਜੀ ਮਗਰ ਹੋ ਜਾਓ ਅਪ 23:50 ਦਾ ਸਮਾਂ ਜੀ 23:50 ਇਹ ਧਨੋਆ ਗਰੁੱਪ ਘੜੂਆ ਇਹ ਧਨੋਆ ਗਰੁੱਪ ਇਹ ਘੜੂਏ ਵਾਲੇ ਬਹੁਤ ਭੱਜ ਗਏ ਹੈ ਗੜਵਾਨੀ ਕਰ ਗਏ ਸਰਦਾਰ ਕੁੱਲਾ ਪਿੰਡ ਮਕੜੌਣਾ ਇਹ ਛੋਟੀ ਉਮਰ ਦੇ ਵਿੱਚ ਇਹਨੂੰ ਵੀ ਮੋਟਰਸਾਈਕਲ ਨਾਲ ਤਰੂਨ ਦੌਦਰ ਉਹਨਾਂ ਨੇ ਮੋਟਰਸਾਈਕਲ ਬੁਲਟ ਦੇ ਨਾਲ ਮਾਨ ਸਨਮਾਨ ਦਿੱਤਾ ਤਾ ਕੁੱਲਾ ਮਕੜੌਣਾ ਨੂੰ ਬਈ ਰਾਜ ਮੋਟਰਸਾਈਕਲ ਨਹੀਂ ਲੈ ਕੇ ਆਉਣਾ ਕਿਸੇ ਨੇ ਵੀ ਜਿਹਦੇ ਬਹੁਤ ਭੱਜ ਲੈਣੇ ਮਿਹਰਬਾਨੀ ਕਰਕੇ ਬਾਹਰ ਨੂੰ ਆਉਣਾ ਰਾਜ ਮੋਟਰਸਾਈਕਲ ਜਿੰਨਾ ਚਿਰ ਬਹੁਤ ਭੱਜਦੇ ਨਹੀਂ ਫੜੂਗਾ ਕਿਸੇ ਦਾ ਰਾਜ ਨਹੀਂ ਭਾਈ ਲਿਆਉਣਾ ਕਿਸੇ ਨੇ ਮੋਟਰਸਾਈਕਲ ਬੈਲੀ ਢੋਲਣ ਮਾਜਰਾ ਹਨੀ ਮੜੌਲੀ ਰੋਡਾ ਕਾਈਂਡੌਰ ਨਰਿੰਦਰ ਕਾਈਂਡੌਰ ਇਹ ਵੀ ਪਹੁੰਚੇ ਹੋਏ ਸਾਥੀ ਧੰਨਵਾਦ ਕਰਦੇ ਹਾਂ ਭਾਈ ਬੜੀ ਮਿਹਰਬਾਨੀ ਤਿਆਰੀ ਹੈ ਜੀ ਝੰਡੀ ਖੜੀ ਹੈ ਗੱਡੀ ਤਿਆਰ ਹੈ ਭਾਈ
ਮਿੱਤਰੋ ਖੇਡ ਦੇ ਚ ਆ ਗਈ ਭਾਈ ਇਨਸਾਫ਼ ਕਰਾਂਗੇ ਜਿਹਨੂੰ ਇਨਸਾਫ਼ ਕਹਿੰਦੇ ਇਹ ਗਊ ਦੇ ਜਾਏ ਦੇਖੋ ਬੋਲ ਕੇ ਨਹੀਂ ਕਹਿਣਾ ਮੈਂ ਤਾਂ ਇੱਕ ਗੱਲ ਕਹਿ ਕੇ ਗੱਲ ਮੁਕਾ ਦਿਆ ਕਰਦਾ ਵੀ ਜੇ ਮੈਂ ਇਹਨਾਂ ਨਾਲ ਰੋਣ ਕਰੂੰਗਾ ਤਾਂ ਮੈਂ ਭਰੂੰਗਾ ਪਿੰਡ ਵਾਲਿਓ ਤੁਸੀਂ ਨਾ ਫਿਕਰ ਕਰਿਓ ਤੇਈ ਜੀਰੋ ਚਾਰ ਤੇਈ ਜੀਰੋ ਚਾਰ ਕਮਲ ਅਰੋੜਾ ਜੋਤ ਅਰੋੜਾ ਗੜਵਾਨੀ ਕਰ ਗਏ ਪੰਡਿਤ ਜੱਬੋ ਮਾਜਰਾ ਇਹ ਜੋੜੇ ਪੁਣਾ ਦੇ ਨੇੜੇ ਪਿੰਡ ਹੈ ਜੀ ਜੱਬੋ ਮਾਜਰਾ ਪਰਸੋਂ ਇਹਨੂੰ ਵੀ ਜਗਤਪੁਰ ਦੀ ਖੇਡ ਦੇ ਵਿੱਚ ਮੋਟਰਸਾਈਕਲ ਨਾਲ ਸਨਮਾਨਿਆ ਇੱਕ ਉਹਨਾਂ ਨੇ ਮੈਨੂੰ ਵੀ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ ਜਗਤਪੁਰ ਦੀ ਖੇਡ ਦੇ ਵਿੱਚ ਪੰਜ ਪਹਿਲੇ ਨੰਬਰਾਂ ਨੂੰ ਇੱਕ ਇੱਕ ਮੋਟਰਸਾਈਕਲ ਦਿੱਤਾ ਤਾ ਉਸ ਨਗਰ ਦਾ ਵੀ ਧੰਨਵਾਦ ਕਰਦੇ ਹਾਂ ਇਹ ਆ ਭਾਈ ਪੰਡਿਤ ਜੱਬੋ ਮਾਜਰਾ ਜਿਹੜੇ ਗੜਵਾਨੀ ਕਰਕੇ ਗਏ ਪੰਜ ਸ਼ਬਦਾਂ ਬਾਈ ਬਰਦ ਵਾਲੇ ਵੀ ਨੋਟ ਕਰ ਲੈਣ ਪੰਜ ਸ਼ਬਦਾਂ ਭੱਜਣਗੀਆਂ ਪੰਜ ਦਾ ਮਤਲਬ ਪੰਜ ਹੈ ਪਰਸੋਂ ਨੂੰ ਪਿੰਡ ਨਾਗਰੇ ਬੋਰਡ ਭੱਜਣਗੇ ਪਹਿਲਾ ਨਾਮ ਟਰੈਕਟਰ ਹੋਊਗਾ ਜੀ ਜਿਹੜੇ ਬੋਰਡ ਪਹਿਲਾ ਨੰਬਰ ਕਰਨਗੇ ਟਰੈਕਟਰ ਹੋਊਗਾ ਪੰਜੇ ਤਰੀਕ ਨੂੰ ਪਿੰਡ ਧਮੋਟ ਖੀਰੇ ਦੁੱਗੇ ਬੱਚੇ ਭੱਜਣਗੇ ਛੇ ਤਰੀਕ ਨੂੰ ਬੜੇ ਬੋਰਡ ਭੱਜਣਗੇ ਅੱਠ ਤਰੀਕ ਨੂੰ ਕਿੰਗਰਾ ਚੋ ਦੁਆਬੇ ਦੇ ਵਿੱਚ ਹਟਦਿਆਂ ਆ ਗਈ ਭਾਈ ਦੌੜਾ ਹੋਣਗੀਆਂ ਗਿਆਰਾਂ ਤਰੀਕ ਨੂੰ ਜਸਪਾਲ ਵਾਂਗਰ ਖੀਰੇ ਦੁੱਗੇ ਬੱਚੇ ਭੱਜਣਗੇ ਗਿਆਰਾਂ ਤਰੀਕ ਨੂੰ ਤੇਈ ਤਰੀਕ ਨੂੰ ਪਿੰਡ ਕਪੂਰ ਜ਼ਿਲ੍ਹਾ ਜਲੰਧਰ ਦੇ ਵਿੱਚ ਸਾਂਝੀ ਖੇਡ 'ਚ ਬੋਰਡ ਭੱਜਣਗੇ ਸਮਾਂ ਭਾਈ ਬਾਈ ਸੈਕਿੰਡ 59 ਪੁਆਇੰਟ ਦਾ ਜੀ ਲਓ ਜੀ ਦੇਖ ਲਓ ਦੋ ਘੜੀਆਂ ਭਾਈ ਇਹ ਹੈ ਬਿੱਟੂ ਬਾਜਵਾ ਪੜੌਰ ਸਾਡੇ ਸ਼ਗਿਰਦ ਹੁਣ ਅਸੀਂ ਤਾਂ ਭਾਈ ਕਈ ਖੇਡਾਂ 'ਤੇ ਕਿਹਾ ਵੀ ਅਸੀਂ ਤਾਂ ਤੁਹਾਡੇ 19-19 ਦੀਆਂ ਖੇਡਾਂ ਪਹੁੰਚਾ ਦੇਣੀਆਂ 40 ਸਾਲ ਲਗਾਤਾਰ ਇਸ ਖੇਡ ਦੀ ਸੇਵਾ ਕਰਤੀ ਮੈਂ 40 ਸਾਲ ਲੋਕ ਰਾਜ ਖੜਿਆ ਕਰਦੇ ਤੇ ਚੰਡੀ ਵਾਲੇ ਕੋਲ 14 ਹੱਥ ਦਾ ਬਾਂਸ ਹੁੰਦਾ ਤਾ 14 ਹੱਥ ਸਾਰਾ ਦਿਨ ਘੁਲੀ ਜਾਂਦਾ ਤਾ ਸਾਰਾ ਦਿਨ ਅਸੀਂ ਮੱਛਰਦਾਨੀ ਦੀ ਮੈਂ ਛੜੀ ਦੇਤੀ ਉਹਨੂੰ ਵੀ ਭਾਈ ਇਹਦੇ ਨਾਲ ਗੇ ਦਿਖਾਉਣੀ ਉਹ ਝੰਡੀ ਉਹ ਦਿਖਾਉਣੀ ਕੋਈ ਨਾਂ ਨਹੀਂ ਤਾਂ ਬੋਲਿਆ ਕਰਦਾ ਕਿਸੇ ਦਾ ਬਾਹਰ ਭੱਜ ਜਾਣੀ ਟਾਈਮ ਲਿਖ ਲੈਣਾ ਗੁਫਤੀ 'ਚ ਖੇਡ ਭੱਜੀ ਜਾਣੀ ਕਈ ਚਲਾਕ ਹੁੰਦੇ ਤੇ ਸ਼ਾਮ ਨੂੰ ਟਾਈਮ ਵੀ ਬਦਲ ਦਿੰਦੇ ਤੇ ਰਿਸ਼ਤੇਦਾਰੀ ਕੱਢ ਲੈਣੀ ਕਿਹੜੇ ਪਤਾ ਹੁੰਦਾ ਉਹਦਾ ਟਾਈਮ ਕਿਆ ਲੱਗਿਆ ਅਤੇ ਜੁੱਤੀਆਂ ਆਪਾਂ ਖੜਕਣੀਆਂ ਲੜਾਈਆਂ ਵੱਜਣੀਆਂ 1978 ਦੇ ਵਿੱਚ ਫਿਰ ਸਾਹਿਬ ਮੈਨੂੰ ਖੇਡ ਭਜਾਉਣ ਦਾ ਮੌਕਾ ਮਿਲਿਆ 1978 ਦੇ ਵਿੱਚ ਇੱਧਰੋਂ ਮੈਂ ਕਿਸੇ ਨੂੰ ਉਲਾਂਭੇ ਵਾਲੀ ਗੱਲ ਨਹੀਂ ਕਦੇ ਦਿੱਤੀ ਕਿਸੇ ਨੂੰ ਵੀ ਕੋਈ ਉਲਾਂਭਾ ਹੋਵੇ ਕਿਉਂ ਇਹ ਗਊ ਦੇ ਜਾਏ ਜੇ ਆਪਾਂ ਇਹਨਾਂ ਨਾਲ ਰੋਡ ਕਰਦੇ ਹਾਂ ਭਾਈ ਫਿਰ ਤਾਂ ਇੱਥੇ ਬੜਾ ਘੋਰ ਪਾਪ ਹੀ ਨਹੀਂ ਕੋਈ ਹੈਗਾ ਘੋਰ ਪਾਪ ਹੈ ਮਿੱਤਰੋ 25 ਤਰੀਕ ਨੂੰ ਖੀਰੇ ਦੁੱਗੇ ਬੱਚੇ ਭੱਜਣਗੇ ਜਲਾਲ ਦੀ ਵਾਰ ਮਾਰਚ ਦੇ ਖੀਰਲੇ ਹਫ਼ਤੇ ਬਛੌੜੀ ਵੀ ਖੇਡ ਹੋ ਜਾਣੀ ਹੈ ਸਰਦਾਰ ਸੋਨੀ ਬਲ ਬਛੌੜੀ ਸਰਦਾਰ ਬਿੰਦਰੀ ਬਛੌੜੀ ਦੋਵੇਂ ਭਰਾ ਨੇ ਪੁੱਤਰ ਨੇ ਸਰਦਾਰ ਬਲਵੀਰ ਸਿੰਘ ਹੋਰਾਂ ਦੇ ਪੋਤਰੇ ਨੇ ਸਰਦਾਰ ਧੰਨਾ ਸਿੰਘ ਹੋਰਾਂ ਦੇ ਧੰਨਾ ਸਿੰਘ ਹੋਰਾਂ ਦੀ ਮੇਰੇ ਵੱਡੇ ਭਰਾ ਨਾਲ ਬੜੀ ਗੂੜੀ ਸਾਂਝਤੀ ਉਹ ਵੀ ਕਿਉਂ ਬਹੁਤ ਭਜਾਇਆ ਕਰਦੇ ਤੇ ਹਰਪਾਲ ਸਿੰਘ ਗੜਵਾਨੀ ਵੀ ਕਰਿਆ ਕਰਦਾ ਤਾ ਬੜੇ ਨਾਮੀ ਬਹੁਤ ਇਸ ਪਰਿਵਾਰ ਨੇ ਵੀ ਭਜਾਏ ਹੈ ਸਰਦਾਰ ਮਨਜੀਤ ਸਿੰਘ ਜੀ ਡੋਗਰ ਜਗਤਪੁਰ ਕਦੇ ਟਾਈਮ ਤਾਂ ਮਿੱਤਰੋ ਚੌਧਰੀ ਜਗਨਨਾਥ ਜੀ ਖੰਨਾ ਉਹਨਾਂ ਦੇ ਨਾਂ ਖੇਡਾਂ 'ਚ ਗੂੰਜਿਆ ਕਰਦੇ ਨੇ ਹਰਚੰਦ ਸਿੰਘ ਜੀ ਢਿਡਾਰੀ ਕਲਾ ਚਰ ਸਿੰਘ ਜੀ ਗਿੱਲਾਂ ਅਜੀਤ ਸਿੰਘ ਜੀ ਕਢਾਣੀ ਕਲਾ ਸਰਦਾਰ ਬਖਤਿਆਰ ਸਿੰਘ ਜੀ ਜਰਗ ਸਰਦਾਰ ਮਨਜੀਤ ਸਿੰਘ ਜੀ ਡੋਗਰ ਜਗਤਪੁਰ ਵੱਡੇ ਨਾਂ ਹੋਏ ਇਹਨਾਂ ਦੇ ਖੇਡਾਂ ਦੇ ਵਿੱਚ 18-18 20-20 ਲੱਖ ਆ ਗਈ ਭਾਈ 21-21 ਲੱਖ ਦਾ ਬੋਰਡ ਵਿਕ ਰਿਹਾ ਹੁਣ ਇੱਥੇ ਤੱਕ ਬੋਰਡਾਂ ਦੀ ਕੀਮਤ ਹੋ ਗਈ ਟੁੱਕਰ ਦੂਰ ਕਰ ਲੈ ਇੱਧਰ ਵੀ ਇੱਥੇ ਨਹੀਂ ਖੜਨਾ ਉਹ ਮੂਹਰਾ ਖੜ ਇੱਧਰ ਉਹ ਮੂਹਰਾ ਆ ਜਾ ਮਲ ਜਿਹਾ ਬਣਾਉਣੀ ਇੱਥੇ ਮੂਹਰਾ ਆ ਜਾ ਉਰੇ ਥੋੜ੍ਹੇ ਉਰੇ ਆ ਜਾ ਮੂਹਰਾ ਆ ਜਾ ਮਲ ਅੱਪਾ
2275 ਦਾ ਸਮਾਂ ਜੀ 2275 ਪਹਿਲਾ ਵੇਲਾ ਜੀ ਰੁੜਕੀ ਅਸ਼ਵੀਰ ਰੁੜਕੀ ਬਾਚਨ ਸਿੰਘ ਪੂਰੜੇ ਇਹਨਾਂ ਦੋਹਾਂ ਪਰਿਵਾਰਾਂ ਦੇ ਸਾਂਝੇ ਬੋਰਡ ਭੱਜਦੇ ਹੈ ਜਿਹੜਾ ਸਾਡੇ ਵੱਲ ਬੋਰਡ ਭੱਜ ਗਿਆ ਜੀ ਇਹ ਕੁਲਵੰਤ ਸਿੰਘ ਕਾਂਤਾ ਪਿੰਡ ਕੋਟ ਗੰਗੂ ਰਾਏ ਇਹ ਕੋਟ ਗੰਗੂ ਰਾਏ ਵਾਲਾ ਬੋਰਡ ਤਾਂ ਪਰਲਾ ਪਾਈ ਰੁੜਕੀ ਤੇ ਪੂਰੜੇ ਕਿਉਂ ਉਹਨਾਂ ਦੋਵੇਂ ਪਰਿਵਾਰਾਂ ਦੇ ਸਾਂਝੇ ਬੋਰਡ ਭੱਜਦੇ ਧੰਨਵਾਦ ਜੀ ਬੜੀ ਮਿਹਰਬਾਨੀ ਲਾਈਵ ਖੇਡ ਚੱਲ ਰਹੀ ਹੈ ਲਾਈਵ ਮੇਲਾ ਜੀ ਸਰਦਾਰ ਛੇਰਾ ਚਰਵਾਲ ਇਹ ਵੀ ਬਾਹਰ ਬੈਠੇ ਨੇ ਗੁਰਸ਼ਰਨ ਸਿੰਘ ਉਟਾਲਾ ਸਨੀ ਇਹ ਸਾਡੇ ਭਾਣਜੇ ਨੇ ਬਾਈ ਚਰਨ ਸਿੰਘ ਜੀ ਗਿੱਲ ਦੇ ਭਾਣਜਾ ਹੈ ਸਨੀ ਮਲਾਉਦ ਰੋੜੀਆਂ ਇਕਬਾਲ ਸਿੰਘ ਸਿਆਲ ਉਹ ਵੀ ਬਾਹਰ ਬੈਠਾ ਕਰਮਜੀਤ ਕੰਮਾ ਬਲਾਲਾ ਹੈਪੀ ਮੁੰਡੀਆਂ ਹਰਸ਼ ਮੁੰਡੀਆਂ ਸੁੱਖਾ ਮੁੰਡੀਆਂ ਵੀ ਬਾਹਰ ਬੈਠੇ ਨੇ ਸੁੱਖਾ ਨਾਗਰਾ ਗੁੜ ਯੋਧਾ ਸੰਦੀਪ ਸਿੰਘ ਬੈਲਪੁਰ ਸੰਦੀਪ ਸਿੰਘ ਬਾਲੀ ਪਲਾਈ ਇਹ ਬਾਲੀ ਵੀ ਬਾਹਰ ਬੈਠਾ ਭਾਈ ਆ ਗਈ ਭਾਈ ਖੜ ਜਿਓ ਗੱਡੀ ਰੋਕ ਲਈ ਛੋਟੇ ਖੜ ਜਾ ਬੰਦਾ ਉਹ ਮੁੰਡਿਆ ਉਹ ਭੱਜ ਗਏ ਗਾ ਚਲੋ ਗਾ ਕਿੱਥੇ ਖੜ ਗਿਆ ਸਾਰੇ ਆ ਕੇ ਕੌਣ ਆ ਗਈ ਤੇਈ ਉਣਾਹਠ ਦਾ ਸਮਾਂ ਜੀ 23-59 ਸੁੱਖਾ ਸਾਂਤਪੁਰ ਰਣਜੀਤ ਸਿੰਘ ਦਸਾਲ ਨਾਲ ਧੰਨਵਾਦ ਜੀ ਬਾਈ ਸਾਡੇ ਹਰਨੇਕ ਸਿੰਘ ਜੀ ਕੜੂਆ ਸਾਬਕਾ ਕੈਬਨਿਟ ਮੰਤਰੀ ਪੰਜਾਬ ਸਰਕਾਰ ਇਹਨਾਂ ਦੇ ਪਿੰਡ ਹੈ ਭਾਈ ਇਹਨਾਂ ਦੀ ਆਪਣੀ ਖੇਡ ਹੈ ਧੰਨਵਾਦ ਕਰਦੇ ਹਾਂ ਬਾਈ ਹਰਨੇਕ ਸਿੰਘ ਜੀ ਕੜੂਆ ਸਮਾਂ ਕੱਢ ਕੇ ਸਾਡੇ ਖੇਡ ਮੇਲੇ 'ਚ ਪਹੁੰਚੇ ਤਹਿ ਦਿਲੋਂ ਧੰਨਵਾਦੀ ਆਪਣੇ ਵੀਰ ਦੇ ਸਰਦਾਰ ਹਰਨੇਕ ਸਿੰਘ ਜੀ ਘੜੂਆ ਸਾਡੇ ਪਰਮ ਮਿੱਤਰ ਨੇ ਸਾਡੀ ਭਾਈ ਸੱਜੀ ਬਾਂਹ ਹੈ ਮੈਂ ਧੰਨਵਾਦ ਕਰਦਾ ਆਪਣੇ ਵੀਰ ਦਾ ਕਿਹੜੇ ਮੇਲੇ 'ਚ ਪਹੁੰਚਣ ਦੇ ਭਾਈ ਜੀ ਰਾਹ ਖਾਲੀ ਕਰੋ ਛੋਟੇ ਭਾਈ ਰਾਹ 'ਚ ਨਹੀਂ ਜਾਣਾ ਭਾਈ ਰਾਹ 'ਤੇ ਬਾਹਰ ਹੋ ਜਾਓ ਭਾਈ ਰਾਹ 'ਤੇ ਬਾਹਰ ਹੋ ਜਾਓ ਸਾਡੀ ਟਰਾਲੀ ਦੇ ਬੂਰਾਂ ਨੂੰ ਲੰਘਿਆ ਕਰੋ ਪਿਛਾ ਨੂੰ ਆਇਆ ਕਰੋ ਰਾਹ ਦੇ ਵਿੱਚ ਛੋਟੇ ਭਾਈ ਪਿਛਾ ਨੂੰ ਆ ਜਾਇਆ ਕਰੋ ਤਿਆਰੀ ਹੈ ਭਾਈ ਪੰਜੇ ਸ਼ਬਦਾਂ ਨੂੰ 500 ਰੁਪਈਆ ਮੈਂ ਆਪਣੇ ਵੀਰਾਂ ਦੇ ਫੇਰ ਨਾਮ ਬੋਲ ਦਿੰਦੇ ਆ ਸ਼ਬਦ ਭੱਜ ਲੈਣ ਦਿਓ ਜਿਹਨਾਂ ਨੇ 2500 ਰੁਪਈਆ ਪੰਜੇ ਸ਼ਬਦਾਂ ਵਾਸਤੇ ਭੇਜਿਆ ਉਹਨਾਂ ਵੀਰਾਂ ਦਾ ਧੰਨਵਾਦ ਆ ਹੁਣੇ ਦੇਖੋ 28 ਤਰੀਕ ਨੂੰ ਕਾਰਖਾਨਾ ਬਾਈ ਸੁੱਖੇ ਹੋਣੀ ਅਮਨ ਹੋਣੀ ਗੁਰਮੇਲ ਸਿੰਘ ਹੋਣੀ ਗੁਰਮੁਖ ਸਿੰਘ ਹੋਣੀ ਸ਼ਿੰਗਾਰਾ ਸਿੰਘ ਨੇ ਰਣਜੀਤ ਸਿੰਘ ਨੇ ਮੇਲਾ ਕਰਵਾਇਆ ਉਹਨਾਂ ਨੇ ਕਾਰਖਾਨਾ 178 ਗੱਡੀ ਨੇ ਭਾਗ ਲਿਆ ਖੀਰੇ ਦੁੱਗੇ ਬੱਚਿਆਂ ਦੇ ਵਿੱਚ 178 ਛੱਡੋ ਭਾਈ ਆ ਗਈ ਭਾਈ ਬਾਹਰ ਬੈਠੇ ਨੇ ਸਰਦਾਰ ਰਣਜੀਤ ਸਿੰਘ ਕੁੱਲਾ ਬਾੜੀਆਂ ਕੈਨੇਡਾ ਸਰਦਾਰ ਰਾਜੂ ਸਰਾਲਾ ਸਰਦਾਰ ਗੋਗੀ ਹਰੀਪੁਰ ਉਹ ਵੀ ਬਾਹਰ ਬੈਠੇ ਨੇ ਚੌਵੀ ਛਿਆਹਠ ਇਹ ਸਰਦਾਰਾ ਸਿੰਘ ਹੋਰਾਂ ਦੇ ਜੀ ਪਿੰਡ ਸੱਲੋ ਮਾਜਰਾ ਨੇੜੇ ਚਮਕੌਰ ਸਾਹਿਬ ਗਲਵਾਨੀ ਕਰ ਗਿਆ ਸਰਦਾਰ ਜੱਗੀ ਪਿੰਡ ਰੁੜਕੀ ਲਓ ਜੀ ਪਹਿਲੀ ਸ਼ਿਫਟ ਭੱਜ ਚੁੱਕੀ ਹੈ ਦੂਜੀ ਸ਼ਿਫਟ ਵਾਲੇ ਵੀਰੋ ਘੜੀ ਮੈਂ ਆਪਣੀ ਦੱਬ ਲਈ ਹੈ 10 ਮਿੰਟ ਦਾ ਸਮਾਂ ਜੀ ਆਹ ਸ਼ਿਫਟ ਦਾ ਸਮਾਂ ਘੱਟ ਦੇਖੋ ਜੀ ਇੱਕ ਆ ਨੌਂ ਦੇ ਦਿਓ ਜਿਹਨਾਂ ਨੇ ਸਾਥੀਆਂ ਨੇ ਮਾਇਆ ਦਿੱਤੀ ਹੈ ਮੈਂ ਇੱਕ ਵਾਰੀ ਫਿਰ ਨੌਂ ਬੋਲ ਦੇਵਾਂ ਲਓ ਜੀ ਜਿਹਨਾਂ ਵੀਰਾਂ ਨੇ ਇਹ ਸ਼ਬਦ ਦਾ ਬਈ ਜੱਸਾ ਹੇੜੀਆਂ ਬਾਈ ਉਣਾਹਠ ਕਿਆ ਮਤਲਬ ਜੱਸਾ ਹੇੜੀਆਂ ਆਪਣਾ 500 ਰੁਪਇਆ ਕੇ ਲੈ ਜਾਓ ਭਾਈ ਜੱਸਾ ਹੇੜੀਆਂ ਨਾਲ ਬੈਠਾ ਤਾਂ ਗੁਰਵਿੰਦਰ ਸਿੰਘ ਗੁਰਸ਼ਰਨ ਉਟਾਲਾ ਗੁਰਵਿੰਦਰ ਸਿੰਘ ਸੀ
ਗਰ ਸ਼ਰਨ ਉਟਾਲਾ ਬਾਈ ਨੂੰ ਹਰ ਜਿਨ੍ਹਾਂ ਨੇ ਲਾਇਆ ਇਹ 500 ਰੁਪਇਆ ਜੀ ਸਪੈਸ਼ਲ ਦਾ ਹੈ। ਦਲਜੀਤ ਸਿੰਘ ਘੜੂਆ, ਪੰਬਾ ਭੂਰੇ, ਕੁਲਵਿੰਦਰ ਢਿੱਲੋਂ, ਮਨਪ੍ਰੀਤ ਘੜੂਆ, ਗੋਰੀ ਬਵਨਹਾੜਾ, ਸਨੀ ਯੂਐਸਏ, ਬੱਲਾ ਬੀਬੀ ਪਰ ਸੱਤਾ ਘੜੂਆ, ਇਹਨਾਂ ਵੱਲੋਂ ਇਹ ਪੰਜੇ ਸ਼ਬਦਾਂ 'ਚ ਮਾਇਆ ਲੱਗੀ ਹੋਈ ਹੈ। ਬਾਬਾ ਜੀ ਉਹਨਾਂ ਦਾ ਧੰਨਵਾਦ ਕਰਦੇ। ਸੰਤ ਬਾਬਾ ਕਰਮ ਸਿੰਘ ਜੀ ਨਸਲ ਪਰ ਕਰਸ਼ਨ ਖੇੜੀ ਗੁਜਰਾਂ, ਸਰਪੰਚ ਸਰਦਾਰ ਜਸਵੀਰ ਸਿੰਘ ਅੰਬ ਛੱਪਾ ਜੰਡਲੀ, ਵਾਹ ਜੀ ਨਹਿਰੀ ਸਾਸ ਲਓ ਜੀ। ਸਾਡੇ ਪਰ ਮਿੱਤਰ ਬਿੱਕੀ ਬਾਠ ਕਰਾਲੀ ਪਹੁੰਚੇ, ਧੰਨਵਾਦ ਕਰਦੇ ਹਾਂ, ਬੜੀ ਮਿਹਰਬਾਨੀ। ਇਹ ਪਹਿਲੀ ਸ਼ਿਫਟ ਨੇ ਦੇਣਾ, ਦੱਸਿਆ ਕਰੋ ਗੌਰ ਕਿਰਾਏ ਘਰ ਸਵਾਰ ਕੇ। ਲਓ ਜੀ ਪਹਿਲੀ ਸ਼ਿਫਟ ਚ 200 ਰੁਪਇਆ ਪੀਤਾ ਬਈ, ਉਹ ਮੈਂ ਤਾਂ ਕਿਹਾ ਇਹਨਾਂ ਨੇ ਖੇਡ ਨੂੰ ਲਾਇਆ, ਤੂੰ ਕਹਿੰਦਾ ਖੇਡ ਨੂੰ ਦੇਣਾ। ਜੀ ਆਰ ਬੀ ਬੋਰਡ ਪੰਜਾਬ ਸੈਕਟਰੀ ਹਰਵੰਸ ਸਿੰਘ ਬਾਂਸੀ ਮਾਨਕੀ, ਇਹ 700 ਰੁਪਇਆ ਹੋ ਗਿਆ ਇਹਨਾਂ ਦਾ ਬਾਈ, ਕਲੀਅਰ ਕਰ ਦਿਆ ਕਰੋ। ਦੇਖੋ ਜਿਹੜਾ ਨਾਮ ਹੈ ਬੜਾ ਔਖਾ ਮਿਲਦਾ, ਬਹੁਤ ਔਖਾ ਮਾਣ ਤਾਂ ਜੇ ਆਪਾਂ ਡੱਕਾ ਚੱਕ ਕੇ ਕਰ ਦਈਏ ਨਾ, ਮਾਣ ਡੱਕਾ ਚੱਕ ਕੇ ਵੀ ਤੇਰਾ ਮਾਣ ਕਰਦੇ, ਉਹ ਵੀ ਬਹੁਤ ਵੱਡੀ ਗੱਲ ਹੈ। ਹਾਂ ਬਿੱਕੀ ਬਾਠ ਚਾਹੇ ਕੜੂਆ ਕਹਿ ਲਓ ਚਾਹੇ ਕਰਾਲੀ ਕਹਿ ਲਓ, ਧੰਨਵਾਦ ਕਰਦੇ ਸਰਪੰਚ ਜਸਵੰਤ ਸਿੰਘ ਜੀ ਧੌਲ ਮਾਜਰਾ। ਆ ਸਾਹਮਣੇ ਕਈ ਸਾਲ ਪਹਿਲਾਂ ਬੁੱਢੇ ਵਾਲ ਕਾਰ ਰੱਖੀ, ਜਦੋਂ ਉਹਨਾਂ ਨੇ ਕਾਰ ਪਹਿਲਾ ਨਾ ਹਰੀ ਪੱਗ ਬੰਨੀ ਰਾਹ ਜਾਂਦੇ, ਇਹ ਸਰਪੰਚ ਜਸਵੰਤ ਸਿੰਘ ਧੌਲ ਮਾਜਰਾ ਨੇ, ਇਹਨਾਂ ਨੇ ਜਿੱਤੀ ਦੀ ਨਾਲ ਹਰਬੰਸ ਸਿੰਘ ਭੈਰੋਂ ਮੰਨੇ ਦਾ ਬੋਰਡ ਤਾਂ ਕਾਰ ਜਿੱਤ ਗਏ ਦੇ ਮਿੱਤਰੋ ਬੁੱਢੇ ਵਾਲ ਦੀ ਖੇਡ ਦੀ ਆਈ ਜਾਣੀ ਆਂਟੀ ਸਾਹਿਬ ਤੱਕ ਹੀ ਨੀ ਪਤਾ ਲੱਗਦਾ ਜੀ ਇਹਦਾ ਆਂਟੀ ਆਈ ਜਾਣੀ ਜਾਈ ਜਾਣੀ ਕਿੰਨੀਆਂ ਘੰਟੇ ਹੋ ਗਈਆਂ ਵੀ ਤੁਹਾਡੇ ਸਾਹਮਣੇ ਹੁਣ ਤਾਂ 45 ਹੋ ਗਈ। ਸਰਦਾਰ ਜੱਸਾ ਸਪੁੱਤਰ ਸਰਦਾਰ ਹਰਨੇਕ ਸਿੰਘ ਪਿੰਡ ਹਸਨਪੁਰ, ਉਹ ਵੀ ਦੇਖੋ ਜਵਾਨ ਬਾਹਰ ਬੈਠਾ। ਸਰਦਾਰ ਜਗਜੀਤ ਸਿੰਘ ਸਪੁੱਤਰ ਸਰਦਾਰ ਲਖਵੀਰ ਸਿੰਘ ਸਮਾਣਾ, ਪੋਤਰਾ ਮਹਿੰਦਰ ਸਿੰਘ ਹਰਦਿਤ ਸਿੰਘ ਸਮਾਣਾ, ਉਹ ਵੀ ਬਾਹਰ ਬੈਠਾ। ਜਦੋਂ ਸਮਾਣੇ ਖੇਡ ਹੋਈ ਜਗਜੀਤ ਨੇ 51,000 ਰੁਪਇਆ ਭੇਜਿਆ ਤਾ, ਸਤਿ ਸ੍ਰੀ ਅਕਾਲ। ਲਓ ਜੀ ਫਤਿਹਪੁਰ ਤੋਂ ਬਾਈ ਬਲਦੇਵ ਸਿੰਘ, ਸਾਡੇ ਪਰ ਮਿੱਤਰ ਦੇ ਇਹਨਾਂ ਪਰਿਵਾਰ ਦੇ ਬੋਰਡ ਵੀ ਭੱਜੇ, ਉਹਨਾਂ ਦੇ ਲਾਡਲੇ ਸਪੁੱਤਰ ਪਹੁੰਚੇ ਹੋਏ ਨੇ, ਧੰਨਵਾਦ ਕਰਦੇ ਔਰ ਸਪੈਸ਼ਲ ਨਾਮ ਦੇ ਕੇ ਮੇਰਾ ਮਾਣ ਵੀ ਕਰਦੇ ਨੇ, ਮੈਂ ਧੰਨਵਾਦੀ ਹਾਂ। ਉਹ ਬਾਈ ਜੀ ਇੱਕ ਬੇਨਤੀ ਹੈ, ਜਿਹੜੇ ਵੀਰ ਲਾਈਨ ਪਰ ਬੈਠੇ ਆ ਨਾ, ਉਹ ਹੱਥ ਬੰਨ ਕੇ ਬੇਨਤੀ ਹੈ ਲਾਈਨ ਪਰ ਨਾ ਬੈਠਣ, ਬਈ ਹੱਥ ਬੰਨ ਕੇ ਸਾਡੀ ਬੇਨਤੀ ਹੈ ਲਾਈਨ ਪਰ ਨਾ ਬੈਠਿਓ ਜੀ, ਉਰੇ ਬੈਠਿਓ ਗੱਡੀ ਦੇ ਬਚ ਕੇ ਰਿਹੋ, ਹੱਥ ਬੰਨ ਕੇ ਬੇਨਤੀ ਹੈ ਮਿੱਤਰੋ, ਖੁਸ਼ੀ ਦੇ ਵਿੱਚ ਦੁੱਖ ਨਾ ਹੋ ਜਾਵੇ, ਇਹ ਗੱਲ ਦਾ ਧਿਆਨ ਰੱਖਿਓ, ਖੁਸ਼ੀ ਨੂੰ ਆਪਾਂ ਖੁਸ਼ੀ 'ਚ ਰੱਖੀਏ। ਲਓ ਜੀ ਬਿੱਕੀ ਬਾਠ ਕਰਾਲੀ ਹਰਜੀਤ ਸਿੰਘ ਇਟਲੀ, ਇਹ ਵੀ ਲਾਈਵ ਜੁੜੇ ਹੋਏ ਨੇ, ਸਰਦਾਰ ਹਰਜੀਤ ਸਿੰਘ ਇਟਲੀ, ਇਹ ਸਰਦਾਰ ਬੁੱਗਾ ਚੈੜੀਆਂ ਦੇ ਭਰਾ ਨੇ ਸਰਦਾਰ ਹਰਜੀਤ ਸਿੰਘ ਜੀ ਇਟਲੀ, ਇਹ ਵੀ ਲਾਈਵ ਜੁੜ ਗਏ ਨੇ। ਸਰਦਾਰ ਇੰਦਰਜੀਤ ਸਿੰਘ ਜੀ ਜੀਤੀ ਨਿਊ ਲਾਈਟ ਪਬਲਿਕ ਸਕੂਲ ਵਾਲੇ, ਉਹ ਵੀ ਖੇਡ ਦਾ ਆਨੰਦ ਮਾਣ ਰਹੇ ਨੇ, ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ, ਬੜੀ ਮਿਹਰਬਾਨੀ ਉਹਨਾਂ ਵੀਰਾਂ ਦੀ ਵੀ। ਸਰਦਾਰ ਸੁੱਖਾ ਬੁਲਾਉਂਗੀ, ਧੰਨਵਾਦ ਜੀ ਪਹੁੰਚਣ ਦੇ, ਬੜੀ ਮਿਹਰਬਾਨੀ। ਸਮਾਣੇ ਜਦੋਂ ਖੇਡਾਂ ਹੋਈਆਂ ਜਗਜੀਤ ਸਿੰਘ ਉਹਨਾਂ ਦੇ ਭਰਾ ਨੇ ਆਸਟ੍ਰੇਲੀਆ ਤੋਂ ਵੀ 15,000 ਰੁਪਇਆ ਮੇਰੇ ਆਦ ਉਸ ਖੇਡ ਵਾਸਤੇ ਭੇਜਿਆ ਤਾ, ਸਰਪੰਚ ਕੇਸਰ ਸਿੰਘ ਸਮਾਣਾ ਉਸ ਖੇਡ ਦੀ ਕਮਾਂਡ ਕਰ ਰਹੇ ਤੇ, ਬੜਾ ਵਧੀਆ ਮੇਲਾ ਕਰਵਾਇਆ ਤਾ,
ਪਿਛਲੇ ਸਾਲ ਹੀ ਢੋਲਣ ਵੱਜ ਰਹੇ ਸਰਦਾਰ ਸੱਚਾ ਸਿੰਘ ਜੀ, ਸਰਦਾਰ ਬੇਲੀ ਬੈਲੀ ਉਹਨਾਂ ਦੇ ਸਪੁੱਤਰ ਨੇ, ਹਾਨੀ ਉਹਨਾਂ ਨੇ ਇਹ ਰੋਡੇ ਉਹਨਾਂ ਨੇ ਜਦੋਂ ਖੇਡ ਕਰਾਈ ਉੱਥੇ ਵੀ ਮੋਟਰਸਾਈਕਲ ਰੱਖਿਆ ਗਿਆ ਤਾਂ ਪਹਿਲਾਂ ਨਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਰਦਾਰ ਜਸਵੰਤ ਸਿੰਘ ਸਿੰਧਵਾ ਜਿਹਨਾਂ ਨੇ ਚੋਟੀ ਦੇ ਬਾਲ ਵੀ ਭਜਾਏ, ਚੋਟੀ ਦੀ ਗੱਡਵਾਨੀ ਵੀ ਕਰੀ ਹੈ, ਉਹ ਵੀ ਜੁੜ ਗਏ ਨੇ ਖੇਡ ਦੇ ਨਾਲ। ਸਰਦਾਰ ਜਸਵੰਤ ਸਿੰਘ ਜੀ ਸਿੰਧਵਾ ਉਹਨਾਂ ਦਾ ਵੀ ਧੰਨਵਾਦ ਕਰਦਾ। ਮਿੱਤਰੋ ਯਾਰਾਂ ਦੇ ਯਾਰ ਨੇ, ਸਾਡੇ ਮਿੱਤਰ ਨੇ ਸਰਦਾਰ ਜਸਵੰਤ ਸਿੰਘ ਜੀ ਸਿੰਧਵਾ, ਹੋ ਸਕਦਾ ਸਰਦਾਰ ਮਨਤੇਜ ਸਿੰਘ ਗੁੱਜਰਵਾਲ ਵੀ ਜੁੜੇ ਹੋਣਗੇ ਜ਼ਰੂਰ ਖੇਡ ਦੇ ਨਾਲ। ਉਹ ਵੀ ਸ਼ੌਕੀ ਨੇ, ਉਹ ਕੁੱਤਿਆਂ ਦੇ ਵੀ ਸ਼ੌਕੀ ਹੈ ਔਰ ਭਾਈ ਬੁਰਦਾਂ ਦੇ ਵੀ ਸ਼ੌਕੀ ਹੈ। ਸਰਦਾਰ ਮਨਤੇਜ ਸਿੰਘ ਪਿੰਡ ਗੁੱਜਰਵਾਲ ਉਹਨਾਂ ਦਾ ਵੀ ਧੰਨਵਾਦ। ਹਾਂਜੀ ਸਰਪੰਚ ਸਰਦਾਰ ਸਰਬਜੀਤ ਸਿੰਘ ਵਿਦੇਸ਼ ਕਲਾਂ, ਮੈਂ ਪਹਿਲਾਂ ਵੀ ਗੱਲ ਕਰਦਾ ਤਾ, ਪਹਿਲਾਂ ਸਰਪੰਚ ਪ੍ਰੀਤਮ ਸਿੰਘ ਜੀ ਵਿਦੇਸ਼ ਕਲਾਂ ਨੇ ਉੱਥੇ ਖੇਡਦਾ ਹੱਥ ਬੰਨ ਕੇ ਬੇਨਤੀ ਹੈ ਵੀ ਆਲੂ ਖਾਲੀ ਕਰੋ। ਆਲੂ ਵਾਲੇ ਵੀਰ ਕਹਿੰਦੇ ਆਲੂਆਂ ਭਰਨਾ ਬੈਠੋ ਬਾਈ, ਕੋਈ ਪੱਕੀਆਂ ਲੌਲਾਂ ਭਰੋ ਜੋ ਆਲੂਆਂ ਭਰਨਾ ਬੈਠੋ। ਹੱਥ ਬੰਨ ਕੇ ਬੇਨਤੀ ਹੈ ਬਾਈ, ਸੁਣੋ ਆ ਜਿਹੜੇ ਸਾਹਮਣੇ ਤੁਸੀਂ ਬੈਠੇ ਆਲੂਆਂ 'ਚ ਬੈਠੇ, ਖਾਲੀ ਕਰ ਦਿਓ ਆਲੂ ਬਾਈ, ਬਾਹਰ ਬੈਠੋ। ਹੱਥ ਬੰਨ ਕੇ ਬੇਨਤੀ, ਆਲੂ ਵਾਲੇ ਵੀਰ ਦੇਖੋ ਇਤਰਾਜ਼ ਕਰਦਾ, ਬੜੀ ਮਿਹਨਤ ਕਰਕੇ ਅਗਲਾ ਫਸਲ ਤਿਆਰ ਕਰਦਾ। ਮੇਰੀ ਹੱਥ ਬੰਨ ਕੇ ਬੇਨਤੀ ਹੈ, ਬਾਹਰ ਬਹਿ ਜਾਓ, ਉਰੇ ਬਹਿ ਜਾਓ, ਪਰਾਂ ਬਹਿ ਜਾਓ, ਡੌਲਾਂ ਪਰ ਬਹਿ ਜਾਓ, ਜਿੱਥੇ ਜੀ ਕਰਦਾ ਬਹਿ ਜਾਓ, ਆਲੂ ਛੱਡ ਦਿਓ, ਛੱਡ ਦਿਓ ਮੇਰਾ ਵੀਰ ਬਣ ਕੇ, ਕਰ ਦਿਓ ਕਿਰਪਾ। ਉਹੀਓ ਕਢਾਈ ਆਪਣੇ ਪਰ ਤਾਂ ਗੁਰੂ ਦੀ ਕਿਰਪਾ ਨਾਲ, ਜ਼ਿਮੀਂਦਾਰ ਤਾਂ ਉਂਝੋ ਆ ਰੋਜ਼ ਹੀ ਬਰਸਾਤ ਬਣੀ ਪਈ ਹੈ, ਨੀਵੇਂ ਇਲਾਕਿਆਂ 'ਚ ਕਣਕਾਂ ਵੀ ਮਰ ਗਈਆਂ। ਹੁਣ ਭਾਈ ਬਚਾਓ ਕਰੋ, ਬਚਾਓ ਇਹਨਾਂ ਦਾ, ਆਲੂਆਂ 'ਤੇ ਬਚਾਓ ਕਰੋ, ਬੇਨਤੀ ਹੈ ਭਾਈ। ਨਾ ਬੈਠੋ ਡੋਲਾਂ ਪਰ, ਪੱਕੀਆਂ ਪਰ ਬਹਿ ਜਾਓ, ਪਰੇ ਬਹਿ ਜਾਓ, ਬਹੁਤ ਜਗ੍ਹਾ ਯਾਰ ਬੈਠਣ ਨੂੰ, ਕੋਈ ਤੰਗੀ ਹੋ ਨਹੀਂ। ਉਹ ਪਰਲਾ ਖੇਤ ਖਾਲੀ ਹੈ, ਦੇਖੋ ਜਿੱਥੇ ਸਾਥੀ ਬੈਠੇ ਉੱਥੇ ਜਾ ਕੇ ਬਹਿ ਜਾਓ, ਬਹਿ ਜਾਓ ਮੇਰਾ ਭਾਈ। ਸਰਪੰਚ ਸਰਦਾਰ ਸਰਬਜੀਤ ਸਿੰਘ ਵਿਦੇਸ਼ ਕਲਾਂ, ਪੰਜ ਬੱਚੇ ਇਕੱਠੇ ਭੱਜੇ ਇੱਕੋ ਟਾਈਮ ਪੰਜ। ਸਿਆਣੇ ਐਵੇਂ ਨਹੀਂ ਕਹਿੰਦੇ ਵੀ ਸ਼ੌਂਕ ਦਾ ਨਹੀਂ ਬੁੱਲ ਹੋਇਆ ਕਰਦਾ ਮਿੱਤਰ, ਸ਼ੌਂਕ ਦਾ ਕਿਹੜਾ ਬੁੱਲ ਹੈ, ਸੁੱਖਾ ਬਣਾਉਂਗੀ ਜਦੋਂ ਕਾਲੇ ਉਹ ਨਹੀਂ ਭੱਜੇ ਨਾ, ਸੁੱਖਾ ਬਣਾਉਂਗੀ। ਜੰਗ ਸਿੰਘ ਸੋੜਕੀਆਂ ਉਹਨਾਂ ਦਾ ਬੱਗਾ ਟਕੋਰਿਆਂ ਵਾਲਾ ਬੁੜਦ ਮਿੱਤਰ, ਧੰਨ ਧੰਨ ਕਰਾ ਕੇ ਰੱਖੀਏ ਖੇਡਾਂ ਦੇ ਵਿੱਚ, ਧੰਨ ਧੰਨ। ਬਹੁਤ ਵੱਡੇ ਘੱਟ ਦੇ ਵਿੱਚ ਇੱਕ ਵਾਰੀ ਮਕਸੂਦਲੇ, ਲਓ ਜੀ ਮੇਰੀ ਪੋਤਰੀ ਛੋਟੀ ਜੀ ਬੱਚੀ ਸਾਂਸਪੁਰ ਤੋਂ, ਉਹ ਵੀ ਆਪਣੇ ਦਾਦਾ ਜੀ ਦਾ ਮਾਣ ਕਰਦੀ ਹੈ ਬੱਚੀ ਭਾਈ। ਚਲੋ ਤਾਂ ਅਸੀਂ ਤਾਂ ਭਾਈ ਨਿਆਣਿਆਂ ਨੂੰ ਦੇਣੇ ਚਾਹੀਦੇ, ਨਿਆਣੇ ਸਾਨੂੰ ਪੈਸੇ ਦੇਈ ਜਾਂਦੇ ਭਾਈ, ਧੰਨਵਾਦ ਬੱਚੀ ਦਾ ਵੀ। ਜਸਪਿੰਦਰ ਸਿੰਘ ਗੁੰਮਾ ਸਾਂਸਪੁਰ, ਆਪਣੇ ਜਿਹੜੀ ਮੈਲ ਬੈਨਤੀ ਖਤਮ ਹੋਈ ਹੈ ਉਹਦੇ ਵੀ ਭਾਈ ਖਜਾਨਚੀ ਨੇ, ਗੋਰੀ ਜਸਪਾਲ ਬਾਂਗਰ ਔਰ ਗੁੰਮਾ ਸੌਂਸਪੁਰ, ਇਹ ਦੋਵੇਂ ਖਜਾਨਚੀ ਨੇ। ਸਰਦਾਰ ਜੱਗਾ ਕਿਲਾ ਰੈਪਰ ਉਹ ਸਕੱਤਰ ਨੇ, ਜਸਵੀਰ ਸਿੰਘ ਬਿੱਟੂ ਕੂਮਕਲਾ ਪ੍ਰਧਾਨ ਨੇ, ਸਰਪ੍ਰਸਤ ਨੇ ਭਾਈ ਸੁਰਿੰਦਰ ਸਿੰਘ ਸਿੰਧਾ ਕਢਾਣੀ ਕਲਾ। ਇਹ ਧੰਨਵਾਦ ਸਾਰੇ ਗਰੁੱਪ ਦਾ ਹੀ ਭਾਈ, ਇਹ ਜਿਹੜੇ ਬੈਨ ਤਾਂ ਖਤਮ ਹੋ ਗਿਆ, ਧੰਨਵਾਦ ਕਰਦੇ ਹਾਂ ਜੀ। ਸਰਦਾਰ ਗੁਰਪ੍ਰੀਤ ਸਿੰਘ ਜੀ ਹਰਗਣਾ ਇਟਲੀ, ਉਹ ਵੀ ਲਾਈਨ ਲਾਉਣ ਜੁੜੇ ਨੇ। ਸਰਦਾਰ ਗੁਰਪ੍ਰੀਤ ਸਿੰਘ ਹਰਗਣਾ ਇਟਲੀ, ਸਰਦਾਰ ਹਰਜੀਤ ਸਿੰਘ ਜੀ ਇਟਲੀ, ਧੰਨਵਾਦ ਕਰਦੇ ਹਾਂ ਬਈ ਉਹਨਾਂ ਦੇ ਵੀ ਜੁੜਨ 'ਤੇ, ਬੜੀ ਮਿਹਰਬਾਨੀ। ਬਾਈ ਜੀ ਇੱਧਰ ਹੋ ਜਾਓ, ਇੱਕ ਤਾਂ ਝੰਡੀ ਆ ਮੇਰੀ ਬੂਰਾ, ਇੱਧਰ ਆ ਜਾਓ ਤੁਸੀਂ ਛੋਟੇ ਭਾਈ, ਹਾਂ ਝੰਡੀ ਨੂੰ ਉੜਕਾ ਲੱਗਦਾ, ਧੰਨਵਾਦ ਬੜੀ ਮਿਹਰਬਾਨੀ। ਸਾਈਕਲਾਂ ਦਾ ਡਰਾ ਕੱਲ੍ਹ ਨੂੰ 100 ਰੁਪਇਆ, 4000 ਦਾ ਸਾਈਕਲ ਹੈ ਹੁਣ, 100 ਰੁਪਏ ਨਾਲ ਜਿਹਦੀ ਕਿਸਮਤ ਦਾ ਜਮਾ ਲਓ, 100-100 ਰੁਪਇਆ ਦਿਓ, ਆਪਣੇ ਟੈਲੀਫੋਨ ਨੰਬਰ ਦਿਓ, ਕੱਲ੍ਹ ਨੂੰ 5 ਵਜੇ ਨਾਲੇ ਕਬੱਡੀਆਂ ਦੇਖਿਓ ਨਾਲੇ ਆਪਣੇ ਡਰਾ ਦੇਖਿਓ, ਜਿਹਦਾ ਨਿਕਲਦਾ ਆਪਣਾ ਸਾਈਕਲ ਲੈ ਕੇ ਜਾਇਓ। ਸਾਈਕਲ ਦੀ ਵੀ ਆਪਾਂ ਨੂੰ ਜ਼ਰੂਰਤ ਹੈ, ਹੁਣ ਤਾਂ ਸਾਈਕਲ ਜ਼ਰੂਰ ਚਾਹੀਦਾ ਭਾਈ ਚਲਾਉਣ ਨੂੰ। ਲਓ ਜੀ ਸਮਾਂ ਹੋ ਗਿਆ ਮੇਰੀ ਘੜੀ ਪਰ, 10 ਮਿੰਟ ਦਿੱਤੇ ਤੇ 10:30 ਮਿੰਟ ਹੋ ਗਏ ਹੈ, ਹੁਣ ਕਿਸੇ ਜੋੜੀ ਨੂੰ ਨਹੀਂ ਲੰਘਣ ਦੇਵਾਂਗੇ।
ਹੁਣ ਕੋਈ ਜੋੜੀ ਨਹੀਂ ਲੰਘੂਗੀ। ਇੱਕ ਵਾਰੀ ਖੇਡਾਂ ਫੇਰ ਸੁਣ ਲਓ, ਜਿਹਨਾਂ ਦਾ ਮੈਨੂੰ ਪਤਾ ਹੈ। ਜੇ ਕੋਈ ਰਹਿ ਜਾਂਦੀ ਹੈ ਕਿਸੇ ਦੀ ਖੇਡ ਬੋਲਣ ਤੋਂ, ਮੈਂ ਦੱਸ ਦਿਓ ਆਪਾਂ ਬੋਲ ਦਾਂਗੇ। ਪਰਸੋਂ ਨੂੰ ਪਿੰਡ ਨਾਗਰੇ ਬੋਲ ਭੱਜਣਗੇ, ਨੋਟ ਕਰ। ਪਹਿਲਾ ਨਾਮ ਟਰੈਕਟਰ ਹੋਊਗਾ ਜੀ, ਹੋ ਸਕਦਾ ਗਾਂ 10-12 ਮੋਟਰਸਾਈਕਲ ਵੀ ਹੋ ਸਕਦਾ, ਬਾਕੀ ਮੌਕੇ ਪਰ ਉਹਨੇ ਦੱਸਣਾ। ਪਰਸੋਂ ਨੂੰ ਇਹ 5 ਤਰੀਕ ਨੂੰ ਬਾਬਾ ਰਾਘਵ ਰਾਮ ਜੀ ਯਾਦਗਿਰ ਖੇਡ ਮੇਲਾ ਪਿੰਡ ਧਮੋਟ, 6 ਤਰੀਕ ਨੂੰ ਪਿੰਡ ਧਮੋਟ ਪਹਿਲਾਂ ਖੱਚਰ ਰਹਿਣੇ ਹੈ, 12 ਵਜੇ ਸਮਾਪਤੀ ਕਰ ਦੇਣੀ ਹੈ, ਫਿਰ ਭਾਈ ਬੋਲ ਪੁੱਜਣਗੇ 6 ਤਰੀਕ ਨੂੰ। 11 ਤਰੀਕ ਨੂੰ ਜਸਪਾਲ ਬਾਂਗਰ, ਆਹ ਵੀ ਮਨਜੀਤ ਕਿਆ ਹਾਲ ਹੈ ਪੁੱਤਰਾ, ਮਨਜੀਤ ਸ਼ਾਂਤ ਪਰ ਆਪਣੇ ਸਾਥੀਆਂ ਨਾਲ ਪਹੁੰਚੇ ਨੇ, ਧੰਨਵਾਦ ਬੜੀ ਮਿਹਰਬਾਨੀ। 11 ਤਰੀਕ ਨੂੰ ਜਸਪਾਲ ਵਾਂਗਰ ਖੀਰੇ ਦੁੱਗੇ ਬੱਚੇ ਭੱਜਣੇ, 11 ਤਰੀਕ ਨੂੰ। 8 ਤਰੀਕ ਨੂੰ, ਇਸੇ 8 ਤਰੀਕ ਨੂੰ ਕਿੰਗ ਰਾਚੋ ਹੜ੍ਹ ਦੀਆਂ ਖੇਡਾਂ ਜੀ, ਇਸੇ 8 ਤਰੀਕ ਨੂੰ। 11 ਨੂੰ ਜਸਪਾਲ ਵਾਂਗਰ ਖੀਰੇ ਦੁੱਗੇ ਬੱਚੇ ਭੱਜਣਗੇ। 23 ਤਰੀਕ ਨੂੰ ਪਿੰਡ ਕਪੂਰ ਜ਼ਿਲ੍ਹਾ ਜਲੰਧਰ, ਪਹਿਲਾਂ ਗੇੜਾ ਜੀ ਇਕੱਲੇ ਖੀਰਿਆਂ ਦਾ, ਫਿਰ ਬਾਹਰ ਭੱਜਣਗੇ ਇਨਾਮਾਂ ਦੇ ਵਿੱਚ। ਲੱਕੀ ਸ਼ੇਰ ਗਿੱਲ ਜੀ ਕੈਨੇਡਾ, ਉਹ ਵੀ ਪਹੁੰਚੇ ਨੇ ਜੀ, ਆਏ ਆਖਦੇ ਆ ਸਰਦਾਰ ਲੱਕੀ ਸ਼ੇਰ ਗਿੱਲ ਕੈਨੇਡਾ, ਸਾਡੇ ਗੋਤੀ ਭਾਈ ਵੀ ਆ ਭਾਈ, ਧੰਨਵਾਦ ਉਹਨਾਂ ਦਾ ਵੀ, ਸਰਦਾਰ ਲੱਕੀ ਸ਼ੇਰ ਗਿੱਲ ਕੈਨੇਡਾ, ਧੰਨਵਾਦ ਕਰਦੇ ਆਪਣੇ ਵੀਰ ਦਾ, ਬੜੀ ਮਿਹਰਬਾਨੀ। ਖੇਡ ਭਾਈ ਹੁਣ ਸਿਖਰਾਂ ਤੇ ਪਹੁੰਚ ਗਏ ਆ, ਉਹ ਗੱਲਾਂ ਕਹੀਆਂ ਵੀ ਕੀ ਡਾਲਡੇ ਦਾ ਪੀਪਾ ਪਹਿਲਾ ਨੰਬਰ ਜਾਂ ਟੱਪ ਪਹਿਲਾ ਨੰਬਰ, ਹੁਣ ਤਾਂ ਮੋਟਰਸਾਈਕਲਾਂ ਤਾਂ ਖੇਡਾਂ ਪਹੁੰਚ ਗਈਆਂ, ਬੜੀ ਦੂਰ ਖੇਡ ਲੰਘ ਗਈ ਆ ਭਾਈ। ਭਾਈ ਬੇਨਤੀ ਅਸੀਂ ਬੰਦ ਕਰਤੇ ਤਿਆਰ, ਤੁਸੀਂ ਧਿਆਨ ਰੱਖੋ, 10 ਮਿੰਟ ਹੋ ਗਏ ਉੱਧਰ ਜੁੜਨ ਲੱਗ ਜਾਂਦੇ ਅਤੇ ਬੱਚੇ ਲੈ ਕੇ ਰਾਹ 'ਚ ਵੜ ਜਾਂਦੇ, ਧਿਆਨ ਕਰੋ ਮਾੜਾ ਮੋਟਾ ਯਾਰ। ਆ ਗੱਡੀਆਂ ਲਈ ਜਾਂਦੇ 2 ਹੁਣ ਛੋਟੇ ਭਾਈ, ਧਿਆਨ ਰੱਖੋ ਟਾਈਮ ਦਾ, ਵਾਰ ਵਾਰ ਨਾ ਕੁਆਇਓ ਮੇਤੇ, 10 ਮਿੰਟ ਦੱਸਦੇ 10 ਮਿੰਟ 'ਚ ਲੰਘ ਜਾਓ, ਨਹੀਂ ਅਗਲੀ ਸ਼ਿਫਟ ਤੱਕ ਫਿਰ ਉਡੀਕ ਕਰੋ। ਲਓ ਜੀ ਗੁਰੂਦਾਸ ਚੁੱਟ ਲੰਗਰ ਪਹੁੰਚ ਚੁੱਕਿਆ ਜੀ, ਆ ਵੀ ਲੇਟ ਹੈ ਬੱਚਾ ਯਾਰ, ਗੁਰੂ ਦਾ ਚੁੱਟ ਲੰਗਰ ਬਾਜੀ ਲੰਬੀ ਨਹੀਂ ਗੋ ਬੜਦ ਵਾਲਿਆ ਵੀਰ, ਉਧਰ ਬੱਚੇ ਜੁੜਨ ਲੱਗ ਗਏ ਭਾਈ, ਤੈਨੂੰ ਖੱਤੇ 'ਚ ਤਾਰਨਾ ਪੈ ਜਾਣਾ, ਨਹੀਂ ਬੋਲ ਧਿਆਨ ਰੱਖੋ ਗਾਹਾਂ 'ਤੇ, 10 ਮਿੰਟ ਦਾ ਮਤਲਬ 10 ਮਿੰਟ ਹੈ ਬਾਈ ਜੀ। ਜਿਹੜੇ 2 ਵੀਰ ਗਾਂ ਖੜੇ ਹੈ, 2 ਵੀਰਾਂ ਤਾਂ ਬਹਿ ਜਾਓ, ਨੇ ਇੱਧਰ ਪਾਸੇ ਰੋਕੇ ਖੜੋ ਜੀ, ਤੁਸੀਂ ਗਲਤ ਖੜੇ ਹੋ, 2 ਮੇਰੇ ਵੀਰ, ਇਹ ਤਾਂ ਬਹਿ ਜਾਓ, ਨਹੀਂ ਗਾਹਾਂ ਹੋ ਜਾਓ ਜੀ, ਧੰਨਵਾਦ ਬੜੀ ਤੁਹਾਡੀ ਮਿਹਰਬਾਨੀ। ਲਓ ਜੀ ਗੁਰੂ ਦਾ ਟੁੱਟ ਲੰਗਰ ਪਿੱਛੇ ਪਹੁੰਚ ਚੁੱਕਿਆ ਜੀ, ਜਿਹਨਾਂ ਵੀਰਾਂ ਨੇ ਲੰਗਰ ਛਕਣਾ ਹੈ ਬੜੇ ਆਰਾਮ ਨਾਲ ਜਾ ਕੇ, ਵੈਸੇ ਤਾਂ ਜਦੋਂ ਸ਼ਿਫਟ ਭੱਜ ਲਵੇ ਅਗਲੀ ਸ਼ਿਫਟ ਜਾਂਦੀ ਹੈ, ਜਦ ਭਾਈ ਲੰਗਰ ਛਕ ਲਿਆ ਕਰੋ, ਸ਼ਿਫਟ ਜਾਇਆ ਕਰੋ, ਲੰਗਰ ਛਕਿਆ ਕਰੋ, ਜਿੰਨੀ ਕੁ ਭੁੱਖ ਲੱਗੀ ਹੈ। ਲੱਕੀ ਸ਼ੇਰ ਗਿੱਲ, ਵਾਹ ਜੀ ਲੱਕੀ, ਨਹੀਂ ਰਿਸ਼ਤਾ ਹੋਏ, ਲੱਕੀ ਸ਼ੇਰ ਗਿੱਲ ਕੈਨੇਡਾ, ਧੰਨਵਾਦ ਲੱਕੀ ਬੜੀ ਮਿਹਰਬਾਨੀ। ਖੇਡਾਂ ਪਿੰਡ ਘੜੂਹੀਆਂ ਦੀਆਂ, ਪਿੰਡ ਵੀ ਮਸ਼ਹੂਰ ਹੈ, ਕਹਿੰਦੇ ਕੋਈ ਬੰਦਾ ਨਾ ਬੱਸ ਦੇ ਵਿੱਚ ਸਫ਼ਰ ਕਰਦਾ ਤਾਂ ਘੜੂਹੀਆਂ ਦਾ ਬੈਠਾ ਤਾ ਸਾਫਾ ਬੰਨਿਆ ਹੋਇਆ ਤਾਂ ਡੱਬੀਆਂ ਵਾਲਾ, ਬਈ ਲੰਗਰ ਪਹੁੰਚ ਗਿਆ ਜੀ, ਜਿਹਨਾਂ ਵੀਰਾਂ ਨੇ ਲੰਗਰ ਨਹੀਂ ਛਕਿਆ ਲੰਗਰ ਛਕ ਲਓ, ਸਾਫਾ ਬੰਨਿਆ ਹੋਇਆ ਤਾਂ ਬੱਸ ਦੇ ਸਫ਼ਰ ਕਰਦਾ ਤਾਂ ਘੜੂਹੇ ਦਾ ਬੰਦਾ ਬੈਠਾ ਤਾ ਕਨੈਕਟਰ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਤੂੰ ਤੂੰ ਮੈਂ ਹੋ ਗਈ, ਜਾਂ ਕਨੈਕਟਰ ਕੋਈ ਹੱਥ ਵਧਣ ਲੱਗਿਆ ਉਹ ਕਹਿੰਦਾ ਮਿੱਤਰਾ ਸਾਫਾ ਬੰਨਿਆ ਨਾ ਜਾਣੀ, ਪਿੰਡ ਮੇਰਾ ਘੜੂਆ ਹੈ ਤੇ ਉਹ ਪਿੰਡ ਆ ਭਾਈ ਘੜੂਆ, ਧਿਆਨ ਰੱਖਿਓ, ਤੁਸੀਂ ਮੇਰੀ ਬੇਨਤੀ ਨੂੰ ਮੰਨਦੇ ਰਹੋ ਜਾਂ ਮੈਂ ਬੇਨਤੀ ਕਰਾਂ, ਨਹੀਂ ਭਾਈ ਤੁਹਾਨੂੰ ਪਤਾ ਹੀ ਹੈ। ਉਹ ਭਾਈ ਛੋਟੇ ਭਾਈ ਐਂ ਕਿਵੇਂ ਭੱਜਣ ਗਿਆ ਭਾਈ, ਤੇ ਪਹਿਲਾਂ ਕਿਹੜੀ ਪਿੱਛੇ ਲੱਗੇ ਜਾਂਦੇ ਆਪਣੇ, ਹੈਂ ਇਹਦੇ ਨਾਲ ਦਾ ਪਿੱਛਾ ਹੁਣ ਘੜੀ ਘੜੀ ਹੋਲੇ ਜਾਜੂ, ਕਮਾਲ ਹੈ ਰਾਏ ਪਿੱਛੇ ਬਹੁਤ ਭੱਜੇ ਕਰਦੇ,
ਤੁਹਾਨੂੰ 10 ਮਿੰਟ ਦਿੱਤੇ ਇੱਕ ਜੋੜੀ ਲਗਾਤੀ ਹੁਣ ਇੱਕ ਹੋਰ ਆ ਗਿਆ ਰਾਹ ਸਾਫ਼ ਕਰੋ ਜੀ ਇੱਧਰ ਤਾਂ ਕੋਈ ਜੋੜੀ ਨਾ ਪਵੇ ਹੁਣ ਹੁਣ ਨਹੀਂ ਬਾਲ ਬੁਣ ਦੇਣਾ ਰਾਹ ਦੇ ਵਿੱਚ ਇੱਧਰ ਆ ਜਾਓ ਕੋਈ ਹੁਣ ਬੌਰਦ ਰਾਜ ਨਹੀਂ ਬਣੂਗਾ ਵੀ ਬੇਨਤੀ ਹੈ ਮੇਰੀ ਕੋਈ ਵੀ ਤਿਆਰ ਰੱਖਿਆ ਖੇਡ ਨੂੰ ਖੇਡ ਸਮਝੀਦਾ ਕੋਈ ਮੇਲਾ ਥੋੜ੍ਹਾ ਜਿਹਾ ਮੰਡੀ ਹੈ ਵੀ ਜਾਂ ਮਰਜ਼ੀ ਪਾਣੀ ਪਿਲਾ ਲਿਆਓ ਜਾਂ ਮਰਜ਼ੀ ਘੁਮਾ ਲਿਆਓ ਇਹ ਤਾਂ ਖੇਡ ਹੈ ਭਾਈ ਖੇਡ ਤਾਂ ਖੇਡੇ ਬਣ ਕੇ ਰਹਿਣੀ ਹੈ ਮਨ ਮੰਦਰ ਤਨ ਪੇਸ ਕਲੰਦਰ ਸਭ ਤੋਂ ਔਖਾ ਸਾਂਭਣਾ ਮਨ ਜਿਹਨਾਂ ਨੇ ਮਨ ਨੂੰ ਸਾਂਭ ਲਿਆ ਸਮਝ ਲਓ ਰੱਬ ਨੂੰ ਪਾ ਲਿਆ ਉਹਨਾਂ ਨੇ ਜਿਹਨਾਂ ਨੇ ਮਨ ਸਾਂਭਿਆ ਆਪਣਾ ਜੇ ਮਨ ਨਾ ਸਾਂਭ ਹੋਇਆ ਮਿੱਤਰੋ ਫਿਰ ਮਨ ਤੁਹਾਨੂੰ ਪਤਾ ਇਹ ਵੀ ਕਿਹੋ ਜਿਹੇ ਕਾਰਜ ਕਰਾ ਦਿੰਦਾ ਸਾਰੀਆਂ ਗੱਲਾਂ ਮਨ ਦੀਆਂ ਮਨ ਚੰਗੇ ਵੀ ਕਰਾਈ ਜਾਂਦਾ ਮਨ ਮਾੜੇ ਵੀ ਕਰਾਈ ਜਾਂਦਾ ਹੁਣ ਨਾ ਕੋਈ ਆਇਓ ਹੁਣ ਨੀ ਜਾਣ ਦੇਣਾ ਕੋਈ ਨੀ ਜਾਣ ਦੇਣਾ ਹੁਣ ਤਿਆਰੀ ਆ ਜੀ ਲਾ ਦੇਣ ਤੋਂ ਕੋਈ ਨੀ ਲਾ ਲਓ ਮੋੜ ਲਿਓ ਜੀ ਕੋਈ ਨੀ ਕੋਈ ਨੀ ਇੱਥੇ ਤਾਂ ਲੰਘ ਜਾਣ ਦੋ ਨੇੜੇ ਹੀ ਛੱਡੋ ਜੀ ਜੋੜੋ ਭਾਈ ਭਾਈ ਰਾਹ ਖਾਲੀ ਕਰ ਦਿਆ ਕਰੋ ਵੀਰੋ ਬੇਨਤੀਆਂ ਰਾਹ 'ਚ ਨਾ ਫਿਰੀ ਜਾਇਆ ਕਰੋ ਰਾਹ 'ਤੇ ਫੁਰਤੀ ਨਾਲ ਖੇਤਾਂ 'ਚ ਹੋ ਜਾਇਆ ਕਰੋ ਹੋ ਜਾਓ ਮੇਰਾ ਵੀਰ ਬਣ ਕੇ ਖੇਤਾਂ 'ਚ ਹੋ ਜਾਓ ਖੇਤਾਂ 'ਚ ਭੱਜ ਕੇ ਹੋ ਜਾਓ ਬਲ ਤੇਜੀ ਬਾਬਰ ਪਰੀਆ ਇਹ ਤੇਜੀ ਬਾਬਰ ਪਰ ਵਾਹ ਸਿਰ ਇਹਦਾ ਤਾਇਆ ਛੜਾ ਤਾਂ ਛੜਾ ਤੇਜੀ ਦਾ ਤਾਇਆ ਛੜਾ ਤਾਂ ਸਮਾਂ ਮਿਲਿਆ ਵਿੱਚ ਨੂੰ ਮੈਂ ਗੱਲ ਸੁਣਾਉਣਾ ਤਾਏ ਦੀ ਵੀ ਤਿਆਰੀ ਆ ਭਾਈ ਮਗਰ ਹੋ ਜਾਓ ਮਗਰ ਨੂੰ ਹਾਂ ਕਰ ਦਿਓ ਭਾਈ ਕਰਾ ਦੇ ਸੇਵਾਦਾਰ ਕਰਾ ਦਿਓ ਮੇਰਾ ਵੀਰ ਬਾਈ ਰਾਜ ਕਿਉਂ ਜਾਂਦੇ ਛੋਟੇ ਭਾਈ ਉਹ ਰਾਹ 'ਚ ਨਾ ਜਾਓ ਮੇਰਾ ਵੀਰ ਭੱਜ ਕੇ ਹੋ ਜਾਓ ਗਾਂ ਨਹੀਂ ਹੋ ਜਾਓ ਲੰਘ ਜਾਓ ਲੰਘ ਜਾਓ ਲੰਘਣਾ ਲੰਘ ਜਾਓ ਲੰਘ ਜਾਓ ਲੰਬੀ ਡਿੱਗ ਹੋ ਕੇ ਲੰਘ ਜਾਓ ਕੋਈ ਲੰਘ ਜਾਓ ਲੰਘ ਜਾਓ ਮੇਰਾ ਵੀਰ ਬਣ ਕੇ ਤਿਆਰੀ ਹੈ ਜੀ ਆ ਗਈ ਭਾਈ ਲਓ ਜੀ ਸਮਾਂ ਹੁਣ ਸੁਣੋ ਗੌਰ ਨਾਲ ਕਰੋ ਧਿਆਨ ਮੇਰੇ ਵੱਲੋਂ ਟਾਈਮ ਹੈ ਗੱਡੀ ਦਾ 21:69 ਸਮਾਂ ਮਾਰੋ ਤੁਹਾਡੀ ਇੱਕ ਵਾਰੀ ਵੀ ਪਤਾ ਲੱਗੇ ਵੀ ਹਾਂ ਬੋਲ ਮਿਲੇ ਭੱਜ ਗਈ ਸਾਬਕਾ ਸਰਪੰਚ ਸਵਰਗ ਵਾਸੀ ਸਰਦਾਰ ਪ੍ਰੀਤਮ ਸਿੰਘ ਜੀ ਸਰਪੰਚ ਪਿੰਡ ਵਿਦੇਸ਼ ਕਲਾਂ ਸਰਦਾਰ ਸੁਖਦੇਵ ਸਿੰਘ ਪਿੰਡ ਬਲਾਣਾ ਇਹ ਹਰਿਆਣੇ 'ਚ ਪਿੰਡ ਹੈ ਬਲਾਣਾ ਸਰਦਾਰ ਪ੍ਰੀਤਮ ਸਿੰਘ ਜੀ ਵਿਦੇਸ਼ ਕਲਾਂ ਸਰਦਾਰ ਸੁਖਦੇਵ ਸਿੰਘ ਜੀ ਪਿੰਡ ਬਲਾਣਾ ਹਰਿਆਣਾ ਉਹ ਮੁੰਡੇ ਇੱਧਰ ਆ ਜਾਓ ਬਾਹਰ ਵੱਲ ਰਾਹ ਨਾ ਜਾਓ ਯਾਰ ਇੱਧਰ ਆ ਜਾਓ ਮਤਲਬ ਇੱਧਰ ਆ ਜਾਓ ਆ ਜਾਓ ਇਹਨਾਂ ਉੱਤਰ ਆ ਹੋ ਜਾਓ ਲੰਬੀ ਡਿੰਗਾ ਰਾਹ ਨੂੰ ਮੁੜ ਜਾਓ ਘਰ ਸਮਾਂ ਹੋ ਗਿਆ ਜੀ ਹੁਣ ਹਾਂ ਘਰ ਸਮਾਂ ਹੁਣ ਇਹਨਾਂ ਦਾ ਹੋ ਗਿਆ ਭਾਈ ਸਭ ਤੇ ਮੂਹਰੇ ਹੀ ਖੜੇ ਹੁਣ ਤਿਆਰੀ ਆ ਜੀ ਕੀ ਭਾਈ ਲਓ ਜੀ ਬੱਜ ਗਿਆ ਨਹਿਲੇ ਪਰਦੇ ਦਾ ਟਾਈਮ ਹੈ ਜੀ 21:31
ਧਨੁਆ ਗਰੁੱਪ ਬੀ 21-31 ਇਹ ਜਿਹੜਾ ਪਰਲੇ ਪਾਸੇ ਬੋਰਡ ਭੱਜ ਗਿਆ ਹੈ ਜੀ ਮਨਜੀਤ ਸਿੰਘ ਸਾਂਤਪੁਰ ਰੋਡਾ ਕਾਈਨੌਰ ਸਾਡੇ ਵੱਲ ਧਨੋਆ ਗਰੁੱਪ ਬੀ 21-31 ਇਹ ਆ ਮੁਕਾਬਲਾ ਇਹਨੂੰ ਕਹਿੰਦੇ ਮੁਕਾਬਲਾ ਮੈਂ ਤੁਹਾਡੇ ਨਾਲ ਗੱਲ ਪਹਿਲਾਂ ਹੀ ਸਾਂਝੀ ਕਰਤੀ ਹੈ ਵੀ ਮਿੱਤਰੋ ਮੈਂ ਤਾਂ ਖੇਡ ਤੇ ਜਾ ਕੇ ਇੱਕੋ ਗੱਲ ਕਹਿ ਕੇ ਗੱਲ ਮੁਕਾ ਦਿਆ ਕਰਦਾ ਹੈ ਵੀ ਬੇਬੋਲ ਦੇ ਧਿਆਨ ਨਾਲ ਆਪਾਂ ਨੇ ਇਨਸਾਫ ਕਰਨਾ ਹੈ ਜੇ ਅਸੀਂ ਕਰੂੰਗੇ ਤਾਂ ਅਸੀਂ ਭਰੂੰਗੇ ਤਿਆਰੀ ਆ ਭਾਈ 23 ਤਰੀਕ ਨੂੰ ਕਪੂਰ ਭੱਜਣਗੇ 25 ਤਰੀਕ ਨੂੰ ਖੀਰੇ ਦੁੱਗੇ ਬੱਚੇ ਭੱਜਣਗੇ ਭਾਈ ਜਲਾਲ ਦੀ ਵਾਹ ਤਿਆਰੀ ਆ ਭਾਈ ਆ ਗਈ ਭਾਈ ਚੌਵੀ 53 ਦਾ ਸਮਾਂ ਜੀ 24-53 ਸਰਦਾਰ ਗੁਰਸੇਵਕ ਸਿੰਘ ਪਿੰਡ ਨਥਲਪੁਰ ਸੰਤ ਬਾਬਾ ਕਰਮ ਸਿੰਘ ਜੀ ਨਥਲਪੁਰ ਗੁਰਬਾਣੀ ਕਰ ਗਏ ਪੰਡਿਤ ਜੱਬੂ ਮਾਜਰਾ ਟਾਈਮ ਹੈ ਜੀ 24-53 ਦਾ ਉਹ ਵੀ ਸਮੇਂ ਤੇ ਮਿੱਤਰ ਜਦੋਂ 12-12 ਮੀਲ ਦੀਆਂ ਸ਼ਰਤਾਂ ਲੱਗੀਆਂ 6 ਮੀਲ ਜਾਣਾ 6 ਮੀਲ ਮੁੜ ਕੇ ਆਉਣਾ ਇਹ ਪੰਜਾਬ ਦੇ ਵਿੱਚ 17 ਇਸ਼ਤਿਹਾਰ ਨਿਕਲੇ ਮੁਰਦਾਂ ਦੇ 12 ਸ਼ਰਤਾਂ ਲੱਗੀਆਂ 5 ਇਸ਼ਤਿਹਾਰ ਖਾਲੀ ਉਹ ਲੰਘੇ ਦੇ ਉਹਨਾਂ ਨਾਲ ਕਿਸੇ ਨੇ ਸ਼ਰਤ ਹੀ ਨਹੀਂ ਸੀ ਮੁਰਦਾਂ ਨਾਲ ਲਾਈ 12 ਮੀਲ ਕਹਿ ਦੇਣ ਛੋਟੀ ਜਿਹੀ ਗੱਲ ਹੈ ਨਥਲਪੁਰ ਦੇ ਹੀ ਭੱਜੇ ਦੇ ਸਰਬਣ ਸਿੰਘ ਅਕਾਲੀ ਸਮਾਣਾ ਆ ਜਿਹੜਾ ਮੁੰਡਾ ਮੇਰੇ ਨਾਲ ਚੰਡੀਗੜ੍ਹ ਦਾ ਨਾ ਅੱਜ ਰਾਜਾ ਸਮਾਣਾ ਇਹਦੇ ਦਾਦਾ ਸਰਬਣ ਸਿੰਘ ਅਕਾਲੀ 2 ਸ਼ਰਤਾਂ ਲਾਈਆਂ ਉਹਨੇ 2 ਲਖਮੀ ਪਰੀਏ ਸਰਦਾਰ ਬਚਨ ਸਿੰਘ ਹੋਣੀ ਹਰਦਿੰਦ ਸਿੰਘ ਹੋਣੀ ਉਹਨਾਂ ਨੇ ਵੀ 2 ਸ਼ਰਤਾਂ ਲਾਈਆਂ ਗੋਪਾਲਪੁਰੀਆਂ ਨੇ ਸ਼ਰਤ ਲਾਈ ਸਲੇਮਪੁਰੀਆਂ ਨੇ ਸ਼ਾਂਤਪੁਰ ਛੋਟਾ ਜਿਹਾ ਪਿੰਡ ਹੈ ਬਾਈਜੀਤ ਸਿੰਘ ਬਾਰਾ ਸਿੰਘ ਉਹਨਾਂ ਨੇ 2 ਸ਼ਰਤਾਂ ਲਾਈਆਂ ਸਰਦਾਰ ਆਤਮਾ ਸਿੰਘ ਉਹਨਾਂ ਨੇ 1 ਸ਼ਰਤ ਲਾਈ 12 ਮੀਲ ਚੋਲਟੇ ਵਾਲਿਆਂ ਦੇ ਸਲੇਮਪੁਰੀਆਂ ਨਾਲ ਭੱਜੇ ਬਹੁਤ ਉਹ ਸਿੰਘ ਡੁੱਡਾ ਬਹੁਤ ਹੁੰਦਾ ਤਾਂ ਮੈਂ ਵੀ ਦੇਖਿਆ ਬਾਈ ਗੁਰਨਾਮ ਸਿੰਘ ਸਲੇਮਪੁਰ ਦੇ ਉਹ ਵੀ ਬੜੇ ਨਾਮੀ ਬੋਰਡ ਤੇ ਮਿੱਤਰੋ ਜਾਤਾਂ ਬੋਰਡ ਲੰਬੀਆਂ ਬਾਟਾਂ ਦੇ ਤੇ ਇਹ ਖੇਡਾਂ ਨਹੀਂ ਹੋਇਆ ਕਰਦੀਆਂ 14-15 ਮੀਲ ਮੇਲਾ ਹੋਣਾ ਬੋਰਡਾਂ ਨੇ ਗੱਡੀ ਨੂੰ ਜੁੜ ਕੇ ਜਾਣਾ ਉਧਰ ਦੇ ਮੁਕਾਬਲੇ ਹੋ ਜਾਣੇ 14-15 ਮੀਲ ਫਿਰ ਮੁਕਾਬਲੇ ਹੁੰਦੇ ਆਉਣੇ ਕਦੇ ਰੋਕ ਲੈਣੇ ਕਦੇ ਛੱਡ ਦੇਣੇ ਕਿਤੇ ਰੋਕ ਲੈਣੇ ਕਿਤੇ ਛੱਡ ਦੇਣੇ ਛੋਟੇ ਗਾਂਵ ਜੋ ਮੰਨ ਲਓ ਗਾਂਵ ਕੇ ਖੜੋ ਮੰਨ ਲਓ ਗਾਂ ਲੋ ਜੋ ਗਾਂ ਨੂੰ ਹਾਂ ਗਾਂ ਲੰਘ ਜਾਓ ਧੰਨਵਾਦ ਵੀ ਆਲੂ ਬਚਾਓ ਆਲੂ ਦੇਖੋ ਆਪਣੇ ਵਰਗੇ ਜ਼ਿਮੀਦਾਰ ਹੱਥ ਬੰਨ ਕੇ ਬੇਨਤੀ ਹੈ ਜੇ ਨਹੀਂ ਕਹਿੰਦਾ ਵਿਚਾਰਾ ਆਪਾਂ ਨੇ ਜ਼ਰੂਰ ਧਿਆਨ ਰੱਖਣਾ ਹੁਣ ਤਾਂ ਜ਼ਿਮੀਦਾਰ ਦੇ ਖਰਚੇ ਹੀ ਬਹੁਤ ਹੈ ਭਾਈ ਅਸੀਂ ਵੀ ਕਿਆ ਕਰੀਏ ਬਿਜਲੀ ਦੇ ਬਿੱਲ ਜੁਦੇ ਪਾਣੀ ਦੇ ਬਿੱਲ ਜੁਦੇ ਫਿਰ ਭਾਈ ਜੇ 5 ਮੈਂਬਰ ਹੈ 7 ਮੈਂਬਰ ਹੈ 10 ਮੈਂਬਰ ਹੈ ਸਾਰਿਆਂ ਕੋਲ ਮੋਬਾਈਲ ਹੈ ਕੋਈ ਮੋਬਾਈਲ ਤੇ ਖਾਲੀ ਨਹੀਂ ਫਿਰਦਾ ਇਹ ਸਾਰੇ ਖਰਚੇ ਹੀ ਸਾਡੇ ਭਾਈ ਤਿਆਰੀ ਆ ਜੀ ਤਿਆਰੀ ਆ ਜੀ ਆ ਗਈ ਭਾਈ ਬਈ ਮੈਂ ਧੰਨਵਾਦ ਦਿਆਂ ਸਰਦਾਰ ਮਨਜੀਤ ਸਿੰਘ ਸ਼ਾਂਤਪੁਰ ਇਹ ਜਿਹਨਾਂ ਨੇ ਘੱਟ ਸਮਾਂ ਲਾਇਆ ਹੋਇਆ ਹੈ ਇਹ ਰੋਡਾ ਕਾਈਨੌਰ ਮਨਜੀਤ ਸਿੰਘ ਸ਼ਾਂਤਪੁਰ ਨਾਲ ਭਾਈ ਘਰੂਆ ਬਾਈ 56 ਦਾ ਸਮਾਂ ਜੀ ਦਰਸ਼ਨ ਸਿੰਘ ਪਿੰਡ ਹੰਸਰੋਂ ਦੁਆਬਾ ਇਹ ਦਰਸ਼ਨ ਗਾਉਣ ਦਾ ਇੱਕ 10 ਸਾਲ ਪਹਿਲਾਂ ਵੀ ਬੋਰਡ ਭੱਜਿਆ ਹੈ ਬੜੀ ਪੋਸ਼ ਨੂੰ ਕੁੰਡਲ ਪਾ ਕੇ ਭੱਜਣਾ ਗੜਬਾਨੀ ਕਰ ਗਿਆ ਜੱਗੀ ਖਿਰਨੀਆਂ ਇਹ ਆ ਜੱਗੀ ਤੇ ਜਿਹਨਾਂ ਨੇ ਬੱਚੇ ਖਰੀਦੇ ਨਾ ਖਿਰਨੀਆਂ ਤੇ ਮੇਰੇ ਹਿਸਾਬ ਨਾਲ 90% ਬੱਚੇ ਭੱਜਦੇ ਮੇਲਿਆਂ ਦੇ ਵਿੱਚ ਭੱਜ ਰਹੇ ਆ ਰੁੜਕੀ ਵਾਲਾ ਜਿਹੜਾ ਗਰਿਆਲ ਨਾ ਕੋਲ ਹੈ
ਬਾਈ ਬਲਵੰਤ ਸਿੰਘ ਉਹਨਾਂ ਕੋਲ, ਉਹ ਵੀ ਇਹਨਾਂ ਕੋਲ ਤੇ ਹੀ ਗਿਆ ਹੋਇਆ ਬੱਚਾ ਵਿਕ ਕੇ ਜੱਗੀ ਖੇਡਣੀਆਂ ਤੇ। ਇਸ ਤਰ੍ਹਾਂ ਸੈਂਕੜੇ ਹੀ ਬੱਚੇ ਭੱਜ ਰਹੇ ਅੱਜ ਖੇਡਾਂ ਦੇ ਵਿੱਚ। ਕਹਿਣੀ ਤਾਂ ਕਹਿੰਦਾ ਭਾਈ ਕੋਈ ਕੀਲੇ ਨੂੰ ਮੁਕਸੇਸ਼ ਹੈ। ਤੁਹਾਡੇ ਸਾਹਮਣੇ ਕਿੰਨੇ ਬੱਚੇ ਨਿਕਲਦੇ, ਕਈਆਂ ਦੇ ਭੱਜਦੇ ਨੀ ਵਿਚਾਰਿਆਂ ਦੇ ਕੀਲਾ। ਹਾਂ ਮਾਰ ਦਿਓ ਪੰਡਿਤ ਜੀ, ਮਾਰ ਦਿਓ ਡਲੀ ਦੇ, ਭੱਜ ਵੀ ਕਿਸੇ ਨੂੰ ਤਾਂ ਮਿਲ ਜਾਊਗਾ। ਤੇਜੀ ਸ਼ਿਫਟ ਵਾਲੇ ਵੀਰਾਂ ਨੂੰ ਬੇਨਤੀ ਹੈ ਜੀ ਆਪਣੀ ਤਿਆਰੀ ਕਰ ਲੈਣ, ਤੇਜੀ ਸ਼ਿਫਟ ਵਾਲੇ ਵੀਰ ਆਪਣੀ ਤਿਆਰੀ ਕਰ ਲੈਣ। ਤੀ ਵਾਲੇ ਆਹ ਲਿਖ ਲਿਓ ਜੀ, ਤੁਹਾਨੂੰ ਇੱਧਰ ਲਿਖਾ ਦਿਓ ਜੀ। ਲਓ ਜੀ ਅਗਲੀ ਸ਼ਿਫਟ 'ਚ 1600 ਰੁਪਇਆ ਹੋ ਗਿਆ ਜੀ, 1100 ਰੁਪਇਆ ਬਾਈ ਇੰਦਰਜੀਤ ਸਿੰਘ ਧਨੋਆ। ਦੂਆ ਕੌਣ ਹੈ ਜੀ? ਗਗਨ ਧਨੋਆ, ਇੰਦਰਜੀਤ ਸਿੰਘ ਧਨੋਆ, ਗਗਨ ਧਨੋਆ। ਵਾਹ ਧਨੋਆ। ਲਓ ਜੀ ਬੀਟੋ ਛਪਾਰ ਅਤੇ ਸ਼ਾਂਤਪ੍ਰਿਆ ਕਾਇਨੌਰ, ਇਹ ਇਕੱਠੇ ਭੱਜੇ ਆ ਭਾਈ ਦੋਏ ਨਾਲ ਕੜੂਆਂ ਬਲਿਆ ਕੜੂਏ ਵਾਲੇ। ਉਹ ਬੀਟੋ ਛਪਾਰ ਮੂੰਹ 'ਤੇ ਖੀਰਾ ਕਣੀ ਤੋਂ ਗਾਲ ਹੈ, ਛੋਟਾ ਬੱਚਾ ਹੈ ਵੀ। ਇਹ ਬੀਟੋ ਉਹਨਾਂ ਦਾ ਵੀ ਗੁਰੂ ਦੀ ਕਿਰਪਾ ਨਾਲ ਕਾਫੀ ਬੱਚੇ ਨਿਕਲੇ ਆ। ਉੱਧਰ ਚੀਨੂ ਜਲਾਲ ਦੀ ਵਾਲ ਦੇ ਮੇਰੇ ਹਿਸਾਬ ਨਾਲ 7-8 ਬੱਚੇ ਨਿਕਲੇ ਉਹਨਾਂ ਦੇ ਵੀ, ਚੀਨੂ ਉਹਨਾਂ ਦੇ। ਉਹ ਭਾਈ ਅਰੇ ਆ ਜਾਓ ਛੋਟੇ ਭਾਈ, ਉਹ ਵੀਰੋ ਉਹ ਬੱਚਾ ਇੱਧਰ ਆ, ਸੱਟ ਲੱਗੂ ਥੋੜ੍ਹੇ ਇੱਧਰ ਆ, ਇਹਨਾਂ ਦਾ ਨਹੀਂ ਪਤਾ ਹੁੰਦਾ ਮੁੜਿਆ ਕਰਦੇ। ਕਾਕੇ ਦੂਰ ਖੜੋ ਛੋੜੇ, ਨੇੜੇ ਨਹੀਂ ਖੜਨਾ ਪੁੱਤ, ਬਾਲ ਮੁੜ ਜਿਆ ਕਰਦੇ, ਦੂਰ ਹੋ ਮੇਰਾ ਪੁੱਤ। ਇੰਦਰਜੀਤ ਸਿੰਘ ਧਨੋਆ, ਸਰਦਾਰ ਗਗਨ ਧਨੋਆ, ਤੀਜੀ ਸ਼ਿਫਟ 'ਚ 1100 ਰੁਪਇਆ ਉਹਨਾਂ ਨੇ ਲਾਤਾ ਵੀ। ਪਹਿਲਾਂ 500 ਰੁਪਇਆ ਹੋਇਆ, 1600 ਰੁਪਇਆ ਹੋ ਗਿਆ ਤੀਜੀ ਸ਼ਿਫਟ ਦਾ ਵੀ। ਇਹ ਆ ਭਾਈ ਘੜੂਏ ਵਾਲਿਆਂ ਦੀ ਖੇਡ। ਧੰਨ ਧੰਨ ਕਰਾਤੀ। ਆ ਇੱਕ ਖੇਡ ਸਾਡੇ ਵਿੱਚ, ਆ ਜਿਹੜੀ ਨਾਗਰੇ ਵਾਲੀ ਖੇਡ ਆ ਗਈ, ਇਹ ਨੇੜੇ ਆ ਗਈ ਭਾਈ। ਰਾਜੇ ਨੇ ਫੋਨ ਕਰਕੇ ਕਹਿਣਾ ਬਾਈ ਬਿੱਟੂ ਜੀ ਆ ਗਈ ਭਾਈ, ਇੱਧਰ ਕਹਿੰਦਾ ਪਾਪੂਲਰ, ਉੱਥੇ ਕਿੱਥੇ ਪਾਪੂਲਰ ਤਾਂ ਖਾਲੀ ਬਣਾ ਹੈ। ਬਾਈ 72 ਜੀ, ਆਈ ਟੀ ਓ ਬਰਵਿੰਦਰ ਸਿੰਘ ਭੂਦਨ, ਗੋਲਡੀ ਲੰਡਾ, 2272 ਗੜਵਾਨੀ ਕਰਕੇ ਸੁੱਖ ਤਲੇਰ ਕਲਾ, ਦਲੀਪ ਸਿੰਘ ਉਹਨਾਂ ਦੇ ਸਪੁੱਤਰ ਨੇ, ਪਿੰਡ ਤਲੇਰ ਕਲਾ। ਮੈਂ ਕਹਿੰਦਾ ਰੱਬ ਕਹਿੰਦੀ ਦਬਾ ਕੇ ਦਿੰਦਾ ਸਾਡੇ ਬੰਦਿਆਂ ਨੂੰ, ਤੇਰੇ ਪਿਛਾ ਸਾਲਿਆ ਉਹ ਹੈ, ਤੂੰ ਤਾਂ ਮੂਹਰੇ ਖੜਦਾ। ਤਿਆਰੀ ਆ ਭਾਈ, ਜਾ ਕਹਿਣਾ ਹਾਂਜੀ ਹਾਂਜੀ, ਹੋਰ ਕੋਈ ਗੱਲ ਨਹੀਂ ਸੁਣਨੀ ਨੀ ਫਿਰ ਕੁਛ ਵੀ, ਹਾਂਜੀ ਹਾਂਜੀ ਹਾਂਜੀ। ਤਿਆਰੀ ਆ ਭਾਈ, ਬਿੱਟੂ ਬਾਜਵਾ ਪੜੌਲ, ਹੁਣ ਕਿਆ ਕਰੂੰਗੇ ਤੁਸੀਂ, ਆ ਗਈ ਭਾਈ। ਇਹ ਗੁਰਪ੍ਰੀਤ ਸਿੰਘ ਉਹਨਾਂ ਦੇ ਜੀ, ਪਿੰਡ ਆਨੰਦਪੁਰ ਤੋਂ, ਆਨੰਦਪੁਰ ਕਲੌੜ। ਕਹਿੰਦਾ ਮੋਹਰਾ ਮੋਹਰਾ ਕਿੱਥੇ ਚੱਲਿਆ, ਆਨੰਦਪੁਰ ਨੂੰ ਡੰਡੀਆਂ ਲਿਆ ਦੀ ਮੇਰੀ ਚੰਦ ਕੌਰ ਨੂੰ। ਪਹਿਲਾਂ ਬੁੜੀਆਂ ਦੇ ਨਾਲ ਹੋਇਆ ਕਰਦੇ ਤੇ ਘਰ ਸਮਾਂ ਜੀ, ਧਨੋਆ ਗਰੁੱਪ ਘੜੂਆਂ 1-31 ਲਾ ਕੇ ਸਭ ਤੇ ਮੂਹਰਾ ਖੜੇ ਆ ਜੀ।
ਉਹ ਆਪ ਖੋਜੋ ਕਹਿ ਜੋ ਮਾੜਾ ਜੇ ਕਹਾ ਕੇ ਆ ਗਈ ਭਾਈ ਕਹਿੰਦੇ ਅਸੀਂ ਹੁਣ ਪਿਛਾ ਨੂੰ ਵੀ ਦੇਖੀ ਜਾਈਏ ਤੁਸੀਂ ਆਪ ਨੀ ਕਹਿ ਸਕਦੇ ਤੋਂ ਬੰਦੇ ਭਾਈ ਮਗਰ ਹੋ ਯਾਰ ਤੁਸੀਂ ਕਿਉਂ ਮਾਰੇ ਮਾਰੇ ਵਾਕ ਇਹਨਾਂ ਨੂੰ ਯਾਰ ਮਾਰੇ ਵਾਕ ਯਾਰ ਸਾਨੂੰ ਬਾਰ ਬਾਰ ਤੰਗ ਕਰਦੇ ਕਿਹਦੀ ਤੇਈ ਉੱਨੀ ਸਹਿਮਾ ਤੇਈ ਉੱਨੀ ਸਨੀ ਮੱਲਾ ਵੇਦੀਆਂ ਹਰਿਆ ਦੁਆਬਾ ਸਨੀ ਮੱਲਾ ਵੇਦੀਆਂ ਉਹ ਬਾਈ ਜਿਹੜੇ ਨੇੜੇ ਖੜੇ ਆ ਮੇਰੀ ਹੱਥ ਬੰਨ ਕੇ ਬੇਨਤੀ ਆ ਮਗਰ ਟਾਲੀ ਦੇ ਇਹ ਦੂਰ ਹੋਣ ਬਈ ਜਿੱਥੇ ਕਲੀ ਲਾਈ ਹੋਈ ਉੱਥੇ ਚਲੇ ਜਾਓ ਜਿੱਥੇ ਕਲੀ ਲੱਗੀ ਉੱਥੇ ਜਾਓ ਜੀ ਕਲੀ ਕੋਲ ਚਲੇ ਜਾਓ ਮੇਰਾ ਵੀਰ ਮਗਰ ਹੋ ਜਾਓ ਬਾਈ ਆ ਗਈ ਬਾਈ ਓ ਬਾਈ ਜੀ ਹੋ ਜਾਓ ਯਾਰ ਮਗਰ ਤੇਈ ਜੀਰੋ ਦੋ ਕਲਵੰਤ ਸਿੰਘ ਕੰਤਾ ਪਿੰਡ ਚਨਾਰਥਲ ਖੁਰਦ ਗਰਮੀਤ ਕੋਟਲਾ ਸਰਦਾਰ ਜੋਗਾ ਸਿੰਘ ਉਹਨਾਂ ਦਾ ਸਪੁੱਤਰ ਹੈ ਗਰਮੀਤ ਸਿੰਘ ਕੋਟਲਾ ਜਿਹੜੇ ਭਜਾ ਕੇ ਲਏ ਇਹਨਾਂ ਨੂੰ ਉਹ ਵੀਰੋ ਮੇਰੀ ਹੱਥ ਬੰਨ ਕੇ ਬੇਨਤੀ ਹੈ ਜਿਹੜੇ ਤੁਸੀਂ ਪਿੱਛਾ ਖੜੇ ਆ ਤਾਂ ਮੂਹਰੇ ਆ ਕੇ ਦੇਖ ਲਓ ਤੁਸੀਂ ਨੇੜੇ ਨਾ ਖੜੋ ਬੁਰਦ ਵਾਲੇ ਵੀਰ ਮੈਨੂੰ ਵਾਰ ਵਾਰ ਮੂਹਰੇ ਨੂੰ ਆ ਕੇ ਕਹਿੰਦੇ ਵੀ ਉਹ ਕਹਿੰਦੇ ਵੀ ਤੂੰ ਕਹਿੰਦਾ ਹੀ ਨਹੀਂ ਜੇ ਕਹਿੰਦੇ ਭਾਈ ਚੰਗਾ ਨਹੀਂ ਲੱਗਦਾ ਉਹ ਕਿਰਪਾ ਕਰਕੇ ਜਿਹੜੇ ਮਗਰ ਖੜੇ ਆ ਤਾਂ ਚੂਨੇ ਦੀ ਲਾਈਨ ਤੇ ਮਗਰ ਚਲੇ ਜਾਓ ਨੇ ਬਾਹਰ ਨੂੰ ਆ ਕੇ ਇੱਧਰ ਆ ਕੇ ਦੇਖ ਲਓ ਖੇਡ ਲਓ ਆ ਗਈ ਭਾਈ ਬਾਈ ਤਰਵੰਜਾ ਦਾ ਸਮਾਂ ਜੀ ਮੁੰਡੀਆਂ ਸੌਖਾ ਮੁੰਡੀਆਂ ਹੈਪੀ ਮੁੰਡੀਆਂ ਸੀ ਟੈਮ ਬਾਈ ਤਰਵੰਜਾ ਗੁਰਬਾਣੀ ਕਰ ਗਿਆ ਜੀ ਕੁੱਲਾ ਮਗੜੋਨਾ ਜਜਹਾਰ ਸਿੰਘ ਘੜੂਆ ਵੱਲਿਓ ਜਜਹਾਰ ਨਹੀਂ ਸਸੂਰ ਰਿਓ ਇਹ ਘੜੂਏ ਵਾਲੇ ਤਾਂ ਧੰਨ ਧੰਨ ਕਰਾ ਦਿੰਦੇ ਵੇਲਾ ਕਰਾ ਕੇ ਆ ਗਈ ਬਾਈ ਇਹ ਘੜੂਆ ਪਿੰਡ ਘੜੂਆ ਪਹਿਲਾਂ ਤੇ ਵੱਡੇ ਵੱਡੇ ਮੇਲੇ ਹੋਏ ਪਿੰਡ ਦੇ ਵਿੱਚ ਅੱਛਾ ਪੱਚੀ ਚੁਤਾਲੀ ਸਰਦਾਰ ਮਨਜਿੰਦਰ ਸਿੰਘ ਪਿੰਡ ਧਿਆਨ ਭਰਾ ਸਰਦਾਰ ਜਸਮੇਰ ਸਿੰਘ ਉਹਨਾਂ ਦੇ ਪੋਤਰੇ ਨੇ ਜਿਨ੍ਹਾਂ ਦੇ ਬੌੜਦ ਫਤਿਹਗੜ੍ਹ ਸਾਹਿਬ ਜਦੋਂ ਸਭਾ ਹੁੰਦੀ ਸੀ ਸਹੇੜੀ ਤੋਂ ਰਾਤ ਲੈ ਕੇ ਜਾਇਆ ਕਰਦੇ ਸੀ ਉਸ ਪਰਿਵਾਰ ਦੇ ਬੌੜਦ ਹੈ ਆ ਗਈ ਭਾਈ ਲੰਗਰ ਦੀ ਸੇਵਾ ਜੀ ਜੱਸੀ ਗਿੱਲ ਧੰਨਵਾਦ ਕਰਦੇ ਹਾਂ ਜੱਸੀ ਗਿੱਲ ਦਾ ਜੱਸੀ ਗਿੱਲ ਉਹਨਾਂ ਨੇ ਲੰਗਰ ਦੀ ਸੇਵਾ ਲਈ ਹੈ ਅਸੀਂ ਆਪਣੇ ਵੀਰ ਜੱਸੀ ਗਿੱਲ ਦਾ ਵੀ ਧੰਨਵਾਦ ਕਰਦੇ ਹਾਂ ਚੌਵੀ ਬਹੱਤਰ ਜੀ ਸਮਾਂ ਚੌਵੀ ਬਹੱਤਰ ਹੈ ਮਹਿੰਦਰ ਸਿੰਘ ਮਲਵਾਜਰਾ ਕੁਰਬਾਨੀ ਕਰ ਗਿਆ ਜੱਗੀ ਖਿਰਨੀਆਂ ਇਹ ਬਿੱਟੂ ਬਾਜਵਾ ਪੜੌਲ ਇਹ ਵੀ ਸਾਡੇ ਸ਼ਗਿਰਦ ਨੇ ਮਿੱਤਰੋ ਜਿਵੇਂ ਖੁਰਪਾ ਚੰਡਦਾ ਹੁੰਦਾ ਨਾ ਲੁਹਾਰ ਖੁਰਪਾ ਐਂ ਚੰਡ ਕੇ ਤੁਹਾਨੂੰ ਖੇਡਾਂ 'ਚ ਦਊਂ ਜਵਾਨ ਨੂੰ ਯਾਦ ਕਰੋਗੇ ਵੀ ਹਾਂ ਬਿੱਟੂ ਬਾਜਵਾ ਪੜੌਲ ਵਾਲੇ ਵੀ ਖੇਡਾਂ ਪਜਾਉਂਦੇ ਪੰਜਾਬ ਦੀਆਂ ਉਹਨਾਂ ਕੋਲ ਬੋਲਣ ਦੀ ਕਲਾ ਹੈ ਘੜੀ ਦੱਬਣ ਦੀ ਕਲਾ ਹੈ ਫਿਰ ਇਨਸਾਫ ਕਰਨਾ ਸਿੱਖੇ ਹੋਏ ਆ ਵੀ ਇਨਸਾਫ ਵੀ ਕਰੀਦਾ ਤਿਆਰੀ ਆ ਭਾਈ ਰਾਲੇ ਵੀਰੋ ਬਈ ਰਾਲੇ ਹੋ ਜਾਓ ਬਾਹਰ ਵੀਰ ਬਹੁਤ ਜੁੜ ਗਏ ਹੋ ਜਾਓ ਮੇਰਾ ਵੀਰ ਬਣ ਕੇ ਬਾਹਰ ਨੂੰ
ਆ ਗਈ ਭਾਈ, ਹੋ ਜਾਓ ਮੇਰੇ ਨਾਲ, ਦੂਰ ਹੋ ਜਾਓ ਜੀ, ਆ ਜਾਓ। ਸਰਦਾਰ ਸੁੱਚਾ ਸਿੰਘ ਜੀ ਢੋਲਣ ਮਾਜਰਾ, ਚੱਕਦੇ ਬੱਟੇ 27-15 ਦਾ ਸਮਾਂ ਜੀ, 27-15 ਜਿਹੜਾ ਪਹਿਲਾ ਨਾਮ ਹੈ ਸਨੀ USA ਵੱਲੋਂ ਹੈ ਜੀ, 21,000 ਰੁਪਇਆ। ਬੋਲਿਆ ਕੜੂਏ ਵਾਲੇ, ਸਿਰ ਹੀ ਲਾਤੀ ਕਹਾਣੀ। ਲਓ ਜੀ ਦੂਆ ਨਾਮ ਸਰਦਾਰ ਕੁਲਵਿੰਦਰ, ਉਹਨਾਂ ਵੱਲੋਂ ਹੈ 15,000 ਰੁਪਇਆ। ਇਹ ਆ ਨਾਮ, ਤੀਆ ਨਾਮ ਹੈ ਮੱਲਾ ਬੀਪਰ ਵੱਲੋਂ। ਇਹ ਸ਼ਿਫਟਾਂ ਚ ਵੀ ਇਹਨਾਂ ਨੇ ਪੈਸੇ ਲਾਏ ਮੁੰਡਿਆਂ ਨੇ, ਮੱਲਾ ਬੀਪਰ 11,000 ਰੁਪਇਆ। ਮਿੱਤਰੋ ਕੋ ਦਵਾ ਦਵੋ ਤਾਂ ਸਹੀ, ਜਾਂ ਮੇਲਾ ਕਰਾਉਣਾ ਜੇਬ ਚ ਤਾਂ ਕੋਈ ਪਵੇ। ਇਹੋ ਜਿਹੀ ਵੀ ਖੇਡਾਂ ਹੁੰਦੀਆਂ ਹਿਸਾਬ ਕਿਤਾਬ ਜਾ ਕਰਕੇ। ਕੋਈ ਕਹਿੰਦਾ ਮੈਨੂੰ 250 ਬਚ ਗਿਆ, ਕੋਈ ਕਹਿੰਦਾ 300 ਬਚ ਗਿਆ। ਲੱਖਾਂ ਰੁਪਈਏ ਦਾ ਮਿੱਤਰੋ ਜਗਾੜ ਬਣੀ ਫਿਰਦਾ ਜਿਹੜਾ ਗੱਡੀਆਂ ਭਜਾਉਂਦਾ, ਲੱਖਾਂ ਦਾ। ਪਹਿਲਾਂ ਤਾਂ ਬਹੁਤ ਦੇ ਭਾਈ 10-15 ਲੱਖ ਦਾ ਹੁੰਦਾ ਘੱਟੋ ਘੱਟ, ਫਿਰ ਠੋਕਰ ਟੈਂਪੂ ਗੁਡਵਾਨ ਵੀ ਰੱਖਣਾ, ਅਤੇ 5-7 ਜਿਹੜੇ ਨਾਲ ਜਾਣੇ ਫੜਨੇ ਵਾਲੇ, ਉੱਧਰ ਜਲਾਉਣ ਵਾਲੇ, ਉਹਨਾਂ ਦੀ ਵੀ ਸੇਵਾ। ਖਰਚਾ ਤਾਂ ਹੈਗਾ ਹੀ, ਚਾਹੇ ਆਪਾਂ ਕਹਿੰਦੇ ਵੀ ਸ਼ੌਂਕ ਦਾ ਮੁੱਲ ਨਹੀਂ, ਪਰ ਮਿੱਤਰੋ ਖਰਚਾ ਤਾਂ ਹੈ। ਤਿਆਰੀ ਆ ਭਾਈ, ਆ ਗਈ ਭਾਈ। 30 ਲੱਖ ਰੁਪਈਏ ਤੱਕ ਆਫਰ ਦਿੱਤੀ ਸੀ ਬੋਰਡ ਦੀ ਕਟਾਰੀ ਦੀ, ਵੀ ਜੇ ਉਹ ਵੇਚਦੇ ਹੈ 30 ਲੱਖ ਰੁਪਈਆ ਲਾ ਦਿਓ, 9 ਸਾਲ ਹੋ ਗਏ ਬੋਰਡ ਪਾਤੇ ਨੂੰ, 30 ਲੱਖ। ਹਾਂਜੀ, ਅਪ 24-69 ਦਾ ਸਮਾਂ ਜੀ, 24-69 ਅਮਰੀਕ ਸਿੰਘ ਨਥਲਪੁਰ, ਇਹ ਵੀ ਪੁਰਾਣਾ ਪਿੰਡ ਆ, ਸੰਤਾ ਸਿੰਘ ਨਥਲਪੁਰ, ਹਾਕਮ ਸਿੰਘ ਨਥਲਪੁਰ। ਲਓ ਜੀ ਤੀਜੀ ਸ਼ਿਫਟ ਵਾਲੇ ਵੀਰੋ ਬੇਨਤੀ ਹੈ, ਘੜੀ ਮੈਂ ਦੱਬ ਲਈ ਹੈ, ਆਪਣੀਆਂ ਜੋੜੀਆਂ ਲੈ ਕੇ ਲੰਘੋ, ਜਿਹਨਾਂ ਨੇ ਲੰਗਰ ਛਕਣਾ ਹੁਣ ਛਕਿਆ ਹੋ ਜੀ, ਜਿਹਨਾਂ ਨੇ ਲੰਗਰ ਛਕਣਾ ਬਈ ਤਨੋਆ ਗਰੁੱਪ ਆਪਣੇ ਪੈਸੇ ਲੈ ਜਾਓ ਜੀ। 21:31 ਦਾ ਸਮਾਂ ਜੀ, ਮਨਜੀਤ ਸਿੰਘ ਸਾਂਤਪੁਰ ਰੋਡਾ ਕਾਈਨਰ ਵੀਡੋ ਛਪਾਰ, ਧਨੋਆ ਗਰੁੱਪ ਘੜੂਆ, ਬੇਨਤੀ ਆਪਣੀ ਮਾਇਆ ਲੈ ਜਾਣ ਜੀ, ਆਪਣੇ ਪੈਸੇ ਲੈ ਜਾਓ ਜੀ। ਪਹਿਲਾ ਨਾਮ ਜੀ ਸਨੀ USA ਵੱਲੋਂ ਜੀ, 21,000 ਰੁਪਈਆ। ਦੂਆ ਨਾਮ ਕੁਲਵਿੰਦਰ ਸਿੰਘ ਢਿੱਲੋਂ ਵੱਲੋਂ ਹੈ, 15,000 ਰੁਪਈਆ। ਤੀਆ ਨਾਮ ਬੱਲਾ ਬੀਪੁਰ ਵੱਲੋਂ ਹੈ, 11,000 ਰੁਪਈਆ। ਆ ਜਿਹੜਾ ਸ਼ਿਫਟਾਂ ਚਲਾਏ, ਦਲਜੀਤ ਸਿੰਘ ਘੜੂਆ, ਪੰਬਾ ਭੂਰੜੇ, ਕੁਲਵਿੰਦਰ ਢਿੱਲੋਂ, ਮਨਪ੍ਰੀਤ ਘੜੂਆ, ਗੋਰੀ ਬਬਨਹਾਲਾ, ਸਨੀ USA, ਬੱਲਾ ਬੀਪੁਰ, ਇਹਨੇ ਤੀਆ ਨਾਮ ਵੀ ਦੇਣਾ 11,000 ਰੁਪਈਆ, ਔਰ ਭਾਈ 7 ਕਰੋੜ। ਧੰਨਵਾਦ ਜੀ। ਬਈ ਮੈਂ ਦਰਬਾਦਿਆ ਰਾਜਾ ਮੋਹੀ, ਇਹ ਵੀ ਪੁਰਾਣਾ ਪਿੰਡ ਘਲਾਟੀ ਹੈ, ਕਦੇ ਸਰਦਾਰ ਸ਼ੇਰ ਸਿੰਘ ਉਹਨਾਂ ਦੇ, ਮੱਗਰ ਸਿੰਘ ਉਹਨਾਂ ਦੇ ਬਹੁਤ ਭੱਜਦੇ ਤੇ ਮੋਹੀ ਵਾਲੇ, ਹੁਣ ਰਾਜੇ ਉਹਨਾਂ ਦੇ ਭੱਜਦੇ ਆ ਮੋਹੀ ਵਾਲਿਆਂ ਦੇ, ਸਰਦਾਰ ਰਾਜਾ ਮੋਹੀ ਸਪੈਸ਼ਲ ਨਾਮ ਦੇ ਕੇ ਗਏ ਭਾਈ, ਧੰਨਵਾਦ ਕਰਦਾ ਸਰਦਾਰ ਰਾਜਾ ਮੋਹੀ ਦਾ। ਸਤਿ ਸ਼੍ਰੀ ਅਕਾਲ ਜੀ। ਬਹੁਤ ਜਲਦੀ ਬਿੱਟੂ ਬਾਜਵਾ ਪੜੌਲ ਨੂੰ, ਇਕੱਲਿਆਂ ਨੂੰ ਵੀ ਆਪਾਂ ਸਟੇਜ 'ਤੇ ਖੜਾ ਦੇਣਾ, ਇਕੱਲੇ ਨੂੰ ਵੀ ਬਹੁਤ ਜਲਦੀ ਤੁਹਾਡੇ ਵਿੱਚ ਬਿੱਟੂ ਬਾਜਵਾ ਨੂੰ ਘੜੀ ਦੇ ਕੇ ਤੁਹਾਡੇ ਵਿੱਚ ਖੜਾ ਦਾਂਗੇ, ਇਕੱਲੇ ਨੂੰ। ਕੋਈ ਉਲਾਂਭਾ ਦਾ ਸਵਾਲ ਨਹੀਂ ਪੈਂਦਾ ਹੁੰਦਾ ਤੁਹਾਨੂੰ, ਕੋਈ ਉਲਾਂਭੇ ਦੇਣ ਦਾ ਮੌਕਾ ਮਿਲੇ। ਹਾਂਜੀ, ਤੀਜੀ ਛੋਟੇ ਨੂੰ ਬੇਨਤੀ ਆ ਭਾਈ, ਆਪਣੀਆਂ ਜੋੜੀਆਂ ਲੈ ਕੇ ਲੰਘੋ। ਉਹ ਬਈ ਆਲੂ ਵਾਲੇ ਵੀਰੋ ਹੱਥ ਬੰਨ ਕੇ ਬੇਨਤੀ, ਹਟ ਜਾਓ ਵਿਚਾਲੇ ਬਹਿ ਜਾਓ, ਆਲੂ ਦੀ ਡੌਲ ਪਰ ਨਾ ਬੈਠੋ, ਜੇ ਬੈਠਣਾ ਹੀ ਹੈ ਵਿੱਚ ਬਹਿ ਜਾਓ, ਆਲੂਆਂ ਪਰ ਨਾ ਬੈਠੋ, ਹੱਥ ਬੰਨ ਕੇ ਬੇਨਤੀ ਹੈ ਸਾਡੀ। ਹਾਂ ਠੀਕ, ਇਹਨਾਂ ਨੂੰ 500 ਦੇਣਾ, ਇਹਨਾਂ ਨੂੰ 500 ਦੇਣਾ, ਇੱਕ ਧਿਆਨ ਰੱਖੀਦਾ। ਉਹ ਹੁਣ 1630 ਪਰ ਹੋ ਗਿਆ ਬਈ। ਮੈਂ ਦਰਬਾਦੀ ਹਾਂ ਸਰਦਾਰ ਪਿਰਤਪਾਲ ਸਿੰਘ, ਪਿੰਡ ਪੂਰੜੇ, 200 ਰੁਪਇਆ ਸਪੈਸ਼ਲ ਨਾਮ ਦਿੰਦੇ ਹਾਂ ਭਾਈ, ਵੀ ਪਿੰਡ
ਪੁਰਾਣਾ ਘਰਾਟੀਆ ਪਿੰਡ ਹੈ, ਬਾਦਸ਼ਾਹ ਸਿੰਘ ਜੀ ਭੂਰੜੇ, ਪ੍ਰਿਤਪਾਲ ਸਿੰਘ ਭੂਰੜੇ, ਧੰਨਵਾਦ ਕਰਦੇ ਹਾਂ ਜੀ ਪ੍ਰਿਤਪਾਲ ਭੂਰੜੇ ਦਾ, ਸਪੈਸ਼ਲ ਨਾਮ ਦਿੰਦੇ ਹਾਂ ਜੀ, ਬੜੀ ਮਿਹਰਬਾਨੀ, ਸਰਦਾਰ ਪ੍ਰਿਤਪਾਲ ਸਿੰਘ ਪਿੰਡ ਭੂਰੜੇ। ਓਏ ਜਿਹੜਾ ਬੱਚਾ ਭੱਜ ਗਿਆ ਸਾਹਮਣੇ, ਉਹ ਜਿੱਥੇ ਦਰਖਤ ਖੜੇ ਉੱਥੇ ਫੜਿਆ ਆਪਣਾ ਖੋਲ ਲਿਆ, ਉਹ ਜਾ ਕੇ ਉਹ ਸਾਹਮਣੇ ਦੇ ਉਹ ਦੇਖੋ ਜਿੱਥੇ ਨੂੰ ਕੁੱਪ ਜੇ ਦਿਖਦੇ, ਜਾਓ ਘੁੰਮ ਕੇ ਆਪਣਾ ਬੱਚਾ ਖੋਲ ਲਿਆ, ਉੱਥੇ ਫੜ ਕੇ ਬੰਨਤਾ ਉਹਨਾਂ ਨੇ। ਹਾਂਜੀ ਕਰੋ ਕਿਰਪਾ ਜੀ, ਤੀਜੀ ਸ਼ਿਫਟ ਵਾਲੇ ਵੀਰਾਂ ਨੂੰ ਬੇਨਤੀ ਹੈ, ਬਹੁਤ ਵੱਡਾ ਇਕੱਠ ਹੈ ਮਿੱਤਰੋ, ਧੰਨਵਾਦ ਕਰਦੇ ਹਾਂ, ਹੋਣਾ ਵੀ ਚਾਹੀਦਾ, ਲੰਘਾ ਜ਼ਰੂਰ ਛਕੋ, ਬੇਨਤੀ ਹੈ ਮੇਰੀ ਆ ਗਈਆਂ ਲਈ ਪਰਚੀਆਂ ਲਿਆ ਬਈ ਸ਼ੇਰਾ, ਜਿਹਨਾਂ ਨੇ ਲੰਗਰ ਨਹੀਂ ਛਕਿਆ ਲੰਗਰ ਛਕ ਲਓ ਜੀ, ਜਿਹਨਾਂ ਵੀਰਾਂ ਨੇ ਲੰਗਰ ਨਹੀਂ ਛਕਿਆ ਉਹ ਲੰਗਰ ਛਕ ਲਓ ਜੀ। ਚਲੋ ਜੀ ਚਲੋ ਮੇਰਾ ਵੀਰ, ਤੀਜੀ ਸ਼ਿਫਟ ਹੈ ਜੀ, ਘੜੀ ਚੱਲਦੀ ਹੈ, ਬਹੁਤ ਹੈ ਬਹੁਤ, ਉਹਨੇ ਨਹੀਂ ਜ਼ਿਆਦਾ ਗੱਲੀ ਪਾਈ ਦੀ, ਇਹ ਤਾਂ ਫਿਰ ਬਹੁਤ ਕਈ ਕਹਿੰਦੇ ਛਾਲ ਮਾਰ ਜਾਂਦੇ, ਧੰਨਵਾਦ। ਵਾਹ ਸਾਲਾਪੁਰ ਸਰਦਾਰ ਸਿਕੰਦਰ ਸਿੰਘ ਸਾਲਾਪੁਰ, ਰਣਧੀਰ ਸਿੰਘ ਜਿਹਨਾਂ ਨੇ ਕੋਕੇ ਲਾਇਆ ਗੜਵਾਨੀ ਦੇ ਵਿੱਚ, ਜਦੋਂ ਬੈਲੀ ਭੱਜਦਾ ਤਾ ਨਾ ਸਾਲਾਪੁਰੀਆ, ਤਿੱਤਰ ਦੇ ਨਾਲ ਇਹੋ ਜਿਹੀ ਸੱਟ ਬਣਿਆ, ਗੜਵਾਨੀ ਕਰਨੀ ਭਾਈ ਰਣਧੀਰ ਸਿੰਘ ਨੇ, ਗਿਆਨੀ ਜੀ ਚਨਾਰਥਲ ਕਲਾਂ, ਧੰਨਵਾਦ ਜੀ, ਬੱਲੇ 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 ਬੱਲੇ, ਸ਼ੁਕਰ ਹੈ, ਇਹੋ ਜਿਹੀਆਂ ਮਹਾਨ ਹਸਤੀਆਂ ਦੇ ਵੀ ਅੱਜ ਦਰਸ਼ਨ ਹੋ ਗਏ ਬਈ, ਗਿਆਨੀ ਜੀ ਚਨਾਰਥਲ ਕਲਾਂ ਜਿਹਨਾਂ ਦਾ ਕਾਲਾ ਰੱਗਾ ਬੋਲ ਭੱਜਿਆ ਮੇਲਿਆਂ ਦੇ ਵਿੱਚ, ਧੰਨਵਾਦ ਕਰਦੇ, ਸਤਿ ਸ਼੍ਰੀ ਅਕਾਲ। ਕਿਆ ਕਾਲਾ ਬਡਾਲੀ ਜਿਹਨਾਂ ਨੇ ਚੱਪਾ ਵੇਚਿਆ ਤਾ ਭਾਈ ਹਰਨੇਕ ਸਿੰਘ ਸਰਪੰਚ ਕਰਤਾਰਪੁਰ ਨੂੰ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਹਾਂਜੀ ਹਾਂਜੀ ਬੁੱਗਾ ਚੈੜੀਆਂ ਨਾਲ ਬਹਿੜਾ ਗਿਆ ਭਾਈ ਢੋਲਣ ਮਾਜਰਾ, ਬਾਈ ਜਾ ਰਿਹਾ ਹਰਨੇਕ ਸਿੰਘ ਮੌਲੀ ਬੈਦਵਾਨ, ਧੰਨਵਾਦ ਜੀ। ਮਤਲਬ ਸ਼ਰਤਾਂ ਆਪਣੇ 12 ਲੱਗੀਆਂ, 12 ਜਿਹਦੇ 3 ਮੈਂ ਦੇਖੀਆਂ, ਪਹਿਲੀ ਮੈਂ ਸ਼ਰਤ ਦੇਖੀ ਸਰਪਣ ਸਿੰਘ ਅਕਾਲੀ ਸਮਾਣਾ, ਉਹਨਾਂ ਦੇ ਬੋਰਡ ਭੱਜੇ ਤੇ ਸਰਦਾਰ ਆਤਮਾ ਸਿੰਘ ਉਹਨਾਂ ਦੇ ਸ਼ਾਂਤਪੁਰੀਆਂ ਦੇ ਬੋਰਡਾਂ ਦੇ ਨਾਲ। ਫਿਰ ਮੈਂ ਸ਼ਰਤ ਦੇਖੀ ਮੈਣਾ ਵਾਲੇ ਬਾਈ ਕਰਨੈਲ ਸਿੰਘ ਉਹਨਾਂ ਦੇ ਭੱਜੇ, ਬਾਈ ਦੇਵ ਸਿੰਘ ਉਹਨਾਂ ਦੇ ਨਸਲਪੁਰੀਆਂ ਦੇ ਨਾਲ। ਫਿਰ ਮੈਂ ਤੀਜੀ ਸ਼ਰਤ ਦੇਖੀ ਸਰਦਾਰ ਲੇਖ ਸਿੰਘ ਜੀ, ਸਰਦਾਰ ਭਗਤ ਸਿੰਘ ਜੀ ਮੋਰਿੰਡਾ। ਜਿਹੜੀ ਸ਼ਰਤ ਮੋਰਿੰਡੇ ਵਾਲਿਆਂ ਦੀ ਭੱਜੇ ਤੇ, ਜਿੱਥੇ ਹੁਣ ਲਾਈਟਾਂ ਮੋਰਿੰਡੇ ਪਿੱਪਲ ਖੜੇ ਹੈ, ਇੱਥੇ ਦੇ ਬੋਰਡ ਭੱਜ ਕੇ ਦੁਲਚੀ ਮਾਜਰੇ ਵਾਲੀ ਨਦੀ ਪਾਰ ਕਰਕੇ ਦੁਲਚੀ ਮਾਜਰੇ ਕੋਲ ਤੇ ਮੁੜੇ। ਜਿਹੜੀ ਸ਼ਰਤ ਮੈਡਾਂ ਵਾਲਿਆਂ ਦੀ ਕਰਨੈਲ ਬਾਈ ਉਹਨਾਂ ਦੀ, ਬਾਈ ਦੇਵ ਸਿੰਘ ਨਸਲ ਭਰੇ ਨਾਲ ਭੱਜੇ, ਉਹ ਬੋਰਡ ਭੱਜੇ ਤੇ ਨਾਹੌਰੀ ਗੋੜ ਤੇ ਜਿੱਥੇ ਸਿਵੇ ਹੈ, ਮੁੜੇ ਸਲੌਰੇ ਵਾਲੀ ਨਦੀ ਦੇ ਉਰਲੇ ਕੰਢੇ ਤੇ, ਨਦੀ ਉਹਨਾਂ ਨੇ ਵੀ ਪਾਰ ਕਰੀ ਦੁਲਚੀ ਮਾਜਰੇ ਵਾਲੀ। ਫਿਰ ਸ਼ਰਤ ਲੱਗੀ ਜਿਹੜੇ ਬੋਰਡ ਭੱਜੇ ਆਤਮਾ ਸਿੰਘ ਸ਼ਾਂਤਪੁਰ ਦੇ ਸਰਪਣ ਸਿੰਘ ਕਾਲੀ ਸਮਾਣੇ ਦੇ ਨਾਲ, ਉਹ ਬੋਰਡ ਦੁਲਚੀ ਮਾਜਰੇ ਗੋੜ ਤੇ ਭੱਜੇ, ਜਿੱਥੇ ਰੋਪੜ ਕੱਚੀ ਨਹਿਰ ਪਰ ਅਕੈਡਮੀ ਹੈ ਉੱਥੇ ਤੇ ਬੋਰਡ ਮੁੜ ਕੇ ਆਏ।
ਹਾਂਜੀ ਉਹ ਬੋਰ ਦੇ ਉੱਤੇ ਤੇ ਮੁੜ ਕੇ ਆਏ ਮਿੱਤਰੋ 12 ਮੀਲ ਕਹਿ ਦੇਣੀ ਛੋਟੀ ਜਿਹੀ ਗੱਲ ਨੀ 12 ਮੀਲ ਜਦੋਂ ਮੈਲਾਂ ਵਾਲੇ ਦੀ ਨਸਲ ਪੜੀਆਂ ਦੀ ਸ਼ਰਤ ਲੱਗੀ ਮੈਂ 3ਵੀਂ ਜਮਾਤ 'ਚ ਪੜ੍ਹਦਾ ਤਾ ਜਦ ਬੋਰ ਦੇ ਨਦੀ ਪਾਰ ਕਰੇ ਦੁਲਚੀ ਮਾਜਰੇ ਵਾਲੀ ਮੈਂ ਮਗਰ ਭੱਜ ਲਿਆ ਬੋਰਦਾਂ ਦੇ ਪਰ ਮਿੱਤਰੋ ਬੋਰ 11 ਮੀਲ ਵੀਰ ਘਰ ਰਹਿੰਦਾ ਤਾ ਭੱਜੇ ਹੋਏ ਡਾਂ ਬੰਦੇ ਦੇ ਵੀ ਬੰਦਾ ਭੱਜ ਕੇ ਫਿਰ ਵੀ ਰਲ ਜਾਵੇ ਇੰਨੇ ਬੋਲ ਫਿਰ ਵੀ ਭੱਜ ਰਹੇ ਤੇ ਉੱਥੇ ਆ ਕੇ ਵੀ 12 ਮੀਲ ਬੋਲ ਭੱਜ ਕੇ ਵੀ ਕਿਉਂ ਭੱਜਣ ਦਾ ਕਾਰਨ ਇਹ ਵੀ ਤਾ ਜਦ ਹਾਰ ਸੁਹਾਗੇ ਖਿਲਾੜੀਆਂ ਸਾਰੀ ਸਾਰਾ ਦਿਨ ਸਾਰੀ ਸਾਰੀ ਰਾਤ ਬੋਲ ਚੱਲੇ ਜਾਂਦੇ ਤੇ ਕਸ ਬਣੇ ਹੁੰਦੇ ਤੇ ਬੋਲਦਾਂ ਦੇ ਹੁਣ ਤਾਂ ਆਪਾਂ ਜਿਹੜੇ ਬੋਲਦ ਘੜੂਏ ਦੇ ਇੱਥੇ ਮੇਲੇ 'ਚ ਭੱਜਣਗੇ ਉਹ ਵੀ ਟੈਂਪੂ ਉੱਪਰ ਚੜ੍ਹ ਕੇ ਆਉਣਗੇ ਤੁਰ ਕੇ ਨਹੀਂ ਆਉਣਗੇ ਘੜੂਏ ਦੇ ਬੋਲਦ ਉਹ ਵੀ ਟੈਂਪੂ ਉੱਪਰ ਆਉਣਗੇ ਇੱਥੇ ਹਾਂ ਬਾਈ ਜੀ ਇੱਧਰ ਹੋ ਭਾਈ ਸਾਰੇ ਬਾਈ ਜੀ 2 ਮਿੰਟ ਲੈ ਕੇ ਸ਼ਬਦ ਇੱਧਰ ਹੋ ਜਾਓ ਬਾਈ ਹੋ ਜਾਓ ਧੰਨਵਾਦ ਜਿਉਂਦੇ ਰਹੋ ਹੋ ਬਾਈ ਜੀ ਇੱਧਰ ਹੋ ਜਾਓ ਗਾਹ ਨੂੰ ਹੋ ਜਾਓ ਵੀਰ ਬੜੀ ਮਿਹਰਬਾਨੀ ਤੁਹਾਡੀ ਜਿਉਂਦੇ ਰਹੋ ਰੱਬ ਵਰਗਾ ਆਸਰਾ ਹੁੰਦਾ ਮੈਨੂੰ ਤੁਹਾਡਾ ਰੱਬ ਵਰਗਾ ਆਸਰਾ ਤੁਹਾਡਾ ਬੱਸਦੇ ਰਹੋ ਮਿੱਤਰੋ ਜਵਾਨੀਆਂ ਮਾਣੋ ਬਹੁਤ ਖੇਡਾਂ ਦੇ ਖੇਡ ਲਓ ਮੈਂ ਤੁਹਾਡੇ ਪਿਆਰ ਨਾਲ ਤੁਹਾਡੇ ਸਹਿਯੋਗ ਨਾਲ ਉੱਪਰ ਲਿਆ ਕੇ ਖੜੀ ਕਰਤਾ ਕਿਹੜੇ ਨਿਯਮ ਹੋਇਆ ਕਰਦੇ ਸੀ ਵਾਕ ਵੀਤਾ ਕੱਢ ਲੈਣੀ ਆ ਕੌਣ ਪਿੰਡ ਦਾ ਬੰਦਾ ਟਾਈਮ ਲਾਊਗਾ ਰਿਸ਼ਤੇਦਾਰੀ 'ਚ ਵਾੜ ਕੇ ਲਿਆ ਕੇ ਆਪਦੇ ਜਿਤਾ ਲੈਣੇ ਹੁਣ ਜਿਹਦੇ ਭੱਜੇ ਹੀ ਨਹੀਂ ਲੋਕਾਂ ਨੂੰ ਤਾਂ ਦਿਖਦੇ ਤੇ ਰੌਲਾ ਪੈ ਜਾਣਾ ਡੰਡੇ ਚੱਲਣੇ ਲੜਾਈਆਂ ਹੋਣੀਆਂ ਭੱਜੀ ਜਾਣੇ ਲਿਖੀ ਜਾਣੇ ਇਹ ਹੀ ਨਹੀਂ ਪਤਾ ਵੀ ਹੇਠਾਂ ਉੱਪਰ ਵੀ ਟਾਈਮ ਲਿਖੋ ਜਾਣੇ ਮੈਂ ਸੋਧ ਕੀਤੀ ਫਿਰ ਪਰਚੀ ਸਿਸਟਮ ਦੀ ਮੈਂ ਬੋਰਡ ਭੱਜਣਗੇ ਪਰਚੀ ਨਾਲ ਪਰਚੀ ਲਿਆਓ ਆਪਣੀ ਸਾਡੇ ਕੋਲ ਦਓ ਜਾਂ ਸਾਡੇ ਬੰਦੇ ਫੜਨਗੇ ਪਰਚੀ ਦੇ ਬਿਨਾਂ ਨਹੀਂ ਬੋਰਡ ਭਜਾਵਾਂਗੇ ਆਪਾਂ ਸੋਧ ਹੋ ਗਈ ਉਹ ਵੀ ਇੱਕ ਆਪਣੀ ਫਿਰ ਟੈਲੀਫੋਨ 'ਤੇ ਚੱਲ ਪਈ ਗੱਲ ਹੁਣ ਮੈਂ ਟੈਲੀਫੋਨ 'ਤੇ ਜ਼ਰੂਰ ਕਿਹਾ ਵੀ ਭਾਈ ਟੈਲੀਫੋਨ ਦੀ ਖੇਡ ਨਹੀਂ ਹੋਣੀ ਚਾਹੀਦੀ ਖੇਡ ਪਰਚੀ ਪਰ ਹੋਣੀ ਚਾਹੀਦੀ ਹੈ ਕਿਉਂ ਟਾਈਮ ਕੀਪਰ ਨੂੰ ਨਹੀਂ ਪਤਾ ਹੋਣਾ ਚਾਹੀਦਾ ਪਹਿਲਾਂ ਹੀ ਵੀ ਕਿਤੇ ਬੋਰਡ ਭੱਜਣ ਲੱਗੇ ਉੱਧਰ 'ਤੇ ਜਾਂ ਫੋਨ ਕਰ ਦੇਣਾ ਸਾਨੂੰ ਤਾਂ ਪਹਿਲਾਂ ਹੀ ਪਤਾ ਵੀ ਫਲਾਣੇ ਦੇ ਬੋਰਡ ਭੱਜਣ ਲੱਗੇ ਟਾਈਮ ਕੀਪਰ ਜੋ ਮਰਜ਼ੀ ਕਰੀ ਜਾਵੇ ਪਰਚੀ ਭਰੇ ਭੱਜਣ ਬੋਰਡ ਤੁਸੀਂ ਨਗਰ ਨਿਵਾਸੀ ਵੀਰੋ ਲੱਖਾਂ ਹੀ ਰੁਪਇਆ ਖਰਚ ਕਰਦੇ ਹੋ ਇਨਾਮਾਂ ਦੇ ਪਿੰਡ ਜੇ 1000-2000 ਰੁਪਇਆ ਹੋਰ ਲੱਗ ਜੂ ਪਰਚੀ ਵਾਲਿਆਂ ਨੂੰ ਦੇ ਦਿਉਂਗੇ ਕੋਈ ਮਾੜੀ ਗੱਲ ਨਹੀਂ ਉਹੀ ਸਿਸਟਮ ਆਪਾਂ ਨੇ ਫੇਰ ਲਿਆਉਣਾ ਪਰਚੀ ਵਾਲਾ ਪਰਚੀ ਸਿਸਟਮ ਦੀ ਖੇਡ ਆਪਾਂ ਨੇ ਭਜਾਇਆ ਕਰਨੀ ਹੈ ਟੈਲੀਫੋਨ ਦੀ ਖੇਡ ਵੀ ਬੰਦ ਕਰਨੀ ਆਪਾਂ ਨੇ ਲਿਖ ਵੀ ਸਾਰੇ ਨਾਮ ਕੋਈ 5 ਕੁ ਸਾਲ ਪਹਿਲਾਂ ਮੈਨੂੰ ਮੋਟਰਸਾਈਕਲ ਦਿੱਤਾ ਹੈਪੀ ਮੁੰਡੀਆਂ ਨੇ ਸ਼ੇਰਾ ਅਚਰਵਾਲ ਨੇ ਸੰਦੀਪ ਸਿੰਘ ਵੈਲਪਰ ਨੇ ਆਹ ਹੁਣੇ ਐਸੇ 18 ਤਰੀਕ ਨੂੰ ਫਿਰ ਜਗਤਪੁਰੀਆਂ ਨੇ ਸਰਦਾਰ ਮਨਜੀਤ ਸਿੰਘ ਜੀ ਡੋਗਰ ਦੇ ਪਰਿਵਾਰ ਨੇ ਬਾਈ ਹਿੰਮਤ ਸਿੰਘ ਉਹਨਾਂ ਨੇ ਵੀਰ ਪੱਪੂ ਉਹਨਾਂ ਨੇ ਆਮਨੇ ਉਹਨਾਂ ਨੇ ਮੈਨੂੰ ਮੋਟਰਸਾਈਕਲ ਦਿੱਤਾ ਕੀ ਹਾਲ ਹੈ ਬਈ ਵਧਾਈਆਂ ਫਿਰ ਤਾਂ ਜੋਨੀ ਚਾਲ ਪਲਾਣਾ ਵਧਾਈਆਂ ਭਾਈ ਬੜੀ ਖੁਸ਼ੀ ਦੀ ਗੱਲ ਹੈ ਲਓ ਜੀ 10 ਤਰੀਕ ਦਾ ਕਬੱਡੀ ਕੱਪ ਹੈ ਜੀ ਆਲ ਓਪਨ ਪਿੰਡ ਬਲਾਣਾ ਜੌਨੀ ਚਾਲ ਬਲਾਣਾ ਵੱਲੋਂ ਜੀ ਸਪੈਸ਼ਲ ਨਾਮ ਹੈ ਜੀ ਧੰਨਵਾਦ ਕਰਦੇ ਹਾਂ ਸਰਦਾਰ ਬਹਾਦਰ ਭਪਿੰਦਰ ਸਿੰਘ ਜੀ ਬਬਨਾਲਾ ਬੱਕਰ ਸਿੰਘ ਬਬਨਾਲਾ ਧੰਨਵਾਦ ਕਰਦਾ ਦੋਵੇਂ ਵੀਰਾਂ ਦਾ ਇਹ ਪਰਿਵਾਰ ਨੇ ਵੀ ਕੋਕੇ ਲਾਏ ਮਿੱਤਰੋ ਸਰਦਾਰ ਜਰਨੈਲ ਸਿੰਘ ਉਹਨਾਂ ਦੇ ਨਾਂ 'ਤੇ ਐਂਟਰੀ ਹੁੰਦੀ ਤੀ ਇਸ ਖੇਡ ਦੀ ਇਹਨਾਂ ਦੇ ਬੁੜਦਾਂ ਦੀ ਇਹਨਾਂ ਨੇ ਵੀ ਧੰਨ ਧੰਨ ਕਰਾ ਕੇ ਰੱਖੀ ਹੈ ਕੋਈ ਲੰਬੇ ਸਮਾਂ ਖੇਡਾਂ ਦੇ ਵਿੱਚ ਮੈਂ ਦੋਵੇਂ ਵੀਰਾਂ ਦਾ ਮੇਰੇ ਛੋਟੇ ਭਰਾ ਨੇ ਪਹੁੰਚੇ ਨੇ ਪਿਆਰ ਭਰੀ ਜੀ ਆਇਆ ਆਖਦਾ ਆਪਣੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਬੱਲਾ 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 ਉਹ ਭਾਈ ਬਿੰਦਰ ਜੀ ਕੋਟ ਗੰਗੂ ਰਾਏ ਇਹ ਵੀ ਸਾਡਾ ਛੋਟਾ ਭਾਈ ਹੈ ਇਹ ਵੀ ਪਹੁੰਚਿਆ ਹੋਇਆ ਧੰਨਵਾਦ ਕਰਦੇ ਹਾਂ ਰਾਣਾ ਕੜਾਹ ਉਹ ਬਈ ਛੋਟੂ ਓਏ ਉਹ ਛੋਟੇ ਇੱਧਰ ਖੜ ਨੀਲੀ ਪੱਗ ਇੱਧਰ ਹੋ ਜਾ ਤੂੰ ਵੀ ਸਾਈਕਲ ਗਾਹ ਕਰਵਾ ਠੀਕ ਹੈ ਠੀਕ ਹੈ ਸਾਈਕਲ ਕਰੋ ਗਾਹ ਬੱਬੂ ਵਿਦੇਸ਼ਾਂ ਸਰਪੰਚ ਸਰਬਜੀਤ ਸਿੰਘ
ਬਦੇਸ਼ ਕਲਾ ਉਹ ਵੀ ਪਹੁੰਚੇ ਹੋਏ ਨੇ। ਧੰਨਵਾਦ ਕਰਦੇ ਹਾਂ ਜੀ। ਸਰਦਾਰ ਸ਼ਮਸ਼ੇਰ ਸਿੰਘ ਜੀ ਸ਼ੇਰਾ ਚਰਬਾਲ ਕੈਨੇਡਾ, ਸਰਦਾਰ ਪਿੰਦਰ ਸਧਾਉੜ, ਸਰਦਾਰ ਗੋਲਡੀ ਸਧਾਉੜ, ਸਰਦਾਰ ਤੇਜੀ ਸਧਾਉੜ, ਸਰਦਾਰ ਸੁਖਦੇਵ ਸਿੰਘ ਸਧਾਉੜ, ਆਉਣ ਵਾਲੇ ਕੁਝ ਹੀ ਦਿਨਾਂ ਦੇ ਵਿੱਚ ਸੁਰੱਖ ਸੁੱਖ ਤਲੇਰ ਕਲਾ ਨੂੰ ਵੀ ਮੋਟਰਸਾਈਕਲ ਨਾਲ ਮਾਣ ਸਨਮਾਨ ਕਰਨਗੇ। ਸੁੱਖ ਤਲੇਰ ਦਾ ਵੀ ਬਹੁਤ ਜਲਦੀ ਮਾਣ ਸਨਮਾਨ ਮੋਟਰਸਾਈਕਲ ਨਾਲ ਹੋ ਜਾਣਾ। ਕਰਵੀਰ ਸਿੰਘ ਖਾਨਪੁਰ ਕੈਨੇਡਾ, ਉਹ ਵੀ ਮੁੰਡਾ ਆਇਆ ਹੋਇਆ ਵੈਸੇ ਇੱਧਰ, ਉਹ ਵੀ ਖੇਡ ਨਾਲ ਜੁੜੇ ਨੇ। ਸਰਦਾਰ ਕੁਲਵੀਰ ਸਿੰਘ ਖਾਨਪੁਰ ਕੈਨੇਡਾ, ਸਰਪੰਚ ਸਰਦਾਰ ਨੇਤਰ ਸਿੰਘ ਮਾਜਰੀ, ਵਾਹ ਜੀ ਵਾਹ, ਧੰਨਵਾਦ ਜੀ। ਸਰਪੰਚ ਸਰਦਾਰ ਨੇਤਰ ਸਿੰਘ ਮਾਜਰੀ ਜੁੜੇ ਨੇ ਖੇਡ ਦੇ ਨਾਲ, ਧੰਨਵਾਦ ਕਰਦੇ ਹਾਂ। ਉਹ ਜਵਾਕੋ ਇੱਧਰ ਹੋ ਜਾ ਮੁੰਡਿਆ, ਛੋਟੇ ਵੀਰ, ਉਹ ਨੀਲੀ ਪਾ ਕੇ ਮੁੰਡਿਆ, ਤੂੰ ਗਲਤ ਖੜਾ ਚਿਹਰਾ, ਬੁਰਾ ਝੰਡੀ ਆਉਂਦੀ ਪੁੱਤ, ਇੱਧਰ ਹੋ ਜਾ, ਥੋੜੇ ਥੋੜੇ ਆਏ ਬਸ ਖੜ ਜਾਓ। ਉਹ ਭਾਈ ਉੱਪਰ ਬੈਠੇ, ਟ੍ਰੇਨ ਆਉਂਦੀ ਹੈ ਉਰਲੇ ਪਾਸੇ ਬੈਠੇ, ਕੋਈ ਨੀ ਲਾਈਨ ਛੱਡ ਕੇ ਬੈਠੇ, ਲਾਈਨ ਬੰਨਾ ਮੇਰਾ ਵੀਰ ਬੈਠੇ, ਹੱਥ ਬੰਨ ਕੇ ਬੇਨਤੀਆਂ, ਨੁਕਸਾਨ ਹੋ ਜਾਊਗਾ। ਹਾਂਜੀ, ਰਾਹ ਖਾਲੀ ਬਾਈ ਝੰਡੀ ਦਾ ਇਸ਼ਾਰਾ, ਰਾਹ ਖਾਲੀ ਬਾਈ ਝੰਡੀ ਦਾ ਇਸ਼ਾਰਾ ਹੋ ਗਿਆ ਜੀ। ਬੋਹੀ ਗੈਸ ਵਾਲਾ ਸਹੀ ਹੈ, ਸੱਟ ਵੱਜਣ ਜੇ ਉਹ ਖੇਡ ਨਾ ਆਉਂਦੀ। ਉਹ ਰਾਹ ਕਰੋ ਖਾਲੀ, ਰਾਹ ਕਰ ਦੋ ਖਾਲੀ, ਭੱਜਣ ਦੋ ਸਾਈ ਜੀ ਪੀੜੀ, ਕਰ ਦੋ ਮੇਰਾ ਵੀਰ ਰਾਹ ਖਾਲੀ, ਕਰ ਦੋ ਰਾਹ ਖਾਲੀ, ਕਰ ਦੋ ਬਾਹਰ ਰੋਜ ਰਾਹ ਤੇ ਜਾਲੀ ਹੋਲੀ ਜਾਣਾ, ਉਹ ਜੋ ਬਾਹਰ ਨੂੰ ਉਹਦਾ ਝੰਡੀ ਹੋ ਕੇ ਖੜੀ, ਗੱਡੀ ਭੱਜਣ ਲੱਗੀ ਹੈ। ਉਹ ਛੋਟੇ ਵੀਰਾ ਇੱਧਰ ਹੋ ਜਾ, ਤੂੰ ਵੀ ਮੁੰਡਿਆ ਇੱਧਰ ਹੋ ਜਾ, ਮੱਲ ਇੱਧਰ ਆ ਜਾ, ਇੱਧਰ ਆ ਜਾ, ਹਾਂ ਹੋ ਜਾ, ਹੋ ਜਾਓ ਹੋ ਜਾਓ, ਇੱਧਰ ਹੋ ਜਾਓ, ਸਿਆਣੇ ਤੇ ਕਹਾਣੀ ਖੜੀ ਦਾ, ਸਿਆਣੇ ਤੇ ਮਗਰ ਖੜੀ ਦਾ, ਹੋ ਜਾਓ ਬਾਹਰ, ਹੋ ਜਾਓ ਰਾਹ ਤੇ ਬਾਹਰ, ਤਿਆਰੀ ਆ ਜੀ। ਲਓ ਜੀ, ਭੱਜ ਚੁੱਕੀਆਂ ਗੱਡੀਆਂ ਦੇ ਵਿੱਚ ਕਰ ਸਵਾਂ ਜੀ, ਧਨੋਆ ਗਰੁੱਪ ਘੜੂਆ ਵੀਡੀਓ ਛਪਾਰ ਨਾਲ ਬੜਾ ਭੱਜਿਆ ਹੋਇਆ ਜੀ, ਮਨਜੀਤ ਸਿੰਘ ਸ਼ਾਂਤਪੁਰ ਰੋਡਾ ਕਾਈਨੌਰ, ਸਮਾਂ ਲੱਗਿਆ ਹੋਇਆ ਉਹਨਾਂ ਦਾ 21:31, ਤਿਆਰੀ ਆ ਬਾਈ। ਆ ਗਈ ਬਾਈ, ਬਾਈ 41 ਦਾ ਸਮਾਂ ਜੀ, 22:41, ਦਲਜੀਤ ਸਿੰਘ ਘੜੂਆ, ਸਾਨੀ ਘੜੂਆ, ਗੜਵਾਨੀ ਕਰ ਗਿਆ ਜੀ, ਤੇਜੀ ਪਿੰਡ ਬਾਬਰਪੁਰ ਤੋਂ ਜਿਹੜਾ ਭਜਾ ਕੇ ਲਿਆ ਇਹਨਾਂ ਨੂੰ, ਟਾਈਮ ਲਾਇਆ ਇਹਨਾਂ ਨੇ 22:41। ਉਹ ਦਰਸ਼ਕ ਵੀਰੋ ਫੇਰ ਬੇਨਤੀ ਹੈ, ਗੁਰੂ ਦਾ ਟੁੱਟ ਲੰਗਰ ਪਹੁੰਚ ਗਿਆ ਜੀ, ਜਿਹਨਾਂ ਵੀਰਾਂ ਨੇ ਨਹੀਂ ਛਕਿਆ ਸਾਡੇ ਹੱਥ ਬੰਨ ਕੇ ਬੇਨਤੀ ਹੈ, ਲੰਗਰ ਜ਼ਰੂਰ ਛਕਣਾ ਬਾਈ, ਕੋਈ ਵੀਰ ਲੰਗਰ ਛਕੇ ਬਿਨਾਂ ਮੇਲੇ 'ਚ ਨਾ ਖੜੇ, ਲੰਗਰ ਛੱਕ ਕੇ ਜਾਣਾ ਸਾਰੇ ਵੀਰਾਂ ਨੇ। ਤਿਆਰੀ ਆ ਭਾਈ, ਤਿਆਰੀ ਆ ਜੀ, ਆ ਗਈ ਭਾਈ। ਐ ਸ਼ਬਦ 1600 ਰੁਪਇਆ ਲੱਗਿਆ ਹੋਇਆ ਜੀ, ਐ ਸ਼ਬਦ ਦਾ 1600 ਰੁਪਇਆ ਲੱਗਿਆ ਹੋਇਆ, 1500 ਰੁਪਇਆ, 1001 ਹੈ ਜੀ, 501 ਹੈ ਜੀ।
ਅਪ ਇੱਕ ਹੀ ਚੌਂਤੀ ਬੱਲੇ ਕਾਈ ਨੌਰੀਓ ਵਾਹ ਸ਼ੇਰਾ ਬਿੱਟੂ ਬਾਜਵਾ ਹੈ ਕੱਢ ਦੇ ਘੜੋਲ ਸ਼ੇਰਾ ਮੋੜ ਦੀ ਚਾਬੀ ਲਿਆਓ ਰੇ ਕਹਿੰਦੀ ਮੋੜ ਦੀ ਚਾਬੀ ਆ ਵੀ ਲੈ ਲਿਓ ਆਪਣੀ ਜੇਬਾਂ ਚ ਹੱਥ ਮਾਰ ਲਓ ਨਾਲ ਪਿਸਤੌਲ ਵੀ ਹੈ ਨਾਲ ਇੱਕ ਪਿਸਤੌਲ ਹੈ ਪਿਸਤੌਲ ਨਕਲੀ ਜਾ ਕਹਿੰਦੇ ਮੈਨੂੰ ਕਹੋ ਜੀ ਅਸਲੀ ਹੈ ਨਕਲੀ ਆ ਭਾਈ ਹਾਂਜੀ ਮਨਜੀਤ ਸਿੰਘ ਸਾਂਦਪੁਰ ਉਹ ਭਾਈ ਮਗਰ ਨੂੰ ਛੋਟੇ ਵੀਰੋ ਮਗਰ ਨੂੰ ਹੋਜੋ ਮਗਰ ਹੋ ਜਾਓ ਯਾਰ ਬੱਲੇ ਬੱਲੇ ਗੁਰਦੀਪ ਸਿੰਘ ਬਈ ਸਾਡੇ ਛੋਟੇ ਵੀਰ ਨੇ ਬੈਂਕ ਮੁਲਾਜ਼ਮ ਨੇ ਆ ਗਈ ਭਾਈ ਬੜੀ ਗੂੜੀ ਰਿਸ਼ਤੇਦਾਰੀ ਇਸ ਨਗਰ ਦੇ ਨਾਲ ਉਹ ਵੀ ਪਹੁੰਚੇ ਨੇ ਭਾਈ ਧੰਨਵਾਦ ਕਰਦੇ ਪਹਿਲਾ ਨਾਮ 21,000 ਰੁਪਈਆ ਬਈ ਬਾਈ ਚੁਰੰਜਾ ਇਹ ਪਰਲਾ ਬੈੜਾ ਜੀਤੀ ਘੜੂਆ ਸਾਡੇ ਵੱਲ ਕੁਲਵੀਰ ਸਿੰਘ ਮਾਨਕਾ ਸੰਦੀਪ ਸਿੰਘ ਬਹਿਲਪੁਰ ਤਾਰਾ ਦੌਦਰ ਇਹ ਉਹਨਾਂ ਦਾ ਬੋਰਡ ਭੱਜ ਗਿਆ ਬਈ ₹1,500 ਛੱਡਦਾ ਬਈ ₹1,500 ਆ ਹੁਣੇ ਨੌ ਵੀ ਦੱਸ ਦਿੰਦੇ ਕੋਈ ਨੀ ਇੰਦਰਜੀਤ ਸਿੰਘ ਧਨੋਆ ਗਗਨ ਧਨੋਆ ₹1,000 ਰੁਪਈਆ ਉਹਨਾਂ ਵੱਲੋਂ ਹੈ ਜੀ ₹500 ਰੁਪਈਆ ਬਾਕੀ ਬਾਈ ਪਹਿਲਾ ਗਰੁੱਪ ਤੁਹਾਨੂੰ ਬੋਲਿਆ ਵੀ ਉਹਨਾਂ ਨੇ ₹2,500 ਰੁਪਈਆ ਪੰਜੇ ਛੁੱਟਾਂ 'ਚ ਲਾਇਆ ਉਹਨਾਂ ਸਾਰੇ ਵੀਰਾਂ ਦਾ ਧੰਨਵਾਦ ਉਹ ਇਹ ਦਿਲ ਬਿਨਾਂ ਨਹੀਂ ਸੇਵਾ ਹੋਇਆ ਕਰਦੀ ਜੇ ਦਿਲ ਨਾ ਹੋਵੇ ਲਗਨ ਵਾਲਾ ਐਵੇਂ ਤਾਂ ਨਹੀਂ ਕਹਿੰਦਾ ਵੀ ਮਾਸਟਰ ਜੇ ਗੱਲ ਕਰਨੀ ਕਹੇ ਦਿਲ ਵਾਲੇ ਦੀ ਕਰ ਦਿਲਾਂ ਵਾਲਿਆਂ ਦੀ ਯਾਰੋ ਗੱਲ ਛੇੜੋ ਜਿਹੜੇ ਪਾਉਣ ਗੱਲ ਵੱਕੜੀ ਤਾਰਿਆਂ ਨੂੰ ਜਿਹੜੇ ਭਾਰਦੇ ਨੇ 70,000 ਇਹਨੇ ਦਾ ਨਾ ਉਹ ਲੋਚਦੇ ਮਹਿਲਾ ਚਵਾਰਿਆਂ ਨੂੰ ਬਲਨ ਰਾਹਾਂ ਦੇ ਵਿੱਚ ਮਸ਼ਾਲ ਬਣ ਕੇ ਚਾਨਣ ਵੰਡਦੇ ਥੱਕਿਆਂ ਹਾਰਿਆਂ ਨੂੰ ਮਿੱਤਰੋ ਇਹ ਸਾਥੀ ਇੱਕ ਮਿਸਾਲ ਦਾ ਚਾਨਣਾ ਦਿੰਦੇ ਜਿਹੜੇ ਇਹੋ ਜਿਹੇ ਨਾਮ ਲਾਉਂਦੇ ਹੈ ਧੰਨਵਾਦ ਉਹਨਾਂ ਦਾ ਸਰਦਾਰ ਸਰਬਜੀਤ ਸਿੰਘ ਸਰਪੰਚ ਵਿਦੇਸ਼ ਕਲ ਆ ਗਈ ਭਾਈ ਉਹ ਵੀ ਪਹੁੰਚੇ ਹੋਏ ਪੰਜ ਬੋਰਡ ਮਿੱਤਰੋ ਕਹਿ ਦੇਣੇ ਛੋਟੀ ਜਿਹੀ ਗੱਲ ਹੈ ਉਹ ਭਾਈ ਆਲੂਆਂ ਚ ਨਾ ਬੜੋ ਬਾਰ ਬਾਰ ਕਹਿ ਰਹੇ ਕਿਉਂ ਆਲੂਆਂ ਚ ਬੜੀ ਜਾਂਦੇ ਯਾਰ ਹਾਂਜੀ ₹2,178 ਜੀ ਹਰਸ਼ ਮੁੰਡੀਆਂ ਵੀ ਪਰਲਾ ਬੋਰਡ ਗੁਰਦੀਪ ਸਿੰਘ ਟੋਲੀ ਧੌਣ ਮਾਜਰਾ ਸਾਡੇ ਵੱਲ ਹਰਸ਼ ਮੁੰਡੀਆਂ ਸੁੱਕੀ ਸੁੱਕਾ ਮੁੰਡੀਆਂ ਹੈਪੀ ਮੁੰਡੀਆਂ ਮਿੱਤਰੋ 21,000 15,000 11,000 ਉਹ ਘੜੂਏ ਵਾਲੇ ਹੋ ਧੂੜੇ ਪਰਤੀ ਬਈ ਧੂੜ ਘੜੂਏ ਪਿੰਡ ਘੜੂਆ ਪਿੰਡ ਨੌਵਾਂ ਪਿੰਡ ਦਾ ਸਾਡੇ ਦਾ ਜਿੰਨੀਆਂ ਵੀ ਖੇਡਾਂ ਕਰਾਈਆਂ ਇਤਨੇ ਧੂੜ ਪੱਟ ਕਰਾਈਆਂ ਨਗਰ ਨੇ ਕਦੇ ਨਹੀਂ ਵੀ ਬੋਲਾ ਮੇਲਾ ਹੋਇਆ ਹੋਊਗਾ ਨਾ ਲੰਗਰ ਦੀ ਘਾਟ ਕਿਸੇ ਪਕਸੋਂ ਨਾ ਖੇਡ ਦੇਖ ਲਓ ਜਦੋਂ ਅਸੀਂ ਆਏ ਹਾਂ ਰਾਹ ਲੱਗਦਾ ਤਾਂ ਵੀ ਇੱਥੇ ਭੱਜਣੇ ਹੀ ਨਹੀਂ ਪਾਣੀ ਖੜਾ ਤਾਂ ਚੱਕੜ ਦਾ ਮਿੱਤਰੋਂ ਟਿੱਪਰ ਮੰਗਾ ਕੇ ਮਿੱਟੀ ਪਹਿਲਾਂ ਤਾਂ ਗਿੱਲਾ ਪਾਣੀ ਵਗੈਰਾ ਕੱਢਿਆ ਵਿੱਚੋਂ ਕਰਾਹ ਨਾਲ ਫਿਰ ਉਹ ਚੱਕੜ ਜਿਹਾ ਕੱਢਿਆ ਵੀ ਮਿੱਟੀ ਪਾਈ ਵੀ ਕੜਾਹ ਫੇਰੇ ਸਾਰੇ ਨਗਰ ਦਾ ਹੀ ਧੰਨਵਾਦ ਮਿੱਤਰੋ ਇਹਨੂੰ ਕਹਿੰਦੇ ਹਾਂ ਮੇਲਾ ਕਰਾਉਣਾ ਲੜਦਾਰੋ ਬਾਹਰ ਆ ਜਾਓ ਰਾਧੇ ਬਾਹਰ ਆ ਜਾ ਬਾਈ ਥੋੜੇ ਵੀਰਾ ਬਾਹਰ ਆ ਜਾਓ ਆਏ ਬਾਹਰ ਆ ਜਾਓ ਆ ਜਾਓ ਮੇਰਾ ਵੀਰ ਬਣ ਕੇ ਇਹਦੇ ਨੂੰ ਆ ਜਾਓ ਤਿਆਰੀ ਆ ਭਾਈ ਤਿਆਰੀ ਆ ਜੀ ਆ ਗਈ ਭਾਈ
24 29 ਦਾ ਸਮਾਂ ਜੀ 24 29 ਇਹ ਸਰਦਾਰ ਕਾਕਾ ਸਿੰਘ ਉਹਨਾਂ ਨੇ ਜੀ ਪਿੰਡ ਮੜੌਲੀ ਤੋਂ ਸਰਦਾਰ ਕਾਕਾ ਸਿੰਘ ਪਿੰਡ ਮੜੌਲੀ ਟਾਈਮ 24 29 ਬਾਈ ਜੀ ਜਿਹੜੇ ਸਾਹਮਣੇ ਬੈਠੇ ਨੇੜੇ ਨੂੰ ਹੋਈ ਜਾਂਦੇ ਦੂਰ ਰਹੋ ਥੋੜੇ ਜੇ ਇਹ ਬੱਚੇ ਹੋ ਚਲ ਬੈਠੇ ਕੋਈ ਨੀ ਦੂਰੇ ਬੈਠੇ ਹਾਂ ਤਾਂ ਜਿਹਨੇ ਡਰ ਨਾ ਪਾਈ ਉਹਨੇ ਤਾਂ ਦਰੀ ਹੋ ਜਾਣਾ ਦੇਖਣ ਤੋਂ ਬੈਠ ਕੇ ਜਿਹੜੇ ਬੈਠੇ ਦੇਖੀ ਜਾਣ ਬੈਠੇ ਰਹੋ ਬਾਪ ਦੇ ਗਾਹ ਨਾ ਹੁਣ ਕੋਈ ਬੈਠਣ ਦਿਓ ਇੰਨੀ ਕੁ ਮਿਹਰਬਾਨੀ ਰੱਖਿਓ ਜਿੱਥੇ ਬੈਠੇ ਹੋ ਬਹੁਤੀ ਬੈਠੇ ਰਹਿਣ ਦਿਓ ਕਬੱਡੀ ਕੱਪ ਵੀ ਆਪਣੇ ਕੱਲ ਨੂੰ ਜਿਹਨਾਂ ਵੀਰਾਂ ਨੇ ਸਾਈਕਲ ਦੇ ਡਰਾ ਵਿੱਚ ਹਿੱਸਾ ਲੈਣਾ ਹੈ 100 ਰੁਪਿਆ ਸਾਡੇ ਕੋਲ ਦੇ ਕੇ ਐਂਟਰੀ ਆਪਦੀ ਰਸੀਦ ਪ੍ਰਾਪਤ ਕਰ ਲਓ ਉਹ ਮਿੱਤਰ ਆ ਗਈ ਭਾਈ ਪਤਾ ਨੀ ਰਾਤ ਰਾਤ ਕਿਹਦੇ ਭਾਗ ਜਾਗਣੇ ਹੈ 100 ਰੁਪਿਆ ਦੇ ਕੇ ਜੇ 3500 ਰੁਪਿਆ ਮਿਲ ਜਾਵੇ ਹੋਰ ਕਿਆ ਚਾਹੀਦਾ ਕਰਾਓ ਆਪਣੀ ਐਂਟਰੀਆਂ ਉਹ ਛੋਟੇ ਹੋਏ ਇੱਧਰ ਉਹ ਮਤਲਬ ਉਹ ਮਗਰ ਉਹ ਯਾਰ ਇੱਕੀ 53 ਜੀ 51 ਸ਼ੀਤਲ ਸਿੰਘ ਗਰਚਾ ਦੁਆਬਾ ਜਸਵੀਰ ਸਿੰਘ ਵਿਦੇਸ਼ ਕਲਾਂ ਜੱਗੀ ਪਾਮੀਆਂ ਇਹ ਉਹਨਾਂ ਦੇ ਬਾਲ ਭੱਜ ਗਿਆ ਜੀ ਬੱਲੇ 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 ਕਲਵੀਰ ਸਿੰਘ ਜਾ ਵਾਹ ਵਾਹ ਕਲਵੀਰ ਸਿੰਘ ਖਾਨਪੁਰ ਮਤਲਬ ਛੋਟੀ ਉਮਰ ਚ ਵੱਡੀਆਂ ਵੱਡੀਆਂ ਮੱਲਾਂ ਮਾਰਨ ਵਾਲਾ ਜਵਾਨ ਕਲਵੀਰ ਸਿੰਘ ਖਾਨਪੁਰ ਧੰਨਵਾਦ ਕਰਦਾ ਆਪਣੇ ਬੱਚੇ ਦਾ ਇਹ ਸਾਡੇ ਜੀਜ਼ ਹੈ ਬੱਚੇ ਹੈ ਭਾਈ ਸਰਦਾਰ ਕੁਲਵੀਰ ਸਿੰਘ ਪਿੰਡ ਖਾਨਪੁਰ ਇਹ ਡੇਲੋ ਤੋਰੇ ਪਿੰਡ ਹੈ ਖਾਨਪੁਰ ਆ ਗਈ ਭਾਈ ਹੋ ਜਾਓ ਬਾਈ ਜੀ ਬਾਹਰ ਹੋ ਜਾਓ ਬਾਹਰ ਰਾਹ ਤੇ ਆ ਜਾਓ ਮੇਰਾ ਵੀਰ ਭੱਜ ਕੇ ਆ ਜਾਓ ਬਿੱਕੀ ਬਾਠ ਕਰਾਲੀ ਧਨੋਆ ਗਰੁੱਪ ਸਾਰਿਆਂ ਦਾ ਧੰਨਵਾਦ ਚੌਵੀ 19 ਬਿੱਕੀ ਬਾਠ ਕਰਾਲੀ ਧਨੋਆ ਗਰੁੱਪ ਕੜੂਆ ਕੜਵਾਨੀ ਕਰ ਗਿਆ ਤੇਜੀ ਬਾਬਰ ਪਰ ਟਾਈਮ ਲਾ ਕੇ ਭਾਈ 24 19 ਦਾ 24 19 ਇਹ ਤੀਜੀ ਸ਼ਿਫਟ ਆ ਵੀ ਗੌਰ ਨਾਲ ਸੁਣ ਲਓ ਬੇਨਤੀ ਸ਼ਿਫਟਾਂ ਅਸੀਂ 5 ਭਜਾਉਣੀਆਂ ਤੁਹਾਡੇ ਨਾਲ ਪਹਿਲਾਂ ਗੱਲ ਸਾਂਝੀ ਕਰੀ ਹੈ 5 ਦਾ ਮਤਲਬ 5 ਹੈ ਜੇ ਸਮਾਂ ਬਚ ਗਿਆ ਕਿਹਦੀ ਗੱਡੀ ਖਰਾਬ ਹੋ ਗਈ ਆ ਗਈ ਫਿਰ ਜ਼ਰੂਰ ਮੋੜ ਦਾਂਗੇ ਆ ਗਈ ਭਾਈ ਇੱਕੀ 59 ਦਾ ਸਮਾਂ ਜੀ ਇਹ ਸਾਡੇ ਵੱਲ ਮਨਜੀਤ ਸਿੰਘ ਜਰਗੜੀ ਵਾਲਾ ਬੱਚਾ ਭੱਜ ਗਿਆ ਪਰਲਾ ਮੋਹੀ ਭੱਜ ਗਿਆ ਰਾਜਾ ਮੋਹੀ ਇਹ ਮੋਹੀ ਵਾਲਾ ਬੋਰਡ ਤਾਂ ਪਰਲਾ ਭਾਈ ਸਾਡੇ ਵੱਲ ਜਰਗੜੀ ਚਤਨ ਸਿੰਘ ਮਨਜੀਤ ਸਿੰਘ ਦੋਵੇਂ ਭਰਾ ਨੇ ਜੁੱਪਾ ਜਰਗੜੀ ਜੁੱਪਾ ਮਨਜੀਤ ਸਿੰਘ ਉਹਨਾਂ ਦਾ ਸਪੁੱਤਰ ਹੈ ਚਤਨ ਸਿੰਘ ਉਹਨਾਂ ਦਾ ਭਤੀਜਾ ਜਰਗੜੀ ਅਣ ਸਾਹ ਮਿੱਤਰੋ ਸੂਈ ਦੇ ਨੱਕੇ ਜੀ ਨੂੰ ਕੱਢ ਕੇ ਜਿੱਤਾਰ ਪ੍ਰਾਪਤ ਕਰਾਂਗੇ ਕਿ ਉਹ ਨਾਮ ਵੱਡੇ ਉਹ ਭਾਈ ਨਾ ਬੈਠੋ ਰਹੇ ਹੋ ਵੀਰ ਉਹ ਭਾਈ ਉੱਠ ਕੇ ਦੂਜੇ ਪਾਸੇ ਹੋ ਭਾਈ ਐਂ ਤਾਂ ਤੁਸੀਂ ਯਾਰ ਰਾਜਿਆ ਬਣਨਾ ਹੌਲੀ ਇਹ ਗਾਲੀਆਂ 'ਚ ਨਾ ਬੈਠੋ ਬੇਨਤੀ ਹੈ ਆਲੀਆਂ 'ਚ ਨਾ ਬੈਠੋ ਹੱਥ ਬੰਨ ਕੇ ਬੇਨਤੀ ਹੈ ਭਾਈ ਇੱਕ ਤਾਂ ਊਂ ਕਮਲੀ ਤੀਕ ਸੇਵਿਆਂ ਦੇ ਰਾਹ ਪੈ ਗਈ ਉਹੀ ਰੱਬ ਨੇ ਮਾਰੇ ਪਾਏ ਭਾਈ ਪੰਜਵੀਂਦਾਰ ਤੋ ਨੁਕਸਾਨ ਨਾ ਕਰੋ ਸਾਡੀ ਹੱਥ ਬੰਨ ਕੇ ਬੇਨਤੀ ਹੈ ਨੁਕਸਾਨ ਨਾ ਕਰੋ ਮੇਰਾ ਵੀਰ ਤਿਆਰੀ ਆ ਭਾਈ ਆ ਗਈ ਭਾਈ 5 ਤਰੀਕ ਨੂੰ 3 ਖੇਡਾਂ ਹੋ ਜਾਣੀਆਂ ਗਣਵਾਣੇ ਨਹੀਂ ਪੂਰੇ ਹੋਣੇ ਖੇਡ ਦੇ ਵਿੱਚ 3 ਖੇਡਾਂ 'ਚ ਗਣਵਾਣ ਨਹੀਂ ਪੂਰੇ ਹੋਣੇ ਦੇਖ ਲਿਓ ਦੁਆਬੇ 'ਚ ਦੂਰੀਆਂ ਇੱਧਰ ਭਾਈ ਧਮੋਟ ਬੱਚੇ ਭੱਜਣੇ ਇੱਧਰ ਨਾਗਰੇ ਬੋਰਡ ਭੱਜਣੇ ਜਿੱਥੇ ਉਹਨਾਂ ਨੇ ਟਰੈਕਟਰ ਰੱਖਿਆ ਪਹਿਲਾਂ ਨਾਮ ਸਿੱਖੇ ਉਹਨਾਂ ਨੇ ਹਾਂਜੀ
ਅਪ 2196 ਜੀ ਟਾਈਮ ਹੈ 21 ਸੈਕਿੰਡ 96 ਪੁਆਇੰਟ ਸਰਦਾਰ ਬੁੱਗਾ ਚੈੜੀਆਂ ਕਾਲਾ ਚੈੜੀਆਂ ਵਾਲਾ ਦਾ ਦੂਆ ਢੋਲਣ ਮਾਜਰਾ ਦਾ ਧੱਕਾ ਲਾ ਕੇ ਚੜਿਆ ਬਲਵੰਤ ਸਿੰਘ ਇਟਲੀ ਢੋਲਣ ਮਾਜਰਾ ਪਰਲੇ ਪਾਸੇ ਹੋ ਗਿਆ ਕਲਵੰਤ ਸਿੰਘ ਇਡਲੀ ਢੋਲਣ ਮਾਜਰਾ ਇਹ ਥੋੜ੍ਹਾ ਜਿਹਾ ਖੱਬਿਆਂ 'ਤੇ ਵੀ ਧੱਕਾ ਲਾ ਕੇ ਪਰਲੇ ਬੰਨੇ ਹੋ ਗਏ ਨਹੀਂ ਸਮਾਂ ਹੋਰ ਵੀ ਵਧੀਆ ਕਰ ਜਾਣਾ ਤੇ ਇਹਨਾਂ ਨੇ ਇਹ ਜਿਹੜੀ ਥੋੜ੍ਹੀ ਬਾਟ ਹੁੰਦੀ ਆ ਨਾ ਉਹਦੇ ਵਿੱਚ ਤਾਂ ਮਾੜੀ ਜਿਹੀ ਵੀ ਗਲਤੀ ਹੋ ਗਈ ਜੇ ਤਾਰ ਹੋ ਗਈ ਜ਼ਿਆਦਾ ਕਿ ਮੈਂ 1978 ਦੇ ਵਿੱਚ ਪਹਿਲਾਂ ਬੋਲ 'ਤੇ ਭਜਾਉਣ ਲੱਗਿਆ ਜਦ 8 ਕਿੱਲੇ ਬਾਟ ਹੋਇਆ ਕਰਦੀ ਸੀ 50 ਸੈਕਿੰਡ ਦੀ ਜਿੱਤ ਹੁੰਦੀ ਸੀ ਬੋਲਦਾਂ ਨੇ ਗਲਤ ਹੋ ਕੇ ਹੇਠਾਂ ਉਤਰ ਕੇ ਫਿਰ ਵੀ ਬੋਲ ਭੱਜ ਕੇ ਜਿੱਤਿਆ ਕਰਦੇ ਬਾਅਦ 'ਚ ਖੜ੍ਹ ਜਾਓ ਕੋਈ ਨਹੀਂ ਖੜ੍ਹੇ ਰਹਿੰਦੇ ਕੋਈ ਖੜ੍ਹੇ ਰਹੋ ਕੋਈ ਖੜ੍ਹਦੇ ਹੈ ਮੁੱਖ ਮਹਿਮਾਨ ਨੇ ਖੜ੍ਹੇ ਰਹਿੰਦੇ ਤਿਆਰੀ ਆ ਭਾਈ ਕੋਈ ਨਹੀਂ ਸਰ ਜਾਣਾ ਆ ਗਈ ਭਾਈ ਫਿਰ ਵੀ ਬੋਲ ਜਿੱਤਿਆ ਕਰਦੇ ਤੇ ਕਿਉਂ ਬਾਟ ਹੁੰਦੀ ਸੀ ਦੇਖ ਲੋ ਗੁਡਮਾਨ ਕਹਿੰਦਾ 24 ਕਿੰਨਾ ਕੁ ਫਰਕ ਹੈ ਜੱਜਮੈਂਟ ਦੇਖੋ ਦੀਪਾ ਜਾਣੇ ਵਾਲਾ ਹੈ ਇਹ ਜਿਹੜੇ ਪਹਿਲਾਂ ਬਾਲ ਭੱਜ ਗਿਆ ਨਾ ਕੁਲਵੰਤ ਸਿੰਘ ਇਡਲੀ ਢੋਲਣ ਮਾਜਰਾ ਬੁੱਗਾ ਚੈੜੀਆਂ ਪਰਲੇ ਬੱਗੇ ਦੀ ਨੱਥ ਫਸੀ ਹੋਈ ਸੀ ਮੈਂ ਵੀ ਕਹਿੰਦਾ ਤਾ ਵੀ ਬੱਚਾ ਤਣਕਦਾ ਕਰਦੇ ਨੀ ਸਰੀਰ ਨੂੰ ਚੌਥਾ ਨੰਬਰ ਆ ਉਦਾਂ 178 ਗੱਡੀ ਦੇ ਵਿੱਚ ਕਾਰਖਾਨਾ 138 ਗੱਡੀ ਦੇ ਵਿੱਚ 178 ਗੱਡੀ ਦੇ ਵਿੱਚ ਇਹਦਾ ਚੌਥਾ ਨੰਬਰ ਤਾਂ ਬੱਗੇ ਦਾ ਅੱਜ ਬਹੁਤ ਤਣਿਆ ਹੀ ਨਹੀਂ ਆ ਹੁਣ ਡਾਕਟਰ ਕਹਿੰਦੀ ਦੱਸ ਕੇ ਗਿਆ ਵੀ ਨਾਥੇ ਫਸੀ ਰਹਿ ਗਈ ਇਹਦਾ ਭਾਈ ਧਿਆਨ ਨਾਲ ਛੱਡਣੇ ਚਾਹੀਦੇ ਇੱਥੇ ਤਾਂ ਆਪਾਂ ਗਲਤੀ ਕਰ ਜਾਂਦੇ ਬਹੁਤ ਤਣਿਆ ਹੀ ਨਹੀਂ ਅੱਜ ਤਾਈ ਤਾਂ ਬਹੁਤ ਤਣਦਾ ਨੱਥ ਕਰਕੇ ਘੁੱਟੇ ਗਿਆ ਸਰੀਰ ਨੂੰ ਤਿਆਰੀ ਆ ਜੀ ਵੀ ਇਹ ਤੀਜੀ ਸ਼ਿਫਟ ਹੈ ਇਹਦੇ 1500 ਰੁਪਇਆ ਸਪੈਸ਼ਲ ਨਾਮ ਲੱਗਿਆ ਹੋਇਆ ਹੈ ਸਰਦਾਰ ਇੰਦਰਜੀਤ ਸਿੰਘ ਦੂਜਾ ਨਾਮ ਸਰਦਾਰ ਗਗਨ 1000 ਰੁਪਏ ਉਹਨਾਂ ਵੱਲੋਂ ਹੈ ਬਾਕੀ ਜਿਹਨਾਂ ਨੇ 5 ਸ਼ਿਫਟਾਂ ਚਲਾਈਆਂ ਉਹਨਾਂ ਜਵਾਨਾਂ ਵੱਲੋਂ ਹੈ ਮੈਂ ਸ਼ਿਫਟ ਤੋਂ ਬਾਅਦ ਉਹਨਾਂ ਦੇ ਨਾਮ ਵੀ ਭਾਈ ਬੱਚਿਆਂ ਦੇ ਕਲੀਅਰ ਕਰਦਾ ਹੈ ਦਲਜੀਤ ਘੜੂਆ ਪੰਮਾ ਭੂਰੜੇ ਪਰਮਿੰਦਰ ਢਿੱਲੋਂ ਮਨਪ੍ਰੀਤ ਘੜੂਆ ਆ ਗਈ ਭਾਈ ਗੁਰੀਬ ਬਨਾੜਾ ਸਨੀ ਯੂਐਸਏ ਸੱਤਾ ਘੜੂਆ ਬੱਲਾ ਬੀਬੀ ਪਰ ਇਹਨਾਂ ਵੱਲੋਂ ਵੀ 5 ਸ਼ਿਫਟਾਂ ਚ 500 ਰੁਪਏ ਲੱਗਿਆ ਹਾਂਜੀ ਅਪ 2157 ਦਾ ਸਮਾਂ ਜੀ 2157 ਸਰਪੰਚ ਜਸਵੰਤ ਸਿੰਘ ਧੌਲ ਮਾਜਰਾ ਜਿਹਨਾਂ ਨੇ ਮੋਟਰ ਕਾਰ ਵੀ ਜਿੱਤੀ ਸੀ ਮੁੰਡੇ ਵਾਲੀ ਖੇਡ ਦੇ ਵਿੱਚ ਜਸਵੰਤ ਸਿੰਘ ਧੌਲ ਮਾਜਰਾ ਹਰਵੰਤ ਸਿੰਘ ਭੈਰੋ ਮੁੰਨਾ ਇਹ ਦੋਵੇਂ ਬਹੁਤ ਕਾਰ ਜਿੱਤ ਗਏ ਨੇ ਮਿੱਤਰੋ 12-12 ਮੀਂਹ 10-10 ਕਿੱਲਿਆਂ ਦੀ ਜੋੜੀ ਵਿਕੀ ਹੈ 10-10 ਕਿੱਲਿਆਂ ਦੇ ਦੋ ਬੋਰਡ ਵਿਕੇ ਕਰਦੇ ਜਾਂ ਮੈਂ ਤੀਜੀ ਜਮਾਤ ਜੀ ਪੜ੍ਹਦਾ ਤਾ ਜਦ ਵਿਕੇ ਆ ਹੁਣ ਤਾਂ ਵਿਕ ਸਕਦੇ ਮੈਂ ਮੰਨਦਾ ਹੁਣ ਜੇ 20-21 ਲੱਖ ਦਾ ਬੋਰਡ ਵਿਕ ਜਾਂਦਾ ਆਪਾਂ ਗੱਲਾਂ ਕਰਨ ਲੱਗ ਜਾਂਦੇ ਵੀ ਬੱਲੇ ਬੱਲੇ ਝੂਠੇ ਬੋਲੀ ਜਾਂਦੇ ਹਾਂ ਮੈਂ ਇੰਨਾ ਮਹਿੰਗਾ ਵਿਕਜੂ ਕਈ ਸਿਆਣੇ ਮੈਨੂੰ ਘਰੇ ਪੁੱਛਣ ਆ ਜਾਣਗੇ ਜਾਂ ਰੌਲਾ ਪੈ ਜਾਂਦਾ ਉਹ ਭਾਈ ਕੀ ਗੱਲ ਕਰਨੀ ਸੀ ਤੇਰੇ ਨਾਲ ਮੈਂ ਦੱਸੋ ਜੀ ਪਤਾ ਲੱਗਿਆ ਬਲਾਣਾ ਬੋਰਡ ਦੇ ਇੰਨੇ ਪੈਸੇ ਨੂੰ ਵਿਕ ਗਿਆ ਮੈਂ ਜੀ ਵਿਕ ਗਿਆ ਹੱਸਣਗੇ ਉਹ ਕਹਿੰਦੇ ਉਹ ਤਾਂ ਗੱਪ ਮਾਰਦੇ ਜੇ ਤਾਂ ਉਹਨਾਂ 'ਤੇ ਬੜੀ ਮਾਰਤੀ ਮੈਂ ਕਿਉਂ ਕਹਿੰਦਾ ਇੰਨੇ ਪੈਸਿਆਂ ਨੂੰ ਵੀ ਬੋਰਡ ਵਿਕਦਾ ਹੁੰਦਾ ਮੈਂ ਕਿਉਂ ਨਹੀਂ ਵਿਕਦਾ ਇੰਨੇ ਪੈਸਿਆਂ ਨੂੰ ਬਾਈ ਜੀ ਜਿਹਨਾਂ ਨੇ ਗੰਨੇ ਵਾਲੇ ਖੇਤ ਜਾ ਕੇ ਠੁੱਕਰਾਂ ਲਾਈਆਂ ਹੈ ਉਹਨਾਂ ਨੂੰ ਬੇਨਤੀ ਹੈ ਪਿੱਛੇ ਕਰ ਲਿਓ ਗੰਨੇ ਵਾਲੇ
ਚੰਡੀਗੜ੍ਹ ਦੇ ਨੇੜੇ ਪਿੰਡ ਹੈ ਸੁਹਾਣਾ, ਉੱਥੇ ਭਗਤ ਆਸਾਰਾਮ ਜਿਉਂ ਮੈਂ ਬੜਦਾਂ ਦੀ ਫੇਰ ਸੁਣਾਉਂਦਾ ਗੱਲ ਤੁਹਾਨੂੰ ਜਿਹੜੀ ਮੈਂ ਗੱਲ ਕਰਨ ਲੱਗਿਆ ਤਾਂ ਤੁਹਾਡੇ ਨਾਲ ਕੀਮਤ ਦੀ ਇਹ ਫੇਰ ਸਾਂਝੀ ਕਰਦਾ। ਭਗਤ ਜੀ ਨੇ ਅੱਜ ਤੋਂ 100 ਸਾਲ ਪਹਿਲਾਂ ਜਿਹੜੀਆਂ ਗੱਲਾਂ ਲਿਖੀਆਂ ਸੱਚੀਆਂ ਅੱਜ ਹੋ ਰਹੀਆਂ। ਆ ਗਈ ਬਾਈ ਗੁਰਮੀਤ, ਅੱਛਾ ਸਰਪੰਚ ਆਪਣੇ ਪੀਲੇ ਵਾਲੇ ਕੋਈ ਉਹਨਾਂ ਦੇ ਉੱਪਰ ਛੋਟੀ ਵਾਲਾ ਲਾਈਟ ਉਹਨਾਂ ਵਾਲਾ ਬਾਈ ਇਕਤਾਲੀ ਟਾਈਮ ਹੈ ਜੀ, ਬਾਈ ਇਕਤਾਲੀ ਪਰਲਾ ਬੜਾ ਗੁਰਮੇਲ ਸਿੰਘ ਉਹਨਾਂ ਦਾ ਜੀ ਬਾਲ ਸੰਡਾ, ਸਾਡੇ ਬਾਅਦ ਨੈਬ ਸਿੰਘ ਉਹਨਾਂ ਦਾ ਜੀ ਬਾਲ ਸੰਡਾ, ਡਾਕਟਰ ਕਹਿੰਦੀ ਕੁੱਲੇਵਾਲ ਇਹਨਾਂ ਦੀ ਕਰਕੇ ਕਢਵਾਉਣੀ, ਡਾਕਟਰ ਕਹਿੰਦੀ ਕੁੱਲੇਵਾਲ। ਭਗਤ ਆਸਾ ਰਾਮ ਜੀ ਲਿਖਦੇ ਆ ਕਹਿੰਦਾ ਮੂਰਖਾ ਤੂੰ ਆਂਡਿਆਂ ਨੂੰ ਤੁਰ ਤੁਰ ਕੇ ਖਾਈ ਜਾਂਦਾ ਹੈ, ਇਹਦੇ 'ਚ ਵੀ ਜੀਵ ਹੈ। ਭਗਤ ਜੀ ਨੇ ਲਿਖਿਆ ਹੈ ਜੀਵ ਜੰਮਣ ਤੋਂ ਪਹਿਲਾਂ ਹੀ ਆਂਡਿਆਂ ਨੂੰ ਤੁੜਕ ਲੈਂਦਾ ਹੈ, ਪੁੱਜ ਪੁੱਜ ਕੇ ਪਾਪ ਕਮਾਈ ਹੈ ਜੀ। ਵਹਿ ਤਰਨੀ ਨਦੀ 'ਚ ਡੁੱਬ ਮਰਦੇ ਗਰਭ ਵਿੱਚ ਮਸਾਣੀ ਨੇ ਖਾਈ ਹੈ ਜੀ। ਸੱਚੇ ਭਗਤ ਜੋ ਪਰਮਾਤਮਾ ਦੇ ਦਿਆ ਧਰਮ ਨੇ ਪਾਰ ਲੰਘਾਏ ਹੈ ਜੀ। ਆਸਾ ਰਾਮ ਕਹਿੰਦਾ ਚੰਗੇ ਕਰਮ ਕਰ ਲਓ ਤਾਂ ਹੀ ਜੂਨ ਮਨੁੱਖ ਦੀ ਪਾਈ ਹੈ ਜੀ। ਮਿੱਤਰੋ 84 ਲੱਖ ਜੂਨ ਤੋਂ ਬਾਅਦ ਇਹ ਜੂਨ ਮਿਲੀ ਹੈ, ਮਨੁੱਖੀ ਜੂਨ। ਭਗਤ ਜੀ ਕਹਿੰਦੇ ਭਾਈ ਚੰਗੇ ਕਰਮ ਕਰ ਜੇ ਪਾਰ ਲੰਘਣਾ ਹੈ, ਨਹੀਂ ਫਿਰ ਤੈਨੂੰ 84 ਦੇ ਚੱਕਰ 'ਚ ਪੈਣਾ ਪੈਣਾ, ਇਹ ਤੂੰ ਦੇਖ ਲੈ। ਆ ਗਈ ਭਾਈ ਬਈ ਲੰਘਣਾ ਕਿ ਨਹੀਂ ਲੰਘਣਾ, ਇਹ ਲੰਘ ਕਿਵੇਂ ਆਉਣਾ, ਇਹ ਸਿਮਰਨ ਕਰਨਾ ਪੈਣਾ, ਮਾਲਕ ਨੂੰ ਯਾਦ ਕਰਨਾ ਪੈਣਾ ਬਈ ਲੰਘਾਉਣਾ ਭਾਈ, ਐਵੇਂ ਨਹੀਂ ਲੰਘਾਉਣਾ ਬਈ। ਪਛਾ ਪਛਾ ਮੁੰਡਿਆ ਕੈਮਰੇ ਵਾਲਿਆ ਮਗਰੋਂ ਮੰਨ ਲਓ, ਹਾਂਜੀ ਬਾਈ ਕਾਨਵੇਂ ਦੇਖੋ ਇਹ ਬਾਈ ਕਹਿੰਦਾ ਕਢਵਾਉਣ, ਜੱਜਮੈਂਟ ਕਿੱਡੀ ਆ ਬਈ। ਸਤਨਾਮ ਸਿੰਘ ਪਿੰਡ ਸਿੱਧਵਾਂ, ਇਹ ਬਾਈ ਜਗਰਾਵਾਂ ਕੋਲ ਚਲੇ ਜਾਂਦੀ ਹੈ ਸਿੱਧਵਾਂ, ਕਈ ਮੇਲੇ ਵੀ ਪਜਾਏ ਆ, ਉਹ ਨੱਥ ਫਸੀ ਹੋਈ ਛੱਡਦਾ ਹੈ। ਸਤਿ ਸ਼੍ਰੀ ਅਕਾਲ, ਮੈਂ ਵੀ ਕਿਹਾ ਬੱਚਾ ਤਣਕਦਾ ਹੀ ਨਹੀਂ, ਸਾਲਾ ਕਦੇ ਨਹੀਂ ਨਿਕਲਦਾ। ਤਿਆਰੀ ਆ ਭਾਈ, ਉਹ ਬਾਈ ਖੰਭਾ ਛੱਡ ਦੋ ਬਾਈ, ਝੰਡੀ ਮੂਹਰਾ ਉਹਨੇ ਛੁੱਟੇ ਭਾਈ ਤੁਸੀਂ ਆਏ ਹੋ, ਬੜੀ ਮਿਹਰਬਾਨੀ, ਜਿਉਂਦੇ ਰਹੋ, ਧੰਨਵਾਦ ਤੁਹਾਡਾ। ਮਿੱਤਰੋ ਦਰਸ਼ਕ ਵੀਰੋ ਮੈਨੂੰ ਤੁਹਾਡਾ ਰੱਬ ਵਰਗਾ ਦਾ ਸਰਾ, ਆ ਗਈ ਭਾਈ ਖੇਡ ਦੇ ਵਿੱਚ ਮੈਨੂੰ ਤੁਹਾਡਾ। ਉਹ ਬਾਈ ਉਹਨਾਂ ਨੂੰ ਕਰ ਲਓ ਸਾਈਕਲ, ਬਹੁਤ ਆ ਗਏ ਕਰ ਲੈ ਯਾਰ, ਬਹੁਤ ਆ ਗਏ, ਸੱਟ ਖਾਏਗਾ ਵੀਰਾਂ ਨਾਲ ਕੇ ਸੱਟ ਮਾਰੇਗਾ। ਤੇਈ ਛਿਆਲੀ ਸਰਦਾਰ ਕੁਲਦੀਪ ਸਿੰਘ ਸਪੁੱਤਰ ਸਰਦਾਰ ਗੁਰਚਰਨ ਸਿੰਘ ਗਿੱਲ ਗਿੱਲਾ, ਉਹ ਬਾਈ ਸਾਈਕਲ ਗਾਹਾਂ ਕਰਾਇਓ ਬਾਈ ਦਾ, ਸਾਈਕਲ ਕਰਾ ਗਾਹਾਂ ਪਰਮਿੰਦਰ, ਗਗਨ ਜਾਈ ਮਲ ਜਾਈ ਗਗਨ ਗਾਹਾਂ ਕਰਾ ਸਾਈਕਲ ਬਾਈ। ਗੱਲ ਦਾ ਧਿਆਨ ਵੀ ਰੱਖੋ, ਜਿਹੜੇ ਵੀ ਸਾਈਕਲ ਲੈ ਕੇ ਆਏ ਆਪਣੇ ਸਾਈਕਲਾਂ ਦੀ ਜ਼ਿੰਮੇਵਾਰੀ ਤੁਹਾਡੀ ਆਪਣੀ ਹੈ। ਹਾਂ ਸਾਈਕਲ ਆਪਣੇ ਭਾਈ ਧਿਆਨ ਰੱਖਿਓ ਆਪਣੇ ਸਾਈਕਲਾਂ ਦੇ, ਸਾਡੇ ਨੱਕਰ ਦੀ ਕੋਈ ਜ਼ਿੰਮੇਵਾਰੀ ਨਹੀਂ। 16 16 18 18 ਸਾਈਕਲ ਇੱਕ ਖੇਡ ਚੱਕੇ ਹੋਏ, ਇੱਕੋ ਦਿਨ 18 ਸਾਈਕਲ ਚੌਂਤੇ ਖੇਡਤੀ ਚੌਂਤੇ। ਧੰਨਵਾਦੀ ਹਾਂ ਸਰਦਾਰ ਜਿੰਦੀ ਸੇੜੀ USA, ਸਰਦਾਰ ਦੀਪਾ ਕਾਲੋਂ USA, ਸਰਦਾਰ ਅਮ੍ਰਿਤਪਾਲ ਸਿੰਘ USA। 1 ਲੱਖ ਰੁਪਈਏ ਦੀ ਮਦਦ ਕੀਤੀ ਇਹਨਾਂ ਨੇ, 1 ਲੱਖ ਦੀ, ਸਰਦਾਰ ਜਿੰਦੀ ਸੇੜੀ USA, ਸਰਦਾਰ ਦੀਪਾ ਕਾਲੋਂ USA, ਸਰਦਾਰ ਅਮ੍ਰਿਤਪਾਲ ਸਿੰਘ USA, 1 ਲੱਖ। ਵਾਹ ਸੂਰ ਬਣੀ ਸਾ ਤੁਹਾਡੀਆਂ, ਜਿੰਦੀ ਸੇੜੀ, ਦੀਪਾ ਕਾਲੋਂ, ਅੰਮ੍ਰਿਤਪਾਲ, ਤਿੰਨੇ USA, 1 ਲੱਖ। ਦਿਲ ਹੈ ਦਿਲ, ਦਿਲਾਂ ਵਾਲਿਆਂ ਦੀ ਯਾਰੋ ਗੱਲ ਛੇੜੋ,
ਜਿਹੜੇ ਪਾਉਣ ਗਲ ਵੱਕੜੀ ਤਾਰਿਆਂ ਨੂੰ ਜਿਹੜੇ ਭਾਲਦੇ ਨੇ 70,000 ਅੜੇ ਦਾ ਨਾ ਉਹ ਲੋਚਦੇ ਮਹਿਲਾਂ ਚਵਾਰਿਆਂ ਨੂੰ ਬਣ ਰਾਹਾਂ ਦੇ ਵਿੱਚ ਮਸ਼ਾਲ ਬਣ ਕੇ ਚਾਨਣ ਬਣਦੇ ਥੱਕਿਆ ਹਾਰਿਆਂ ਨੂੰ ਹੈਂਜੀ ਤਾਂ ਬਈ ਗਿੱਲ ਲੈ ਗਿਆ ਸਾਡਾ ਗਿੱਲ ਗੜਵਾਨ ਨੂੰ ਗਿੱਲ ਵੀਰ ਗੜਵਾਨ ਨੂੰ ਵੀ ਲੈ ਗਿਆ ਦੇਖ ਲਓ ਇਹ ਆ ਸੇਵਾ ਇਹ ਮੁੰਡੇ ਹੋਰੀ ਮੁੰਡੇ ਆਇਓ ਬੈਗ ਵਾਲੇ ਹਾਂ ਆ ਜਾਓ ਹਾਂ ਦੇਖੋ ਤਾਂ ਸੇਵਾਦਾਰ ਆਪਣੀ ਆਪਣੀ ਜਗ੍ਹਾ ਕੋਈ ਚਾਹ ਨਹੀਂ ਫਿਰਦਾ ਕੋਈ ਪ੍ਰਸ਼ਾਦੇ ਸਿਕਾਉਂਦਾ ਬਈ ਉਹਨਾਂ ਦਾ ਮੈਂ ਡਬਲ ਧੰਨਵਾਦ ਕਰਦਾ ਹਾਂ ਜਿਹੜੇ ਸੇਵਾ ਕਰ ਰਹੇ ਹੈ ਚਾਹੇ ਚਾਹ ਦੀ ਸੇਵਾ ਕਰਦੇ ਹੈ ਚਾਹੇ ਉੱਧਰ ਲੰਗਰ ਛਕਾਉਂਦੇ ਲੰਗਰ ਵਾਲੇ ਨੇ ਦੇਖੋ ਖੇਡ ਕੋਈ ਨਹੀਂ ਦੇਖਣੀ ਵਿਚਾਰਿਆਂ ਨੇ ਉਹ ਤਾਂ ਉੱਥੇ ਉਹਦੀ ਡਿਊਟੀ ਉੱਥੇ ਸੇਵਾ ਕਰਦੇ ਰਹਿਣਗੇ ਹਾਂਜੀ ਹਾਂਜੀ ਸਾਰੇ ਨਗਰ ਦਾ ਧੰਨਵਾਦ ਕੜੂਏ ਦਾ ਇਹ ਮੇਰਾ ਨਗਰ ਹੈ ਆਪਣਾ ਨਗਰ ਹੈ ਭਾਈ ਕਿਉਂ ਮੇਰੀ ਵੀ ਬਹੁਤ ਪੁਰਾਣੀ ਸਾਂਝ ਹੈ ਬਲਵਿੰਦਰ ਸਿੰਘ ਘੜੂਆ ਹਰਨੇਕ ਸਿੰਘ ਹਸਨਪੁਰ ਆ ਗਈ ਭਾਈ ਜਿਹਨਾਂ ਦੇ ਚੋਟੀ ਦੇ ਬੋਰਡ ਵੀ ਭੱਜੇ ਆ ਭਾਈ ਤੁਸੀਂ ਜਾਣਦੇ ਹੋ ਚੰਗੀ ਤਰ੍ਹਾਂ ਇੱਕ ਹਕੀਮ ਸਾਹਿਬ ਜਿਹੜੇ ਘਮੈਤੀ ਆ ਫਿਰ ਕਾਲਾ ਲਿਆ ਤੇ ਘਮੈਤੀ ਆ ਕਾਲਾ ਹਕੀਮ ਸਾਹਿਬ ਆਪਣੀ ਚੌਵੀ ਅਠਾਸੀ ਦਾ ਸਮਾਂ ਜੀ 2488 ਸੂਬੇਦਾਰ ਪਰਮਿੰਦਰ ਸਿੰਘ ਝਾਂਡੀਆਂ ਇਹ ਝਾਂਡੀ ਵਾਲੇ ਆ ਜੀ ਝਾਂਡੀਆਂ ਕਲਾ ਗੜਵਾਨੀ ਕਰਕੇ ਡਾਕਟਰ ਕਹਿੰਦੀ ਕੁੱਲੇਵਾਲ ਬਹੁਤ ਸਮੇਂ ਦੀ ਪਹਿਲੀ ਗੱਲ ਹੈ ਕਰਾਲ ਮਾਜਰੇ ਦੌੜਾਂ ਦੀਆਂ ਇਹ ਝਾਂਡੀ ਵਾਲੇ ਆਰਾਮ ਸਿੰਘ ਹੋਣੀ ਹੌਲੀ ਦੇ ਕੇ ਟਰਾਲੀ ਕੋਲ ਆ ਕੇ ਮੈਨੂੰ ਕਹਿੰਦੇ ਮਾਸਟਰ ਸਾਡੇ ਖੇਡ ਹੈ ਭਜਾ ਦਿਓ ਮੈਂ ਭਜਾ ਦਾਂਗੇ ਜੀ ਕਿਹੜਾ ਪਿੰਡ ਹੈ ਹੌਲੀ ਦੇ ਕੇ ਮੈਨੂੰ ਕਹਿੰਦੇ ਝਾਂਡੀਆਂ ਕਲਾਂ ਮੈਂ ਕਿਹਾ ਜੀ ਝੱਲੀਆਂ ਕਲਾਂ ਤਾਂ ਮੇਰਾ ਪਿੰਡ ਹੈ ਸਾਡੇ ਤਾਂ ਖੇਡ ਨਹੀਂ ਹੈਗੀ ਤੁਹਾਡੀ ਖੇਡ ਕਿੱਥੇ ਭਜਾਉਣੀ ਮੈਂ ਉਹ ਕਹਿੰਦੇ ਨੇ ਝੱਲੀਆਂ ਨੇ ਜੀ ਝਾਂਡੀਆਂ ਪਿੰਡ ਹੈ ਝਾਂਡੀਆਂ ਥੋੜ੍ਹਾ ਜ਼ੋਰ ਨਾਲ ਕਿਹਾ ਫਿਰ ਉਹਨਾਂ ਨੇ ਬੜੀ ਵਧੀਆ ਖੇਡ ਹੋਈ ਤੇ ਮੇਰੇ ਆਦਾ ਜਾਂ ਛਿੰਦਾ ਕਢਾਣੀ ਜਿੱਤਿਆ ਤਾਂ ਕਾਲਾ ਬੋਰਡ ਉਸ ਖੇਡ ਨੂੰ ਜਿੱਤ ਗਿਆ ਤਾਂ ਕਾਲਾ ਜਿਹੜਾ ਇਹਨਾਂ ਨੇ ਭਮਾਰ ਸੀ ਤੋਂ ਲਿਆ ਤਾ ਬਾਈ ਛੰਦੇ ਨੇ ਜਿੱਤਾ ਭਮਾਰ ਸੀ ਉਹਨਾਂ ਤੇ ਉਸ ਸਾਲ ਉਹ ਜਿੱਤਿਆ ਤਾਂ ਬਹੁਤ ਪੁਰਾਣੀ ਗੱਲ ਹੈ ਭਾਈ ਕਿਹੜੇ ਹੁਣ ਦੀ ਗੱਲ ਹੈ ਸਾਈਂ ਛੱਕ ਲਓ ਜਾ ਲੈ ਲਓ ਕਹਿ ਕੇ ਸਾਈਂ ਨੂੰ ਵੀ ਦੇ ਦੇ ਚਾਰ ਤਿਆਰੀ ਆ ਭਾਈ ਕਾਕੇ ਉੱਠ ਕੇ ਮਗਰ ਸਾਈਕਲ ਵਾਲੇ ਵੀਰ ਆ ਜਾ ਉਰੇ ਲਓ ਜੀ ਅਗਲੇ ਸ਼ਿਫਟ ਵਾਲੇ ਵੀਰੋ ਪਹਿਲਾ ਸੱਦਾ ਦੂਆ ਸੱਦਾ ਦੰਨਾ ਨਾਲੇ ਤੀਆ ਸੱਦਾ ਕਰੋ ਤਿਆਰੀ ਦੇ ਲਓ ਚਾਹ ਪਾਣੀ ਚੌਥੀ ਸ਼ਿਫਟ ਜਾਣੀ ਹੈ ਜੀ ਇਹਦੇ ਚ ਘਰ ਸਮਾਂ ਲਾਉਣ ਵਾਲਿਆਂ ਨੂੰ 1500 ਰੁਪਇਆ ਸਪੈਸ਼ਲ ਨਾ ਗਗਨ ਬਲ ਲਿਆਓ ਗਗਨਾ ਨਰਿਸਾ ਤੇਰੀਆਂ ਤੇ ਇੰਦਰਜੀਤ 1000 ਰੁਪਇਆ ਆ ਗਈ ਭਾਈ ਬੱਲੇ 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 ਬਾਈ ਬਲਵਿੰਦਰ ਸਿੰਘ ਕੜੂਆ ਮਿੱਤਰੋ ਜਿਹੜਾ ਬਹੁਤ ਐਕਸੀਡੈਂਟ ਹੋ ਕੇ ਗੁਜ਼ਰ ਗਿਆ ਤਾ ਹਰਨੇਕ ਸਿੰਘ ਮੌਲੀ ਉਹਨਾਂ ਦੇ ਪੁੱਤਰ ਸਰਦਾਰ ਜੱਸਾ ਹਾਂਜੀ ਅਪ 23-01 ਦਾ ਸਮਾਂ ਜੀ 23-01 ਹਰਨੇਕ ਸਿੰਘ ਮੌਲੀ ਬੈਦਵਾ ਲੰਘੋ ਜੀ ਚੌਥੀ ਸ਼ਿਫਟ ਵਾਲੇ ਵੀਰ ਚੌਥੀ ਸ਼ਿਫਟ ਜੀ ਆ ਘਰ ਸਮਾਂ ਦੇਖ ਕੇ ਦੱਸੋ ਜੀ ਦਈਏ ਪੈਸੇ ਉਹਨਾਂ ਦੇ ਲਓ ਜਿਹਨਾਂ ਵੀਰਾਂ ਨੇ ਚੌਥੀ ਸ਼ਿਫਟ ਬਾਅਦ ਇੱਥੇ ਲਿਆਏ ਲਿਆਉਣਾ ਜਿੰਦੀ ਸੇੜੀ ਦੀਪਾ ਕਾਲੋਂ ਅੰਮ੍ਰਿਤਪਾਲ USA ਵੀ ਇਹਨਾਂ ਨੇ ਤਿੰਨੇ ਵੀਰਾਂ ਵੱਲੋਂ ਤਿੰਨੇ USA ਨੇ 1,00,000 ਰੁਪਇਆ ਸਾਡੀ ਦੀਪਾ
ਲਓ ਜੀ ਧਨੋਆ ਗਰੁੱਪ ਦੀਪਾ ਕਾਲੋਂ ਆਪਣੇ ਪੈਸੇ ਲੈ ਲੈਣ ਜੀ ਆਪਣੀ ਮਾਇਆ ਲੈਣ ਜੀ ਇਹ ਮਾਇਆ ਦੇ ਰਹੇ ਜੀ ਕੁਲਵੀਰ ਸਿੰਘ ਲਿਖਾਈ ਜਾਂਦਾ ਤੇ ਇਹਦਾ ਨਵਾਂ ਫਿਰਦਾ ਦੌੜੇ ਮੁੰਡਾ ਇਹ ਕਹਿੰਦਾ ਜੁੜਿਆ ਹੋਇਆ ਮੁੰਡਾ ਦੌੜੇ ਫਿਰਦਾ ਉਹ ਕੁਲਵੀਰ ਤਾਂ ਤੂੰ ਕਹਿੰਦਾ ਜੁੜਿਆ ਹੋਇਆ ਨਾ ਫਿਰਦਾ ਦੌੜੇ ਤੈਨੂੰ ਆਦਤ ਹੈ ਬਈ ਡਬਲ ਦਰਬਾਦ ਕਰਦੇ ਹਨੀ ਮਡੋਲੀ ਦਾ ਹਾਂ ਗਗਨ ਹੋਣੀ ਹਨੀ ਹੋਣੀ ਮਿੱਤਰ ਹੈ ਯਾਰਾਂ ਦੇ ਯਾਰ ਹੈ ਧਨਵਾਦੀਆਂ ਸਰਦਾਰ ਹਰਨੇਕ ਸਿੰਘ ਹਸਨਪੁਰ ਭਾਈ ਬਲਵਿੰਦਰ ਸਿੰਘ ਨੂੰ ਇਹ ਵੀ ਸਪੈਸ਼ਲ ਨਾਮ ਦੇ ਕੇ ਮੇਰਾ ਮਾਣ ਕਰਦੇ ਹਾਂ ਮੈਂ ਤਹਿ ਦਿਲੋਂ ਧਨਵਾਦ ਕਰਦਾ ਸ਼ੈਫਟਾਂ ਦੇ ਵਿੱਚ ਦਲਜੀਤ ਸਿੰਘ ਕਣੂਆ ਪੰਪਾ ਭੂਰੜੇ ਕੁਲਵਿੰਦਰ ਢਿੱਲੋਂ ਮਨਪ੍ਰੀਤ ਕਣੂਆ ਗੁਰੀ ਬਬਨਹਾੜਾ ਸਨੀ ਯੂਐਸਏ ਬੱਲਾ ਬੀਪਰ ਸੱਤਾ ਕਣੂਆ ਪੰਜੇ ਸ਼ਬਦਾਂ 'ਚ ਪੰਜ ਸੌ ਰੁਪਏ ਇਹਨਾਂ ਵੱਲੋਂ ਹੈ ਇੰਦਰਜੀਤ ਸਿੰਘ ਧਨੋਆ ਗਗਨ ਧਨੋਆ ਇਹ ਦੋਵੇਂ ਵੀਰਾਂ ਵੱਲੋਂ 1000 ਰੁਪਇਆ ਇਹ 1500 ਰੁਪਏ ਆਪਣਾ ਲੈ ਜਾਓ ਪਾਈ ਆ ਕੇ ਦੀਪਾ ਕਾਲੋਂ ਹੈ ਜੀ ਬਿੱਕਰ ਉਹ ਬਿੱਕਰ ਸਿੰਘ ਰਾਜੇ ਮਾਜਰਾ ਆਏ ਹੋਏ ਬਿੱਕਰ ਸਿੰਘ ਰਾਜੇ ਮਾਜਰਾ ਕਾਲੀ ਪੱਗ ਬੰਨੀ ਖੜਾ ਉਹ ਦੇਖ ਬਿੱਕਰ ਸਿੰਘ ਰਾਜੇ ਮਾਜਰਾ ਬਹਾਦਰ ਸਿੰਘ ਰਾਜੇ ਮਾਜਰਾ ਕੈਪਟਨ ਅਮਰਜੀਤ ਸਿੰਘ ਰਾਜੇ ਮਾਜਰਾ ਕਲਵੰਤ ਸਿੰਘ ਰਾਜੇ ਮਾਜਰਾ ਚਾਰੇ ਭਾਈ ਚਾਰਾਂ ਨੂੰ ਸ਼ੌਂਕ ਬੁਲਦਾ ਹੁੰਦਾ ਬਾਈ ਸਾਈਕਲਾਂ ਦਾ ਡਰਾ ਕੱਲ ਨੂੰ ਨਿਕਲਣਾ 100-100 ਰੁਪਇਆ ਮਿੱਤਰੋ ਤੁਸੀਂ ਜਾਂਦੇ ਨੇ ਚਾਹ ਪੀ ਲੈਣੀ ਹੈ ਇੱਥੇ ਕਰਾ ਜਾਓ ਆਪਣੀ ਕਿਸਮਤ ਦੇਖੋ ਨਾਲੇ ਵੀ ਆਪਾਂ ਕਿਸਮਤ ਦੇ ਇੰਨੇ ਕੁ ਧਨੀ ਹੈ ਵੀ ਅਸੀਂ ਮੜਦਾ ਸਾਨੂੰ ਸਾਈਕਲ ਕਿ ਨਹੀਂ ਲਿਖਾਓ 100 ਰੁਪਏ ਨਾਲ ਆਪਣਾ ਨਾਮ ਆ ਜਾਓ ਲਿਖਾਓ ਮੇਰਾ ਵੀਰ ਜਹਾਰ ਜੱਸਾ ਕਿੱਥੇ ਹੈ ਜੀ ਜੱਸਾ ਆਪਣਾ ਮੈਂ ਜੀ ਲਿਖਿਆ ਹੀ ਨਹੀਂ ਉਹਦੇ ਆਇਆ ਨੀ ਘੱਟ ਸਮਾਂ ਜੀ ਵੀਡੀਓ ਛਪਾਰ ਹਨੀ ਬਣੌਲੀ ਰੋਡਾ ਕਾਈਨੌਰ ਮਨਜੀਤ ਸਿੰਘ ਸਾਂਤਪੁਰ ਹਾਨੀ ਮੜੌਲੀ ਬੈਲੀ ਢੋਲਣ ਮਾਜਰਾ ਇਹ ਗਰੁੱਪ ਹੈ ਇੱਕ ਭਾਈ ਪੋਲਾ ਆਨੰਦਪੁਰ ਧੰਨਵਾਦ ਬਈ ਆਨੰਦਪੁਰੀਓ ਬੜੀ ਤੁਹਾਡੀ ਮਿਹਰਬਾਨੀ ਧੰਨਵਾਦੀਆਂ ਅਸੀਂ ਆਪਣੇ ਆਨੰਦਪੁਰੀਆਂ ਦੇ ਇਹ ਚੌਥੀ ਸ਼ਿਫਟ ਬਈ ਕਲੀ ਮੇਰੀ ਚੱਲਦੀ ਆ 10 ਮਿੰਟ ਦੇ ਬਾਅਦ ਕੋਈ ਲੰਘਣ ਦੇਣਾ ਉਹ ਸਾਡਾ ਵੀਰ ਜੰਗ ਸਿੰਘ ਚਿੰਗੜਾ ਬੱਲੇ ਬੱਲੇ ਬਹੁਤ ਲੰਬੀ ਬਾਲ ਭੱਜੇ ਬਈ ਜੰਗ ਸਿੰਘ ਚਿੰਗੜਾ ਦੇ ਵੀ ਧੰਨਵਾਦ ਕਰਦੇ ਅਸੀਂ ਆਪਣੇ ਵੀਰ ਦਾ ਸਰਦਾਰ ਜੰਗ ਸਿੰਘ ਚਿੰਗੜਾ ਬਾਈ ਜੀ ਇੱਕ ਬੇਨਤੀ ਹੈ ਮੇਰੀ ਧਿਆਨ ਰੱਖੋ ਲਓ ਜੀ ਸਰਦਾਰ ਜੀਵਨ ਸਿੰਘ ਜੀ ਜੰਡਾਲੀ ਸਰਦਾਰ ਕੁਲਦੀਪ ਸਿੰਘ ਗੁਰਸਰ ਕੌਂਕੇ ਅਮਨਾ ਗੁਰਸਰ ਕੌਂਕੇ ਸਰਦਾਰ ਨਿਰਮਲ ਸਿੰਘ ਜੀ ਗੁਰਸਰ ਕੌਂਕੇ ਬਾਈ ਰਣਤੀਰ ਸਿੰਘ ਬੀਪ ਐਂਟਰੀ ਇੱਧਰ ਕਰਾਉਣੀ ਜੀ ਐਂਟਰੀ ਕਰਾਉਣੀ ਗੀਤ ਕਰ ਜਾ ਸਰਦਾਰ ਨਿਰਮਲ ਸਿੰਘ ਗੁਰਸਰ ਕੌਂਕੇ ਇਹ ਕਾਲਾ ਬੋਲਦ ਗੁਰਸਰ ਕੌਂਕੀਆ ਇਹਦੇ ਨਾਲ ਸਰਦਾਰ ਜੀਵਨ ਸਿੰਘ ਉਹਨਾਂ ਦਾ ਹੈ ਕੱਲ੍ਹ ਦੂਜਾ ਨੰਬਰ ਕਰਕੇ ਪਰਸੋਂ ਇਹਨਾਂ ਨੇ ਮੋਟਰਸਾਈਕਲ ਦਿੱਤੇ ਜੀ 9 ਸ਼ਾਰੀਏ ਕੁੱਲ 9 ਸ਼ਾਰੀਆਂ ਦਾ ਪਹਿਲਾ ਦੂਜਾ ਨੰਬਰ ਬਣਿਆ ਨੰਬਰ ਬਣਿਆ ਤਾਂ 21-34-21-43 21-34-21-43 ਇਹ ਚੌਥੀ ਸ਼ਿਫਟ ਜੀ ਬਾਅਦ 'ਚ ਦਵਾ ਦਿੰਦੇ ਗੱਲਾਂ ਵੀ ਗਵਾ ਦਿੰਦੇ ਬਾਅਦ 'ਚ ਗੱਲ ਨਹੀਂ ਕੋਈ ਸਟਿਪ ਭੱਜ ਲੈਂਦੇ ਫਿਰ ਗਵਾ ਦਿੰਦੇ ਕੋਈ ਕਲਵੰਤ ਸਿੰਘ ਕਾਂਤਾ ਕੋਟ ਗੰਗੂ ਰਾਏ
ਬੱਲੇ ਬੱਲੇ ਪੁਰਾਣੇ ਘਲਾਟੀ ਆ ਗਏ ਬਈ ਫਤਿਹਪੁਰ ਜੱਟਾਂ ਵਾਲੇ ਵੀ ਬੱਲੇ 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 ਨਹੀਂ ਸਾ ਫਤਿਹਪੁਰੀਓ ਧੰਨਵਾਦ ਤੁਹਾਡਾ ਵੀ ਪੁਰਾਣੇ ਤੇ ਪੁਰਾਣੇ ਘਲਾਟੀਏ ਜੁੜ ਗਏ ਹੈ ਪਹਿਲਾ ਨਾਮ 21,000 ਰੁਪਈਆ ਦਿਓ ਜੀ ਕੀ ਬੋਲਣਾ ਦੱਸ ਦਵਾਂ ਇਹ ਜਿਹੜਾ ਪਹਿਲਾ ਨਾਮ ਦੇਣਾ ਹੈ ਇਹ ਮੇਰੇ ਵੀਰ ਨੇ ਦੇਖੋ ਮਿੱਤਰੋ 21,000 ਰੁਪਈਆ ਕਹਿ ਦੇਣੀ ਛੋਟੀ ਜਿਹੀ ਗੱਲ ਹੈ ਬਹੁਤ ਮਾਣ ਹੈ ਸਾਨੂੰ ਆਪਣੇ ਵੀਰ 'ਤੇ ਇਹ ਹੈ ਭਾਈ ਸਨੀ ਸਨੀ USA ਵੱਲੋਂ ਜੀ 21,000 ਰੁਪਈਆ ਪਹਿਲਾ ਨਾਮ ਦੂਆ ਨਾਮ ਕੁਲਵਿੰਦਰ ਸਿੰਘ ਢਿੱਲੋਂ ਵੱਲੋਂ 15,000 ਰੁਪਈਆ ਨਾਮ ਤੀਆ ਬੱਲਾ ਬੀਪੁਰ ਵੱਲੋਂ 11,000 ਰੁਪਈਆ ਨਾਮ ਬਾਕੀ ਦੇ ਨਾਮ ਜਿਹੜੇ ਗਾਂ ਥੋੜ੍ਹੇ ਥੋੜ੍ਹੇ ਘੱਟਦੇ ਚੱਲਦੇ ਰਹਿਣਗੇ ਇਹ ਗਗਨੇ ਉਹਨੀ ਦੇਖਦੇ ਹਾਂ ਭਾਈ ਕਿੱਥੇ ਕਿੱਥੇ ਕੋਕੇ ਲੋ ਨੇ ਗਗਨਾ ਜੁਝਾਰ ਸਮੁੱਚੀ ਇਹਨਾਂ ਦੀ ਪਾਰਟੀ ਸਭ ਦਾ ਜੀ ਧੰਨਵਾਦ ਭਾਈ ਬੜੀ ਮਿਹਰਬਾਨੀ ਇਹ ਕੱਲ੍ਹ ਨੂੰ ਆਪਣੇ ਕਬੱਡੀ ਕੱਪ ਵੀ ਆਵੇ ਕੱਲ੍ਹ ਨੂੰ ਕਬੱਡੀ ਕੱਪ ਹੈ ਦਰਸ਼ਕ ਵੀਰੋ ਸਾਜਰੇ ਆਉਣਾ ਆਹ ਸੌਂਸਪੁਰੀਆ ਬੋਰਦਾ ਜੀ ਪਿਛਲੇ ਸਾਲ ਜਿਹਨੇ ਬੁੱਢੇਆਲ ਦੀ ਖੇਡ ਦੇ ਵਿੱਚ ਟਰੈਕਟਰ ਜਿੱਤਿਆ ਤਾਂ ਟਰੈਕਟਰ ਇਹ ਬਹੁਤ ਟਰੈਕਟਰ ਜੇਤੂ ਹੈ ਜਿਹੜਾ ਪੀਲਾ ਝੋਲਾ ਵਾਲਾ ਬੋਰ ਜਾਂਦਾ ਇਹਨੇ ਟਰੈਕਟਰ ਜਿੱਤਿਆ ਤਾਂ ਇਹ ਮੈਂ ਬੁੱਢੇਆਲ ਨਗਰ ਦਾ ਵੀ ਧੰਨਵਾਦ ਕਰਦਾ ਹੁੰਦਾ ਧੰਨਵਾਦ ਤਾਂ ਕਰਦਾ ਹੁੰਦਾ ਜਿਹੜੇ ਮੋਟਰਸਾਈਕਲ ਦੇਣ ਲੱਗੇ ਸਭ ਤੋਂ ਪਹਿਲਾਂ ਬੁੱਢੇ ਵਾਲੀਆਂ ਨੇ ਮੋਟਰਸਾਈਕਲ ਦਿੱਤਾ ਫਿਰ ਕਾਰ ਦਿੱਤੀ ਉਹ ਵੀ ਪਹਿਲਾਂ ਬੁੱਢੇ ਵਾਲੀਆਂ ਨੇ ਦਿੱਤੀ ਫਿਰ ਟਰੈਕਟਰ ਦਿੱਤਾ ਉਹ ਵੀ ਪਹਿਲਾਂ ਬੁੱਢੇ ਵਾਲੀਆਂ ਨੇ ਦਿੱਤਾ ਅਤੇ ਉਸ ਨਗਰ ਦਾ ਵੀ ਧੰਨਵਾਦ ਬਾਈ ਹੁਣ ਤਾਂ ਪਿੜਤ ਪੈ ਗਈ ਭਾਈ 25-25 26-26 ਮੋਟਰਸਾਈਕਲ ਉਹਨੇ ਖੇਡਾਂ ਦੇ ਵਿੱਚ ਆਹ ਪਰਸੋਂ ਨੂੰ ਪਹਿਲਾ ਨਾਮ ਟਰੈਕਟਰ ਹੈ ਸਤਵੀਰ ਸਿੰਘ ਜਟਾਣਾ ਰਾਜੂ ਜਟਾਣਾ ਗੁਰਦੀਪ ਜਟਾਣਾ ਨੰਦੂ ਜਟਾਣਾ ਵਾਹ ਸ਼ੇਰੂ ਸੌਰਭਖ ਸਿੰਘ ਜਟਾਣਾ ਹਰਨੇਕ ਸਿੰਘ ਜਟਾਣਾ ਹਰਬੰਸ ਸਿੰਘ ਜਟਾਣਾ ਹਰਦੇਵ ਸਿੰਘ ਦੀਪਿਓਨੀ ਜਟਾਣਾ ਕਿੰਨੇ ਬਾਲ ਭਾਦੇ ਹੈ ਜਟਾਣੇ ਦੀ ਵੀ ਦੇਖੋ ਭਾਈ ਹੁਣ ਕਾਰਖਾਨਾ 20 ਗੱਡੀਆਂ ਭੱਜੀਆਂ ਬੱਚਿਆਂ ਦੀਆਂ ਮਾਣਕੀ ਦੀਆਂ 20-22 ਭੱਜੀਆਂ ਖਿਰਨੀਆਂ ਦੀਆਂ ਇੰਨੇ ਬੱਚੇ ਭੱਜਦੇ ਹੁਣ ਪੰਜਾਬ ਦੇ ਮੇਲਿਆਂ 'ਚ ਹਰ ਤੀਏ ਦਿਨ ਰਾਜਸਥਾਨ ਤੋਂ ਬੱਚਿਆਂ ਦੀ ਗੱਡੀ ਆਉਂਦੀ ਹੈ ਮੇਰਾ ਖਿਆਲ ਇੱਕ ਘੰਟੇ ਦੇ ਵਿੱਚ ਸਾਰੀ ਗੱਡੀ ਵਿਕ ਜਾਂਦੀ ਅਤੇ ਬੱਚੇ ਤਾਂ ਭਾਈ ਹੋਣਗੇ ਜੀ ਮੇਲਿਆਂ 'ਚ ਸੌਖੀ ਜੰਡਾਲੀ ਜੱਗੀ ਜਰਗੜੀ ਜੁਝਾਰ ਘੜੂਆਂ ਸਰਦਾਰ ਜੀਵਨ ਸਿੰਘ ਜੀ ਉਹ ਬਾਈ ਉੱਠ ਜਾਓ ਉੱਠ ਜਾਓ ਵੀਰੋ ਜੁਝਾਰ ਕਹੀ ਮਾੜਾ ਤਾਂ ਕਰੀ ਬੇਨਤੀ ਜੁਝਾਰ ਕਹਿ ਦੇ ਮਾੜਾ ਜੀ ਮਗਰ ਹੋ ਯਾਰ ਉਹ ਮੁੜ ਜਾਣ ਵੀ ਕਰੋ ਡਰਾਉਣ ਵਾਲਿਆਂ ਨੂੰ ਇੱਧਰ ਵੀ ਹੋਈ ਜਾਂਦੇ ਮਗਰ ਹੋ ਕੇ ਬਹਿ ਜਾਓ ਯਾਰ ਤੁਸੀਂ ਹਾਂ ਇਹਨਾਂ ਨੂੰ ਕਹਿੰਦੇ ਬਾਈ ਇਹਨਾਂ ਦੀ ਗੱਲ ਕਰਦੇ ਇਹਨਾਂ ਦੀ ਕਰਦੇ ਹੋ ਜਾਓ ਮਗਰ ਯਾਰ ਥੋੜ੍ਹੇ ਥੋੜ੍ਹੇ ਉੱਠ ਕੇ ਹੋ ਜਾਓ ਸਰਦਾਰ ਅਵਤਾਰ ਸਿੰਘ ਜੀ ਸਰਪੰਚ ਸਾਹਿਬ ਮਾਣਕ ਮਾਜਰਾ ਸਾਡੇ ਯਾਰ ਨੇ ਜਦੋਂ ਕਿਤੇ ਲੋੜ ਪਈ ਹੈ ਨਾਲ ਖੜੇ ਸਾਡੇ ਬਾਈ ਬਿੱਕਰ ਸਿੰਘ ਹੋਣੀ ਬਹਾਦਰ ਸਿੰਘ ਹੋਣੀ ਅਮਰਜੀਤ ਸਿੰਘ ਹੋਣੀ ਕਲਵੰਤ ਸਿੰਘ ਹੋਣੀ ਰਾਜੇ ਮਾਜਰਾ ਮੈਂ ਉਹ ਪਰਿਵਾਰ ਦਾ ਵੀ ਧੰਨਵਾਦ ਕਰਦਾ ਯਾਰਾਂ ਨਾਲ ਬਾਹਰਾਂ ਮਿੱਤਰ ਐਵੇਂ ਤਾਂ ਨਹੀਂ ਹੁੰਦੀਆਂ ਇਹ ਲਓ ਜੀ ਇਹ ਤੋਂ ਅਗਲੀ ਸ਼ਿਫਟ ਆਖਰੀ ਹੋਊਗੀ ਨੋਟ ਕਰ ਲਓ ਪੰਜਵੀਂ ਸ਼ਿਫਟ ਆਖਰੀ ਹੋਊਗੀ ਬਈ ਇੱਕ ਵਾਰੀ ਨੋਟ ਕਰ ਲਿਓ ਮੈਂ ਤੁਹਾਨੂੰ ਖੇਡਾਂ ਵੀ ਦੱਸ ਦੇਵਾਂ ਹੁਣ ਮੈਂ ਤੁਹਾਨੂੰ ਆਖਰੀ ਵਾਰ ਦੱਸਣੀ ਹੈ ਆਪਦੇ ਪੈੱਨ ਕੱਢ ਲਓ ਆਪਦੀਆਂ ਕਾਪੀਆਂ ਕਾਗਜ਼ ਪਰ ਲਿਖ ਲਓ ਜੇ ਯਾਦ ਰੱਖ ਲਓਗੇ ਇਸ ਤਰ੍ਹਾਂ ਹੀ ਸੁਣ ਲਓ ਪਰਸੋਂ ਨੂੰ 5 ਤਰੀਕ ਨੂੰ ਚੌਧਰੀ ਕੇਵਲ ਵੀ ਹੱਥ ਪੇਰ ਦਾ ਸਤਿਆਨ ਰਣਜੀਤ ਸਿੰਘ ਘੁੱਲਾ ਬਾੜੀਆਂ ਮਾਹੌਲ ਸੂਰਬਾ ਤੁਹਾਡੀਆਂ ਵੀ 5 ਤਰੀਕ ਨੂੰ ਨਾਗਰੀ 5 ਤਰੀਕ ਨੂੰ ਪਿੰਡ ਨਾਗਰੇ ਬੌਲ ਭੱਜਣੇ ਪਹਿਲਾ ਨਾਮ ਭਾਈ ਟਰੈਕਟਰ ਪਹਿਲਾ ਨਾਮ 5 ਤਰੀਕ ਨੂੰ ਪਿੰਡ ਤੰਬੋੜ ਬਾਬਾ ਰਾਘੋ ਰਾਮ ਜੀ ਯਾਦਗਾਰੀ ਖੇਡ ਦੇ ਵਿੱਚ ਖੀਰੇ ਦੁੱਗੇ ਬੱਚੇ ਭੱਜਣੇ 6 ਨੂੰ ਬੌਲ ਭੱਜਣੇ 11 ਤਰੀਕ ਨੂੰ ਜਸਪਾਲ ਵਾਂਗਰ ਖੀਰੇ ਦੁੱਗੇ ਬੱਚੇ ਭੱਜਣਗੇ 11 ਨੂੰ 8 ਤਰੀਕ ਨੂੰ ਹੰਟ ਭੱਜਣੇ ਬਈ ਦੁਆਬੇ ਦੇ ਵਿੱਚ ਕਿੰਗ ਰਾਚੋ 21 ਤਰੀਕ ਨੂੰ ਖਾਨ ਖਾਨਾ
ਇਧਰ ਆ ਜਾਓ ਬੱਲੇ ਸਾਡਾ ਗੁੱਡੂ ਵੀਰ ਵੀ ਆ ਗਿਆ ਗੁੱਡੂ ਉਹ ਬਾਈ ਲਾਈਨ ਦਾ ਵੀ ਧਿਆਨ ਰੱਖਿਓ ਹੱਥ ਬੰਨ ਕੇ ਬੇਨਤੀ ਹੈ ਜਿਹੜੇ ਪਰੜੀ ਪਰ ਬੈਠੇ ਥੋੜੇ ਜਿਹੇ ਕਈ ਬੱਚੇ ਬੈਠੇ ਉਹ ਵੀਰੋ ਹੱਥ ਬੰਨ ਕੇ ਬੇਨਤੀ ਹੈ ਨੁਕਸਾਨ ਨਾ ਹੋ ਜਾਵੇ ਬਾਈ ਇੱਧਰ ਆ ਜਾਓ ਉਹ ਵੀਰੋ ਇੱਧਰ ਹੋ ਜਾਓ ਯਾਰ ਇੱਧਰ ਆ ਜਾਓ ਰੇਲ ਦਾ ਟਾਈਮ ਹੋ ਗਿਆ ਜੀ ਉਹ ਗੱਡੀ ਆਉਣ ਲੱਗੀ ਆ ਭਾਈ ਜਿਹਨਾਂ ਕੋਲ ਨਿਆਣੇ ਆ ਆਪਣੇ ਹੱਥ ਪਾ ਲਓ ਨਿਆਣਿਆਂ ਨੂੰ ਨਿਆਣੇ ਫੜ ਲਓ ਆਪਣੇ ਕਰ ਦਿਓ ਜਗ੍ਹਾ ਖਾਲੀ ਭਾਈ ਇੱਧਰ ਆ ਜਾਓ ਭਾਈ ਸਾਰੇ ਇੱਧਰ ਆ ਜਾਓ ਆ ਜਾਓ ਉਰੇ ਆ ਜਾਓ ਭਾਈ ਵਿੱਕੀ ਬਾਹਰ ਆ ਜਾ ਭਾਈ ਇੱਧਰ ਆ ਜਾਓ ਛੋਟੇ ਵੀਰ ਤੇ ਯਾਰ ਐਂਡ ਪਾਰਟੀ ਗੁੱਡੂ ਇੱਧਰ ਆ ਜਾਓ ਮੱਲ ਗੁੱਡੂ ਪੜਾਓਲ ਪਹੁੰਚਣੇ ਜੀ ਧੰਨਵਾਦ ਬੜੀ ਮਿਹਰਬਾਨੀ ਹਾਂ ਜੀ ਐ ਜੀ ਨੰਬਰਦਾਰ ਬਲਜਿੰਦਰ ਸਿੰਘ ਜੀਤ ਸਿੰਘ ਦਿਆਲਪੁਰਾ ਪਹੁੰਚਣੇ ਜੀ ਧੰਨਵਾਦ ਬੜੀ ਮਿਹਰਬਾਨੀ ਸ਼ੇਰ ਸਿੰਘ ਦਿਆਲਪੁਰਾ ਬਾਈ ਬਲਦੇਵ ਸਿੰਘ ਦਿਆਲਪੁਰਾ ਜਝਾਰ ਸਿੰਘ ਘੜੂਆ ਗਗਨ ਘੜੂਆ ਲਓ ਜੀ ਹੁਣ 1600 ਰੁਪਇਆ ਕਰਤਾ ਇਹਨਾਂ ਨੇ ਆਹ ਲਓ ਜੀ 1100 ਰੁਪਇਆ ਹੋਰ ਹੋ ਗਿਆ ਭਾਈ ਕਰਵੰਤ ਸਿੰਘ ਇਟਲੀ ਗਗਨਦੀਪ ਢੋਲਣ ਮਾਜਰਾ ਇਹ ਸਪੈਸ਼ਲ ਆ ਦਿੰਦੇ ਆ ਭਾਈ ਮੈਨੂੰ ਇਹਨਾਂ ਦੀ ਨੱਥ ਫਸ ਗਈ ਮੱਛੇ ਦੀ ਨੱਥ ਸਵਾਦ ਨਹੀਂ ਆਇਆ ਮਿੱਤਰੋ ਉਹ ਬਾਈ ਤੁਸੀਂ ਮੇਰੇ ਮੂਹਰੇ ਦੋ ਖੜ ਕੇ ਬਾਈ ਜੀ ਝੰਡੀ ਵੀ ਦੇਖਣੇ ਹਾਂ ਗੁੱਡੂ ਮੇਰਾ ਵੀਰ ਬਈ ਛੋਟਾ ਭਾਈ ਗੁੱਡੂ ਪੜਾਓਲ ਸਾਗਰ ਪੜਾਓਲ ਬਿੱਟੂ ਬਾਜਵਾ ਪੜਾਓਲ ਨਹੀਂ ਰਹੇ ਗੱਡੀਆਂ ਦੇ ਬਾਬਾ ਬੋੜ ਬਲਵੰਤ ਸਿੰਘ ਜੀ ਪੜਾਓ ਹਾਂ ਲਓ ਉਹ ਮਗਰ ਨੂੰ ਉਹ ਮਿੱਤਰੋ ਮੈਂ ਇੱਕ ਗੱਲ ਦੱਸ ਦੇਣੀ ਚਾਹੁੰਦਾ ਹੈ ਖੇਡ ਦੀ ਚੌਥੀ ਸ਼ਿਫਟ ਮਾਂ ਹੁੰਦੀ ਆ ਮਾਂ ਹੁਣ ਭੜੀਕੇ ਪੈਣੇ ਧਿਆਨ ਰੱਖਿਓ ਹੁਣ ਪੈਣੇ ਭੜੀਕੇ ਖੇਡਦੇ ਹੁਣ ਆਉਣੀ ਆ ਵੀ ਕਰਿਓ ਮੁੰਡਿਆ ਕੱਲ ਨੂੰ ਪਰਤੇ ਸਾਫੇ ਨੂੰ ਉੱਪਰ ਨੂੰ ਸੁਣੀਏ ਗੌਰ ਨਾਲ ਸਮਾਂ ਕਿੰਨਾ ਹੈ ਹੁਣ ਪਤੇ ਲੱਗਣੇ ਧੰਨਾ ਸਿੰਘ ਗੋਸਲਾ ਹਰਨੇਕ ਸਿੰਘ ਗੋਸਲਾ ਆਪਦੇ ਸਮੇਂ ਦੇ ਪ੍ਰਸਿੱਧ ਦੋਵੇਂ ਗੁਣਵਾਨ ਬਾਈ ਜੀ 10 ਮਿੰਟ ਹੋ ਗਏ ਘੜੀ ਪਰ ਘੜੀਆਂ ਬੰਦ ਹੈ ਜੀ ਕਰੋ ਕਰੋ ਹਿੰਮਤ ਨਾਲ ਰਾਹ ਕਰ ਲਈ ਹਿੰਮਤ ਨਾਲ ਉਹ ਜਵਾਕੋ ਇੱਧਰ ਬੈਠੋ ਇੱਧਰ ਹੋ ਕੇ ਬੈਠੋ ਬਾਈ ਜੀ ਤੁਸੀਂ ਵੀ ਇੱਧਰ ਹੋ ਜਾਓ ਉਹ ਵੀਰ ਮੇਰਾ ਤੂੰ ਵੀ ਇੱਧਰ ਹੋ ਖੜ ਜਾ ਇੱਧਰ ਕਰ ਦੋ ਕਹਿ ਇੱਧਰ ਕਰੋ ਯਾਰ ਮੂਹਰੇ ਝੰਡੀ ਹੈ ਅਸੀਂ ਫੇਰ ਧਨਵਾਦੀਆਂ ਜਿਹਨਾਂ ਵੀਰਾਂ ਨੇ ਮੇਲੇ ਦਾ ਉਦਘਾਟਨ ਕੀਤਾ ਸਰਦਾਰ ਹਰਨੇਕ ਸਿੰਘ ਜੀ ਘਨੂਆ ਸਾਬਕਾ ਪੰਜਾਬ ਸਰਕਾਰ ਸਰਦਾਰ ਪਰਮਿੰਦਰ ਸਿੰਘ ਜੀ ਬਲਾਕ ਸਮਿਤੀ ਮੈਂਬਰ ਸਰਦਾਰ ਰੋਲਦਾ ਸਿੰਘ ਜੀ ਭੰਡਾਰੀ ਸਰਦਾਰ ਅਮਰਜੀਤ ਸਿੰਘ ਜੀ ਮੈਂਬਰ ਪੰਚਾਇਤ ਸਰਦਾਰ ਗੁਰਸੇਵਕ ਸਿੰਘ ਜੀ ਮੈਂਬਰ ਪੰਚਾਇਤ ਸਰਦਾਰ ਜੱਗਾ ਸਿੰਘ ਜੀ ਪੰਚ ਸਰਦਾਰ ਗੁਰਚਰਨ ਸਿੰਘ ਜੀ ਫੜੀ ਤਿਆਰੀ ਆ ਬਈ ਕਰੋ ਨਾ ਖਾਲੀ ਕਰੋ ਕਰੋ ਮੇਰਾ ਵੀਰ ਕਰਿਓ 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 ਛੋਟੇ ਭਾਈ ਹੋ ਜਾਓ ਬਾਹਰ ਨੂੰ ਹੋ ਬਾਹਰ ਨੂੰ ਘਰ ਸਮਾਂ ਲੱਗਿਆ 21:31 ਦਾ 21:31 ਹਰੀ ਮੜੌਲੀ ਬੈਲੀ ਢੋਲਣ ਮਾਜਰਾ ਰੋਡਾ ਕਾਈਨੌਰ ਮਨਜੀਤ ਸਿੰਘ ਸਾਂਦਪੁਰ ਵੀਡੀਓ ਛਪਾਰ ਇਹਨਾਂ ਦਾ ਘਰ ਸਮਾਂ ਲੱਗਿਆ ਹੋਇਆ ਭਾਈ 21:31 ਦਾ ਹੁਣ ਦੇਖੋ ਕਿਹੜੇ ਸਮਾਂ ਤੋੜਦੇ ਹਾਂ ਜਾਂ ਨਹੀਂ ਦੋਵੇਂ ਗੱਲਾਂ ਹੁੰਦੀਆਂ ਹਾਂ ਵੀ ਨਾ ਵੀ ਤਿਆਰੀ ਹੈ ਜੀ ਆ ਗਈ ਭਾਈ ਮੁੰਡੀਆਂ ਨਹੀਂ ਹੋਣੀਆਂ ਨਹੀਂ ਗਲਤ ਐਦਾਂ ਬੋਲਦੇ 21:77 ਦਾ ਸਮਾਂ ਜੀ ਪਰਲਾ ਬੋਲ ਹਰਪ੍ਰੀਤ ਸਿੰਘ ਜੰਡਾਲੀ ਗੱਲਾਂ ਸੁੱਖੀ ਜੰਡਾਲੀ ਗੱਲਾਂ ਸਾਰੇ ਵੱਲ ਭੱਜ ਗਿਆ ਗੁੰਮਾ ਸੌਂਸਪੁਰ
ਇਹ ਐਂਟੀ ਸੁੱਖਾ ਮੁੰਡੀਆਂ ਦੇ ਨਾਂ ਤੇ ਇਹਨਾਂ ਦੀ ਬਰੈਟ ਚ ਪਾ ਲਈ ਪਾਈ ਉਹਨਾਂ ਨੂੰ ਵੀ ਉਹ ਬਾਈ ਤੂੰ ਇੱਧਰ ਆ ਜਾ ਫੋਨ ਸੁਣਦਾ ਉਹ ਵੀਰਾ ਉਹ ਭਾਈ ਗਰੀ ਨੂੰ ਜਾ ਕੇ ਨਾ ਸੁਣ ਫੋਨ ਉਹ ਵੀਰਾ ਇਹਨੂੰ ਕਿਹਾ ਇੱਧਰ ਫਿਰ ਚਲੇ ਜਾਣਾ ਇਹਨੇ ਇਹਨੂੰ ਜਾ ਕੇ ਸੁਣ ਲਾ ਗਾਹ ਨਿਕਲ ਕੇ ਸਿਰ ਧਰਤੀ ਬਾਜੀ ਲੱਗੀ ਪਈ ਹੈ ਸਰਦਾਰ ਭਿੰਦਰ ਸਿੰਘ ਖੇੜੀ ਗੁਰਨਾ ਆਪਦੇ ਸਾਥੀਆਂ ਨਾਲ ਪਹੁੰਚੇ ਨੇ ਸਰਦਾਰ ਰਾਮ ਅਸਰਾ ਸਿੰਘ ਦੇ ਪੁੱਤਰ ਨੇ ਜੀ ਆਏ ਆਖਦੇ ਆ ਜੀ ਬੜੀ ਮਿਹਰਬਾਨੀ ਇਹ ਪਿੰਡ ਚ ਵੀ ਸ਼ੌਂਕ ਹੋ ਗਿਆ ਕਾਫੀ ਬੱਚੇ ਆ ਗਏ ਭਾਈ ਬਾਹਰ ਤੇ ਜਿਵੇਂ ਰਾਜਪੁਰੇ ਕੋਲ ਪਰਲੇ ਬੰਨੇ ਪਿੰਡ ਆ ਗਈ ਭਾਈ ਕੁੱਥਾ ਖੇੜੀ ਅੱਠ ਬੱਚੇ ਆ ਗਏ ਉੱਥੇ ਵੀ ਪਿਛਲੇ ਸਾਲ ਖੇਡ ਹੋਈ ਸੀ ਹਾਂਜੀ ਇੱਕੀ ਬਾਹਰ ਦਾ ਸਮਾਂ ਜੀ ਇੱਕੀ ਬਾਹਠ ਸਿਆਲੇ ਵੱਲ ਜਿਹੜਾ ਕਾਲਾ ਭੱਜ ਗਿਆ ਸੁੱਖਾ ਮੁੰਡੀਆਂ ਹਰਸ਼ ਮੁੰਡੀਆਂ ਹੈਪੀ ਮੁੰਡੀਆਂ ਜਿਹੜਾ ਪਰਲੇ ਬੰਨੇ ਭੱਜ ਗਿਆ ਛੇਰਾ ਚਰਵਾਲ ਕਨੇਡਾ ਗੋਲਡੀ ਪਿੰਦਰੀ ਸਧੌੜ ਬਈ ਬਹੁਤ ਜ਼ਿਆਦਾ ਨਾ ਵੀ ਤੇ ਮਿੱਤਰੋ ਸਮਾਂ ਨਹੀਂ ਉੱਥੇ ਲੱਗਿਆ ਜਿੱਥੇ ਲਾ ਦੇਣਾ ਚਾਹੀਦਾ ਤਾਂ ਇਹਨਾਂ ਨੂੰ ਸਮਾਂ ਹੀਟਾ ਲੱਗਣਾ ਚਾਹੀਦਾ ਤਾਂ ਇਹਨਾਂ ਦਾ ਦੇਖਦੇ ਹਾਂ ਕਿਆ ਕਹਿੰਦੀ ਹੈ ਖੇਡ ਪਾਈ ਲਓ ਜੀ ਕੇਂਦਰ ਮੜੌਲੀ ਸੁੱਖਾ ਜੰਡ ਪਰ ਛੋਟਾ ਸਿੰਘ ਰੋੜਾ ਛੋਟਾ ਸਿੰਘ ਰੋੜਾ ਇਹ ਵੀ ਭਾਈ ਸਾਡੇ ਪਰ ਮਿੱਤਰ ਨੇ ਪੁਰਾਣੇ ਇਹਨਾਂ ਦਾ ਵੀ ਧੰਨਵਾਦ ਬੜੀ ਮਿਹਰਬਾਨੀ ਬਾਈ ਜੀ ਲੰਘ ਜਾਓ ਮਿੱਤਰਾਂ ਲੰਘ ਜਾਓ ਮੇਰਾ ਵੀਰ ਬਣ ਕੇ ਦਿਲ ਧੜਕਦੇ ਆ ਗਈ ਭਾਈ ਜੇ ਝੰਡੀ ਗਿਰਦੀ ਹੈ ਨਾ ਜਿਹਦਾ ਭੱਜਦਾ ਉਹਦਾ ਦਿਲ ਧੜਕਦਾ ਵਿਚਾਰੇ ਦਾ ਵੀ ਕਿਤੇ ਮੂਹਰਾਂ ਨੂੰ ਕੋਈ ਆ ਜਾਵੇ ਕੋਈ ਰੋਣ ਨਾ ਹੋ ਜਾਵੇ ਇੱਕੀ ਪੰਜਾਹ ਦਾ ਸਮਾਂ ਜੀ ਜਸਕਰ ਸਿੰਘ ਕੁਹਾੜਾ ਟੈਮ ਇੱਕੀ ਪੰਜਾਹ ਜਸਕਰ ਸਿੰਘ ਕੁਹਾੜਾ ਇੱਕੀ ਪੰਜਾਹ ਮਿੱਤਰੋ ਇੱਕੀ ਇਕੱਤੀ ਦਾ ਘਰ ਸਮਾਂ ਲੱਗਿਆ ਹੋਇਆ ਧਨੂਆ ਗਰੁੱਪ ਘਣੂਆ ਰੋਡਾ ਕਾਈਨੌਰ ਹਨੀ ਮਡੌਲੀ ਬੈਲੀ ਢੋਲਣ ਮਾਜਰਾ ਮਨਜੀਤ ਸਿੰਘ ਸਾਂਤਪੁਰ ਵੀਡੋ ਛਪਾਰ ਇਹ ਖੜੇ ਸਭ ਤੇ ਮੂਹਰੇ ਹਾਲੇ ਬੁਰਦ ਪਈ ਦੇਖਦੇ ਹਾਂ ਗਾਂ ਕਿਆ ਬਣਦਾ ਉਹ ਹੁਣ ਤਾਂ ਮਿੱਤਰ ਕਿਸੇ ਟਾਈਮ ਵੀ ਤੁਸੀਂ ਖੇਡ ਭੱਜਦੀ ਦੇਖ ਸਕਦੇ ਹੋ ਕਿਸੇ ਟਾਈਮ ਕੱਢ ਕੇ ਵੀ ਕਿੰਨੇ ਕੁ ਬਾਲ ਭੱਜੇ ਹੋਏ ਅੱਗੇ ਤਾਂ ਭਾਈ ਭੱਜ ਲਏ ਕਹਾਣੀ ਖਤਮ ਹੁਣ ਤਾਂ ਅਗਲਾ ਪਿਛਲੇ ਦੋ ਚਾਰ ਸਾਲ ਦੀਆਂ ਕੱਢ ਕੇ ਖੇਡਾਂ ਵੀ ਦੇਖੀ ਜਾਂਦਾ ਇਨਸਾਫ ਦੀ ਬਹੁਤ ਲੰਬੀ ਉਮਰ ਹੈ ਸੱਚ ਜੀ ਨੂੰ ਕਹਿੰਦੇ ਝੂਠ ਦੀ ਕੋਈ ਉਮਰ ਨਹੀਂ ਝੂਠ ਤਾਂ ਅੱਜ ਵੀ ਮਰਿਆ ਕੱਲ੍ਹ ਨੂੰ ਵੀ ਮਰਿਆ ਝੂਠ ਨਹੀਂ ਕਦੇ ਜਿਉਂਦਾ ਰਿਹਾ ਕਰਦਾ ਆ ਗਈ ਭਾਈ ਹਾਂਜੀ ਇੱਕੀ ਛਿਆਨਵੇਂ ਇੱਕੀ ਛਿਆਨਵੇਂ ਲੰਬੜਦਾਰ ਬਲਜਿੰਦਰ ਸਿੰਘ ਦਿਆਲਪੁਰ ਬੜਾ ਵਧੀਆ ਮੇਲਾ ਵੀ ਪਿੱਛੇ ਜੇ ਕਰਵਾਇਆ ਇਹਨਾਂ ਨੇ ਇਹਨਾਂ ਦੇ ਘਰ ਦੇ ਹੀ ਲੰਬੜਦਾਰਾਂ ਦੇ ਦੋਵੇਂ ਬੱਚੇ ਪਹਿਲਾ ਨੰਬਰ ਵੀ ਕਰਿਆ ਖੇਡਾਂ ਦੇ ਵਿੱਚ ਪਹਿਲੇ ਨੰਬਰ ਪਹਿਲਾਂ ਬਾਈ ਬਲਦੇਵ ਸਿੰਘ ਉਹਨਾਂ ਦੇ ਡੋਂਡੇ ਉਨੀ ਸਿੰਘ ਡੋਂਡੇ ਉਨੀ ਦੂਰੀਆਂ ਨੂੰ ਭੱਜਿਆ ਕਰਦੇ ਤੇ ਸਰਦਾਰ ਜੀਤ ਸਿੰਘ ਜੀ ਊਰਨਾ ਉਹਨਾਂ ਦਾ ਮੀਣਾ ਨਾਲ ਇਹਨਾਂ ਦੇ ਆਇਆ ਕਰਦਾ ਤਿੰਨੇ ਬੁੜਦਾਂ ਨੇ ਆਉਣਾ ਚਲੇ ਜਾਣਾ ਕੋਈ ਨੀ ਚੱਲੀ ਜਾਣਾ
ਔਰ ਹੋਰ ਚਲੇ ਜਾਣਗੇ 10 ਮਿੰਟ ਨੂੰ ਕਿਹਾ ਉੱਥੇ ਅਸੀਂ ਉਹ ਚੜਦੇ ਆਪੇ ਚਲੇ ਜਾਣਾ ਆਪੇ ਰਾਜਧਾਨ ਵਾਲੇ ਮੋਟਰਸਾਈਕਲ ਨਹੀਂ ਜਾਣ ਦੇਣਾ ਆਪਾਂ ਨੇ ਵੱਲ ਆਪੇ ਜਾਣਗੇ ਤੁਰ ਕੇ ਜਾਓ ਜਿਹਨੇ ਜਾਣਾ ਮੋਟਰਸਾਈਕਲ ਪਰ ਨਹੀਂ ਜਾਣਾ ਉਹ ਕਢਵਾਉਂਦੇ ਬਾਈ ਮਗਰ ਨੂੰ ਹੋ ਜਾਓ ਮਗਰ ਨੂੰ ਆਹ ਕਲੀ ਪਾਉਣ ਲੱਗਿਆ ਦੇਖੋ ਜਵਾਨ ਉਹ ਮਗਰ ਹੋ ਜਾਓ ਯਾਰ ਤੁਸੀਂ ਹੋ ਜਾਓ ਮਗਰ ਨੂੰ ਮਗਰ ਹੋ ਜਾਓ ਮਗਰ ਠਾਰ ਦੋ ਇਹਨਾਂ ਨੂੰ ਤਿਆਰੀ ਆ ਬਈ ਤਿਆਰੀ ਆ ਦੇਖੋ ਸਾਹ ਰੋਕ ਕੇ ਮਿੱਤਰੋ ਖੇਡ ਨੂੰ ਘੜੂਏ ਦਾ ਮੇਲਾ ਹੈ ਆ ਰਹੀ ਮੇਲਾ ਭਰ ਗਿਆ ਘੜੂਏ ਦਾ ਭਾਰੀ ਵੱਡਾ ਹੋ ਗਿਆ ਇਕੱਠ ਮਿੱਤਰੋ ਆ ਗਈ ਭਾਈ ਮੈਂ ਘੜੂਏ ਵਾਲੇ ਉੱਥੇ ਨਾ ਮਾਲੀ ਵੀ ਕਸਰ ਨਹੀਂ ਛੱਡੀ ਬਾਈ 94 ਇਹ ਗੁਰਪ੍ਰੀਤ ਸਿੰਘ ਹੋਰਾਂ ਦੇ ਜੀ ਸਿੰਘਪੁਰੇ ਤੋਂ ਸਰਦਾਰ ਕੁਲਦੀਪ ਸਿੰਘ ਦੀਪਾ ਸਪੁੱਤਰ ਸਰਦਾਰ ਹਰਦੇਵ ਸਿੰਘ ਜੀ ਜਟਾਣਾ ਕਰਕੇ ਗਡਵਾਨੀ ਗਾਂ ਦੀ ਗੱਡੀ ਤਿਆਰ ਹੈ ਭਾਈ ਤਿਆਰੀ ਹੈ ਜੀ ਆ ਗਈ ਭਾਈ ਲਓ ਜੀ ਚੱਕੋ ਭਾਈ ਸਾਹਿਬ ਪਰਨੇ ਆਪਦੇ ਕੰਨਾਂ ਪਰਤੇ ਸੁਣਿਓ ਟਾਈਮ ਨੂੰ ਧਿਆਨ ਨਾਲ ਛੱਡ ਮੇਰੀ ਬਾਹ ਮਿੱਤਰ ਮੇਰੀ ਬੀਬੀ ਮਾਰਦੀ ਹੱਕਾਂ ਟਾਈਮ ਹੈ ਜੀ ਗੱਡੀ ਦਾ 20 ਸੈਕਿੰਡ 94 ਮਿੰਟ ਸਮਾਂ ਜੀ ਮਾਰੋ ਤਾੜੀ ਇੱਕ ਵਾਰ 20:94 ਸਮਾਂ ਲੱਗ ਗਿਆ ਭਾਈ ਇਹ ਪਰਸੋਂ ਵੀ ਵੱਡੇ ਇਕੱਠ ਦੇ ਵਿੱਚ ਇੱਥੇ 5 ਮੋਟਰਸਾਈਕਲ ਤੇ ਦੂਜਾ ਨੰਬਰ ਤਾਂ 9 ਇਸ਼ਾਰੀਆਂ ਦੀ ਕੁੱਲ ਜਿੱਤ ਹਾਰ ਕਰੀ ਤੇ ਉੱਥੇ ਇਹਨਾਂ ਨੇ 9 ਇਸ਼ਾਰੀਏ ਵਾਹ ਜੀ ਵਾਹ ਮੈਂ ਧੰਨਵਾਦੀਆਂ ਸਰਦਾਰ ਜੀਵਨ ਸਿੰਘ ਜੀ ਜੰਡਾਲੀ ਸਪੈਸ਼ਲ ਨਾਮ ਦੇ ਕੇ ਮੇਲੇ 'ਚ ਮੇਰਾ ਮਾਣ ਕਰਦੇ ਨੇ ਮੈਂ ਧੰਨਵਾਦੀਆਂ ਉਹਨਾਂ ਦਾ ਬੜੀ ਉਹਨਾਂ ਦੀ ਮਿਹਰਬਾਨੀ ਬਹੁਤ ਸੁਰ ਬਹੁਤ ਹੈ ਦੋਏ ਪੜਦਾ ਦਾ ਜ਼ਿਆਦੇ ਸੁਰ ਮਿਲਾ ਕੇ ਪਾ ਦੇ ਇਹ ਜਿਹੜਾ ਪਰਲਾ ਬੈੜਾ ਭੱਜ ਗਿਆ ਹੈ ਇਹ ਕੁਲਦੀਪ ਸਿੰਘ ਅਮਨ ਦੋਏ ਭਰਾ ਨੇ ਸਪੁੱਤਰ ਨੇ ਸਰਦਾਰ ਨਿਰਮਲ ਸਿੰਘ ਪਿੰਡ ਗੁਰਸਰ ਕੌਂਕੇ ਜਿਹੜਾ ਆਪਣੇ ਵੱਲ ਬੱਗਾ ਭੱਜ ਗਿਆ ਇਹ ਸਰਦਾਰ ਜੀਵਨ ਸਿੰਘ ਜੀ ਰਾਜੇ ਉਹਨਾਂ ਦੇ ਪਿਤਾ ਜੀ ਨੇ ਸਰਦਾਰ ਜੀਵਨ ਸਿੰਘ ਜੰਡਾਲੀ ਆ ਗਈ ਭਾਈ ਇਹ ਉਹਨਾਂ ਦਾ ਬੇੜਾ ਭੱਜ ਗਿਆ ਆਪਣੇ ਵੱਲ ਵੀ ਬਾਈ 56 ਦਾ ਸਮਾਂ ਜੀ 22:56 ਸਖਦੇਵ ਸਿੰਘ ਤਲੇਤਾ ਸੁੱਖ ਤਲੇਰ ਕਰ ਗਿਆ ਕਢਵਾਨੀ ਇਹਨਾਂ ਦੀ ਬਈ ਇੰਦਰਜੀਤ ਸਿੰਘ ਜੇਤੀ ਨਿਊ ਪਬਲਿਕ ਸਕੂਲ ਵਾਲੇ ਵੀਰ ਪਹੁੰਚੇ ਨੇ ਉਹਨਾਂ ਨੂੰ ਵੀ ਜੀ ਆਇਆ ਆਖਦੇ ਆ ਸਰਦਾਰ ਇੰਦਰਜੀਤ ਸਿੰਘ ਜੀ ਜੀਤੀ ਨਿਊ ਪਬਲਿਕ ਸਕੂਲ ਤਹਿ ਦਿਲੋਂ ਧੰਨਵਾਦ ਉਹਨਾਂ ਦਾ ਵੀ ਬੜੀ ਮਿਹਰਬਾਨੀ ਵਾਹ ਗਗਨ ਜਜਾਰ ਬੜਾ ਚਾਓ ਹੈ ਮੁੰਡਿਆਂ ਨੂੰ ਮਿੱਤਰ ਹੈਪੀ ਮੁੰਡੀਆਂ ਸੁੱਖਾ ਮੁੰਡੀਆਂ ਹਰਸ਼ ਮੁੰਡੀਆਂ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਮਿੱਤਰੋ ਮੋਟਰਸਾਈਕਲ ਵੀ ਦਿੱਤਾ ਮੈਨੂੰ ਇਹਨਾਂ ਨੇ ਸ਼ੇਰ ਆਚਰਵਾਲ ਸੰਦੀਪ ਸਿੰਘ ਬਹਿਲਪੁਰ ਔਰ ਹੈਪੀ ਮੁੰਡੀਆਂ ਮੈਂ ਧੰਨਵਾਦੀ ਹਾਂ ਮਿੱਤਰੋ ਬਹੁਤ ਵਧੀਆ ਕੰਮ ਹੈ ਹੈਪੀ ਮੁੰਡੀਆਂ ਉਹਨਾਂ ਦਾ ਉੱਧਰ ਬਾਹਰ ਬਹੁਤ ਜ਼ਿਆਦਾ ਵਧੀਆ
ਹਰ ਕੋਈ ਹੰਕਾਰ ਨਹੀਂ ਕੈਮੀ ਪੀੜ੍ਹੀ 'ਚ ਵੋਟ ਪਾਤੇ ਸਰਦਾਰ ਬੰਤਾ ਸਿੰਘ ਹੋਣੀ ਸਰਦਾਰ ਨਿਰਭੈ ਸਿੰਘ ਹੋਣੀ ਸਰਦਾਰ ਬਿੱਕਰ ਸਿੰਘ ਹੋਣੀ ਕਿੰਨੇ ਸਮੇਂ ਤੋਂ ਇਹ ਪਰਿਵਾਰ ਦੇ ਵੋਟ ਪਾਤੇ ਆ ਰਹੇ ਹੈ ਕਦੇ ਚੱਪੇ ਉਹ ਨਹੀਂ ਭੱਜਲੇ ਕਦੇ ਪੀਲੇ ਉਹ ਨਹੀਂ ਭੱਜਲੇ ਕਦੇ ਸਾਹਵੇ ਉਹ ਨਹੀਂ ਭੱਜ ਗਏ ਕਦੇ ਭਾਈ ਤੇਰਾ ਧਮੋਟੀਆ ਬੋਲ ਭੱਜ ਗਿਆ ਕਦੇ ਅੰਤ ਛੱਡਿਆ ਬੋਲ ਕਿੰਨੇ ਕੁ ਭੱਜ ਗਿਆ ਕਦੇ ਇਹਨਾਂ ਦਾ ਦੇਹੜੂ ਭੱਜ ਗਿਆ ਬਹੁਤ ਨਾਮੀ ਤੋਂ ਨਾਮੀ ਬੋਲ ਭਜਾਏ ਲੈ ਕੇ ਸੋ ਧੰਨਵਾਦ ਉਹਨਾਂ ਦਾ ਵੀ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹੁਣੇ ਵੱਡਾ ਮੇਲਾ ਵੀ ਕਰਾ ਕੇ ਗਏ ਆਪਣੇ ਪਿੰਡ ਦੇ ਵਿੱਚ ਬੜੀ ਮਿਹਰਬਾਨੀ ਇਹ ਸ਼ੌਂਕ ਹੈ ਭਾਈ ਹੈਪੀ ਨੂੰ ਵੀ ਸ਼ੌਂਕ ਹੈ ਗਾ ਹਰਸ਼ ਨੂੰ ਸ਼ੌਂਕ ਹੈ ਸੁੱਖੇ ਨੂੰ ਵੀ ਸ਼ੌਂਕ ਹੈ ਇਹ ਦੇਖੋ ਗੁਰੂ ਦੀ ਕਿਰਪਾ ਜੇ ਸੁੱਖੇ ਨੇ ਗਊ ਦੇ ਜਾਇਆਂ ਦੀ ਇੱਧਰ ਸੇਵਾ ਕੀਤੀ ਆਹ ਸਾਰਾ ਪਰਿਵਾਰ ਸੁੱਖੇ ਦਾ ਵੀ ਬਾਹਰ ਬੈਠਾ ਜਿਹਨਾਂ ਨੇ ਸੇਵਾ ਕੀਤੀ ਹੈ ਭਾਗ ਲਾ ਤੇ ਗਊ ਦੇ ਜਾਏ ਨੇ ਭਾਗ ਉਹਨਾਂ ਨੂੰ ਹੁਣ ਜੇ ਖਾਂਦੀ ਤਾਂ ਸਾਡੀ ਜੀ ਫਿਰਦੀ ਹੈ ਬੁੜਦਾਂ ਪਰ ਇਲਜ਼ਾਮ ਲਾਈ ਜਾਂਦੇ ਫਿਰ ਤਾਂ ਅਗਲਾ ਕਹਿੰਦਾ ਹੀ ਹੈ ਭਾਈ ਬੁੜਦਾਂ ਨੇ ਖਾ ਲਏ ਉਹ ਫਿਰਾਣੇ ਬੋਲ ਭਜਾਉਂਦੇ ਤੇ ਉਹਨਾਂ ਦੀ ਜ਼ਮੀਨੇ ਵਿਕੀ ਬੁੜਦਾਂ ਨਾਲ ਨਹੀਂ ਵਿਕਦੀ ਜਿਹਨਾਂ ਨੇ ਸੇਵਾ ਬੁੜਦਾਂ ਦੀ ਕਰੀ ਹੈ ਉਹਨਾਂ ਨੇ ਬਹੁਤ ਕੁਝ ਬਣਾ ਦਿੱਤਾ ਜਿਹਨਾਂ ਦੀ ਜੀਭ ਖਾ ਗਈ ਉਹ ਫਿਰ ਬੁੜਦਾਂ ਪਰ ਇਲਜ਼ਾਮ ਲੱਗਦਾ ਮਿੱਤਰੋ ਇਹ ਵੀ ਗੱਲ ਗਲਤ ਹੈ ਆਪਣੀ ਜਾਂ ਰਾਹ ਦਾ ਕੋਈ ਠੇਕਾ ਨਹੀਂ ਲੰਘਣ ਦੇਣਾ ਫਿਰ ਰੋਟੀਆਂ ਵੀ ਰਾਤਾਂ ਨੂੰ ਢਾਬਿਆਂ ਪਰ ਬੈਠ ਕੇ ਖਾਣੀਆਂ ਘਰ ਜਾ ਕੇ ਘਰਦਿਆਂ ਨੇ ਬਣਾਈਆਂ ਪਈਆਂ ਹੁੰਦੀਆਂ ਉਹ ਤਾਂ ਕਹਿੰਦੇ ਪਾ ਦਿਓ ਡੰਗਰਾਂ ਨੂੰ ਅਸੀਂ ਤਾਂ ਢਾਬਿਆਂ ਪਰ ਹੀ ਖਾਇਆ ਫਿਰ ਭਾਈ ਬੁੜਦਾਂ ਦਾ ਨਹੀਂ ਕਸੂਰ ਕਸੂਰ ਸਾਡਾ ਹੈ ਫਿਰ ਸਾਡਾ ਕਸੂਰ ਹੈ ਤਿਆਰੀ ਹੈ ਭਾਈ ਆ ਗਈ ਭਾਈ ਬਾਈ ਉਨਤਾਲੀ ਬਾਈ ਸੈਕਿੰਡ ਉਨਤਾਲੀ ਪੁਆਇੰਟ ਦਾ ਸਮਾਂ ਜੀ 39:49 ਸਰਦਾਰ ਸੁੱਖਾ ਸਿੰਘ ਪਿੰਡ ਚੂੜ ਚੱਕ ਇਹ ਦਾਉਦਰ ਦੇ ਨੇੜੇ ਪਿੰਡ ਹੈ ਭਾਈ ਤਰੂ ਦਾਉਦਰ ਤਾਰਾ ਦਾਉਦਰ ਉੱਥੇ ਨਾਲੇ ਇਹੋ ਸੂਏ ਬਰਬਾਦ ਦੇ ਉਹਨੇ ਇਹਨਾਂ ਦੇ ਭਾਈਚਾਰ ਖੇਡਾਂ ਆਉਂਦੀਆਂ ਚਾਹੇ ਦਾਉਦਰ ਦੀਆਂ ਹੋਣ ਚਾਹੇ ਚੂੜ ਚੱਕ ਦੀਆਂ ਹੋਣ ਤਿਆਰੀ ਆ ਭਾਈ ਆ ਗਈ ਭਾਈ ਅਗਲੀ ਸ਼ਬਦ ਆਖਰੀ ਹੈ ਜੀ ਨੋਟ ਕਰ ਲਿਓ ਪੰਜਵੀਂ ਸ਼ਬਦ ਤੋਂ ਬਾਅਦ ਕੋਈ ਗੱਡੀ ਨਹੀਂ ਭੱਜੂਗੀ ਅਸੀਂ ਨਾਲੇ ਫਤਿਹ ਬੁਲਾ ਦੇਣੀ ਹੈ ਪੰਜ ਸ਼ਬਦਾਂ ਹੱਦ ਪੰਜ ਹੁੰਦੀਆਂ ਖੇਡਦੇ ਹੋਏ ਪੰਜੇ ਭਜਾ ਦੇਣੀ ਹੈ ਬਾਈ ਬੱਤੀ ਦਾ ਸਮਾਂ ਜੀ ਬਾਈ ਬੱਤੀ ਸਰਪੰਚ ਹਰਨੇਕ ਸਿੰਘ ਬਗਲੀ ਕਲਾਂ ਹਰਨੇਕ ਸਿੰਘ ਬਗਲੀ ਕਲਾਂ ਜਰਨੈਲ ਸਿੰਘ ਬਗਲੀ ਕਲਾਂ ਦਰਬਾਰਾ ਸਿੰਘ ਬਗਲੀ ਕਲਾਂ ਮਿੱਤਰੋ ਪੰਜ ਬੋਰਡ ਜਦੋਂ ਹੰਟ ਭੱਜਿਆ ਕਰਦੇ ਤੇ ਇਸ ਪਰਿਵਾਰ ਦੇ ਪੰਜ ਬੋਰਡ ਹੰਟਾਂ ਨੂੰ ਭੱਜੇ ਹੰਟ ਨੂੰ ਇੱਥੇ ਸਾਡੇ ਬਾਈ ਬਿੱਕਰ ਸਿੰਘ ਹੋਣੀ ਰਾਜੇ ਮਾਜਰਾ ਕੈਪਟਨ ਅਮਰਜੀਤ ਸਿੰਘ ਰਾਜੇ ਮਾਜਰਾ ਬਹਾਦਰ ਸਿੰਘ ਰਾਜੇ ਮਾਜਰਾ ਕਲਵੰਤ ਸਿੰਘ ਰਾਜੇ ਮਾਜਰਾ ਚਾਰੇ ਭਰਾਵਾਂ ਨੂੰ ਸ਼ੌਂਕ ਲਾਭ ਸਿੰਘ ਉਹਨਾਂ ਦੇ ਨਾਂ 'ਤੇ ਇਹਨਾਂ ਦੀ ਐਂਟਰੀ ਹੋਇਆ ਕਰਦੀ ਸੀ ਚਰ ਸਿੰਘ ਗਿੱਲਾਂ ਨੂੰ 2 ਨਾਲ ਜਿੱਤਾਰ ਹੋਈ ਸੀ 2 ਬਹੁਤ ਹਾਰੇ ਤੇ ਇਹਨਾਂ ਦੇ ਕੁੱਲ 2 ਇਹੋ ਜਿਹੇ ਭਜਾਕੜ ਬਹੁਤ ਰੱਖੇ ਇਹਨਾਂ ਨੇ ਪਹਿਲਾਂ ਤੋਂ ਹੀ ਉਹਨਾਂ ਦੇ ਨਾਲ ਸਰਦਾਰ ਅਵਤਾਰ ਸਿੰਘ ਸਰਪੰਚ ਮਾਣਕ ਮਾਜਰਾ ਉਹ ਵੀ ਸਾਡੇ ਜਿਗਰ ਦੇ ਟੁੱਟੇ ਨੇ ਪਿਆਰ ਹੈ ਮਿੱਤਰੋ ਜੇ ਕਿਤੇ ਲੋੜ ਪਈ ਹੈ ਕਿਸੇ ਤਰ੍ਹਾਂ ਦੀ ਅਸੀਂ ਆਪਣੇ ਵੀਰਾਂ ਨੂੰ ਯਾਦ ਕੀਤਾ ਤਾਂ ਖੜੇ ਆ ਕੇ ਖੜੇ ਆ ਸਮੁੱਚਾ ਪੰਜਾਬ ਹੀ ਤੁਹਾਡੇ ਸਾਹਮਣੇ ਤੜਫਿਆ ਭਾਈ ਇੱਕ ਵਾਰੀ ਆ ਪਿੱਛਾਂ 'ਚ ਕੋਚਿੜ ਦੀ ਉਹ ਗੱਲ ਹੈ ਤਿਆਰੀ ਆ ਭਾਈ ਬੜਾ ਦੁੱਖ ਮੰਨਿਆ ਮੇਰੇ ਭਾਈ ਚਾਰੇ ਨੇ ਭਾਈ ਕਿਉਂ ਮੇਰਾ ਵੀ ਵੱਡਾ ਪਰਿਵਾਰ ਹੈ ਭਾਈ ਛੋਟਾ ਪਰਿਵਾਰ ਨਹੀਂ ਕਿੱਡਾ ਵੱਡਾ ਪੰਜਾਬ ਹਰਿਆਣਾ ਆ ਗਈ ਭਾਈ
41 ਦਾ ਸਮਾਂ ਜੀ ਗੋਲਡੀ ਪੂਦਨ ਐਸ ਡੀ ਓ ਪਰਵਿੰਦਰ ਸਿੰਘ ਪੂਦਨ ਕੁੱਲਾ ਮਕਡਾਉਨਾ ਕਰ ਗਿਆ ਕਢਵਾਨੀ ਪੇ ਕੁੱਲੇ ਨੇ ਮਕਡਾਉਨੇ ਨੇ ਕਰੀ ਕਢਵਾਨੀ ਇਹਨਾਂ ਦੀ ਜਿਹੜਾ ਭਜਾ ਕੇ ਨੇ ਇਹਨਾਂ ਨੂੰ ਕੁੱਲਾ ਮਕਡਾਉਨਾ ਮੈਂ ਫਿਰ ਧੰਨਵਾਦ ਕਰਦਾ ਬਈ ਆਏ ਹੈ ਚਾਹੇ ਨਹੀਂ ਆਏ ਭਾਈ ਹਿੰਮਤ ਸਿੰਘ ਭਾਈ ਅਮਨਾ ਆ ਗਈ ਭਾਈ ਭਾਈ ਪੱਪੂ ਸਪੁੱਤਰ ਸਰਦਾਰ ਮਨਜੀਤ ਸਿੰਘ ਡੋਗਰ ਜਗਤਪੁਰ ਪਰਿਵਾਰ ਦਾ ਧੰਨਵਾਦ ਕਰਦਾ ਸਰਦਾਰ ਤਜਿੰਦਰ ਸਿੰਘ ਸ਼ੇਰਗਿੱਲ ਇਹ ਮਨਜੀਤ ਸਿੰਘ ਡੋਗਰ ਦੇ ਪੋਤਰੇ ਨੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਛੱਬੀ ਸੈਕਿੰਡ 50 ਪੁਆਇੰਟ ਇਹ ਬਲਦੇਵ ਸਿੰਘ ਪਿੰਡ ਫਤਿਹਪੁਰ ਜੱਟਾਂ ਜਦੋਂ ਮਿੱਤਰਾਂ ਦਾ ਸਾਬਾ ਬਾਲ ਪਹਿਲਾਂ ਭੱਜਿਆ ਨਾ ਬਲਦੇਵ ਸਿੰਘ ਉਹਨਾਂ ਦਾ ਪੰਜਾਬ ਦੇ ਮੇਲਿਆਂ 'ਚ ਧੰਨ ਧੰਨ ਕਰਾ ਕੇ ਰੱਖੀ ਹੈ ਉਹਨੇ ਸਾਬੇ ਨੇ ਬਲਦੇਵ ਸਿੰਘ ਫਤਿਹਪੁਰ ਕਦ ਬੂਲੇ ਉਹ ਨਹੀਂ ਭੱਜਦੇ ਤੇ ਕਦ ਲਲਤੋਂ ਵਾਲੇ ਬੜੇ ਬਾਲ ਭੱਜਦੇ ਤੇ ਸਰਪੰਚ ਰਨੇਕ ਸਿੰਘ ਉਹਨਾਂ ਦੇ ਕੱਲ੍ਹ ਜਗਤਾਰ ਸਿੰਘ ਉਹਨਾਂ ਦੇ ਧੂਰ ਬਈ ਮੈਂ ਧੰਨਵਾਦੀ ਹਾਂ ਸਰਦਾਰ ਕੁਲਦੀਪ ਸਿੰਘ ਸਰਦਾਰ ਅਮਨਾ ਇਸ ਪੁੱਤਰ ਨੇ ਸਰਦਾਰ ਨਿਰਮਲ ਸਿੰਘ ਉਹਨਾਂ ਦੇ ਗੁਰਸਰ ਕੌਂਕੇ ਜਿਹਨਾਂ ਦਾ ਘਰ ਸਮਾਂ ਲੱਗਿਆ ਹੋਇਆ ਬਈ 20-94 ਨਾਲ ਭੱਜਿਆ ਹੋਇਆ ਬੜਾ ਜੀਵਨ ਜੰਡਾਲੀ 500 ਰੁਪਇਆ ਸਪੈਸ਼ਲ ਨਾਮ ਦਿੰਦੇ ਹਾਂ ਮੈਨੂੰ ਮੈਂ ਧੰਨਵਾਦ ਕਰਦਾ ਮਿੱਤਰੋ ਬੜੀ ਮਿਹਰਬਾਨੀ ਇਨਸਾਫ਼ ਹੈ ਮਿੱਤਰੋ ਇਨਸਾਫ਼ ਜੇ ਸਭ ਕੁਛ ਹੈ ਆ ਗਈ ਭਾਈ ਜੀ ਇਨਸਾਫ਼ ਹੀ ਨਹੀਂ ਫਿਰ ਕੁਛ ਵੀ ਨਹੀਂ ਲੇਖਾ ਜੋਖਾ ਕਰਨਾ ਪਊਗਾ ਇਹਨਾਂ ਦਾ ਜੇ ਰੋਣ ਕਰੂੰਗੇ ਲੇਖਾ ਜੋਖਾ ਕਿਸੇ ਖੇਡ 'ਚ ਟਹਿਣੇ ਹੋ ਜਾ ਕਰਦੇ ਹੈ ਜੇ ਰੋਜ਼ੇ ਟਹਿਣੇ ਹੋਈ ਜਾਣ ਉਹ ਵੀ ਮਾੜੇ ਹੁੰਦੇ ਰੋਜ਼ੇ ਨਹੀਂ ਟਹਿਣੇ ਹੋਇਆ ਕਰਦੇ ਬਾਈ 95 ਦਾ ਸਮਾਂ ਜੀ 22:95 ਪਹਿਲਾ ਬਾਲ ਦਰਸ਼ਨ ਸਿੰਘ ਹਸਰੋਂ ਦੁਆਬਾ ਸਾਡੇ ਵੱਲ ਡੀ ਸੀ ਨਾਗਰਾ ਗੜਵਾਨੀ ਕਰ ਗਿਆ ਜੱਗੀ ਖੇਡਣੀ ਆ ਮਿੱਤਰੋ ਛੋਟੀ ਜੀ ਗੱਲ ਨੀ ਤੁਸੀਂ ਪੁੱਤਾਂ ਵਾਂਗੂ ਪਾਰਦੇ ਹੋ ਸੇਵਾ ਕਰਦੇ ਹੋ ਅਸੀਂ ਫੜ ਕੇ ਘੜੀ ਆਪਦੀ ਮਰਜ਼ੀ ਨਾਲੇ ਜਿਤਾਈ ਜਾਈਏ ਆਪਦੀ ਮਰਜ਼ੀ ਨਾਲੇ ਹਰਾਈ ਜਾਈਏ ਵੀ ਲੇਖਾ ਤਾਂ ਕਰਨਾ ਪਊ ਦੇਣਾ ਪਊ ਲੇਖਾ ਇੱਕ ਦਿਨ ਕਰਕੇ ਬਿਆਨ ਨਹੀਂ ਸੰਗਣਾ ਖੋਟੇ ਕਰਮਾਂ ਦਾ ਲੇਖਾ ਧਰਮ ਰਾਜ ਨੇ ਮੰਗਣਾ ਜਾਂ ਉੱਥੇ ਕਚਹਿਰੀ ਜਾ ਕੇ ਪੇਸ਼ ਹੋਣਾ ਤੇ ਉਹਨਾਂ ਨੇ ਪੁੱਛਣਾ ਵੀ ਇਹਨਾਂ ਬੁਰਦਾਂ ਨਾਲ ਤਾਂ ਬੇਈਮਾਨੀ ਕਰੀ ਤੀ ਇਹਨਾਂ ਨੂੰ ਜਿਤਾਇਆ ਤਾ ਪੰਜਵੀਂ ਦੇ ਆਖਰੀ ਸ਼ਬਦ ਵਾਲੇ ਵੀਰਾਂ ਨੂੰ ਬੇਨਤੀ ਆਪਣੀ ਤਿਆਰੀ ਕਰ ਲਓ ਇਨਸਾਨ ਨੂੰ ਮਿੱਤਰੋ ਲੱਖਾਂ ਰੁਪਈਏ ਪਰ ਵੀ ਨਹੀਂ ਵਗਣਾ ਚਾਹੀਦਾ ਜੇ ਘੜੀ ਫੜਨੀ ਆਪਾਂ ਨੇ ਮਾਣ ਹੈ ਕੋਈ 100-50 ਰੁਪਇਆ ਤੁਸੀਂ ਦੇ ਦਿੱਤਾ ਭਾਈ ਇਹੀ ਵੱਡਾ ਮਾਣ ਹੈ ਸਾਡਾ ਤਾਂ ਸਾਨੂੰ ਚਾਅ ਹੋ ਜਾਂਦਾ ਵੀ ਸਾਡੇ ਕੰਮ ਤੇ ਸਾਥੀ ਖੁਸ਼ ਹੈ ਤਾਂ ਹੀ ਸਾਨੂੰ ਨਾਮ ਦਿੰਦੇ ਆ ਗਈ ਭਾਈ ਸਾਡਾ ਅਜੀਤ ਸਰਦਾਰ ਜੱਸਾ ਸਪੁੱਤਰ ਸਰਦਾਰ ਹਰਨੇਕ ਸਿੰਘ ਹਸਨਪੁਰ ਬਾਹਰ ਬੈਠਿਆ ਜ਼ਰੂਰ ਜੁੜਿਆ ਹੋਊਗਾ ਖੇਡ ਦੇ ਨਾਲ ਭਾਈ ਸਾਡੇ ਬਲਵਿੰਦਰ ਸਿੰਘ ਘੜੂਆ ਸਰਦਾਰ ਜਗਜੀਤ ਸਿੰਘ ਸਮਾਣਾ ਉਹ ਵੀ ਜ਼ਰੂਰ ਬੱਚਾ ਜੁੜਿਆ ਹੋਊਗਾ ਸਤਾਈ-96 ਇਹ ਕਟਾਲੇ ਵਾਲੇ ਆ ਜੀ ਸਿਆਲਾ ਕਟਾਲਾ 27-96 ਲੰਘੋ ਜੀ ਆਖਰੀ ਸ਼ਿਫਟ ਆਖਰੀ ਸਿੱਧਾ ਆਹੀ ਸ਼ਿਫਟ ਹੈ ਜਿਹਦੇ ਬਾਅਦ ਬੋਲ ਨਹੀਂ ਭੱਜਣਗੇ ਨੋਟ ਲਿਓ ਕਰ ਆਖਰੀ ਸ਼ਿਫਟ ਹੈ ਸਮੇਂ ਸਮੇਂ ਨਾਲ ਨਾ ਪੁੱਜੇ ਕਦ ਬੂਲੇ ਉਹ ਨਹੀਂ ਭੱਜਦੇ ਤੇ ਠੱਕਰ ਵਾਲੀ ਏ ਬੜੇ ਬੋਲ ਦੋ ਘੋਨੇ ਉਹ ਨਹੀਂ ਗੱਲ ਭੱਜਦੇ ਤੇ ਜਿਹੜੇ ਬੋਰਡ ਪਹਿਲਾਂ ਬੜੇ ਕਿ ਭੈਣੀ ਵਾਲੇ ਭੱਜੇ ਲਾਸ ਪਾ ਕੇ ਲਿਜਾਇਆ ਕਰਦੇ ਤੇ ਮੈਂ ਉਹਨਾਂ ਦਾ ਵੀ ਟਾਈਮ ਲਾਇਆ ਬੁਰਦਾਂ ਦਾ ਕਿਉਂ ਭਾਈ 40 ਸਾਲ ਹੋ ਗਏ 41 ਮੰਨੋ ਬਹੁਤ ਸਮਾਂ ਹੁੰਦਾ 40-41 ਸਾਲ ਦਾ
ਤੁਸੀਂ ਪਿਆਰ ਦਿੱਤਾ ਸੇਵਾ ਅਸੀਂ ਕਰੀ ਜਾਂਦੇ ਤੁਹਾਡੇ ਪਿਆਰ ਕਰਕੇ ਕਰੀ ਜਾਂਦੇ ਭਾਈ ਨੇ ਸੇਵਾ ਸਾਡੀ ਉਮਰ ਇਹਦੀ ਸੇਵਾ ਕਰਨ ਦੀ ਹੁਣ ਭਾਈ ਏ ਪਰ ਤੁਹਾਡਾ ਪਿਆਰ ਹੈ ਬਈ ਆਪਣਾ 1600 ਰੁਪਇਆ ਲੈ ਜਾਓ ਬਾਈ ਚੰਦ ਸਿੰਘ ਬੱਲੇ 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 ਧੰਨਵਾਦ ਕੋਟ ਗੰਗੂਰਾਏ ਜਦੋਂ ਕੋਟ ਖੇਡਾਂ ਹੁੰਦੀਆਂ ਬਾਈ ਦੇ ਘਰ ਚਾਹ ਪਾਣੀ ਦਾ ਪ੍ਰਸ਼ਾਦੇ ਦਾ ਲੰਗਰ ਚੱਲਦਾ ਹੁੰਦਾ ਜਿੱਥੇ ਬੱਚੇ ਖੜੇ ਹੁੰਦੇ ਹੈ ਉਹ ਇਹਨਾਂ ਦਾ ਘਰ ਹੈ ਬਾਈ ਚੰਦ ਸਿੰਘ ਕੋਟ ਗੰਗੂਰਾਏ ਦਾ ਕਿਤੇ ਛੋਟੀਆਂ ਗੱਲਾਂ ਨਹੀਂ ਸਤਿ ਸ਼੍ਰੀ ਅਕਾਲ ਵੀ ਕਿਆ ਹਾਲ ਹੈ ਆਪਣੀ ਮਾਇਆ ਲੈ ਜਾਓ ਭਾਈ ਗੁਰਸਰ ਕੌਂਕੇ ਵਾਲੇ ਜਾਂ ਜਨਾਲੀ ਵਾਲੇ ਆ ਜਾਣ ਆਪਣਾ 1600 ਰੁਪਇਆ ਪ੍ਰਾਪਤ ਕਰ ਲਓ ਜੀ ਇਹ ਮਾਇਆ ਲੱਗੀ ਸੀ ਜਿਹੜੇ ਪੈਸੇ ਲੱਗੇ ਤੇ ਗਗਨ ਅਤੇ ਜੁਝਾਰ ਜੁਝਾਰ ਸਾਡਾ ਵੀ ਮਿੱਤਰ ਵੀ ਹੈ ਇਹ ਮੁਲਾਜ਼ਮ ਵੀ ਹੈ ਦੋਸਤ ਵੀ ਹੈ ਪਿਆਰ ਵੀ ਹੈ ਗਗਨ ਵੀ ਸਾਡਾ ਛੋਟਾ ਭਾਈ ਹੈ ਇਹਨਾਂ ਨੇ ਭਾਈ ਇਹ 1100 ਰੁਪਇਆ ਲਾਇਆ ਤਾਂ ਦੋਹਾਂ ਨੇ ਬਾਕੀ ਜਿਹੜੀ ਮਾਇਆ 500 ਰੁਪਇਆ ਇਹ ਪੰਜੇ ਸ਼ਬਦਾਂ 'ਚ 500 ਰੁਪਇਆ ਇਹ ਸਰਦਾਰ ਦਲਜੀਤ ਸਿੰਘ ਘੜੂਆ ਸਰਦਾਰ ਪੰਮਾ ਭੂਰੜੇ ਸਰਦਾਰ ਕੁਲਵਿੰਦਰ ਸਿੰਘ ਢਿੱਲੋਂ ਸਰਦਾਰ ਮਨਪ੍ਰੀਤ ਸਿੰਘ ਘੜੂਆ ਸਰਦਾਰ ਗੁਰੀ ਬਬਨਾੜਾ ਸਰਦਾਰ ਸਨੀ USA ਸਰਦਾਰ ਬੱਲਾ ਬੀਵੀ ਪਰ ਸਰਦਾਰ ਸੱਤਾ ਘੜੂਆ ਇਹ ਸ਼ਬਦ ਜੀ 500 ਰੁਪਇਆ ਉਹਨਾਂ ਵੱਲੋਂ ਜੀ ਸਰਦਾਰ ਹਾਕਮ ਸਿੰਘ ਜੀ ਬੱਲੇ ਬੱਲੇ ਆਏ ਹੋਏ ਆ ਭਾਈ ਧੰਨਵਾਦ ਇਹ ਹਾਕਮ ਸਿੰਘ ਆਉਣੇ ਜਿਹੜੇ ਬਾਬਾ ਜੀ ਦੇ ਨਾਲ ਉਹਨੇ ਘੋੜੀ ਵਰਗਾ ਵੋੜਤਾ ਘੋੜੀ ਵਰਗਾ ਪੀੜਾ ਧੰਨ ਧੰਨ ਕਰਾ ਕੇ ਰੱਖੀ ਖੇਡਾਂ ਦੇ ਵਿੱਚ ਨਾਲ ਆ ਰਹੇ ਸੰਤ ਬਾਬਾ ਕਰਮ ਸਿੰਘ ਜੀ ਨਦਰਪੁਰ ਇਹ ਗੁਰੂ ਘਰ ਦੀ ਸੇਵਾ ਕਰ ਰਹੇ ਨੇ ਸੇੜੀ ਮਹਾਂਪੁਰਸ਼ ਜਦੋਂ ਸਾਡੇ ਖੇਡ ਚਰਨ ਪਾਦੇ ਨੇ ਸੰਤ ਚਾਓ ਚੜ ਜਾਂਦਾ ਚਾਓ ਇਹ ਸੰਤ ਬਾਬਾ ਕਰਮ ਸਿੰਘ ਜੀ ਖੇਡਣ ਵਿੱਚ ਆਏ ਹੋਏ ਧੰਨਵਾਦ ਕਰਦੇ ਹਾਂ ਗੁਰੂ ਘਰ ਦੀ ਸੇਵਾ ਕਰ ਰਹੇ ਨੇ ਜਿੱਥੇ ਕਹਿੰਦੇ ਖੱਚਰਾਂ ਅਲੋਪ ਹੋ ਗਈਆਂ ਤੀਆਂ ਗੰਗੂ ਪੰਡਿਤ ਬੇਈਮਾਨ ਹੋ ਗਿਆ ਤਾਂ ਉਸ ਗਊ ਘਰ ਦੀ ਸੇਵਾ ਕਰ ਰਹੇ ਹੈ ਗੁਰੂ ਘਰ ਦੀ ਸੇਵਾ ਕਰ ਰਹੇ ਹੈ ਸੰਤ ਬਾਬਾ ਕਰਮ ਸਿੰਘ ਜੀ ਨਸਲਪੁਰ ਵਾਲੇ ਧੰਨਵਾਦ ਬਾਬਾ ਜੀ ਬੜੀ ਤੁਹਾਡੀ ਮਿਹਰਬਾਨੀ ਆਖਰੀ ਸ਼ਿਫਟ ਹੈ ਜੀ ਇਹਦੇ ਨਾਲ ਮੇਲੇ ਨੇ ਸਮਾਪਤ ਹੋ ਜਾਣਾ ਨੋਟ ਕਰ ਲਓ ਮੇਰੀ ਬੇਨਤੀ ਹਾਂ ਜੀ ਬਈ ਮੈਂ ਫਿਰ ਧੰਨਵਾਦੀ ਉਹਨਾਂ ਵੀਰਾਂ ਦਾ ਜਿਹਨਾਂ ਦਾ ਬਹੁਤ ਵੱਡਾ ਮਿੱਤਰੋਂ ਮਾਣ ਹੈ ਬਹੁਤ ਮਿੱਤਰੋਂ ਕਹਿੰਦੇ ਨੇ ਛੋਟੀ ਜਿਹੀ ਗੱਲ 21000 ਰੁਪਈਏ ਮੈਂ ਜਿੱਥੇ ਸਨੀ ਦਾ ਧੰਨਵਾਦ ਕਰਦਾ ਉਸ ਪਰਿਵਾਰ ਦਾ ਵੀ ਧੰਨਵਾਦ ਕਰਦਾ ਸਨੀ USA ਬਾਹਰ ਬੈਠੇ ਹੋਣਗੇ ਆਏ ਹੋਣਗੇ ਜੇ ਬਾਹਰ ਬੈਠੇ ਜਿੱਥੇ ਮੈਂ ਸਨੀ ਦਾ ਧੰਨਵਾਦ ਕਰਦਾ ਉਹਨਾਂ ਦੇ ਪਰਿਵਾਰ ਦਾ ਵੀ ਧੰਨਵਾਦ ਕਰਦਾ 21000 ਰੁਪਇਆ ਸਨੀ USA ਵੱਲੋਂ ਹੈ 15000 ਰੁਪਇਆ ਸਰਦਾਰ ਕਰਵਿੰਦਰ ਸਿੰਘ ਜੀ ਢਿੱਲੋਂ ਵੱਲੋਂ ਹੈ ਕਰਵਿੰਦਰ ਸਿੰਘ ਜੀ ਢਿੱਲੋਂ ਤੁਹਾਡੇ ਪਰਿਵਾਰ ਦਾ ਵੀ ਧੰਨਵਾਦ ਕਰਦਾ ਹੈ ਬੱਲਾ ਬੀਬੀ ਪਰ ਜਿੱਥੇ ਬੱਲੇ ਦਾ ਧੰਨਵਾਦ ਕਰਦੇ ਹਾਂ ਉਸ ਪਰਿਵਾਰ ਦਾ ਵੀ ਧੰਨਵਾਦ ਕਰਦੇ ਹਾਂ 11000 ਰੁਪਇਆ ਉਹਨਾਂ ਵੱਲੋਂ ਵੀ ਹੈ ਮੈਂ ਧੰਨਵਾਦੀ ਇਹਨਾਂ ਵੀਰਾਂ ਦਾ ਮਿੱਤਰੋ ਇਹ ਆ ਮਾਣ ਕਿਉਂ ਦੇ ਜਾਣ ਦਾ ਸਤਿ ਸ਼੍ਰੀ ਅਕਾਲ ਬਈ ਮੈਂ ਧੰਨਵਾਦ ਦਿਆਂ ਸਰਪੰਚ ਸਰਦਾਰ ਅਵਤਾਰ ਸਿੰਘ ਜੀ ਸਾਨੂੰ ਕੰਮ ਹੋ ਗਿਆ ਤਾਂ ਫੋਨ ਕਰਿਆ ਅਸੀਂ ਕਿਹਾ ਕੋਈ ਬਿਜੀ ਤਾਂ ਨਹੀਂ ਕਹਿੰਦੇ ਬਿਜੀ ਬੁਜੀ ਨੂੰ ਮਾਰੋ ਗੋਲੀ ਮੈਂ 5 ਮਿੰਟ 'ਚ ਆਇਆ ਤੁਹਾਡੇ ਕੋਲ ਮੈਂ ਹੈਰਾਨ ਵੀ 5 ਮਿੰਟ 'ਚ ਪਹੁੰਚ ਕਿਵੇਂ ਗਏ ਯਾਰ ਕੱਪੜੇ ਕਿਹਨੇ ਪਾ ਲਏ ਨੇ ਛੇਤੀ 5 ਮਿੰਟ ਸਾਡੇ ਕੋਲ ਕਹਿੰਦਾ ਚਲੋ ਤੁਰੋ ਆਓ ਚੱਲੀਏ ਬਈ ਮੈਂ ਧੰਨਵਾਦ ਦਿਆਂ ਸਰਦਾਰ ਜਰਨੈਲ ਸਿੰਘ ਉਹਨਾਂ ਦਾ ਉਹਨਾਂ ਵੱਲੋਂ ਵੀ ਸਪੈਸ਼ਲ ਨਾਮ ਹੈ ਜੀ ਮੈਂ ਧੰਨਵਾਦ ਕਰਦਾ ਹਾਂ ਸਰਦਾਰ ਜਰਨੈਲ ਸਿੰਘ ਜੀ ਬੜੀ ਤੁਹਾਡੀ ਮਿਹਰਬਾਨੀ ਲਓ ਜੀ ਮਸਤਾਖ ਸਿੰਘ ਚੱਲੀਆਂ ਸਾਡਾ ਛੋਟਾ ਵੀਰ ਹੈ ਉਹਨਾਂ ਵੱਲੋਂ ਵੀ ਸਪੈਸ਼ਲ ਨਾਮ ਹੈ ਜੀ ਲਓ ਜੀ ਗੁਪਤ ਪਰ ਕੇ ਨੀਂਦ ਨਾ ਸੋਈ ਗੁਪਤੀ ਜਸ ਕਰ ਗਏ ਨਾ ਲੈਣ ਦਾ ਹੁਕਮ ਨਹੀਂ ਕੋਈ ਉਹ ਵੀ ਸਪੈਸ਼ਲ ਨਾਮ ਦੇ ਕੇ ਗਏ ਸਾਡੇ ਕੰਮ ਤੋਂ ਖੁਸ਼ ਹੋ ਗਏ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਸਰਦਾਰ ਜਿੰਦੀ ਸੇਹੜੀ USA ਸਰਦਾਰ ਦੀਪਾ ਕਾਲੋ USA ਸਰਦਾਰ ਅੰਮ੍ਰਿਤਪਾਲ ਸਿੰਘ USA ਜਿਹਨਾਂ ਨੇ 1,00,000 ਰੁਪਏ ਦੀ ਮਦਦ ਦਿੱਤੀ ਹੈ ਸੇਹੜੀ ਵਾਲਿਓ
ਮੈਂ ਤਾਂ ਥੋੜੇ ਨਗਰਦਾ ਹੀ ਔਰ ਉਸ ਪਰਿਵਾਰ ਦਾ ਜਿੰਦੀ ਸੇੜੀ ਦੇ ਪਰਿਵਾਰ ਦਾ ਵੀ ਧੰਨਵਾਦ ਕਰਦਾ ਹੈ। ਦੀਪਾ ਕਾਲੋਂ ਜਿਹਦੇ ਦੀਪੇ ਦਾ ਧੰਨਵਾਦ ਕਰਦੇ ਹਾਂ, ਉਹ ਪਰਿਵਾਰ ਦਾ ਵੀ ਧੰਨਵਾਦ ਕਰਦੇ ਹਾਂ। ਅੰਮ੍ਰਿਤਪਾਲ ਸਿੰਘ USA ਅੰਮ੍ਰਿਤਪਾਲ ਦਾ ਵੀ ਧੰਨਵਾਦ ਕਰਦੇ ਹਾਂ, 1,00,000 ਰੁਪਏ ਦੀ ਮਦਦ ਦਿੱਤੀ ਹੈ। ਜਹਾਰ ਸਿੰਘ ਘੜੂਆ ਗਗਨ ਘੜੂਆ ਵੱਲੋਂ ਵੀ 1,100 ਰੁਪਏ ਦਾ ਸ਼ਿਮਰ ਦਾ ਬਾਈ ਧੰਨਵਾਦ। ਇਕਤਾਲੀ ਨੰਬਰਾਂ ਤੱਕ ਬਾਈ ਨਾਮ ਹੈ, 20 ਨਗਦ ਨਾਮ ਹੈ, 21 ਚੁੱਲ ਹੈ। 41 ਪਰਚੀਆਂ ਦੇਣੀਆਂ ਆਪਾਂ ਨੇ, ਧਿਆਨ ਰੱਖਿਓ। ਇਹ ਜਿਹੜਾ ਖੇਡ ਮੇਲਾ ਮਿੱਤਰੋ ਸਾਰੇ ਨਗਰ ਦਾ, ਨਗਰ ਪੰਚਾਇਤ ਦਾ, ਨੰਬਰਦਾਰ ਵੀਰਾਂ ਦਾ, ਇਹ ਤਹਿਲ ਫੁੱਲ ਜੋ ਸਰਿਆ ਜਿੰਨੀ ਕੁ ਜਾ ਸੁਣਦੀ ਦਿੱਤਾ, ਸਾਰੇ ਨਗਰ ਦਾ ਮੇਲਾ ਘੜੂਏ ਦਾ, ਕੋਈ ਕਦਾ ਨਹੀਂ ਹੈਗਾ ਜੇ ਆਪਾਂ ਕਹੀਏ ਵੀ 2-4 ਮੁੰਡਿਆਂ ਦਾ ਖੇਡ ਮੇਲਾ, ਸਾਰੇ ਨਗਰ ਦਾ। ਨਗਰ ਦੀ ਖੇਡ ਜਿਹੜੀ ਵੱਡੀ ਹੁੰਦੀ ਹੈ, ਨਗਰ ਜਿਹੜਾ ਮੇਲਾ ਕਰਾਉਂਦਾ ਹੈ, ਇਹ ਬੁਰਾ ਬਣਾ ਮੰਨਿਓ ਸਾਡਾ ਵੀ ਇਹ ਫੈਸਲਾ ਪਾਰਟੀ ਦਾ ਵੀ ਜਿਹੜੀ ਖੇਡ ਨਗਰ ਕਰਾਉਂਦਾ ਹੈ ਅਸੀਂ ਉਹ ਖੇਡ ਚਾਜ ਰੋਣਾ, ਜਿਹੜਾ 1-2 ਪਰਿਵਾਰ ਕਰਾਉਂਦੇ ਹਾਂ ਉਹ ਖੇਡ 'ਚ ਅਸੀਂ ਨਹੀਂ ਹਾਜ਼ਰੀ ਦੇਣੀ। ਬਈ ਸਾਰੇ ਨਗਰ ਦੀ ਜਿਹੜੀ ਖੇਡ ਹੈ ਉਹ ਖੇਡ ਭਜਾਉਣ ਦਾ ਸਵਾਦ ਹੀ ਕਸੂਰ ਹੁੰਦਾ ਭਾਈ। ਨਗਰ ਦਾ ਨਗਰ ਹੈ, ਇੱਕ ਬੰਦਾ ਵੀ ਕਦੇ ਬੜਾ ਹੋਇਆ, ਨਗਰੇ ਨਾਲ ਬੜਾ ਹੈ। ਹੁਣ ਇਹ ਨਹੀਂ ਹੋਇਆ ਭਾਈ ਜਾਨੀ ਕਿ ਮੇਰੇ ਪਾ ਗੁਜਾਇਸ਼ ਹੈ, ਜੇ ਮੈਂ 50 ਰੁਪਏ ਦੇ ਤੇ ਬਹੁਤ ਹੈ ਭਾਈ, ਕੋਈ 100 ਵਾਲਾ, ਕਿਸੇ ਨੇ 1,000 ਦੇ ਦੇਣਾ, 1,00,000 ਵਾਲੇ ਵੀ ਹੈ ਵਿਚਾਰੇ। ਇਹ ਪੈਸੇ ਤਾਂ ਆਪਣੀ ਪਹੁੰਚ ਨਾਲ ਦੇਣੇ, ਜਿੰਨੀ ਕੁ ਪਹੁੰਚ ਉਹਨੇ ਪੈਸੇ ਦੇਣੇ। ਸੋ ਸਾਰੇ ਨਗਰ ਦਾ ਹੀ ਧੰਨਵਾਦ ਕਰਦਾ, ਘੜੂਏ ਨਗਰ ਨਾਲ ਮੇਰੀ ਬਹੁਤ ਪੁਰਾਣੀ ਸਾਂਝ ਹੈ। ਜੱਸਾ ਸਪੁੱਤਰ ਹਰਨੇਕ ਸਿੰਘ ਹਸਨਪੁਰ, ਸਮਾਂ ਦੂਰ ਨਹੀਂ, ਉਹ ਜਵਾਨ ਵੀ ਬਹੁਤ ਛੇਤੀ ਖੇਡਾਂ 'ਚ ਕੋਕੇ ਲਾ ਦੂ, ਕੋਕੇ ਬਹੁਤ ਆਵਲਾ ਹੈ। ਹਾਲੇ ਅਸੀਂ ਉਹ ਰੋਕੀ ਜਾਂਦੇ ਬਈ ਤੂੰ ਰਹਿਣ ਦੇ, ਹਾਲੇ ਮੱਲਾ ਤੂੰ ਆਪਣੀ ਨੌਕਰੀ ਕਰ ਲੈ, ਫਿਰ ਲੈ ਲਈ ਆ ਕੇ, ਨਹੀਂ ਕੱਦਾ ਬੱਚੇ ਕਈ ਬੰਨ ਹੁੰਦਾ ਨੇਕਦੇ ਸਿਰਾਣੇ ਲਿਆ ਕੇ, ਉਹ ਐਡਾ ਚਾਹ ਉਹਨੂੰ ਵੀ। ਇੱਧਰ ਜਗਜੀਤ ਸੋਨੀ ਸਮਾਣਾ, ਸਾਡੇ ਨਵੇਂ ਬੱਚੇ ਆ ਭਾਈ, ਉਹਨਾਂ ਨੂੰ ਵੀ ਸ਼ੌਂਕ ਹੈ, ਬਾਹਰ ਦੇ ਖਰਚਾ ਪਾਣੀ ਭੇਜਦੇ, ਤਾਂ ਹੀ ਬਹੁਤ ਪਾਦੇ ਕਿਤੇ ਐਵੇਂ ਪਾਦੇ। ਸੋ ਧੰਨਵਾਦ ਸਾਰੇ ਘੜੂਏ ਨਗਰ ਦਾ, ਬਹੁਤ ਪੁਰਾਣੀ ਸਾਂਝ ਮੇਰੀ ਇਸ ਪਿੰਡ ਦੇ ਨਾਲ। 1 ਸਾਲ ਮੈਨੂੰ ਰਾਮ ਕਿਸ਼ਨ ਉਹਨੀ ਆਪਦੀ ਬੱਗੀ ਪਰ ਬਿਠਾਲ ਕੇ ਲਿਆਏ, ਉੱਧਰ ਦੇ ਸੜਕ ਕਿੰਨੀ ਤੇ ਘੋੜੀ ਜੋੜੀ ਹੋਈ ਬੱਗੀ ਨੂੰ, ਕਹਿੰਦੇ ਵੀ ਇਹਦੇ ਉੱਪਰ ਬੈਠ ਕੇ ਜਾਣਾ ਮੇਲੇ ਨੂੰ। ਇਸੇ ਰਾਹ ਦੇ ਵਿੱਚ ਉਸ ਸਾਲ ਵੀ ਬਹੁਤ ਭੱਜੇ ਤੇ ਆਪਣੇ। ਸੋ ਇਲਾਕਾ ਨਿਵਾਸੀ ਵੀਰੋ, ਜਿੱਥੇ ਮੈਂ ਘੜੂਏ ਨਗਰ ਦਾ ਧੰਨਵਾਦ ਕਰਦਾ, ਸਾਰੇ ਇਲਾਕੇ ਦਾ ਵੀ ਧੰਨਵਾਦ ਕਰਦਾ। ਸ਼ਿਫਟ ਬਈ ਆਖਰੀ ਆ, ਧਿਆਨ ਨਾਲ ਸੁਣ ਲਓ ਬੇਨਤੀ, ਜੋ ਕੋਈ ਬੰਦਾ ਆ ਕੇ ਕਹੇ ਖੜੇ ਹੈ ਜੀ, ਜਾਣੇ ਹੈ ਜੀ, ਨਹੀਂ ਜਾਣਗੇ, ਹੁਣ ਨਹੀਂ ਜਾਣਗੇ। ਇਹ ਸ਼ਬਦ ਆਖਰੀ ਹੈ, ਆਖਰੀ ਦਾ ਮਤਲਬ ਆਖਰੀ ਹੈ, 5 ਸ਼ਬਦਾਂ, 5 ਵੀ ਚਲੇ ਗਈ ਹੈ, 5 ਵੱਜਣੀ ਹੈ। ਹਾਂਜੀ ਹਾਂਜੀ ਹਾਂਜੀ, ਅੱਛਾ ਅੱਛਾ, ਧੰਨਵਾਦ ਜੀ ਧੰਨਵਾਦ। ਚਹਿਲ ਵਾਲੇ ਪੁਰਾਣੇ ਪੁਰਾਣੇ ਮਿੱਤਰ ਆ ਪਿੰਡ ਮੇਰਾ, ਪੁਰਾਣਾ ਬਈ ਚਹਿਲ ਵਾਲੇ ਵੀਰਾਂ ਦਾ ਵੀ ਧੰਨਵਾਦ। ਚਹਿਲਾ ਪਿੰਡ ਵੀ ਪੁਰਾਣਾ ਮੇਰਾ ਦੋਸਤ ਪਿੰਡ ਹੈ, ਕਦੇ ਪੀੜਿਓ ਨੀ ਭੱਜੇ, ਬੜੇ ਮੇਲੇ ਕਰਾ। ਮੈਂ ਤੁਹਾਨੂੰ ਇੱਕ ਬਈ ਚਹਿਲਾ ਪਿੰਡ ਦੀ ਵੀ ਗੱਲ ਸੁਣਾਉਣਾ, ਚਹਿਲਾ ਪਿੰਡ ਦੀ। ਮੈਂ ਸੋਚਿਆ ਵੀ ਮੇਰੀ ਘੜੀ ਪਰ ਬੁੜਦ ਵਾਲਿਆਂ ਨੂੰ ਦਰਸ਼ਕ ਵੀਰਾਂ ਨੂੰ ਕਿੱਡਾ ਕੁ ਵਿਸ਼ਵਾਸ ਹੈ, ਮੈਂ ਅੱਜ ਆਪਦਾ ਵਿਸ਼ਵਾਸ ਦੇਖਣਾ। ਆ ਜਿਵੇਂ 21-20-94 ਲੱਗਿਆ ਹੈ, ਮੈਂ 1 ਸੈਕਿੰਡ ਦਾ ਪਾੜਾ ਰੱਖ ਲਿਆ ਸਾਰਿਆਂ ਵਾਸਤੇ, ਵੀ ਸਾਰੀਏ ਸਹੀ ਰੱਖਣੇ, ਸੈਕਿੰਡ ਮੂਹਰੇ ਕਰ ਲਿਆ
ਜੇ 22 ਲੱਗਿਆ ਮੈਂ 21 ਨਾਲ ਮੂਹਰੇ ਬੋਲਣਾ, 24 ਲੱਗਿਆ 23 ਨਾਲ ਬੋਲਣਾ, ਕਿਉਂ ਜਿਹੜੇ ਇਸ਼ਾਰੀਏ ਤੇ ਉਹ ਸਹੀ ਬੋਲਣੇ ਪੈਣੇ ਤੇ ਸਾਰੀ ਖੇਡ ਭੱਜ ਗਈ। ਮੈਨੂੰ ਨਹੀਂ ਕਿਸੇ ਨੇ ਕਿਹਾ ਜਾਂ ਨਾਮ ਵੰਡਣ ਲੱਗੇ। ਮੈਂ ਕਿਹਾ ਮਿੱਤਰੋ ਬਾਕੀ ਤੁਹਾਨੂੰ ਤਾਂ ਵਿਸ਼ਵਾਸ ਹੈ, ਮੈਂ ਇੱਕ ਸਕਿੰਟ ਦੇ ਪਾੜੇ ਨਾਲ ਵੋਟ ਭਜਾ ਤੀ, ਤੁਸੀਂ ਮੈਨੂੰ ਕਿਹਾ ਹੀ ਨਹੀਂ। ਫਿਰ ਮੈਨੂੰ 8-10 ਨੇ ਕਿਹਾ ਯਾਰ, ਅਸੀਂ ਵੀ ਕਿਹਾ ਵੀ ਫਰਕ ਆ ਤੇ ਅੱਜ ਟਾਈਮ 'ਚ ਜੇ ਤਾਰ ਤਾਂ ਦੇਖੋ ਸਹੀ ਹੋਈ, ਜੇ ਤਾਰ ਤਾਂ ਇਸ਼ਾਰੀਆਂ ਨੇ ਕਰਨੀ ਸੀ, ਅਸੀਂ ਸਾਰਿਆਂ ਨੂੰ ਸਕਿੰਟ ਸਕਿੰਟ ਦੇ ਦਿੱਤਾ, ਸਾਰੇ ਜਿੰਨੀਆਂ ਗੱਡੀਆਂ ਭੱਜੀਆਂ। ਪਰ ਮੈਨੂੰ ਕਿਸੇ ਨੇ ਨਹੀਂ ਆ ਕੇ ਕਿਹਾ ਵੀ ਮਾਸਟਰ ਤੇਰੀ ਘੜੀ ਕੁਛ ਕਹਿੰਦੀ, ਸਾਡੀ ਕੁਛ ਕਹਿੰਦੀ ਹੈ। ਜਦੋਂ ਮੈਂ ਬਾਅਦ 'ਚ ਗੱਲ ਕਲੀਅਰ ਕਰੀ, ਹੈਰਾਨ ਹੋਏ, ਕਹਿੰਦੇ ਵੀ ਵਾਕਿਆ ਹੀ ਮਾਸਟਰ ਜੀ ਸਾਡੇ ਹਿੰਮਤ ਨਹੀਂ ਪਈ ਵੀ ਯਾਰ ਵੀ ਮਾਸਟਰ ਗਲਤ ਨਹੀਂ ਹੋਊਗਾ, ਇਹ ਤਾਂ ਵੱਡਾ ਮਾਣ ਮੰਨੋ, ਹੋਰ ਕਿਆ ਹੋ ਸਕਦਾ ਤੁਹਾਡੇ ਪਰ ਭਾਈ। ਮੰਦਰ ਹੈ, ਮੰਦਰ ਦੇ ਪਿਛਲੇ ਪਾਸੇ ਜਾ ਕੇ ਚਾਲਾਂ ਭੱਜੇ ਤੇ ਜਸਵੰਤ ਸਿੰਘ ਚਾਲਾ ਉਹਨਾਂ ਦਾ ਪੀੜਾ ਭੱਜਿਆ, ਫਿਰ ਕਨੈਸ ਸਰਪੰਚ ਸਰਾਂ ਕੋਲ ਚਲੇ ਗਿਆ ਤਾਂ ਪੰਜ ਬਾਉਂਡ ਕਰ ਲਏ ਤੇ ਇੱਕ ਤਾਂ ਬਲਵੀਰ ਸਿੰਘ ਗੜਾਂਗਾ ਫੌਜੀ ਵਾਲਾ ਦੇ ਗਿਆ ਤਾ, ਇੱਕ ਪੀੜਾ ਜਿਹੜਾ ਕਹਿੰਦਾ ਚਾਲਾਂ, ਇੱਕ ਪੀੜਾ ਉਹਨੇ ਸਾਧੂ ਸਿੰਘ ਸ਼ੇਰਪੁਰ ਛੋਟੀਆਂ ਤੇ ਲੈ ਲਿਆ, ਇੱਕ ਬਾਉਂਡ ਪਾਈ ਉਹਨਾਂ ਨੇ ਖੇੜੀ ਵਾਲਾ ਲੈ ਲਿਆ, ਕਹਿਰੀਆਂ ਦੇ ਪੰਜ ਬਾਉਂਡ ਕਰਨੈਲ ਸਿੰਘ ਸਰਪੰਚ ਜੱਸਣਾ ਕੋਲ, ਜਿਹੜੇ ਪਿੰਡ ਖੇਡ ਹੋਣੇ ਜੇ ਪਿੰਡ ਵਾਲਿਆਂ ਨੇ ਕਹਿਣਾ ਸਰਪੰਚ ਸਾਹਿਬ ਅਸੀਂ ਬਾਉਂਡ ਜੋੜਨਾ, ਜਿਹੜਾ ਮਰਜ਼ੀ ਜੋੜਿਓ, ਜਿਹੜਾ ਮਰਜ਼ੀ ਪੰਜਾਂ 'ਚ ਚੰਗਾ ਲੱਗਦਾ। ਇਹ ਜੰਡੂ ਸੱਚੀ ਜੰਡੂ ਵੀ ਤਾਂ ਇੱਕ ਪੰਜ ਬਾਉਂਡ 'ਤੇ ਇਕੱਠੇ ਜਾਂ ਭੱਜਦੇ, ਹੁਣ ਇੱਕ ਪਰਿਵਾਰ ਦੇ ਪੰਜ ਬਾਉਂਡ ਭੱਜਦੇ ਹੋਣਗੇ, ਛੋਟੀ ਜਿਹੀ ਗੱਲ। ਇਹ ਸ਼ੌਂਕ ਹੈ ਭਾਈ, ਸ਼ੌਂਕ ਹੈ, ਸ਼ੌਂਕ ਕਰੋ ਨਾ, ਖਾਲੀ ਖੇਡ ਸ਼ੁਰੂ ਕਰ ਦਈਏ ਬਈ। ਛੋਟੇ ਵੀਰੋ ਰਾਹ 'ਤੇ ਬਾਹਰ ਹੋਏ ਸਾਰੇ, ਬਾਈ ਜੀ ਹੋ ਜਾਓ ਮਗਰ ਨੂੰ, ਉੱਠੋ ਮੇਰਾ ਵੀਰ, ਉੱਠੋ ਭਾਈ, ਰਾਹ ਦੇ ਨੇੜੇ ਨਾ ਬੈਠੋ, ਉੱਠ ਜਾਓ ਬਾਈ, ਉੱਠ ਜਾਓ, ਧੰਨਵਾਦ ਬਾਜ, ਉੱਠ ਜਾਓ ਜੀ, ਉੱਠ ਜਾਓ। ਮੇਰਾ ਜੀ ਤਾਂ ਨਹੀਂ ਕਰਦਾ ਹੁੰਦਾ ਮੇਰਾ ਵੀ ਕਿਵੇਂ ਠਾਲਾ, ਪਰ ਮੈਂ ਮਜਬੂਰ ਹਾਂ ਛੋਟੇ ਭਾਈ, ਮਜਬੂਰ ਹੈ। ਮੈਨੂੰ ਬਾਰ ਬਾਰ ਆ ਕੇ ਵੀ ਤੰਗ ਕਰਦਾ ਆਪਣਾ ਭਾਈਚਾਰਾ, ਤੂੰ ਕਹਿੰਦਾ ਨਹੀਂ ਮਾਸਟਰ, ਜਾਂ ਫਿਰ ਕਹਿਣਗੇ ਵੀ ਹੋਰ ਦੀ ਵਾਰੀ ਨੂੰ ਕਹੀ ਗਿਆ, ਸਾਡੀ ਵਾਰੀ ਨੂੰ ਕਿਹਾ ਹੀ ਨਹੀਂ। ਸੋ ਇਸ ਕਰਕੇ ਹੱਥ ਬੰਨ ਕੇ ਬੇਨਤੀ ਹੈ, ਜਿਵੇਂ ਪਹਿਲਾਂ ਬੈਠੇ ਤੇ ਹੁਣ ਤਾਂ ਘੜੀ ਉਹ ਚੰਦ ਗੜੀਆਂ ਦੀ, ਹੁਣ ਤਾਂ ਖੇਡ ਚੰਦ ਘੜੀਆਂ ਦੀ ਰਹਿ ਗਈ, ਚੰਦ ਘੜੀਆਂ ਦੀ ਖੇਡ ਰਹਿ ਗਈ, ਸਿਰਫ ਚੰਦ ਘੜੀਆਂ ਨੇ, ਰੌਣਕ ਦੋ ਘੜੀਆਂ, ਇਹ ਦੋ ਘੜੀਆਂ ਦਾ ਰੌਣਕ ਮੇਲਾ ਬਾਕੀ ਹੈ। ਅਸੀਂ ਆਪਦੇ ਨਗਰ ਘੜੂਏ ਵੱਲੋਂ, ਸਾਰੇ ਨਗਰ ਵੱਲੋਂ, ਬਾਹਰੋਂ ਆਏ ਸਾਰੇ ਦਰਸ਼ਕ ਵੀਰਾਂ ਦਾ, ਗੜਵਾਨ ਵੀਰਾਂ ਦਾ, ਬੈਦ ਲਾਗ ਵੀਰ ਜਿਹੜੇ ਪੁੱਤਾਂ ਵਾਂਗੂ ਪਾਲ ਕੇ ਮੇਲਿਆਂ 'ਚ ਲਿਆ ਕੇ ਸਾਡਾ ਸ਼ਿੰਗਾਰ ਬਣਾਉਂਦੇ, ਉਹਨਾਂ ਦਾ ਧੰਨਵਾਦ ਕਰਦੇ ਹਾਂ। ਵੱਡਾ ਧੰਨਵਾਦ ਕਰਦਾ ਹੈ ਜਿਹਨਾਂ ਦੇ ਨਾਲ ਖੇਤ ਲੱਗਦੇ ਹੈ, ਵਿੱਚ ਮਾੜਾ ਮੋਟਾ ਨੁਕਸਾਨ ਵੀ ਹੋ ਜਾਣਾ ਹੈ, ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ। ਸੰਗਤ ਦੇ ਚਰਨ ਪੈ ਗਏ, ਵੈਸੇ ਭਾਗ ਲੱਗ ਗਏ, ਕਣਕ ਦਾ ਝਾੜ ਦੇਖਿਓ ਕਿੰਨਾ ਹੋਣਾ ਹੈ, ਆਲੂ ਵਾਲੇ ਵੀਰ ਦੇ ਆਲੂ ਦੇਖਿਓ ਕਿੰਨੇ ਨਿਕਲਣੇ, ਇਹ ਸੰਗਤ ਹੈ। ਬਾਈ ਜੀ ਕਰੋ ਰਾਹ ਖਾਲੀ ਕਰ ਦਿਓ ਭਾਈ। ਮੈਂ ਮਾਲਵਾਡੀ ਕਾਮ ਜਿਹੜੀ ਤੁਹਾਨੂੰ ਲਾਈਵ 'ਤੇ ਖੇਡ ਦਿਖਾ ਰਹੇ, ਉਹਨਾਂ ਦਾ ਵੀ ਧੰਨਵਾਦ ਕਰਦੇ, ਆਪਣੇ ਸਾਊਂਡ ਵਾਲੇ ਵੀਰ ਦਾ ਧੰਨਵਾਦ ਕਰਦੇ। ਲਓ ਤਿਆਰੀ ਆ, ਇੱਧਰ ਆ ਜਾਓ, ਬਿੱਟੂ ਕੋਲ ਆ ਜਾਓ, ਗਗਨ ਇੱਧਰ ਆ ਜਾਓ, ਤਿਆਰੀ ਆ ਭਾਈ। ਕੁਲਵਿੰਦਰ ਘੜੂਆਂ, ਜੀਤੀ ਘੜੂਆਂ, ਮਨਪੀਤਾ, ਗਗਨ, ਗਗਨ, ਜੀਤੀ, ਮਨਪੀਤਾ, ਢਿੱਲੋਂ, ਮੱਲਾ, ਬੀਬੀ ਪਰ। ਇਹ ਸ਼ਬਦ 'ਚ ਕਿੰਨਾ ਦੇ ਦਿੱਤਾ ਜੀ? 2500, 500 ਪਹਿਲਾਂ, 3000 ਰੁਪਇਆ ਸ਼ਬਦ ਦਾ ਬਈ। ਇਹ ਸ਼ਬਦ 'ਚ ਮੇਰੇ ਵੀਰਾਂ ਨੇ ਆ ਗਈ ਭਾਈ, ਗਗਨ, ਜੀਤੀ, ਮਨਪੀਤਾ, ਬੱਲਾ। ਲਓ ਜੀ 2500 ਕਿਹੜੀ ਆਉਂਦੀ ਬਈ? ਅਪ 2183 ਦਾ ਸਮਾਂ ਜੀ, 2183 ਮਨਵਿੰਦਰ ਸਿੰਘ ਬਡਵਾਲੀ, ਇਹ ਸਾਡੇ ਵੱਲ ਬਡਵਾਲੀ ਵਾਲਾ ਬੱਚਾ ਭੱਜ ਗਿਆ, ਪਰਲੇ ਬੰਨੇ ਮਨਜੀਤ ਸਿੰਘ ਸ਼ਾਂਤਪੁਰ, ਰੋਡਾ ਕਾਈਨੌਰ, ਹਨੀ ਮੜੋਲੀ, ਬੈਲੀ ਢੋਲਣ ਮਾਜਰਾ,
ਸਰਦਾਰ ਸੁੱਚਾ ਸਿੰਘ ਉਹਨਾਂ ਦੇ ਸਪੁੱਤਰ ਨੇ ਬੈਲੀ ਟੋਲਣ ਮਾਜਰਾ। ਗੱਡੀ ਆ ਗਈ ਭਾਈ, ਕਿੰਨਾ ਵਜੇ ਗੱਡੀ ਆ ਗਈ? ਇੱਕ ਨਿੱਕੇ ਜਿਹੇ ਰਾਜੇ ਨੇ ਚਲਾਈ ਰੇਲ ਜੀ, ਧਰਤੀ ਚੋਂ ਕੱਢਿਆ ਮਿੱਟੀ ਦਾ ਤੇਲ ਜੀ। ਉਹ ਬਾਈ ਤੈਨੂੰ ਆਜਾ, ਛੋਟੇ ਬਾਈ ਇੱਧਰ ਆਜਾ, ਮਤਲਬ ਅੱਗ ਲਾ ਕੇ ਫੂਕ ਦਿਓ ਮਿੱਟੀ ਦੇ ਤੇਲ ਨੂੰ, ਪਾਣੀ ਪਾਊਗਾ ਫੁੱਲਾਂ ਦੀ ਵੇਲ ਨੂੰ। ਇਹ ਆਖਰੀ ਸ਼ਿਫਟ ਹੈ ਜੀ, ਆਖਰੀ ਸ਼ਿਫਟ ਦਾ ਮਤਲਬ ਆਖਰੀ ਸ਼ਿਫਟ ਹੈ, ਜ਼ਿੰਦਗੀ ਰਹੀ। 5 ਤਰੀਕ ਨੂੰ ਫਿਰ ਮਿਲਾਂਗੇ ਤੁਹਾਨੂੰ ਭਾਈ ਪਿੰਡ ਧਮੋਟ ਦੀ ਖੇਡ ਦੇ ਵਿੱਚ। ਇਹ ਧਮੋਟ ਪਿੰਡ ਮੇਰਾ ਭਾਈ ਪਿਛੋਕੜ, ਅਸਲ ਪਿੰਡ ਧਮੋਟ ਹੈ ਸਾਡਾ। ਆ ਗਈ ਭਾਈ, ਅਸੀਂ ਧਮੋਟ ਤੇ ਆਏ ਹੋਏ ਹਾਂ, ਧਮੋਟ ਪਿੰਡ ਹੈ ਮੇਰਾ ਪਹਿਲਾਂ। ਬਾਈ 07 ਸੁਖਪ੍ਰੀਤ ਜਰਗੜੀ, ਸੁਖਪ੍ਰੀਤ ਕੌਰ ਪਿੰਡ ਜਰਗੜੀ। ਧੰਨਵਾਦ ਮੈਂ ਉਹਨਾਂ ਵੀਰਾਂ ਦਾ ਕਰਦਾ ਹੁੰਦਾ ਜਿਹੜੇ ਬੱਚਿਆਂ ਦੇ ਨਾਂ ਤੇ ਐਂਟਰੀ ਕਰਾਉਂਦੇ। ਛੱਡੋ ਧੀਆਂ ਨੂੰ ਕੁੱਖਾਂ 'ਚ ਮਾਰਨਾ ਜੇ, ਉਹ ਵੀ ਸਾਥੀਆਂ ਜਿਹੜੇ ਜਨਮ ਲੈਣ ਤੋਂ ਪਹਿਲੀ ਧੀ ਨੂੰ ਤੋੜ ਦਿੰਦੇ, ਉਹ ਵੀ ਸਾਥੀਆਂ ਜਿਹੜੇ ਆਪਣੇ ਬੱਚਿਆਂ ਦੇ ਨਾਂ 'ਤੇ ਐਂਟਰੀਆਂ ਕਰਾਉਂਦੇ ਖੇਡਾਂ ਦੇ ਵਿੱਚ ਆ ਕੇ, ਮੈਂ ਉਹਨਾਂ ਦਾ ਧੰਨਵਾਦ ਕਰਦਾ ਹੁੰਦਾ। ਧੀ ਨੂੰ ਪੁੱਤ ਨਾਲੋਂ ਵੀ ਵੱਡੀ ਮਾਨਤਾ ਦਿਓ, ਧੀ ਨੂੰ ਪਹਿਲਾਂ ਰੱਖੋ, ਪੁੱਤ ਨੂੰ ਉਹਦੇ ਪਿੱਛੇ ਰੱਖੋ। ਬਾਈ ਪਟਵਾਲੀ ਵਾਲੇ ਗੁਡਵਾਨ ਨੂੰ 200 ਰੁਪਇਆ ਕੀ ਬੋਲੋ ਜੀ? ਬਟਵਾਲੀ ਵਾਲੇ ਗੁਡਵਾਨ ਨੂੰ 200 ਰੁਪਇਆ ਜੀ, ਬਾਈ 100 ਰੁਪਇਆ ਗੁਡਵਾਨ ਦਾ, 100 ਰੁਪਇਆ ਮੇਰਾ ਜੀ। ਬਟਵਾਲੀ ਵਾਲੇ ਗੁਡਵਾਨ ਦਾ 100 ਰੁਪਇਆ ਬਣਾ ਕੇ ਲੈ ਜਾਵੇ ਮੇਰੇ ਤੋਂ। ਉਹ ਮੁੰਡਿਓ ਬਈ ਤੈਨੂੰ ਖੜ ਜਾਓ, ਲੱਤਾਂ ਕਿੰਨੀਆਂ ਚੌੜੀਆਂ ਕਰੀਆਂ ਜਿਹੜਾ ਘੋਲਣਾ ਹੁੰਦਾ ਹੈ, ਹੈਂ ਸਾਰਿਓ ਆਰਾਮ ਨਾਲ ਖੜੋ। ਇਹ ਜਵਾਨੀ ਹੈ ਭਾਈ, ਜੋ ਨੱਚਦਾ ਜਵਾਨੀ ਨੱਚਦੀ ਹੈ, ਜਵਾਨੀ ਜਵਾਨੀਆਂ ਹੁੰਦੀਆਂ ਮਿੱਤਰੋ। ਬਾਕੀ ਕਦੇ ਸਾਡੇ ਪਰ ਵੀ ਆਈ ਤੀ ਜਵਾਨੀ, ਹੁਣ ਤਾਂ ਗਾਂਹ ਗਾਂਹ ਹੈ ਜਾਂ ਸਮਾਂ ਆਉਂਦਾ ਜਾਂਦਾ, ਜਵਾਨੀ ਆਉਂਦੀ ਉਹਨੇ ਕੋਲ ਨੂੰ ਲੰਘ ਜਾਂਦੀ ਹੈ। ਹੁਣ ਨਹੀਂ ਜਵਾਨੀ ਜੁਨੀ ਆਉਂਦੀ, ਜਵਾਨੀ ਪਹਿਲਾਂ ਬੁੜਿਆਂ ਪੁਰਾਣੀਆਂ ਸਾਡਿਆਂ ਪਰ। ਇੱਧਰ ਆਜੋ ਪੁੱਤ, ਲਓ ਜੀ ਪਹਿਲੀ ਸ਼ਿਫਟ 'ਚ ਗਗਨ ਤੇ ਜਹਾਰ ਵੱਲੋਂ 1100 ਰੁਪਇਆ ਦਾ, ਹੁਣ ਲਾ ਤਾ 2500 ਰੁਪਇਆ। ਬੋਲੀ ਲਾਓ ਇੱਕ ਵਾਰੀ ਵੀ, ਫਿਰ ਦਾਦਮਾ ਮੁੰਡਿਆਂ ਦੇ। ਇੱਕ ਦਾ ਗਗਨ ਹੈ, ਦੇਖੋ ਜੀ ਕਿਹਨੇ 2500 ਲਾ ਕੇ ਆਉਣਾ ਵਾ। ਇੱਕ ਦਾ ਗਗਨ ਹੈ ਭਾਈ, ਉਹਨਾਂ 'ਚ ਫਿਰ ਇੱਕ ਜੀਤੀ ਹੈ, ਮਨਪ੍ਰੀਤਾ, ਇੱਕ ਬੱਲਾ। 2500 ਲਾ ਤਾ ਪਹਿਲਾਂ 5 ਵੀਰਾਂ ਨੇ, 5 ਸ਼ਬਦਾਂ 'ਚ 500 ਰੁਪਇਆ ਲਾਇਆ ਹੋਇਆ। ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ। ਦਿਲ ਦਰਿਆ ਸਮੁੰਦਰੋਂ ਜੂੰਗੇ ਮੇਰੇ, ਕੌਣ ਦਿਲਾਂ ਦੀਆਂ ਜਾਣੇ, ਕਿੱਥੇ ਕਿੱਥੇ ਰੱਖੂੰ ਸਾਂਭ ਕੇ ਨੈਣਾਂ ਵਿੱਚ ਤੁਹਾਡੀਆਂ ਤਸਵੀਰਾਂ। ਮਿੱਤਰੋ ਰੱਬ ਵਰਗੀਆਂ ਤੁਹਾਡੀਆਂ ਰੂਹਾਂ ਮੈਂ ਕਿੱਥੇ ਸਾਂਭੂਗਾ, ਕਿੱਥੇ ਕਿੱਥੇ ਰੱਖੂੰ ਸਾਂਭ ਕੇ ਨੈਣਾਂ ਵਿੱਚ ਤੁਹਾਡੀਆਂ ਤਸਵੀਰਾਂ। ਝੋਲੀ ਮੇਰੀ ਰਹੀ ਸੱਖਣੀ, ਖੈਰ ਪਾਈ ਨਹੀਂ ਸਮੇਂ ਦੀਆਂ ਪੀਰਾਂ। ਤਿਆਰੀ ਆ ਭਾਈ, ਝੰਡੀ ਖੜੀ ਹੈ, ਗੱਡੀ ਤਿਆਰ। ਉੱਧਰ ਲੈ ਲਏ ਉਹਨੇ ਪੈਸੇ, ਪਰਚੀ ਕਰ ਦਿਓ ਕੋਈ ਨੀ। ਜੇ ਉਹਨਾਂ ਦਾ ਫੋਨ ਆਇਆ ਨਾ, ਉੱਧਰ ਫਾਲਡੇ ਕਰਦੇ ਆ ਪੈਸੇ, ਪਰਚੀ ਬਣਾ ਲਓ, ਕੱਟ ਦਿਓ। ਰਿਜ਼ਲਟ ਬਣ ਗਿਆ ਜੀ, ਠੀਕ ਹੈ। 41 ਨਾਮ ਹੈ ਜੀ, ਜਾਣਾ ਨੀ ਮੇਰੇ ਵੀਰੋ, 41 ਨੰਬਰਾਂ ਤੱਕ ਇਨਾਮ ਦੇਣੇ ਆਪਾਂ ਨੇ। 20 ਨਗਦ ਹੈ, 21 ਜੋੜੀਆਂ ਝੁੱਲਾਂ ਦੀ ਹੈ। ਪਹਿਲਾ ਨਾਮ 21,000 ਰੁਪਈਆ, ਦੂਜਾ ਨਾਮ 15,000 ਰੁਪਈਆ, ਤੀਆ ਨਾਮ ਭਾਈ
11000 ਰੁਪਏ ਨਾ ਬੋਲੀ ਭਾਈ ਪਹਿਲੇ ਨਾਮ ਵਾਲੇ ਦੇ ਸਨੀ ਯੂਐਸਏ ਵੱਲੋਂ ਜੀ ਪਹਿਲਾ ਨਾਮ 21000 ਰੁਪਏ ਆ ਬਿੱਟੂ ਦੁਆ ਦੇਖੀ ਕਰਵਿੰਦਰ ਸਿੰਘ ਜੀ ਢਿੱਲੋਂ 15000 ਰੁਪਇਆ ਤੀਆ ਬੱਲੇ ਵੱਲੋਂ ਹੈ ਜੀ 11000 ਰੁਪਇਆ ਇਹ ਵੀ ਯੂਐਸਏ ਤੋਂ ਨੇ ਧੰਨਵਾਦ ਇਹਨਾਂ ਵੀਰਾਂ ਦਾ ਵੀ ਬੜੀ ਮਿਹਰਬਾਨੀ ਆ ਗਈ ਭਾਈ ਪੱਚੀ ਪੰਦਰਾਂ ਜੱਸਾ ਘੜੂਆ ਬਿੱਕੀ ਬਾਠ ਕਰਾਲੀ ਲਓ ਜੀ ਧੰਨਵਾਦੀਆਂ ਸਰਦਾਰ ਮਨਜੀਤ ਸਿੰਘ ਸਾਂਤਪੁਰ ਮਿੱਤਰੋ ਸਭ ਤੋਂ ਵੱਧ ਪੈਸੇ ਲਾਏ ਬੋਰਡ ਪਰ ਸਰਦਾਰ ਮਨਜੀਤ ਸਿੰਘ ਸਾਂਤਪੁਰ ਰੋਡਾ ਕਾਈਨੌਰ ਹਨੀ ਮਡੌਲੀ ਉਹਨਾਂ ਨੇ ਬੈਲੀ ਢੋਲਣ ਮਜਰਾ ਉਹਨਾਂ ਨੇ ਮਨਜੀਤ ਸਿੰਘ ਸਾਂਤਪੁਰ ਇਹ ਕਈ ਵਾਰ ਬਾਹਰ ਵੀ ਜਵਾਨ ਜਾਇਆ ਆ ਫਿਰ ਇੱਧਰ ਵੀ ਭਾਈ ਧੂੜਾ ਪੱਟੀ ਫਿਰਦਾ ਵੱਧ ਤੋਂ ਵੱਧ ਪੈਸੇ ਲਾ ਕੇ ਤਿੰਨ ਬੱਚੇ ਲਗਾਤਾਰ ਥੋੜੇ ਸਮੇਂ ਚ ਖਰੀਦ ਲਏ ਮਨਜੀਤ ਉਹਨਾਂ ਨੇ ਇਹ ਸ਼ੌਂਕ ਹੈ ਜਿਹਨਾਂ ਨੂੰ ਚਾਓ ਹੈ ਮਿੱਤਰੋ ਪੈਸੇ ਦੀ ਪਰਵਾਹ ਨਹੀਂ ਕਰਿਆ ਕਰਦੇ ਉਹਨਾਂ ਚ ਇੱਕ ਸਰਦਾਰ ਆ ਗਈ ਭਾਈ ਮਨਜੀਤ ਸਿੰਘ ਸਾਂਤਪੁਰ ਇਹ ਵੀ ਨਵੇਂ ਜੁੜੇ ਪੁਰਾਣਾ ਪਿੰਡ ਵੀ ਉਹਨਾਂ ਦਾ ਇਹੀ ਹੈ ਘੜੂਆ ਹੀ ਪਿੰਡ ਹੈ ਉਹਨਾਂ ਦਾ ਪਹਿਲਾ ਭਾਈ ਇੰਨਾ ਸ਼ੌਂਕ ਭਾਈ ਹੁਣ ਅਫਰੀਨ ਜਾਵਾਂ ਮਨਜੀਤ ਸਾਂਤਪੁਰ ਤੇਰੇ ਵੀ ਬਾਈ ਅਠਾਨਵੇਂ ਬਾਈ ਸੈਕਿੰਡ 98 ਪੁਆਇੰਟ ਹਾਨੀ ਦਵਿੰਦਰ ਭੂਰੜੇ ਇਹ ਭੂਰੜੇ ਵਾਲੇ ਆ ਭਾਈ ਡਾਕਟਰ ਕਿੰਦੀ ਕੁੱਲੇਵਾਲ ਕਰ ਗਿਆ ਕਢਵਾਨੀ ਮਨਜੀਤ ਸਿੰਘ ਸਾਂਤਪੁਰ ਤੇਰਾ ਫਿਰ ਧੰਨਵਾਦ ਕਰਦਾ ਬਾਈ ਨਾਲੇ ਸ਼ਾਨਪ੍ਰੀਤ ਸਿੰਘ ਗਿੰਨੀ ਸਾਡੇ ਸਪੁੱਤਰ ਹੈ ਮੇਰਾ ਭਾਈ ਚੱਲੀਆਂ ਗੱਲਾਂ ਮਸਤਾਕ ਸਿੰਘ ਚੱਲੀਆਂ ਸਾਰੀ ਪਾਰਟੀ ਗਰੁੱਪ ਇਕੱਠਾ ਬੈਠਾ ਹੈ ਹਰੀ ਮਡੌਲੀ ਬੈਲੀ ਢੋਲਣ ਮਾਜਰਾ ਰੋਡਾ ਕਾਈਨੌਰ ਸਾਰਿਆਂ ਦੇ ਧੰਨਵਾਦ ਸਭ ਦਾ ਧੰਨਵਾਦ ਹੈ ਪਾਰਟੀ ਦਾ ਧੰਨਵਾਦ ਉੱਧਰ ਗੱਡੀਆਂ ਖੇਡ ਦੀ ਬਿਲਕੁਲ ਨੇੜੇ ਭੱਜ ਚੰਦ ਘੜੀਆਂ ਦਾ ਖੇਡ ਮੇਲਾ ਬਾਕੀ ਹੈ ਲਓ ਜੀ 41 ਨਾਮ ਪਹਿਲਾ ਨਾਮ ਬਣਦਾ ਜੀ 20-94 ਦਾ 41ਵਾਂ ਨਾਮ ਬਣਦਾ ਜੀ 24-70 ਦਾ ਜਿਹੜੀਆਂ ਗੱਡੀਆਂ 24-70 ਤੋਂ ਵੱਧ ਸਮਾਂ ਲਾਉਂਦੀਆਂ 41 ਨੰਬਰਾਂ ਚੋਂ ਬਾਹਰ ਹੈ 24-70 ਤੱਕ ਜਿਹਦਾ ਸਮਾਂ ਲੱਗਿਆ ਹੋਇਆ ਹੁਣ ਤੱਕ ਉਹ ਗੱਡੀਆਂ ਭੱਜਣ 'ਤੇ ਵੀ ਰਹਿੰਦੀ ਹੈ ਹੋ ਸਕਦਾ ਟੁੱਟ ਵੀ ਜਾਵੇ ਕਿਸੇ ਦਾ 24-70 ਤੱਕ ਜਿਹਨਾਂ ਦਿਨ ਲੱਗੇ ਟਾਈਮ ਉਹ ਮਿਹਰਬਾਨੀ ਕਰਕੇ ਨਾ ਜਾਣ ਜਿਹੜੇ ਦੂਰੋਂ ਆਏ ਜਿਹਦਾ 24-70 ਦਾ ਹੀ ਵੱਧ ਸਮਾਂ ਲੱਗਿਆ ਜਾਣਾ ਚਾਹੁੰਦੇ ਬੜੀ ਖੁਸ਼ੀ ਨਾਲ ਜਾ ਸਕਦੇ ਹਾਂ ਭਾਈ ਕਿਉਂ ਕਿੱਥੇ ਮੋਗਾ ਕਿੱਥੇ ਜ਼ਿਲ੍ਹਾ ਜਲੰਧਰ ਕਿਆ ਪਹੁੰਚਣਾ ਭਾਈ ਆ ਗਈ ਭਾਈ ਤੇਈ-66 ਦਾ ਸਮਾਂ ਜੀ 23-66 ਇਹ ਸੰਦੀਪ ਸਿੰਘ ਉਹਨਾਂ ਦੇ ਜੀ ਪਿੰਡ ਰਤਨਗੜ੍ਹ ਪੋਲਾ ਮੁਕੜੋਨਾ ਸੰਦੀਪ ਸਿੰਘ ਰਤਨਗੜ੍ਹ ਪੋਲਾ ਮੁਕੜੋਨਾ ਬਾਬਾ ਬਿੱਕਰ ਸਿੰਘ ਰਾਜੇ ਮਾਜਰਾ ਅਵਤਾਰ ਸਿੰਘ ਮਾਣਕ ਮਾਜਰਾ ਧੰਨਵਾਦ ਬਾਈ ਬੜੀ ਮਿਹਰਬਾਨੀ ਮਿਹਨਤਾਂ ਕਰੀਆਂ ਕਮਾਈਆਂ ਕਰੀਆਂ ਚੋਟੀ ਦੇ ਬੋਰਡ ਭਜਾਏ ਅੱਜ ਮਿੱਤਰੋ ਖੇਡਾਂ 'ਚ ਨਾ ਗੂੰਜਦੇ ਇਹ ਕਿਸੇ ਗੱਲ ਪਰ ਗੂੰਜਦੇ ਐਵੇਂ ਨਹੀਂ ਗੂੰਜਦੇ ਹੋਇਆ ਕਰਦੇ ਮਿਹਨਤ ਕਰਨੀ ਪੈਂਦੀ ਹੈ ਫਿਰ ਜਾ ਕੇ ਗੁਰੂ ਦੀ ਕਿਰਪਾ ਨਾਲ ਨਾਂ ਬਣਦੇ ਕਿਤੇ ਐਵੇਂ ਬਣਦੇ
ਰੌਣਕ ਦੋ ਕੜੀਆਂ, ਦੋ ਕੜੀਆਂ ਦੀ ਰੌਣਕ ਬਾਕੀ ਰਹਿ ਗਈ, ਸਿਰਫ ਦੋ ਕੜੀਆਂ। ਇਹ ਰੌਣਕ ਦੋ ਕੜੀਆਂ, ਜਾਣਾ ਵਿਛੜ ਭਰਾਵੋ ਮੇਲਾ, ਸਰਸੋਂ ਦੀਆਂ ਫੁੱਲਾਂ ਤੇ ਲੱਗ ਜੂ ਮੌਸ ਮੌਸਮੀ ਤੇਲਾ। ਇਹ ਰੌਣਕ ਦੋ ਕੜੀਆਂ, ਜਾਣਾ ਵਿਛੜ ਭਰਾਵੋ ਮੇਲਾ, ਪਾ ਚੁੱਕੀਆਂ ਜੋੜੀਆਂ ਕਰ ਸਮੇਂ। ਸਰਦਾਰ ਰਾਜਾ ਸਪੁੱਤਰ ਸਰਦਾਰ ਜੀਵਨ ਸਿੰਘ ਜੀ ਪਿੰਡ ਚੰਡਾਲੀ ਨਾਲ ਬੋੜ ਪੱਜਿਆ ਜੀ, ਸਰਦਾਰ ਅਮਨਾ, ਸਰਦਾਰ ਕੁਲਦੀਪ ਸਿੰਘ, ਸਪੁੱਤਰ ਸਰਦਾਰ ਨਿਰਮਲ ਸਿੰਘ ਪਿੰਡ ਗੁਰਸਰ ਕੰਕੇ। ਇਹਨਾਂ ਤੋਂ ਗਾਂਹ ਦੂਆ ਨੰਬਰ ਬਣਦਾ ਜੀ ਮਨਜੀਤ ਸਿੰਘ ਸਾਂਤਪੁਰ, ਇਹ ਦੂਜਾ ਤੀਜਾ ਮੇਰੇ ਹਿਸਾਬ ਨਾਲ ਉਹਨਾਂ ਦੀ ਬਣਦੇ ਆ। ਮਨਜੀਤ ਸਿੰਘ ਸਾਂਤਪੁਰ ਪਿਛੋਕੜ ਪਿੰਡ ਘੜੂਆਂ ਉਹਨਾਂ ਦਾ ਰੋਡਾ ਕਾਈਨੌਰ। ਆ ਗਈ ਭਾਈ ਬੈਲੀ ਢੋਲਣ ਮਾਜਰਾ ਹਨੀ ਬੜੋਲੀ ਨਾਲ ਭਜਿਆ ਵੀਡੋ ਛਪਾਰ। ਬਾਈ ਬਾਈ ਚਾਰੇ ਦੂਏ ਸਰਬਣ ਸਿੰਘ ਪੰਜਲਾ, ਇਹ ਉਹ ਪੰਜਲਾ ਪਿੰਡ ਆ ਜਿੱਥੇ ਅਮਰ ਸਿੰਘ ਸ਼ੌਂਕੀ ਢੱਡਸਾਰਗੀ ਦੇ ਗਵਈਏ ਹੋਏ ਆ। ਬੜਾ ਹਿੱਟ ਗਾਣਾ ਹੋਇਆ, ਨਾਰੋ ਨਾਰੋ ਨੀ ਤੇਰੀ ਰੋਂਦੀ ਦੇ ਕੱਪੜੇ ਭਿੱਜਦੇ ਨੇ, ਘਰ ਪੰਡਤਾਂ ਦੇ ਮੁਰਗੇ ਰਿੱਝਦੇ ਨੇ, ਮੁੰਡੇ ਕਾਜੀਆਂ ਦੇ ਦਾਰੂ ਪੀਣ ਖਿੱਚ ਗਏ ਨੇ, ਤੱਕ ਟੁੱਟ ਗਿਆ ਸਾਰੀ ਦੁਨੀਆਂ ਦਾ। ਇਹ ਉਹ ਪਿੰਡ ਦੇ ਆ ਭਾਈ ਅਮਰ ਸਿੰਘ ਸ਼ੌਂਕੀ ਦੇ ਪਿੰਡ ਦੇ ਸਰਬਣ ਸਿੰਘ ਪੰਜਲਾ। ਲਓ ਜੀ ਉੱਧਰ ਬਾਹਠ ਤੇ ਸੱਤਰ ਦੇ ਕਬੱਡੀ ਦੇ ਫਸਵੇਂ ਮੈਚ, ਜਿਹਨਾਂ ਨੇ ਦੇਖਣੇ ਭਾਈ ਸਟੇਡੀਅਮ ਵਿੱਚ ਪਹੁੰਚੇ ਹੋ, ਬਾਹਠ ਤੇ ਸੱਤਰ ਦੇ ਭਿੰਦਰ ਸਿੰਘ ਖੇੜੀ ਗੁਰਨਾ, ਧੰਨਵਾਦ ਬਈ। ਆਰਾਮ ਅਸਰਾ ਸਿੰਘ ਹੋਰਾਂ ਦੇ ਲਾਡਲੇ ਸਪੁੱਤਰ ਨੇ। ਮਿੱਤਰੋ ਇਹਨਾਂ ਪਿੰਡਾਂ 'ਚ ਵੀ ਪੱਕੀਆਂ ਖੇਡਾਂ ਹੋਣ ਲੱਗ ਜਾਣਗੀਆਂ। ਖੇੜੀ ਗੁਰਨਾ ਅੰਬ ਛੱਪਾ ਨਾ ਬਾਪੀ ਜਾਉਂਦਾ ਭਾਈ, ਆਹ ਪਿੰਡ ਆ ਕੁੱਥਾ ਖੇੜੀ, ਉਹ ਵੀ ਕਰਮੇ ਬਈ ਖੇਡ ਵਾਸਤੇ। ਮੇਰਾ ਖਿਆਲ ਹਫ਼ਤੇ 'ਚ ਨੂੰ ਦੋ ਦੋ ਵੀ ਫੋਨ ਕਰਦੇ ਹਾਂ ਵੀ ਅਸੀਂ ਮੇਲਾ ਜਾ ਰੱਖਣਾ ਜੀ, ਤਰੀਕ ਸਾਡੀ ਸਾਂਭ ਕੇ ਰੱਖਿਓ। ਇੱਕ ਵਧੌਸੀ ਹੋ ਜਾਣੀ ਆ ਭਾਈ ਇਸੇ ਮਹੀਨੇ ਦੇ ਆਖਰੀ ਹਫ਼ਤੇ ਦੇ ਵਿੱਚ, ਸੋਨੀ ਬਲ ਵਿਛੌੜੀ ਮਿੰਦਰੀ ਵਿਛੌੜੀ ਸਪੁੱਤਰ ਬਲਵੀਰ ਸਿੰਘ ਜੀ, ਪੋਤਰੀ ਸਰਦਾਰ ਧੰਨਾ ਸਿੰਘ ਜੀ ਬਦੌਸ਼ੀ। ਬਹੁਤ ਜਲਦੀ ਇੱਧਰੋਂ ਉਹ ਖੇਡ ਦਾ ਵੀ ਐਲਾਨ ਹੋ ਜਾਣਾ ਹੈ, ਉੱਥੇ ਵੀ ਬਹੁਤ ਵੱਡਾ ਖੇਡ ਮੇਲਾ ਮਿੱਤਰ ਹੋਣਾ ਹੈ। ਆ ਗਈ ਭਾਈ ਨੇੜੇ ਹੋ ਜਾਓ, ਉਹ ਕਾਕੇ ਬਾਲ ਮੁੜ ਜਾਏਗਾ, ਸੱਟ ਨਾ ਵੱਜੇ ਪੁੱਤ, ਇੱਧਰ ਸੱਟ ਨਾ ਮਾਰੇ, ਬਾਲ ਨਿਕਾਲ ਦੇ, ਬਾਲ ਤਾਂ ਨਹੀਂ ਪਤਾ ਉਹਨਾਂ ਮੁੜਿਆ ਕਰਦੇ। ਚੌਵੀ ਉਣੱਤਰ ਦਾ ਸਮਾਂ ਜੀ, ਤਰਲੋਚਰ ਸਿੰਘ ਪੰਡੀ ਪਿੰਡ ਕਾਈਨੌਰ, ਪਿਆਰ ਚ ਪੰਡੀ ਕਹਿੰਦੇ ਨਾ ਤਰਲੋਚਨ ਹੈ। ਉਣੱਤਰ ਤਰਲੋਚਰ ਸਿੰਘ ਪੰਡੀ ਜੋੜੋ ਮੇਰਾ ਵੀਰ ਜੋੜੋ, ਉਹ ਬਟਵਾਲੀ ਵਾਲਾ ਜਵਾਨ ਨਾ 100 ਰੁਪਇਆ ਲੈ ਜਾ ਆਪਣਾ, ਬਟਵਾਲੀ ਵਾਲਾ ਜਵਾਨ ਜਿਹਨੇ ਕਟਵਾਨੀ ਕਰੀ ਹੈ ਉਹ ਆਪਣਾ 100 ਰੁਪਇਆ ਲਵੇ ਮੇਰੇ ਤੋਂ ਆ ਕੇ। ਬਟਵਾਲੀ 5 ਤਰੀਕ ਨੂੰ ਇੱਧਰ ਨਾਗਰੇ ਬੋਰਡ ਭੱਜਣੇ ਆ ਜੀ, ਪਹਿਲਾ ਨਾਮ ਟਰੈਕਟਰ ਹੈ। 5 ਤਰੀਕ ਨੂੰ ਪਿੰਡ ਤਮੋਟ ਖੀਰੇ ਤੋਂ ਕੇ ਬੱਚੇ ਭੱਜਣਗੇ ਜੀ, 6 ਨੂੰ ਪਹਿਲਾਂ ਖੱਚਰ ਰੇੜੇ ਉਹਦੇ ਨਾਲ ਹੀ ਬੋਰਡ ਭੱਜਣਗੇ, ਤਿਆਰੀ ਹੈ ਭਾਈ। ਆ ਗਈ ਭਾਈ ਗੁਰਜੰਟ ਸਿੰਘ ਯੂਐਸਏ ਲਾਹੌਰ,
23-97 ਦਾ ਸਮਾਂ ਵੀ 23-97 ਗੁਰਜਨ ਸਿੰਘ ਲਾਲ ਯੂਐਸਏ ਰਾਜੂ ਗੁੱਜਰਵਾਲ ਇਟਲੀ ਇਹ ਗੁਰਜਨ ਸਿੰਘ ਲਹਿਰ ਯੂਐਸਏ ਰਾਜੂ ਗੁੱਜਰਵਾਲ ਇਟਲੀ ਸਤਿ ਸ਼੍ਰੀ ਅਕਾਲ ਵਾਹ ਗੋਲੀ ਕੀ ਹਾਲ ਹੈ ਗੋਲੀ ਪੂਦਨ ਵਾਹ ਸ਼ੇਰਾਨੀ ਸਾਹ ਤੇਰੀਆਂ ਆਈ ਟੀ ਓ ਪ੍ਰਵਿੰਦਰ ਸਿੰਘ ਪੂਦਨ ਫੌਜੀ ਪੂਦਨ ਮਾਨੇ ਖਾਂ ਪੂਦਨ ਮਤਲਬ ਬਹੁਤ ਪੂਦਨ ਦੇ ਵੀ ਬਹੁਤ ਪਾਦੇ ਤਿਆਰੀ ਆ ਜੀ ਤਿਆਰੀ ਆ ਭਾਈ ਆ ਗਈ ਭਾਈ ਕਿੱਥੇ ਨੇ ਬੰਦੇ ਹੋਈ ਜਾਂਦੇ ਬਹੁਤ ਕਿੱਥੇ ਤੱਕ ਕੰਮ ਰਾਤ ਆ ਚੌਵੀ 80 ਦਾ ਸਮਾਂ ਜੀ ਸਰਪੰਚ ਨੇਤਰ ਸਿੰਘ ਬਾਜਰੀ ਉਹ ਬਾਈ ਜੀ ਉਹ ਤੁਸੀਂ ਦੋਵੇਂ ਤੁਰੇ ਉਹਨੇ ਕਿੱਡਾ ਧੱਕਾ ਮਰਾਤਾ ਬੁੜਦਾ ਉਹਨੂੰ ਯਾਰ ਤੁਸੀਂ ਕਬੂਰਾ ਹੋ ਕੇ ਖੜ ਗਏ ਕਿੱਥੇ ਬੋਲਣੇ ਹੇਲਣੇ ਚੱਕ ਕੇ ਉੱਪਰ ਬੋਲ ਕਿੱਥੇ ਮਾਰਿਆ ਦਾਰਾ ਸਿੰਘ ਮਾਜਰੀ ਸਰਪੰਚ ਨੇਤਰ ਸਿੰਘ ਮਾਜਰੀ ਜੱਸਾ ਮਾਜਰੀ ਸਰਦਾਰ ਮਨਜੀਤ ਸਿੰਘ ਸਾਂਤਪੁਰ ਰੋਡਾ ਕਾਈਨਾ ਬੈਲੀ ਢੋਲਣ ਮਾਜਰਾ ਹਾਨੀ ਬੜੋਲੀ ਇਹਨਾਂ ਦਾ ਦੂਜਾ ਨੰਬਰ ਬਣਦਾ ਜੀ ਪਹਿਲਾ ਨੰਬਰ ਬਣਦਾ ਜੀਵਰ ਸਿੰਘ ਜੀ ਜਰਨਾਲੀ ਹਾਂ ਬਈ ਸਰਬਜੀਤ ਸਿੰਘ ਸਰਪੰਚ ਸਾਹਿਬ ਮੇਰੇ ਆਪ ਧਿਆਨ ਆਉਂਦਾ ਮੈਂ ਕਿਤੇ ਮੈਂ ਭੁਲੇਖਿਆ ਹੀ ਨਾ ਖਾਜਮਾ ਸਰਬਜੀਤ ਸਿੰਘ ਉਹ ਪਰਲੇ ਰਾਜ ਭਜਾਏ ਤੇ ਪਰੇ ਮੇਰੇ ਆਦ ਹੈ ਇੱਕ ਬਾਈ ਸਰਜੀਤ ਸਿੰਘ ਦੇ ਨਾਲ ਸਾਡੇ ਗੁੱਸਾ ਪਾਇਆ ਤਾ ਉਹਨਾਂ ਨੇ ਉਹ ਪੰਚ ਤੇ ਇਹ ਸਰਪੰਚ ਤੇ ਧੰਨਵਾਦ ਇਹਨਾਂ ਦਾ ਸਰਦਾਰ ਸਰਬਜੀਤ ਸਿੰਘ ਜੀ ਸਰਪੰਚ ਸਾਹਿਬ ਕੜੂਆ ਸਪੈਸ਼ਲ ਨਾਮ ਦੇ ਕੇ ਮੇਲੇ ਚ ਮੇਰਾ ਮਾਣ ਕਰਦੇ ਮੈਂ ਧੰਨਵਾਦ ਕਰਦੇ ਸਰਪੰਚ ਸਰਦਾਰ ਸਰਬਜੀਤ ਸਿੰਘ ਕੜੂਆ ਇਹ ਪਿੰਡ ਹੈ ਕੜੂ ਸਤਿ ਸ਼੍ਰੀ ਅਕਾਲ ਪੁੱਤਰਾ ਕਿਆ ਹਾਲ ਹੈ ਹਾਂਜੀ ਇਹ ਪਿੰਡ ਹੈ ਕੜੂਆ ਮਸ਼ਹੂਰ ਪਿੰਡ ਮਿੱਤਰੋ ਧੰਨ ਧੰਨ ਕਰਾਈ ਪਈ ਹੈ ਮੇਰੇ ਵੀਰਾਂ ਨੇ ਪਹਿਲਾ ਨਾਮ ਜੀ 21,000 ਰੁਪਏ ਦਾ ਸਨੀ ਵੱਲੋਂ ਹੈ ਦੂਜਾ ਨਾਮ ਕਲਵਿੰਦਰ ਵੱਲੋਂ ਹੈ ਜੀ ਪਹਿਲਾ ਸਨੀ ਵੱਲੋਂ ਹੈ ਜੀ 21,000 ਰੁਪਇਆ ਦੂਜਾ ਕੁਲਵਿੰਦਰ ਸਿੰਘ ਜੀ ਢਿੱਲੋਂ ਵੱਲੋਂ ਹੈ 15,000 ਰੁਪਇਆ ਤੀਆ ਭਾਈ ਬੱਲਾ ਬੀਬੀਪੁਰ ਵੱਲੋਂ ਹੈ ਜੀ 11,000 ਰੁਪਇਆ ਇਹ 20 ਨਾਮ ਨਗਦ ਹੋਣਗੇ 21 ਜੋੜੀਆਂ ਨੂੰ ਗਾਹਾਂ ਝੁੱਲ ਹੋਣਗੇ ਆ 41 ਤੁਹਾਨੂੰ 24 ਜਾਂ 70 ਨਾਲ ਦੱਸਿਆ ਤਾ ਪਰ ਕਈ ਟੁੱਟ ਗਏ ਟਾਈਮ ਜਾਂ ਤੇ ਕਈ ਟੁੱਟ ਗਏ ਹਾਂਜੀ ਤਿਆਰੀ ਆ ਜੀ ਬਾਹਰ ਰੌਣਕ ਦੋ ਕੜੀਆਂ ਸਿਰਫ ਦੋ ਕੜੀਆਂ ਬਾਕੀ ਹੋਰ ਮਿੱਤਰੋ ਇਹ ਰੌਣਕ ਦੋ ਕੜੀਆਂ ਜਾਣਾ ਵਿਛੜ ਭਰਾਵੋ ਮੇਲਾ ਮਿੱਤਰੋ ਮੇਲਾ ਵਿਛੜਨਾ ਹੁਣ ਜੀ ਨਹੀਂ ਕਰਦਾ ਕੱਟ ਕੇ ਲਿਆਂਦਾ ਪਰਦਾ ਰੰਗਲੀ ਦੁਨੀਆਂ ਤੇ ਲੋਕੋ ਜੀ ਨਹੀਂ ਜਾਣ ਨੂੰ ਕਰਦਾ ਇਹ ਰੰਗਲੀ ਦੁਨੀਆਂ ਹੈ ਇਹ ਰੌਣਕ ਦੋ ਕੜੀਆਂ ਜਾਣਾ ਵਿਛੜ ਭਰਾਵੋ ਮੇਲਾ ਆ ਗਈ ਭਾਈ ਸਰਸੋਂ ਦੇ ਫੁੱਲਾਂ ਤੇ ਲੱਗ ਜੂ ਮੌਸ ਮੌਸਮੀ ਤੇਲਾ ਇਹ ਰੌਣਕ ਦੋ ਕੜੀਆਂ ਜਾਣਾ ਵਿਛੜ ਭਰਾਵੋ ਮੇਲਾ ਇਹ
ਬੁੱਗੇ ਦੀ ਸਾਰੀ ਝੰਡੀ ਦੀ ਬੜੀ ਤਰੀਫ ਕਰੀ ਲੋਕਾਂ ਨੇ ਤੇ ਵੀ ਬਾਹਰ ਦੇ ਫੋਨ ਆਏ ਸਾਰੇ ਨਾਲ ਜਾਣ ਹੈ ਚੌਵੀ ਹਾਟ ਮੈਂ ਸਾਰੇ ਨਗਰ ਦਾ ਹੀ ਧੰਨਵਾਦ ਕਰਦਾ ਆਪਦੀ ਪਾਰਟੀ ਵੱਲੋਂ ਨਗਰ ਘੜੂਏ ਦਾ ਇਲਾਕਾ ਨਿਵਾਸੀ ਵੀਰਾਂ ਦਾ ਵੈਦ ਲਾਗ ਵੀਰਾਂ ਦਾ ਗੜਵਾਲ ਵੀਰਾਂ ਦਾ ਧੰਨਵਾਦ ਕਰਦਾ ਭੁੱਲ ਚੁੱਕ ਕਰਿਓ ਮਾਫ ਇਹਦੇ ਨਾਲ ਖੇਡ ਮੇਲਾ ਸਮਾਪਤ ਹੈ ਵਾਹਿਗੁਰੂ ਜੀ ਕਾ ਖਾਲਸਾ ਰਿੰਪੀ ਗੜੂਆ ਵਾਈ ਵੱਲ ਹੈ ਰਿੰਪੀ ਨਹੀਂ ਰਿਸਾ ਸੂਰਮਿਆਂ ਸਪੈਸ਼ਲ ਨਾਮ ਦੇ ਕੇ ਧੰਨਵਾਦ ਕਰਦਾ ਪਰਚੀਆਂ ਤੂੰ ਇੱਥੋਂ ਲੈਣੀਆਂ ਇਨਾਮ ਸਟੇਡੀਅਮ ਚ ਮਿਲਣੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਬਾਈ ਘੱਟ ਸਮੇਂ ਵਾਲੇ ਗਗਨ ਵੱਲੋਂ ਵੀ ਸਪੈਸ਼ਲ ਨਾਮ ਹੈ ਜੀ ਮੈਨੂੰ ਮੈਂ ਗਗਨ ਦਾ ਵੀ ਧੰਨਵਾਦ ਕਰਦਾ ਘੱਟ ਸਮਾਂ ਕਿਹਦਾ ਬਾਈ ਦੇਖੋ ਜੀ ਘੱਟ ਸਮਾਂ ਆ ਖੜੇ ਦੇਖੋ ਜਨਾਲੀ ਵਾਲੇ ਹਾਂਜੀ ਲਓ ਜੀ ਬਿੰਦਰ ਕਾਲੀ 100 ਰੁਪਿਆ ਬੁਲਾਣਾ ਬਿੰਦਰ ਕਾਲੀ ਬੁਲਾਣਾ ਵੀ 100 ਰੁਪਿਆ ਦਿੰਦੇ ਭਾਈ ਧੰਨਵਾਦ ਕਰਦੇ ਬਿੰਦਰ ਕਾਲੀ ਸਮਾਣਾ ਗੋਰਖਾ ਕਿਤੇ ਨੀ ਜਾਂਦਾ ਗੋਰਖਾ ਦਾ ਫੇਰ ਬੁਲਾ ਲਾਂਗੇ ਗੋਰਖਾ ਸਾਡਾ ਭਾਣਜਾ ਬਾਈ ਸਟੇਡੀਅਮ ਦੇ ਫਸਵੇ ਮੈਚ ਨਾਲੇ ਮੈਚ ਦੇਖੋ ਨਾਲੇ ਨਾਮ ਲਿਓ ਪਰਚੀਆਂ ਆ ਜਾਣ ਦਿਓ ਜੀ ਪਰਚੀਆਂ ਲੈ ਜਾਓ ਆਪਣੀਆਂ ਉਹਨੇ ਥੋੜਾ ਰਿਜ਼ਲਟ ਤਿਆਰ ਕਰਕੇ ਪਰਚੀਆਂ ਦੇ ਦੇਣੀਆਂ ਲਿਆਓ ਪਰਚੀਆਂ ਪੱਜ ਕੇ ਲਿਆ ਮੁੰਡਿਆਂ ਪਰਚੀਆਂ ਹਿੰਮਤ ਨਾਲ ਲਿਆ ਕਰੋ ਪਹਿਲਾ ਨਾਮ ਹੈ ਜੀ ਸਰਦਾਰ ਜੀਵਨ ਸਿੰਘ ਪਿੰਡ ਜੰਡਾਲੀ ਖੁਰਦ ਸਰਦਾਰ ਰਮਨਾ ਸਰਦਾਰ ਕੁਲਦੀਪ ਸਿੰਘ ਸੁਪੱਤਰ ਨਿਰਮਲ ਸਿੰਘ ਜੀ ਗੁਰਸਰ ਕੌਂਕੇ 20-94 ਦੂਜਾ ਨਾਮ ਹੈ ਜੀ ਧਨੋਆ ਗਰੁੱਪ ਬੀ ਹਨੀ ਬਡੌਲੀ ਰੋਡਾ ਕਾਈਨਾ ਔਰ ਮਨਜੀਤ ਸਿੰਘ ਸਾਂਤਪੁਰ ਬੈਲੀ ਢੋਲਣ ਮਾਜਰਾ ਵੀਡੋ ਛਪਾਰ 21-31 ਤੀਜਾ ਨਾਮ ਹੈ ਸਰਦਾਰ ਦੀਪਾ ਕਾਲੋ USA ਧਨੋਆ ਗਰੁੱਪ ਘੜੂਆ ਬੋਰਡ ਭਾਈ ਜਿਹੜੇ ਮੈਂ ਪਹਿਲਾਂ ਗੱਲ ਕਰੀ 21-34 ਤੀਜਾ ਨਾਮ ਚੌਥਾ ਨਾਮ ਹੈ SDO ਬਲਵਿੰਦਰ ਸਿੰਘ ਪੂਦਨ ਗੋਲਡੀ ਪੂਦਨ ਟਾਈਮ 21 ਨਾਲ ਭਾਈ ਵੀਡੋ ਵੀਡੋ ਛਪਾਰ ਜੀ 21-48 ਲਓ ਜੀ ਚੌਥਾ ਨਾਮ ਪੰਜਵਾਂ ਨਾਮ ਉਹ ਛਿਪੜਦੇ ਪੈ ਕੌਣ ਲੈ ਗਿਆ ਗੋਰਖਾ ਲੈ ਗਿਆ ਭਾਈ ਪੰਜਵਾਂ ਨਾਮ ਹੈ ਜਸਕਰਨ ਸਿੰਘ ਸ਼ਰਪ੍ਰੀਤ ਸਿੰਘ ਕੁਹਾੜਾ 21-50 ਛੇਵਾਂ ਨਾਮ ਹੈ ਜੀ ਜਸਵੀਰ ਸਿੰਘ ਜੱਸਾ ਵਿਦੇਸ਼ ਘਰਾਂ ਸੀਤਲ ਸਿੰਘ ਗਰਚਾ ਦੁਆਬਾ 21-53 ਸੱਤਵਾਂ ਨਾਮ ਹੈ ਸਰਪੰਚ ਜਸਵੰਤ ਸਿੰਘ ਧੌਲ ਖੁਰਦ 21-57 ਜਸਵੰਤ ਸਿੰਘ ਧੌਲ ਖੁਰਦ 21-57 ਜੀ ਸੱਤਵਾਂ ਨਾਮ ਅੱਠਵਾਂ ਨਾਮ ਹੈ ਮਨਜੀਤ ਸਿੰਘ ਜਰਗੜੀ 21-59 ਬਈ ਨੌਵਾਂ ਨਾਮ ਹੈ ਜੀ ਹਰਸ਼ ਮੁੰਡੀਆਂ 21-62 ਉਹ ਲਿਆ ਪਰਚੀਆਂ ਮੁੰਡਿਆਂ ਪਰਚੀਆਂ ਕਹਿੰਦੇ ਨੀ ਹੁਣ ਤੱਕ ਕਿੱਥੇ ਤੂੰ ਸ਼ੇਰਾ ਤੂੰ ਸਭ ਤੋਂ ਪਿਛਾਉ ਨਾ ਭੱਜਿਆ ਹੈ ਦੁਨੀਆਂ ਘਰ ਚਲੇ ਗਏ ਹਾਲੇ ਪਿਛਾ ਫਿਰਦਾ ਤੂੰ ਹੈ ਔਰ ਰਿਜ਼ਲਟ ਬੋਲਣਾ ਕਿ ਤੁਸੀਂ ਪਰਚੀਆਂ ਹੁਣ ਤੱਕ ਨੀ ਪਜਾਈਆਂ ਹਰਸ਼ ਮੁੰਡੀਆਂ ਸੁੱਖਾ ਮੁੰਡੀਆਂ
ਹੈਪੀ ਮੁੰਡੀਆਂ 21-62 ਪਾਈ ਨਵਾਂ ਨਾਲ ਇਹਨਾਂ ਨਾਲ ਛੇਰਾ ਚਰਵਾਲ ਗੋਲਡੀ ਸਦਾਉਣ ਪਿੰਦਰ ਸਦਾਉਣ ਦਸਵਾਂ ਨਾਮ ਹੈ ਜੀ ਪ੍ਰੀਤਮ ਸਿੰਘ ਸਰਪੰਚ ਵਿਦੇਸ਼ ਕਲਾ ਸੁਖਦੇਵ ਸਿੰਘ ਬਲਾਣਾ ਟਾਈਮ 21:69 ਲੋਕ ਭਾਈ ਆ ਲਿਖ ਲਿਆ ਤੂੰ ਇੰਨੀ ਕਿਆ ਕਰਨ ਲੱਗ ਗਿਆ ਉੱਥੇ ਪਹਿਲਾਂ ਇੰਨੇ ਪੱਕਾ ਲੋਕ ਜਿਹੜੇ ਵਿੱਚ ਨਾ ਆ ਜਾਵੇ ਲਿਖ ਲਓ ਪਹਿਲਾਂ ਪਰਚੀਆਂ ਬਣਾਓ ਪਹਿਲਾਂ ਉੱਥੇ ਵਿੱਚ ਲਾ ਲਓ ਫੇਰ ਬਾਲੋ ਪੈਸਾ ਲਾਓ ਨਹੀਂ 83-78 ਇੱਥੇ ਲਾਓ ਪਾਪਾ ਬਾਈ ਸਾਰੀਆਂ ਨੂੰ ਪਾ ਕੇ ਦੇਖੋ ਜਿਹੜੀ 21-22 ਹੋਣੀ 24 ਤੱਕ ਪਾਓ 11ਵਾਂ ਨਾਮ ਹੈ ਸੁੱਕਾ ਮੁੰਡੀਆਂ ਹਰਸ਼ ਮੁੰਡੀਆਂ ਐਪੀ ਮੁੰਡੀਆਂ 21-77 ਜੀ 11ਵਾਂ ਨਾਮ 12ਵਾਂ ਵੀ ਹਰਸ਼ ਮੁੰਡੀਆਂ ਐਪੀ ਮੁੰਡੀਆਂ ਸੁੱਕਾ ਮੁੰਡੀਆਂ 21-78 12ਵਾਂ ਵੀ ਬਈ ਅੱਜ ਤੇਜੀ ਬਾਬਰਪੁਰ ਦਾ ਆਪਣੀ ਖੇਡ ਚ ਮਾਨ ਸਨਮਾਨ ਵੀ ਆਉਣਾ ਤੇਜੀ ਬਾਬਰਪੁਰ ਤੇਰਵਾਂ ਨਾਮ ਹੈ ਜੀ ਮਨਿੰਦਰ ਸਿੰਘ ਮਾਵੀ ਪਿੰਡ ਬਡਵਾਲੀ 21-83 ਤੇਰਵਾਂ ਨਾਮ ਚੌਦਵਾਂ ਨਾਮ ਹੈ ਜੀ ਬੁੱਗਾ ਚੈੜੀਆਂ ਕੁਲਵੰਤ ਸਿੰਘ ਇਟਲੀ ਢੋਲਣ ਮਾਜਰਾ ਇਹ ਨੱਥ ਫਤਲ ਹੀ ਬੱਚਾ ਭੱਜ ਗਿਆ ਥੋੜ੍ਹਾ ਢੋਲਣ ਮਾਜਰੇ ਦਾ ਖਿਆਲ ਨਹੀਂ ਕਰਿਆ ਤੁਸੀਂ ਟਾਈਮ 21-96 ਚੌਵੀ ਇਹ ਠਹਿਣੇ ਆ ਜੀ 14-15 ਪਾਈ ਐਂ ਕਰਨੇ ਐਂ ਪਾਉਣਾ ਕਿਹਦੇ 14 ਉਹਦੇ ਵੀ ਪਾਉਣਾ ਤਾਂ ਪਲੱਸ 15 ਇਹਦਾ ਵੀ 14ਵਾਂ ਹੀ ਬਣਦਾ ਜੀ ਬਲਜਿੰਦਰ ਸਿੰਘ ਦਿਆਲਪੁਰਾ 21-96 ਬਲਜਿੰਦਰ ਸਿੰਘ ਦਿਆਲਪੁਰਾ 21-96 ਬਲਜਿੰਦਰ ਸਿੰਘ ਦਿਆਲਪੁਰਾ ਸਤਿ ਕੀ ਹਾਲ ਹੈ ਮੈਂ ਧਰਮਾਦੀਆਂ ਸਰਦਾਰ ਕਿੰਦਰ ਮਡੋਲੀ ਸੁੱਖਾ ਜੰਡਪੁਰ ਛੋਟਾ ਸਗਰੋੜਾ ਕੇਂਦਰ ਮਡੋਲੀ ਹਾਨੀ ਮਡੋਲੀ ਅਰੋੜਾ ਕਾਈਨੌਰ ਮਨਜੀਤ ਸਿੰਘ ਸੰਤਪੁਰ ਧੰਨਵਾਦ ਜੀ ਬੜੀ ਮਿਹਰਬਾਨੀ ਗੋਰਖਾ ਦਾ ਭਾਈ ਉਹ ਤੂੰ ਉੱਥੇ ਕੀ ਕਰਨ ਲੱਗ ਗਿਆ ਤੂੰ ਤਾਂ ਸਭ ਤੋਂ ਪਿਛਾ ਚੋਦਿਆ ਨਾਲ ਦਾ ਹੋਇਆ ਹੈ ਰਾਜਾ ਤਾਂ ਧਾਰਾ ਨਹੀਂ ਲੱਗ ਤੂੰ ਆਪਣਾ ਭੈਣ ਚੋਦ ਇੱਥੇ ਜੱਟ ਬਣਾਈ ਦਾ ਉੱਥੇ ਤੂੰ ਖੜੇ ਰਹਿੰਦੇ ਤੁਸੀਂ ਤੂੰ ਵੀ ਇਹੀ ਹੈ ਤੂੰ ਕਿਹੜੇ ਭੈਣ ਚੋਦ ਜਦੇ ਆ ਜਾਂਦੇ ਮਨਪ੍ਰੀਤ ਲਓ ਜੀ ਪਹਿਲਾ ਨਾਮ ਜਿਹੜਾ ਅੱਜ ਦੇਣਾ ਹੈ ਸਨੀ ਮਨਪ੍ਰੀਤ ਸਨੀ ਮਨਦੀਪ ਸਿੰਘ ਬਰਵਾਲਾ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਮਨਦੀਪ ਸਿੰਘ ਬਰਵਾਲਾ ਸਾਰਾ ਹੀ ਰੋਕਣਾ ਪੈ ਗਿਆ ਕੰਮ ਜਿਹਦੇ ਪਰਚੀਆਂ ਜਿਹਨੇ ਜਦੇ ਹੋ ਜਾਣਾ ਤਾਂ ਝੰਡੀ ਵਾਲਾ ਆਵੇ ਨਾ ਆਵੇ ਤੁਸੀਂ ਝੰਡੀ ਨਾਲ ਬੰਨੇ ਹੋਏ ਪਰਚੀਆਂ ਭਰੋ ਭੱਜਿਆ ਸੋਲਵਾਂ ਨੰਬਰ ਹੈ ਸੁਖਪ੍ਰੀਤ ਜਰਗੜੀ 22-07
16ਵਾਂ ਨੰਬਰ ਸੁਖਪ੍ਰੀਤ ਜਰਗੜੀ 2207 17ਵਾਂ ਨੰਬਰ ਹੈ ਜੀ ਥੋੜੀ ਤੇਜ਼ੀ ਕਰ ਲਓ ਜੀ ਸਰਬਣ ਸਿੰਘ ਢਿੱਲੋਂ ਪੰਜਣਾ 22 ਸਰਬਣ ਸਿੰਘ ਢਿੱਲੋਂ 22 ਲੈ ਭਾਈ 17ਵਾਂ ਨਾਮ 18ਵਾਂ ਨਾਮ ਹੈ ਸਰਪੰਚ ਹਰਨੇਕ ਸਿੰਘ ਬਗਨੀ ਕਲਾਂ 22 ਸਰਪੰਚ ਹਰਨੇਕ ਸਿੰਘ ਬਗਨੀ ਕਲਾਂ 22 18ਵਾਂ ਨਾਮ 19ਵਾਂ ਨਾਮ ਹੈ ਸੁੱਕਾ ਚੂੜ ਚੱਕ ਜੱਸਾ ਟੱਪਰੀਆਂ 2439 19ਵਾਂ ਨਾਮ ਉਹ ਕੋਈ ਨੀ ਫਿਰ ਆਜੂਗੀ ਤੇਰੀ ਵੀ ਦੇਖੋ ਪਹਿਲਾਂ ਚੈੱਕ ਕਰੋ ਕਰ ਦੇਖੋ ਤੁਹਾਡੇ ਕੋਲ ਪਰਚੀ ਉਹ ਤੁਸੀਂ ਚੈੱਕ ਕਰ ਵੀ ਦੇਖ ਕਾਪੀ ਦੇਖੋ ਰਿਜ਼ਲਟ ਚਲੋ ਪਰੇਡ ਪਰਾ ਕਰ ਰਹੀ ਨੂੰ ਚਲੋ ਉਨੀਵਾਂ ਨਾਮ ਹੈ ਸੁੱਕਾ ਚੋੜ ਚੱਕ ਜੱਸਾ ਟੱਪਰੀਆਂ 22 39 ਕੋਈ ਨੀ ਦੋ ਲਾ ਲਓ ਤੂੰ ਤਾਂ ਬੂਹੇ ਠੋਕਦਾ ਗੱਲ ਵੀਹਵਾਂ ਨਾਮ ਹੈ ਜੀ ਦਲਜੀਤ ਸਿੰਘ ਘੜੂਆ ਗੁਰੀ ਬਬਨਾੜਾ 22 41 ਲੈ ਭਾਈ ਗੁਰਮੇਲ ਸਿੰਘ ਬਾਲਸੰਡਾ 20ਵਾਂ ਨਾਮ ਹੈ ਜੀ 22 41 22ਵਾਂ ਨਾਮ ਜੀਤੀ ਘੜੂਆ ਕਲਵੀਰ ਸਿੰਘ ਖਾਨਪੁਰ 22 53 22ਵਾਂ ਨਾਮ ਜੀ 22 23 ਇੱਥੇ ਚੱਲੇ ਆ ਕੋਈ ਨੀ ਉੱਥੇ ਤੇ ਬੋਲ ਦਾਂਗੇ ਤੁਸੀਂ ਕਰੀ ਜਾਓ ਕੋਈ ਹਰਸ਼ ਮੁੰਡੀਆ ਸੀ 22 53 ਹਰਸ਼ ਮੁੰਡੀਆ ਸੀ 22 53 ਤੇ 22ਵਾਂ ਨਾਮ 24ਵਾਂ ਨਾਮ ਦਰਸ਼ਨ ਸਿੰਘ ਹੰਸਰੋਂ ਦੁਆਬਾ 22 56 24ਵਾਂ ਨਾਮ ਲੈ ਭਾਈ ਦੇਵ ਤਲੇਰ ਕਲਾਂ ਸਖਦੇਵ ਸਿੰਘ ਸਦੌੜ 22 56 ਸਦੌੜ ਬਈ ਛੱਬੀਵਾਂ ਨਾਮ ਹੈ ਜੱਸਾ ਹੇੜੀਆਂ 22 59 ਜੱਸਾ ਹੇੜੀਆਂ 22 59 ਸਤਾਈਵਾਂ ਨਾਮ ਹੈ ਬਲਵਿੰਦਰ ਸਿੰਘ ਐਡੀਓ ਬਲਵਿੰਦਰ ਸਿੰਘ ਭੂਦਨ ਗੋਲਡੀ ਲੰਡਾ 22 72 ਬਈ ਲਿਖਿਆ ਨੀ ਹੋਇਆ ਚਲੋ ਰਣਧੀਰ ਸਿੰਘ ਲੰਡਾ ਕੋਈ ਨੀ ਚਲੋ 28ਵਾਂ ਨਾਮ ਅਰਸ਼ਵੀਰ ਰੁੜਕੀ ਬਚਨ ਸਿੰਘ ਭੂਲੜੇ 22 75 ਜੀ 28ਵਾਂ ਨਾਮ ਆਹ ਫਲ ਹੁਣ 29ਵਾਂ ਨਾਮ ਹੈ ਸਤਨਾਮ ਸਿੰਘ ਸਿੰਧਵਾ 22 91 ਸਤਨਾਮ ਸਿੰਘ ਸਿੰਧਵਾ 22 91 29ਵਾਂ ਨਾਮ 30ਵਾਂ ਨਾਮ ਹੈ ਜੀ ਬਿੱਲੂ ਸਿੰਘ ਗੁਰਪ੍ਰੀਤ ਸਿੰਘ ਸਿੰਘਪੁਰਾ 22 94 31ਵਾਂ ਨਾਮ ਦਰਸ਼ਨ ਸਿੰਘ ਹੰਸਰੋਂ 20 22 95 32ਵਾਂ ਨਾਮ ਹੈ ਜੀ ਹਰਨੇਕ ਸਿੰਘ ਮੌਲੀ 23 1 ਹਰਨੇਕ ਸਿੰਘ ਜੀ ਮੌਲੀ ਆਪਦੇ ਗੁਣਵਾਨ ਤੇਜੀ ਨੂੰ
ਇੱਧਰ ਦੇਖੋ ਨਾ ਇੱਧਰ ਜਿਹੜੇ ਕਹਿੰਦੇ ਚੈੱਕ ਕਰੋ ਠੀਕ ਲੱਗਿਆ ਕਿ ਨਹੀਂ ਲੱਗਿਆ ਨਾ ਪੁੱਛੋ ਕਿਸੇ ਨੂੰ ਤਾਂ ਨਾ ਪੜ੍ਹੀ ਦਾ ਪਰਚੀ ਕੱਢੋ ਹਰੇਕ ਸਿੰਘ ਮੌਲੀ ਦਾ ਉੱਪਰ ਠੀਕ ਕਰ ਲੋ ਲੋ ਠੀਕ ਕਰੋ ਕੱਟ ਕੇ ਪਿਛਾ ਤੇ ਪਰਚੀ ਕੋ ਕੱਢ ਕੇ ਦੇ ਦੋ ਪੁੱਠੀ ਭਰ ਕੇ ਪੁੱਠੀ ਪਰਚੀ ਕਰ ਲਈ ਪਿਛਾ ਲਿਖ ਲੋ ਲਿਖ ਲੋ ਕੱਟ ਕੇ ਇਹਨਾਂ ਦਾ ਵੀ ਦੇਖ ਲੋ ਕੋਈ ਨੀ ਮੂਹਰਾ ਲਿਖ ਲਾਂਗੇ ਇਹਦੇ ਟਾਈਮ ਪਾਓ ਜਾਂ ਕਿੰਨਾ ਬਣਦਾ ਲਿਖਾਓ ਲਿਖ ਲਿਆ ਨਾ ਉਹਨਾਂ ਦਾ ਉੱਥੇ ਪੁੱਛੋ ਕਿਆ ਨਾਮ ਆ ਬੱਤੀਵਾਂ ਨਾਮ ਦੇਖ ਵੀਰ ਪਹਿਲਾਂ ਬੱਤੀਵਾਂ ਕਲੀਅਰ ਕਰ ਰਿਹਾ ਬੱਤੀਵਾਂ ਨਹੀਂ ਨਾ ਹਾਂ ਇਹ ਹੋ ਗਿਆ ਜੀ ਹਾਂਜੀ ਦਵਿੰਦਰ ਸਿੰਘ ਪੁਰੜੇ ਬੱਤੀਵਾਂ ਨਾਮ 2298 ਚੌਵੀ ਕੁਛ ਤੱਕ ਲਓ ਭਾਈ 33 ਹਰਨੇਕ ਸਿੰਘ ਮੌਲੀ ਲੈ ਭਾਈ 23 34ਵਾਂ ਨਾਮ ਹੈ ਜੀ ਗੁਰਵੰਤ ਸਿੰਘ ਚਨਾਰਤਲ ਖੁਰਦ 23-2 35ਵਾਂ ਨਾਮ ਹੈ ਜੀ ਕਮਲ ਅਰੋੜਾ ਜੋਤ ਅਰੋੜਾ 23-4 ਪਰਚੀ ਦਿਓ ਬਈ ਅਰੋੜੇ ਵਾਲੇ ਪਰਚੀ ਜੇ ਲੈਣੀ ਹੈ ਪਰਚੀ ਆਪਣਾ 100 ਰੁਪਿਆ ਦਿਓ ਅਰੋੜੇ ਵਾਲੇ ਪਹਿਲਾਂ 100 ਰੁਪਿਆ ਜਮਾਂ ਕਰਾਓ ਆਪਣਾ ਤੁਹਾਡੀ ਐਂਟਰੀ ਨਹੀਂ ਆਈ 500 ਦੇ ਝੋਲ ਲੈ ਭਾਈ 100 ਰੁਪਿਆ ਦਾ ਲੈਣਾ ਲਓ ਬਈ ਆਹ 100 ਰੁਪਿਆ ਲਓ ਕੀ ਕੋਲ ਐਂਟਰੀ ਆ ਲਓ 23-6 ਦਾ ਸਮਾਂ ਜੀ 36ਵਾਂ ਨਾਮ ਗੁਰਪ੍ਰੀਤ ਅਨੰਦਪੁਰ 23-6 ਲੈ ਬੋਲੇ ਸੈਂਤੀ ਸਨੀ ਮੱਲਾ ਵੇਦੀਆਂ 23-19 37 ਸਨੀ ਮੱਲਾ ਵੇਦੀਆਂ 23-19 38 ਸਰਦਾਰ ਚਰਨ ਸਿੰਘ ਜੀ ਗਿੱਲ ਗਿੱਲਾਂ 23-46 ਸਤਿ ਸ੍ਰੀ ਅਕਾਲ ਇਹ ਪਰਚੀਆਂ ਲੈ ਲਓ ਆਪਣੀਆਂ ਭਾਈ ਜੀਤੀ ਗਣੂਆ ਕੁਲਵੀਰ ਖਾਨਪੁਰ ਦੇਵ ਤਰੇਲ ਕਲਾਂ ਸੁਖਦੇਵ ਸਧਾਉਣ ਇਹ ਵੀ ਆਪਣੀਆਂ ਪਰਚੀਆਂ ਲੈ ਜਾਓ ਔਰ 40ਵਾਂ ਨਾਮ ਜੀ ਧਨੋਆ ਗਰੁੱਪ ਕੜੂਆ ਏ 23-50 ਧਨੋਆ ਗਰੁੱਪ ਦੀ ਤੁਹਾਨੂੰ ਪੜਾ ਦੂ ਬਾਈ ਜਿੰਦੀ ਗੁੱਡੂ ਦਾ ਸਪੁੱਤਰ ਹੈ ਉਹ ਤਾਂ ਹੋਰ ਵੀ ਉਹ ਖੁਸ਼ੀ ਦੀ ਗੱਲ ਹੈ ਮਾਨ ਹੈਲੋ ਲੈ ਕੁੱਲੇ ਉਹ 500 ਰੁਪਇਆ ਭਾਈ ਹਰਨੇਕ ਸਿੰਘ ਮੌਲੀ ਕਿਹਨੂੰ ਦੇ ਗਿਆ ਤਾ ਇਹ ਮੌਲੀ ਸਾਹਿਬ ਕਿਹਨੂੰ ਦੇਣਾ ਉਹ ਆ ਜਾ ਤੇਜੀ ਪੈਸੇ ਤਾਂ ਫੜ ਲੈ ਕਰੋ ਯਾਰ ਹੈਂ ਪੈਸੇ ਵੀ ਨਹੀਂ ਫੜਨੇ ਤੁਸੀਂ ਕਿਆ ਕਰਨਾ ਸਹੁਰੇ ਹੋਰ ਹੈ ਮਾਇਆ ਫੜੋ ਆਪਣੀ ਸੁੱਖਾ ਸ਼ਾਂਤਪੁਰ ਰਣਜੀਤ ਸਿੰਘ ਦੁਸਾਰਨਾ 23-59 ਭਾਈ ਲੈ ਭਾਈ 40ਵਾਂ ਨਾਮ 41ਵਾਂ ਨਾਮ ਹੈ ਸੰਦੀਪ ਰਤਨਗੜ 23-66 ਸੰਦੀਪ ਰਤਨਗੜ 23-66 ਭਾਈ ਕਿਸੇ ਦਾ ਘੱਟ ਸਮਾਂ ਲੱਗਿਆ ਭਾਈ 23-66 ਤੇਰੀ ਪਰਚੀ ਨਾ ਦਿੱਤੀ ਹੋਵੇ
ਨਾਮ ਬਣਨ ਤੇ ਪਹਿਲਾਂ ਜ਼ਰੂਰ ਸੁਣ ਲਾਂਗੇ, ਨਾਮ ਬਣਨ ਦੇ ਬਾਅਦ ਸਾਡੇ ਹੱਥੇ ਨਹੀਂ ਕੁਛ ਸੁਣਨਾ। ਉਹ ਸੁੱਕੇ ਆ ਫਲ ਪਾਣੀ ਦੀ ਬੋਤਲ ਕਿੱਥੇ ਆ ਮੁੰਡਾ ਆਪਣਾ, ਉਹ ਗੱਡੀ ਚ ਰੱਖੇ ਨੂੰ ਲਓ ਜੀ, ਸਪੈਸ਼ਲ ਨਾਮ ਹੈ ਜੀ ਵਿੱਕੀ ਬਾਠ ਕੁਰਾਲੀ ਧਨੋਆ ਗਰੁੱਪ ਨੂੰ, ਆਪਣੀ ਪਰਚੀ ਲੈ ਲੈਣ, ਆ ਲੈ ਲਓ ਭਾਈ ਪਰਚੀ। ਧੰਨਵਾਦ ਜੀ, ਬੜੀ ਮਿਹਰਬਾਨੀ, ਮੈਂ ਆਪਦੀ ਪਾਰਟੀ ਵੱਲੋਂ ਸਾਰੇ ਨਗਰ ਦਾ ਘੜੂਏ ਦਾ ਧੰਨਵਾਦ ਕਰਦਾ, ਬੜੀ ਥੋੜ੍ਹੀ ਮਿਹਰਬਾਨੀ ਸਾਰੇ ਨਗਰ ਦੀ, ਬੜਾ ਮਾਣ ਬਖਸ਼ਦੇ ਹੋ ਬੁਲਾ ਕੇ ਆਪਦੇ ਮੇਲਿਆਂ ਦੇ ਵਿੱਚ, ਧੰਨਵਾਦ। ਇਹਦੇ ਨਾਲ ਹੀ ਮੇਲਾ ਕਰਦਾ ਸਮਾਪਤ, ਬੁਲਾਇਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ।